ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ Amazon FBA ਦਾ ਕੋਰਸ ਹੁਣ ਤੁਸੀਂ ਕੀ ਕਰਨਾ ਤੁਹਾਡਾ ਕੰਮ ਇਹੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਵੱਧ ਤੋਂ ਵੱਧ ਹੋਰਨਾਂ ਤੱਕ ਸ਼ੇਅਰ ਕਰਿਓ ਜਿਸ ਦੇ ਨਾਲ ਮੇਰੇ ਚੈਨਲ ਨੂੰ ਬੜੀ ਸਪੋਰਟ ਮਿਲੇਗੀ ਅਤੇ ਮੈਂ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਂ ਇਸ ਤਰ੍ਹਾਂ ਦੇ ਫ੍ਰੀ ਦੇ ਵਿੱਚ ਕੋਰਸ ਲੈ ਕੇ ਆਉਂਦਾ ਰਹਾਂਗਾ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਓ ਕਿ ਇਸ ਕੋਰਸ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਜੇ ਕੋਈ ਤੁਹਾਡੀਆਂ ਪ੍ਰੋਬਲਮਸ ਨੇ ਉਹ ਵੀ ਤੁਸੀਂ ਲਿਖ ਸਕਦੇ ਹੋ ਤੁਹਾਡੇ ਕੁਐਸਚਨਸ ਨੇ ਉਹ ਵੀ ਤੁਸੀਂ ਲਿਖ ਸਕਦੇ ਹੋ ਅਤੇ ਮੈਂ ਆਸ ਕਰਦਾ ਕਿ Amazon ਦੇ ਨਾਲ ਕੰਮ ਕਰਨ ਦੇ ਲਈ ਇਹ ਮੇਰਾ ਕੋਰਸ ਤੁਹਾਡੀ ਬੜੀ ਹੈਲਪ ਕਰੇਗਾ ਉਹ ਵੀ ਫ੍ਰੀ ਦੇ ਵਿੱਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਮੈਂ ਦੋ ਲਿੰਕ ਦਿੱਤੇ ਨੇ ਇੱਕ ਪਹਿਲਾਂ ਮੇਰਾ ਇੰਸਟਾਗ੍ਰਾਮ ਦਾ ਜਿਸ ਨੂੰ ਤੁਸੀਂ ਫੋਲੋ ਜ਼ਰੂਰ ਕਰਿਓ ਜਾ ਕੇ ਅਤੇ ਤੁਹਾਡੇ ਜੇ ਕੋਈ ਸਵਾਲ ਨੇ ਉੱਥੇ ਜਾ ਕੇ ਤੁਸੀਂ ਪੁੱਛ ਸਕਦੇ ਹੋ ਅਤੇ ਜੋ ਵੀ ਮੈਂ ਟ੍ਰੇਡਿੰਗ ਕਰਦਾ ਜਾਂ ਕਿਤਿਓਂ ਵੀ ਮੈਨੂੰ ਕੋਈ ਪੈਸਾ ਆਉਂਦਾ ਉਹ ਮੈਂ ਕਿਹਨਾਂ ਸਟਾਕਸ ਦੇ ਵਿੱਚ ਇਨਵੈਸਟ ਕਰਦਾ ਜਾਂ ਕਿਹਨਾਂ ਕ੍ਰਿਪਟੋ ਦੇ ਵਿੱਚ ਇਨਵੈਸਟ ਕਰਦਾ ਉਹ ਵੀ ਮੈਂ ਉਹਦੇ 'ਤੇ ਅਪਡੇਟ ਕਰਦਾ ਰਹਿੰਦਾ ਇਸ ਕਰਕੇ ਉਸ ਦੇ ਵਿੱਚ ਵੀ ਤੁਹਾਡੀ ਹੈਲਪ ਹੋ ਸਕਦੀ ਆ ਅਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੂਸਰਾ ਲਿੰਕ ਮੈਂ ਆਪਣੇ ਵਟਸਐਪ ਦਾ ਦਿੱਤਾ ਜਿਸ 'ਤੇ ਤੁਸੀਂ ਮੈਨੂੰ ਕੋਈ ਵੀ ਕਾਲ ਕਰਕੇ ਗੱਲਬਾਤ ਪੁੱਛ ਸਕਦੇ ਹੋ ਜਾਂ ਤੁਹਾਡੀ ਕੋਈ ਪ੍ਰੋਬਲਮ ਆ ਉਸ ਦੇ ਬਾਰੇ ਵਿੱਚ ਪੁੱਛ ਸਕਦੇ ਹੋ ਪਰ ਉਸ ਦੇ ਲਈ ਤੁਹਾਨੂੰ 25 ਯੂਰੋ ਪੇ ਕਰਨੇ ਪੈਣਗੇ ਜੋ ਕਿ ਮੈਨੂੰ ਲੱਗਦਾ ਬਹੁਤ ਹੀ ਜਾਇਜ਼ ਆ ਹਰ ਕੋਈ ਬੰਦਾ ਜਿਹੜਾ ਵੀ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਅਤੇ ਗਰੋ ਕਰਨਾ ਚਾਹੁੰਦਾ ਉਹ 25 ਯੂਰੋ ਤਾਂ ਜ਼ਰੂਰ ਪੇ ਕਰ ਸਕਦਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੂਸਰੇ ਨੰਬਰ 'ਤੇ ਲਿੰਕ ਆ ਉਸ 'ਤੇ ਤੁਸੀਂ ਕਲਿੱਕ ਕਰਨਾ ਉਸ ਦੇ ਵਿੱਚ ਤੁਸੀਂ ਆਪਣਾ ਨਾਮ ਅਤੇ ਵਟਸਐਪ ਨੰਬਰ ਅਤੇ ਨਾਲ ਤੁਸੀਂ 25 ਯੂਰੋ ਪੇ ਕਰ ਦਿਓ ਉਸ ਤੋਂ ਬਾਅਦ ਮੇਰੇ ਕੋਲ ਤੁਹਾਡਾ ਨੰਬਰ ਵੀ ਆ ਜਾਏਗਾ ਅਤੇ ਉਸ 'ਤੇ ਮੈਂ ਤੁਹਾਡੇ ਨਾਲ ਕੰਟੈਕਟ ਕਰ ਲਵਾਂਗਾ ਅਤੇ ਉਸ 'ਤੇ ਕੋਈ ਵੀ ਸ਼ਡਿਊਲ ਬਣਾ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਪਰਸਨਲੀ ਕੋਈ ਵੀ ਪ੍ਰੋਬਲਮ ਆ ਉਹ ਹੱਲ ਹੋ ਸਕਦੀ ਆ ਅਤੇ Amazon FBA ਦਾ ਬਿਜ਼ਨਸ ਤੁਹਾਡਾ ਗਰੋ ਹੋ ਸਕਦਾ Amazon FBA ਦਾ ਇਹ ਮੇਰਾ ਫ੍ਰੀ ਕੋਰਸ ਜੇ ਪੂਰਾ ਪਾਪੂਲਰ ਜਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰਵਾਉਂਦੇ ਹੋ ਜਾਂ ਸ਼ੇਅਰ ਕਰਵਾਉਂਦੇ ਹੋ ਤਾਂ ਅਗਲਾ ਜਿਹੜਾ ਕੋਰਸ ਹੋਏਗਾ ਉਸ ਦੇ ਵਿੱਚ ਮੈਂ ਰਿਵੀਲ ਕਰਾਂਗਾ ਕਿ ਕਿਹੜੇ ਕਿਹੜੇ ਪ੍ਰੋਡਕਟ ਵੇਚੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਮਾਰਜਨ ਆ ਪੂਰੀ ਡਿਟੇਲ ਦੇ ਵਿੱਚ ਉਹ ਪ੍ਰੋਡਕਟ ਦੱਸਾਂਗਾ ਅਤੇ ਉਹਨਾਂ 'ਤੇ ਲੋਕ ਕਾਫੀ ਪੈਸੇ ਬਣਾ ਰਹੇ ਨੇ ਅਤੇ ਲੋਕ ਉਹਨਾਂ ਪ੍ਰੋਡਕਟਸ ਨੂੰ ਹੀ ਜ਼ਿਆਦਾ ਸੈੱਲ ਕਰ ਰਹੇ ਨੇ ਅਤੇ ਉਸ ਤੋਂ ਬਾਅਦ ਈਬੇ ਦਾ ਕੋਰਸ ਜਾਂ ਡਰੋਪ ਸ਼ਿਪਿੰਗ ਦਾ ਕੋਰਸ ਜਾਂ ਸ਼ੋਪੀਫਾਈ ਦਾ ਕੋਰਸ ਉਹ ਵੀ ਮੈਂ ਪੂਰੇ ਲੈ ਕੇ ਆਉਂਦਾ ਰਹਾਂਗਾ ਆਪਣੀ ਮਿਹਨਤ ਪੂਰੀ ਕਰਾਂਗਾ ਇਸ ਕੋਰਸ ਨੂੰ ਕਰਨ ਦੇ ਲਈ ਵੀ ਮੈਂ ਬਹੁਤ ਮਿਹਨਤ ਕੀਤੀ ਆ ਇਹਦੇ ਵਿੱਚ ਥੋੜ੍ਹੀ ਬਹੁਤ ਐਡੀਟਿੰਗ ਮੈਂ ਘੱਟ ਕੀਤੀ ਆ ਪਰ ਇਸ ਦੇ ਨਾਲ ਇਹ ਹੋ ਸਕਦਾ ਕੋਈ ਵੀ ਬੰਦਾ ਬਹਿ ਕੇ ਰਫਲੀ ਤਰੀਕੇ ਦੇ ਨਾਲ ਇਹ ਪੂਰਾ ਕੋਰਸ ਦੇਖ ਕੇ ਆਪਣਾ ਸਾਰਾ ਕੁਛ ਕੰਮ Amazon FBA ਦੇ ਨਾਲ ਕਰ ਸਕਦਾ ਆਈ ਹੋਪ ਤੁਹਾਡੇ ਲਈ ਇਹ ਹੈਲਪਫੁਲ ਹੋਵੇਗਾ ਲਾਈਕ ਕਰ ਦਿਓ ਅਤੇ ਚੱਲਦੇ ਹਾਂ ਹੁਣ ਪੂਰੇ ਕੋਰਸ 'ਤੇ ਕੋਰਸ ਸਟਾਰਟ ਕਰਨ ਤੋਂ ਪਹਿਲਾਂ ਮਤਲਬ ਕਿ ਜਿਸ ਤਰ੍ਹਾਂ ਮੈਂ ਵੀ ਬਹੁਤ ਸਾਰੀਆਂ ਮਾਰਕੀਟ ਪਲੇਸ 'ਤੇ ਜਿਹੜੇ ਆ ਆਪਣੇ ਪ੍ਰੋਡਕਟ ਵੇਚਦਾ ਅਤੇ ਕੁਝ ਵੇਚਣ ਵੀ ਜਾ ਰਿਹਾ ਮਤਲਬ ਕਿ ਗਲੋਬਲੀ ਹੈ ਨਾ ਇਹਦੇ ਬਾਰੇ ਵੀ ਮੈਂ ਪੂਰਾ ਰਿਵੀਲ ਕਰਾਂਗਾ ਕਿ ਕਿੰਨੇ ਪੈਸੇ ਮੈਂ ਟੋਟਲੀ ਬਣਾਏ ਆ ਜਾਂ ਕਿੰਨੇ ਅੱਗੇ ਹੋਰ ਬਣ ਸਕਦੇ ਆ ਇਸ ਦੇ ਵਿੱਚ ਅਤੇ ਕਿੰਨਾ ਪ੍ਰੋਫਿਟ ਹੋ ਸਕਦਾ ਇਸ ਦੇ ਨਾਲ ਜੇ ਮੈਂ ਕਰ ਸਕਦਾ ਤਾਂ ਸਾਰੇ ਲੋਕ ਜਾਂ ਸਾਰੇ ਜਿਹੜੇ ਵੀ ਵੀਰ ਭੈਣ ਭਰਾ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ Amazon FBA ਦੇ ਵਿੱਚ ਪ੍ਰੋਫਿਟ ਵੀ ਹੈਗਾ ਪਰ ਚੰਗੇ ਤਰੀਕੇ ਨਾਲ ਜੇ ਤੁਸੀਂ ਹਾਰਡ ਵਰਕ ਕਰਦੇ ਆ ਫਿਰ ਹੀ ਤੁਹਾਨੂੰ ਪ੍ਰੋਫਿਟ ਮਿਲੇਗਾ ਪੈਸੇ ਨਹੀਂ ਪ੍ਰੋਫਿਟ ਮਿਲੇਗਾ ਇਹਦੇ ਬਾਰੇ ਵੀ ਮੈਂ ਪੂਰਾ ਆਪਣੇ ਜਿਹੜਾ ਸਟੋਰ ਆ ਇਹਦੇ ਬਾਰੇ ਵੀ ਦੱਸੂੰਗਾ ਕਿਸੇ ਟਾਈਮ 'ਤੇ ਮੈਂ ਜ਼ਿਆਦਾ ਸ਼ੋਅ ਆਫ ਹਮੇਸ਼ਾ ਨਹੀਂ ਕਰਦਾ ਕਿ ਮੈਂ ਕਿੰਨੇ ਪੈਸੇ ਬਣਾਏ ਆ ਕਿੰਨੇ ਨਹੀਂ ਬਣਾਏ ਭਾਵੇਂ ਮੈਂ ਇਨਵੈਸਟਿੰਗ ਦੇ ਵਿੱਚ ਬਣਾਉਂਦਾ ਹੋਵਾਂ ਅਤੇ ਚਾਹੇ ਭਾਵੇਂ ਮੈਂ ਇਸ ਕੰਮ ਦੇ ਵਿੱਚ ਬਣਾਉਂਦਾ ਹੋਵਾਂ ਜਾਂ ਈਬੇ 'ਤੇ ਬਣਾਉਂਦਾ ਹੋਵਾਂ ਮੈਂ ਜ਼ਿਆਦਾਤਰ ਹਾਈਡ ਹੀ ਰੱਖਿਆ ਹੋਇਆ ਆਪਣਾ ਕਿਉਂਕਿ ਮੈਂ ਇਨਕਮ ਬਣਾਉਣਾ ਮੈਂ ਕਿਸੇ ਨੂੰ ਸ਼ੋਅ ਕਰਨ ਦੇ ਲਈ ਨਹੀਂ ਬਣਾਉਣਾ ਮੈਨੂੰ ਆਪ ਨੂੰ ਪਤਾ ਕਿ ਮੈਂ ਕਿੰਨਾ ਕਮਾਉਣਾ ਅਤੇ ਕਿੰਨਾ ਮੈਨੂੰ ਪ੍ਰੋਫਿਟ ਹੁੰਦਾ ਕਿੰਨਾ ਲੋਸ ਹੁੰਦਾ ਪਰ ਇਹ ਆ ਤੁਸੀਂ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਉੱਥੇ ਮੈਂ ਇਨਵੈਸਟਿੰਗ ਬਾਰੇ ਵੀ ਆਪਣੀ ਜਿਹੜੀ ਆ ਡਿਟੇਲ ਦਿੰਦਾ ਰਹਿੰਦਾ ਕਿ ਕਿਹੜੇ ਮੈਂ ਸਟੋਕਸ ਬਾਏ ਕਰਦਾ ਕਿਹੜੇ ਸੈੱਲ ਕਰਦਾ ਜਾਂ ਡੇ ਟ੍ਰੇਡ ਦੇ ਵਿੱਚ ਕਿੰਨਾ ਮੈਨੂੰ ਪ੍ਰੋਫਿਟ ਹੁੰਦਾ ਭਾਵੇਂ ਮੈਨੂੰ ਲੋਸ ਵੀ ਹੋਵੇ ਉਹ ਵੀ ਮੈਂ ਲਿਖਦਾ ਰਹਿੰਦਾ ਹੁੰਦਾ ਅਤੇ ਜਾਂ ਸਕਰੀਨਸ਼ੋਟ ਸ਼ੇਅਰ ਕਰਦਾ ਰਹਿੰਦਾ ਇਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਥੋੜ੍ਹਾ ਜਿਹਾ ਪਹਿਲਾਂ ਇੱਕ ਦੇਖਦੇ ਹਾਂ ਸ਼ੁਰੂ ਦੇ ਵਿੱਚ ਹੀ ਫਿਰ ਆਪਾਂ ਜਿਹੜਾ ਆ ਆਪਣਾ ਕੋਰਸ ਸਟਾਰਟ ਕਰਾਂਗੇ ਨਾਲ ਲੱਗਦਾ ਹੀ ਅਤੇ ਇਹਦੇ ਵਿੱਚ ਜਿਸ ਤਰ੍ਹਾਂ ਮਤਲਬ ਕਿ ਹੁਣ ਮੇਰੇ ਕੋਲ ਮੈਂ ਜਰਮਨ ਦੀ ਇਹ ਵੈਬਸਾਈਟ ਓਪਨ ਕੀਤੀ ਹੋਈ ਹੈ ਜਰਮਨ ਦੀ ਇਹਦੇ ਵਿੱਚ ਲੈਂਗੁਏਜ ਹੋਈ ਹੈ ਇਹਨੂੰ ਮੈਂ ਇੰਗਲਿਸ਼ ਦੇ ਵਿੱਚ ਕਰ ਲੈਂਦਾ ਅਤੇ ਜਿਹੜਾ ਇਹਦੇ ਵਿੱਚ ਮੈਂ ਸੈਟਅਪ ਯੂਜ਼ ਕਰਦਾ ਉਹ ਹੀਲੀਅਮ ਟੈਲੈਂਟ ਆ ਅਤੇ ਉਹਦੀ ਐਕਸਟੈਂਸ਼ਨ ਮੈਂ ਇਹਦੇ ਵਿੱਚ ਡਾਊਨਲੋਡ ਕੀਤੀ ਹੋਈ ਆ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਤੁਸੀਂ ਜਦੋਂ ਗੂਗਲ ਆਪਣੇ ਤੁਹਾਡੇ ਲੈਪਟੋਪ ਦੇ ਵਿੱਚ ਹੈਗੀ ਹੈ ਤਾਂ ਨਹੀਂ ਹੈ ਜੇ ਹੈਗੀ ਹੈ ਤਾਂ ਫਿਰ ਤਾਂ ਠੀਕ ਆ ਜੇ ਨਹੀਂ ਹੈਗੀ ਤਾਂ ਤੁਸੀਂ ਉਹਨੂੰ ਡਾਊਨਲੋਡ ਕਰ ਲਿਓ ਉਹ ਤੋਂ ਬਾਅਦ ਜਿਹੜਾ ਮਰਜ਼ੀ ਜਿਸ ਤਰ੍ਹਾਂ ਕਿ ਮਤਲਬ ਪ੍ਰੋਡਕਟ ਸਰਚ ਕਰਨ ਦੇ ਲਈ ਮੈਂ ਇੱਕ ਸਪੈਸ਼ਲੀ ਅਲੱਗ ਤੋਂ ਕੋਰਸ ਵੀ ਲੈ ਕੇ ਆਊਂਗਾ ਇਹਦੇ ਵਿੱਚ ਜਿਸ ਤਰ੍ਹਾਂ ਇੱਕ ਜੰਗਲ ਸਕਾਊਟ ਇੱਕ ਹੀਲੀਅਮ ਇਹ ਦੋਨਾਂ ਦੀਆਂ ਐਕਸਟੈਂਸ਼ਨਸ ਮਿਲ ਜਾਂਦੀਆਂ ਅਤੇ ਉਹਦੇ ਨਾਲ ਤੁਸੀਂ ਪ੍ਰੋਡਕਟ ਬਹੁਤ ਈਜ਼ੀਲੀ ਫਾਇੰਡ ਕਰ ਸਕਦੇ ਆ ਮਤਲਬ ਕਿ ਜਿੱਦਾਂ ਹੁਣ ਤੁਸੀਂ ਉੱਪਰ ਕੋਈ ਵੀ ਸਰਚ ਕਰੋ ਟ੍ਰਿਮਰ ਸਰਚ ਕੀਤਾ ਮੈਂ ਸਿੰਪਲ ਜਿਹਾ ਅਤੇ ਉਹ ਇਸ ਤਰ੍ਹਾਂ ਸਾਹਮਣੇ ਤੁਹਾਡੇ ਆਏਗਾ ਇਹਦੇ ਨਾਲ ਤੁਹਾਨੂੰ ਫਾਇਦਾ ਕੀ ਹੋਏਗਾ
ਤੁਹਾਨੂੰ ਵਿੱਚ ਜਾ ਕੇ ਪ੍ਰੋਡਕਟ ਰਿਸਰਚ ਕਰਨ ਦੀ ਲੋੜ ਨਹੀਂ, ਤੁਸੀਂ ਪਤਾ ਕਰਨਾ ਕਿ ਇਹ ਬੰਦਾ ਕਿੰਨੇ ਪੈਸੇ ਬਣਾਉਂਦਾ। ਤੁਸੀਂ ਉਸੇ ਵੇਲੇ ਇੱਥੇ ਆਪਣੀ ਐਕਸਟੈਂਸ਼ਨ 'ਤੇ ਕਲਿੱਕ ਕਰਨਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਣਾ ਤੁਹਾਡੇ ਤੋਂ ਕੀ ਤੁਸੀਂ ਇਹਦੇ ਬਾਰੇ ਦੇਖਣਾ ਚਾਹੁੰਦੇ ਹਾਂ, ਜਿਵੇਂ ਕਿ ਇਹਦੇ ਬਾਰੇ ਮੈਂ ਪ੍ਰੋਫਿਟ ਦੇਖਣਾ ਚਾਹੁੰਦਾ, ਪ੍ਰੋਫਿਟੇਬਲ ਕਿੰਨਾ ਇਹਦੇ ਵਿੱਚ ਪੈਸੇ ਇਹਨੂੰ ਬਚਦੇ ਆ ਜਾਂ ਇਹਦੇ ਵਿੱਚ ਕਿੰਨਾ ਇਹਨੂੰ ਪ੍ਰੋਫਿਟ ਆ। ਉਹਨਾਂ ਨੇ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਲਿਖ ਦਿੱਤਾ ਇਹਨੇ ਪ੍ਰਾਈਸ ਇੰਨਾ ਲਾਇਆ ਹੋਇਆ ਆ ਅਤੇ ਇਹਦਾ ਜੋ ਵੀ ਵੇਟ ਆ, ਡਿਮੈਂਸ਼ਨਿੰਗ ਆ, ਕੋਸਟ ਆ, ਉਹਨਾਂ ਨੇ ਸਾਰੀ ਲਿਖੀ ਹੋਈ ਆ। ਫਿਲਮੈਂਟ ਦੀ ਕੋਸਟ ਲਿਖੀ ਹੋਈ ਆ, ਉਹਨਾਂ ਦੇ ਬੈਟ ਲਿਖਿਆ ਹੋਇਆ, ਬੈਟ ਦੇ ਬਾਰੇ ਵਿੱਚ ਵੀ ਮੈਂ ਇਨਫੋ ਪੂਰੀ ਦਊਂਗਾ ਕਿ ਇਹਦਾ ਸਿਸਟਮ ਕੀ ਆ। ਅਤੇ ਉਸ ਤੋਂ ਬਾਅਦ ਨੈੱਟ ਉਹਨੂੰ ਲਾਸਟ ਦੇ ਵਿੱਚ 40% ਪੈਸੇ ਬਚਦੇ ਆ। ਇਸ ਤਰ੍ਹਾਂ ਤੁਸੀਂ ਐਕਸਟੈਂਸ਼ਨ ਡਾਊਨਲੋਡ ਕਰ ਲਿਓ ਅਤੇ ਜੇ ਤੁਹਾਡੇ ਕੋਈ ਪੈਸੇ ਨਹੀਂ ਹੈਗੇ, ਇਹ ਪੈਸੇ ਦੇ ਕੇ ਮਿਲਦੇ ਆ ਜਿਸ ਤਰ੍ਹਾਂ ਹੀਲੀਅਮ ਜੰਗਲ ਸਕਾਊਟ। ਜੇ ਨਹੀਂ ਹੈਗੇ ਤਾਂ ਤੁਸੀਂ ਕੀਪਾ ਯੂਜ਼ ਕਰ ਸਕਦੇ ਆ। ਇਸ ਕੋਰਸ ਦੇ ਵਿੱਚ ਮੈਂ ਪੂਰਾ ਲਾਸਟ ਦੇ ਵਿੱਚ ਦੱਸਿਆ ਹੋਇਆ ਆ ਜਾਂ ਇਸ ਕੋਰਸ ਦੇ ਵਿੱਚ ਵਿੱਚ ਤੁਹਾਨੂੰ ਪੂਰੀ ਡਿਟੇਲ ਮਿਲਣੀ ਆ ਕਿ ਕਿਸ ਤਰ੍ਹਾਂ ਹੀਲੀਅਮ ਨੂੰ ਯੂਜ਼ ਕਰਨਾ ਜਾਂ ਜੰਗਲ ਸਕਾਊਟ ਦਾ ਕੀ ਸਿਸਟਮ ਆ। ਆਈ ਹੋਪ ਤੁਹਾਨੂੰ ਬੜਾ ਪਸੰਦ ਆਊਗਾ ਵੀਡੀਓ। ਇਹ ਲਾਈਕ ਕਰ ਦਿਓ, ਸਾਰਿਆਂ ਨਾਲ ਸ਼ੇਅਰ ਕਰ ਦਿਓ ਅਤੇ ਚਲੋ ਹੁਣ ਸਟਾਰਟ ਕਰਦੇ ਹਾਂ ਪ੍ਰੋਪਰਲੀ ਸ਼ੁਰੂ ਤੋਂ ਐਮਾਜ਼ੋਨ ਦਾ ਕੋਰਸ, ਜਿੱਥੇ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਇਸ ਨੂੰ ਸਟਾਰਟ ਕਰਨਾ। ਅਤੇ ਲਾਸਟ ਤੱਕ ਆਪਾਂ ਜਾਵਾਂਗੇ 3-4 ਘੰਟੇ ਕੱਢ ਕੇ। ਹੁਣ ਤੁਸੀਂ ਇਹ ਕੋਰਸ ਇੱਕੋ ਵਾਰੀ ਦੇ ਵਿੱਚ ਫ੍ਰੀ 'ਚ ਕਰ ਸਕਦੇ ਹਾਂ। ਆਈ ਹੋਪ ਤੁਹਾਡੇ ਲਈ ਬੜਾ ਹੈਲਪਫੁਲ ਹੋਏਗਾ। ਕੋਰਸ ਹੋ ਗਿਆ ਜੀ ਸਟਾਰਟ। ਹੁਣ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਤੁਹਾਡੇ ਕੋਲ ਇੱਕੇ ਵੀਡੀਓ ਦੇ ਵਿੱਚ ਸਾਰਾ ਕੁਝ ਆ ਜਾਏਗਾ ਅਤੇ ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਪਏਗੀ ਪੈਸੇ ਦੇ ਕੇ ਪ੍ਰੋਗਰਾਮ ਲੈਣ ਦੇ ਲਈ। ਐਮਾਜ਼ੋਨ FBA ਦਾ ਇਹ ਪ੍ਰੋਗਰਾਮ ਜਿਹੜਾ ਪੂਰਾ ਕੋਰਸ ਜਾਂ ਕਹਿ ਸਕਦੇ ਹਾਂ ਆਪਾਂ, ਇਹ ਮੈਂ ਪੂਰਾ ਇਹ ਡਿਟੇਲ ਦੇ ਵਿੱਚ ਦੱਸਿਆ ਇਸ ਵੀਡੀਓ ਦੇ ਵਿੱਚ। ਪੂਰੇ ਕੋਰਸ ਦੇ ਵਿੱਚ ਸਾਰਾ ਕੁਝ ਹੀ ਅਪਰੋਕਸੀਮੇਟਲੀ ਇਹਦੇ ਵਿੱਚ ਮੈਂ ਟੱਚ ਕੀਤਾ ਅਤੇ ਇਹ ਕੋਰਸ ਆਪਾਂ ਸਟਾਰਟ ਕਰਦੇ ਹਾਂ। ਵੀਡੀਓ ਹੁਣ ਲਾਈਕ ਜ਼ਰੂਰ ਕਰ ਦਿਓ ਅਤੇ ਕਰਨਾ ਕੀ ਆ, ਤੁਸੀਂ ਕੋਈ ਵੀ ਆਪਣਾ ਲੈਪਟਾਪ ਦੀ ਜਿਹੜੀ ਗੂਗਲ ਦੀ ਵੈਬਸਾਈਟ ਆ ਉਹਦੇ 'ਚ ਜਾ ਕੇ ਤੁਸੀਂ ਸਰਚ ਕਰਨਾ ਐਮਾਜ਼ੋਨ ਸੈਨਲ ਸੈਂਟਰਲ। ਮੈਂ ਡੋਚਲੈਂਡ ਮਤਲਬ ਕਿ ਜਰਮਨ ਲਿਖਿਆ, ਤੁਸੀਂ ਜਿਹੜੀ ਮਰਜ਼ੀ ਕੰਟਰੀ 'ਚ ਰਹਿੰਦੇ ਹੋ ਉਹ ਕੰਟਰੀ ਦਾ ਤੁਸੀਂ ਲਿਖ ਲੈਣਾ। ਉਹਦੇ ਨਾਲ ਕੀ ਹੋਣਾ, ਡਾਇਰੈਕਟ ਤੁਹਾਡੀ ਕੰਟਰੀ ਦਾ ਜਿਹੜਾ ਇਹ ਓਪਨ ਹੋ ਜਾਣਾ ਆ ਜੋ ਵੀ ਤੁਹਾਡੇ ਕੋਲ ਹੋਏਗਾ। ਉਸ ਤੋਂ ਬਾਅਦ ਤੁਸੀਂ ਜਿਹੜੀ ਵੀ ਪਹਿਲੀ ਓਪਨ ਹੋਏਗੀ ਉਸ ਤੋਂ ਬਾਅਦ ਤੁਹਾਡੇ ਕੋਲ ਐਮਾਜ਼ੋਨ ਸੈਲਰ ਸੈਂਟਰਲ ਦਾ ਇਸ ਤਰ੍ਹਾਂ ਦਾ ਪੇਜ ਓਪਨ ਹੋਏਗਾ ਸਾਈਨ ਅਪ ਕਰਨ ਦੇ ਲਈ। ਡਾਇਰੈਕਟ ਡਾਇਰੈਕਟ ਗੱਲਾਂ ਕਰਾਂਗੇ, ਜ਼ਿਆਦਾ ਲੰਬੀਆਂ ਨਹੀਂ ਆਪਾਂ ਕਰਨੀਆਂ। 39 EUR ਇਹਦੀ ਫੀਸ ਆ ਪਰ ਮੰਥਲੀ, ਪਰ ਆਪਾਂ ਲਰਨ ਮੋਰ 'ਤੇ ਇੱਕ ਵਾਰੀ ਦੇਖ ਲੈਂਦੇ ਹਾਂ। ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਨਾਲ ਹੋਏਗਾ ਕਿ ਇਹਨੂੰ ਇੰਗਲਿਸ਼ ਦੇ ਵਿੱਚ ਮੈਂ ਟ੍ਰਾਂਸਲੇਟ ਕਰ ਲੈਂਦਾ ਅਤੇ ਇਹਦੇ ਵਿੱਚ ਜਿਹੜੀ ਆ ਪ੍ਰਾਈਸਿੰਗ ਜਾ ਕੇ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਪ੍ਰਾਈਸਿੰਗ ਓਵਰਵਿਊ ਇਹਦੇ ਵਿੱਚ ਤੁਹਾਨੂੰ ਪੂਰੀ ਜਿਹੜੀ ਡਿਟੇਲ ਇੱਕ ਪ੍ਰੋਫੈਸ਼ਨਲੀ ਜੇ ਤੁਸੀਂ ਕਰਨਾ ਉਹ ਵੀ ਮਿਲ ਜਾਏਗੀ, ਜਿਵੇਂ ਕਿ ਹੁਣ ਆਹ ਪੂਰੀ ਜਰਮਨ ਦੇ ਵਿੱਚ ਹੀ ਲੈਂਗੁਏਜ ਸ਼ੋਅ ਹੋ ਰਹੀ ਆ। ਹਜੇ ਮੈਂ ਟ੍ਰਾਂਸਲੇਟ ਆਪਸ਼ਨਸ ਜਿਹੜੀਆਂ ਦੇਖ ਲੈਂਦਾ, ਟ੍ਰਾਂਸਲੇਟ ਤਾਂ ਕਰ ਦਿੱਤਾ। ਹੁਣ ਤੁਸੀਂ ਦੇਖ ਸਕਦੇ ਹਾਂ ਟੈਰਿਫ ਜਿਹੜਾ ਇਹਨਾਂ ਦਾ, ਬਿਨਾਂ ਤੁਸੀਂ ਕਿਸੇ ਪੈਸੇ ਪੇ ਕੀਤੇ ਤੋਂ ਜੇ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ 99 ਸੈਂਟ 'ਚ ਆ ਤੁਹਾਡਾ। ਜਦੋਂ ਪ੍ਰੋਡਕਟ ਸੋਲਿਡ ਹੋ ਜਾਂਦਾ ਵਿਕ ਜਾਂਦਾ ਉਸ ਤੋਂ ਬਾਅਦ ਹੀ ਤੁਹਾਡੇ ਕੋਲੋਂ 99 ਸੈਂਟ ਕੱਟੇ ਜਾਂਦੇ ਆ, ਪਲੱਸ ਉਹਨਾਂ ਦੀ ਐਡੀਸ਼ਨਲ ਫੀਸ ਹੁੰਦੀ ਆ। ਪਰ ਜੇ ਤੁਸੀਂ ਪ੍ਰੋਫੈਸ਼ਨਲੀ ਕਰਨਾ ਚਾਹੁੰਦੇ ਹੋ ਇਹ 39 EUR ਆ ਇੱਕ ਮੰਥ ਦੇ, ਜਿਹੜੀ ਮਰਜ਼ੀ ਕੰਟਰੀ 'ਚ ਤੁਸੀਂ ਇਹ ਚੀਜ਼ਾਂ ਕਰ ਸਕਦੇ ਆ। ਇਹਦੇ ਵਿੱਚ ਦੂਸਰਾ ਹੋਰ ਕੀ ਆ, ਇਹਦੇ ਵਿੱਚ ਜਿਹੜਾ ਨੋਰਮਲ ਪੈਕ ਹੈ ਇਹਦੇ ਵਿੱਚ ਸਿਰਫ 40 ਪ੍ਰੋਡਕਟ ਤੁਸੀਂ ਇੱਕ ਮੰਥ ਦੇ ਵੇਚ ਸਕਦੇ ਆ, ਪ੍ਰੋਫੈਸ਼ਨਲ ਦੇ ਵਿੱਚ ਅਨਲਿਮਿਟਡ ਆ। ਅਤੇ ਬਾਕੀ ਹੋਰ ਸੈਲਿੰਗ ਪਲੈਨ ਜਿਹੜੇ ਇਹਦੇ ਵਿੱਚ ਬਹੁਤ ਘੱਟ ਆ, ਇਹਦੇ ਵਿੱਚ ਤੁਸੀਂ ਆਪਣੇ ਪਲੈਨ ਜਿਹੜੇ ਆ ਹੋਰ ਵਧਾ ਸਕਦੇ ਆ। ਅਤੇ ਉਸ ਤੋਂ ਬਾਅਦ ਜਿਹੜੀ ਡਿਟੇਲ ਆ FBA ਦੇ ਬਾਰੇ ਵਿੱਚ ਸਾਰਾ ਕੁਛ ਇਹਦੇ ਵਿੱਚ ਦੱਸਿਆ ਹੋਇਆ, ਪ੍ਰੋਫੈਸ਼ਨਲ ਦੇ ਵਿੱਚ ਸਾਰਾ ਕੁਛ ਹੈਗਾ, ਇਹਦੇ ਵਿੱਚ ਕੁਛ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਜਿਹੜੀ ਫੀਸ ਆ ਇਹਨਾਂ ਦੀ ਉਹ ਵੀ ਜਿਹੜੀ ਆ 99 ਸੈਂਟ ਵਾਲੇ 'ਚ ਕੁਛ ਅਲੱਗ ਤਰ੍ਹਾਂ ਆ ਅਤੇ ਜਿਹੜੀ 39 EUR ਵਾਲਾ ਆ ਉਹਦੇ ਵਿੱਚ ਅਲੱਗ ਤਰ੍ਹਾਂ ਆ। ਅਤੇ ਪਰਸੈਂਟੇਜ ਇਹਦੀ ਫੀਸ ਜਿਹੜੀ ਆ ਕੈਟਾਗਰੀ ਦੇ ਹਿਸਾਬ ਨਾਲ ਆ, ਤੁਸੀਂ ਦੇਖ ਸਕਦੇ ਸਾਰੀਆਂ ਕੈਟੇਗਰੀਆਂ ਇਹ ਜਦੋਂ ਤੁਸੀਂ ਓਪਨ ਕਰੋਗੇ ਤੁਹਾਨੂੰ ਨਾਲ ਨਾਲ ਮਿਲ ਜਾਣੀਆਂ। ਇਹ ਸਿਰਫ ਤੁਹਾਨੂੰ ਇਨਫੋ ਦੇਣ ਦੇ ਲਈ ਕਿ ਤੁਹਾਨੂੰ ਪਹਿਲਾਂ ਤੋਂ ਪਤਾ ਹੋਵੇ ਤੁਹਾਡਾ ਖਰਚਾ ਕਿੰਨਾ ਕੁ ਹੋ ਸਕਦਾ। ਮਿਨੀਮਮ ਸੇਲ ਫੀਸ ਜਿਹੜੀ ਆ 30 ਸੈਂਟ ਤੋਂ ਲੈ ਕੇ ਇਹਨਾਂ ਦੀ ਅਪਰੋਕਸੀਮੇਟਲੀ ਜਿਹੜੀ ਆ ਅੱਗੇ ਥੋੜ੍ਹੀ ਬਹੁਤ ਵੱਧਦੀ ਆ, ਤੁਹਾਡੇ ਪ੍ਰੋਡਕਟ 'ਤੇ ਡਿਪੈਂਡ ਕਰਦਾ ਕਿੰਨੇ ਪਰਸੈਂਟ ਜਿਹੜਾ ਪ੍ਰੋਡਕਟ ਦੀ ਫੀਸ ਸੇਲਿੰਗ ਫੀਸ ਜਿਹੜੀ ਲੱਗਦੀ ਆ। ਸ਼ਿਪਿੰਗ ਜਿਹੜੀ ਆ, ਜੇ ਸ਼ਿਪਿੰਗ ਫੁੱਲਮੈਂਟ ਵਾਈਜ਼ ਜਿਹੜੀ ਐਮਾਜ਼ੋਨ ਵੱਲੋਂ ਕੀਤੀ ਜਾਂਦੀ ਆ ਅਤੇ ਉਹ FBA 'ਚ ਆਉਂਦੀ ਆ, ਜੇ ਸ਼ਿਪਿੰਗ ਬਾਏ ਸੇਲ ਪਾਰਟਨਰ ਜਿਵੇਂ ਕਿ FBM ਦਾ ਵੀ ਮੈਂ ਕੋਰਸ ਲੈ ਕੇ ਆਊਂਗਾ, ਉਹ ਵੀ ਫ੍ਰੀ ਆਫ ਕੋਸਟ ਹੋਊਗਾ, ਤੁਹਾਨੂੰ ਕੋਈ ਉਹਦਾ ਪੈਸਾ ਨਹੀਂ ਦੇਣਾ ਪਊਗਾ। ਮਤਲਬ ਕਿ ਜਿਹੜਾ ਤੁਹਾਨੂੰ ਕੋਰਸ ਬਾਏ ਕਰਨ ਦਾ, ਜੇ ਤੁਹਾਨੂੰ ਸਪੈਸ਼ਲੀ ਮੇਰੀ ਕੋਈ ਹੈਲਪ ਚਾਹੀਦੀ ਆ ਉਹਦੇ ਲਈ ਜੇ ਕੋਈ ਮੈਂ ਫੀਸ ਰੱਖਾਂਗਾ, ਕਿਉਂਕਿ ਇਹਦੇ ਵਿੱਚ ਮੇਰੀ ਵੀ ਮਿਹਨਤ ਆ, 3-4 ਘੰਟੇ 5 ਘੰਟੇ ਮੈਂ ਹਰ ਇੱਕ ਚੀਜ਼ 'ਤੇ ਲਾਉਣਾ। ਉਸ ਤੋਂ ਬਾਅਦ ਅੱਗੇ ਤੁਹਾਨੂੰ ਕੋਰਸ ਪ੍ਰੋਵਾਈਡ ਕਰਨ 'ਤੇ ਵੀਡੀਓ ਐਡੀਟਿੰਗ ਕਰਦਾ ਸਾਰਾ ਕੁਛ, ਤੁਸੀਂ ਇਸ ਚੀਜ਼ ਸਮਝ ਸਕਦੇ ਆ। ਉਸ ਤੋਂ ਬਾਅਦ FBA ਦੀ ਫੀਸ ਹੁੰਦੀ ਆ, ਜੇ ਤੁਸੀਂ FBA ਫੀਸ ਜਿਹੜੀ ਕੈਲਕੂਲੇਟ ਕਰਨਾ ਚਾਹੁੰਦੇ ਆ ਸਾਰਾ ਕੁਛ ਇੱਥੇ ਹੁੰਦਾ, ਉਹਦੀ ਡਿਮੈਂਸ਼ਨਿੰਗ ਲਿਖੀ ਹੁੰਦੀ ਆ, ਸਾਰਾ ਕੁਛ ਤੁਹਾਡੇ ਪ੍ਰੋਡਕਟ 'ਤੇ ਡਿਪੈਂਡ ਆ ਕਿ ਤੁਹਾਡਾ ਕਿੱਦਾਂ ਦਾ ਪ੍ਰੋਡਕਟ ਆ, ਕਿੱਡਾ ਵੱਡਾ ਉਹਦੀ ਡਿਮੈਂਸ਼ਨਿੰਗ ਆ,
ਕਿੰਨੀ ਚੌੜੀ ਆ ਉਹ ਸਾਰਾ ਕੁਝ। ਉਸ ਤੋਂ ਬਾਅਦ ਐਡੀਸ਼ਨਲ ਫੀਸ, ਇਨਵੈਂਟਰੀ ਫੀਸ ਹੁੰਦੀ ਹੈ, ਲਿਸਟਿੰਗ ਫੀਸ ਹੁੰਦੀ ਹੈ, ਰਿਫੰਡ ਪ੍ਰੋਸੈਸਿੰਗ ਫੀਸ ਹੁੰਦੀ ਹੈ ਥੋੜ੍ਹੀ ਬਹੁਤ। ਇਹ ਕੁਝ ਜ਼ਿਆਦਾ ਮਾਇਨੇ ਨਹੀਂ ਰਖਾਉਂਦੀ, ਆਹ ਦੋ ਤਿੰਨ ਫੀਸਾਂ ਜਿਹੜੀਆਂ ਮਾਇਨੇ ਰਖਾਉਂਦੀਆਂ, ਜਿਹੜੀਆਂ ਰਿਫੰਡ ਆ ਹੋਰ ਮਾਇਨੇ ਨਹੀਂ ਰਖਾਉਂਦੀਆਂ। ਉਸ ਤੋਂ ਬਾਅਦ ਹੁਣ ਤੁਸੀਂ ਇੱਥੇ ਜਿਹੜੀ ਆ ਆਪਣੀ ਕੰਟਰੀ ਚੂਜ਼ ਕਰ ਸਕਦੇ ਹਾਂ, ਜਿਸ ਵੀ ਕੰਟਰੀ 'ਚ ਤੁਸੀਂ ਹੈਗੇ ਆ। ਉਸ ਤੋਂ ਬਾਅਦ ਤੁਸੀਂ ਜਿੱਥੇ ਵੀ ਤੁਸੀਂ ਅੱਗੇ ਵੇਚਣਾ ਚਾਹੁੰਦੇ ਆ, ਜਿਹੜੀ ਇਹ ਆ ਮੇਰੀ ਜਿਹੜੀ ਯੂਰਪ ਵਾਲੀ ਆ, ਇਹ ਕਹਿ ਸਕਦੇ ਹਾਂ ਆਪਾਂ, ਇਹਦੇ ਵਿੱਚ ਆਉਂਦੀ ਆ ਜਰਮਨ ਜਿਹੜੀ ਆ। ਇਸ ਤੋਂ ਬਾਅਦ ਤੁਸੀਂ ਰਜਿਸਟਰ 'ਤੇ ਕਲਿੱਕ ਕਰਨਾ, ਤੁਸੀਂ ਦੋਨਾਂ 'ਚੋਂ ਜਿਹੜਾ ਮਰਜ਼ੀ ਪੈਕ ਲੈ ਸਕਦੇ ਹਾਂ। ਆਪਾਂ ਰਜਿਸਟਰ 'ਤੇ ਕਲਿੱਕ ਕਰਾਂਗੇ, 39 ਯੂਰੋ ਵਾਲਾ ਪ੍ਰੋਫੈਸ਼ਨਲੀ ਮੈਂ ਪੈਕ ਲਾਊਂਗਾ, ਪੂਰੀ ਜੀਰੋ ਤੋਂ ਤੁਹਾਨੂੰ ਦਿਖਾ ਰਹੇ ਹਾਂ, ਇਸ ਕਰਕੇ ਇਹ ਚੀਜ਼ ਤੁਹਾਡੇ ਲਈ ਵਧੀਆ ਹੋ ਸਕਦੀ ਆ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਜੇ ਤੁਹਾਡੇ ਕੋਲ ਪਹਿਲੇ ਬਣਿਆ ਹੋਇਆ ਅਕਾਊਂਟ ਠੀਕ ਆ, ਨਹੀਂ ਤਾਂ ਤੁਸੀਂ ਕ੍ਰੀਏਟ ਯੂਰੋ ਅਕਾਊਂਟ 'ਤੇ ਕਲਿੱਕ ਕਰਨਾ, ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਐਡ ਕਰਨਾ, ਈਮੇਲ ਆਈਡੀ ਦੇਣੀ ਆ ਜਿਹੜੀ ਰੀਅਲ ਚੱਲਦੀ ਹੋਵੇ, ਪਾਸਵਰਡ ਰੱਖਣਾ, ਤੁਸੀਂ ਆਪਣਾ ਪਾਸਵਰਡ ਅਗੇਨ ਕਰਨਾ। ਜਦੋਂ ਤੁਸੀਂ ਉਹ ਸਾਰਾ ਕੁਝ ਦੇ ਦਿੱਤਾ, ਤੁਹਾਡੀ ਜਿਹੜੀ ਵੀ ਈਮੇਲ ਆਈਡੀ ਹੋਊਗੀ ਉਹਦੇ 'ਤੇ ਤੁਹਾਨੂੰ ਕੋਡ ਆਏਗਾ, OTP ਕੋਡ, ਉਹ ਤੁਸੀਂ ਫਿਲ ਕਰਨਾ, ਅਤੇ ਉਸ ਤੋਂ ਬਾਅਦ ਕ੍ਰੀਏਟ ਯੂਰੋ ਅਕਾਊਂਟ 'ਤੇ ਕਲਿੱਕ ਕਰਨਾ। ਇਹ ਡਾਇਰੈਕਟ ਤੁਹਾਨੂੰ ਜਿਹੜਾ ਆ ਸੈਲਰ ਸੈਂਟਰ ਦੇ ਜਿਹੜਾ ਅਕਾਊਂਟ ਬਣਨ ਦੇ ਲਈ ਉਹਦੇ 'ਤੇ ਲੈ ਕੇ ਜਾਏਗਾ। ਜਿਵੇਂ ਕਿ ਹੁਣ ਤੁਹਾਡੇ ਸਾਹਮਣੇ ਆਪਸ਼ਨ ਓਪਨ ਹੋ ਗਈਆਂ, ਕੰਪਨੀ ਐਂਡ ਕੰਟੈਕਟ ਐਡਰੈਸ, ਮੋਬਾਈਲ ਨੰਬਰ, ਆਪਣਾ ਫੋਨ ਨੰਬਰ, ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ, ਆਈਡੈਂਟੀ ਇਨਫੋਰਮੇਸ਼ਨ, ਕੀ ਤੁਹਾਨੂੰ ਚਾਹੀਦਾ ਸੀ ਇਹ ਮੈਂ ਲਾਸਟ ਵੀਡੀਓ ਦੇ ਵਿੱਚ ਦੱਸ ਚੁੱਕਾ, ਉਹ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਕਿ ਤੁਹਾਨੂੰ ਕੀ ਚਾਹੀਦਾ ਜੇ ਤੁਸੀਂ ਆਪਣਾ ਇਸ 'ਤੇ ਅਕਾਊਂਟ ਬਣਾਉਣਾ। ਉਸ ਤੋਂ ਬਾਅਦ ਤੁਸੀਂ ਜਿਹੜੀ ਕੰਪਨੀ ਸਿਲੈਕਸ਼ਨ ਕਰਨੀ ਆ, ਜਿੱਥੇ ਵੀ ਤੁਸੀਂ ਕੰਟਰੀ ਰਹਿੰਦੇ ਆ ਉਹ ਵਾਲੀ ਕੰਟਰੀ ਦੀ ਸਿਲੈਕਸ਼ਨ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਬਿਜ਼ਨਸ ਹੈਗੀ ਆ ਕੋਈ ਵੀ ਕੰਪਨੀ ਫਾਰਮ, ਤਾਂ ਬਿਜ਼ਨਸ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਇਹ ਰਹਿਣ ਵੀ ਸਕਦੇ ਹੋ, ਦੇਖ ਸਕਦੇ ਹੋ ਇਹਦੇ ਵਿੱਚੋਂ ਜੇ ਤੁਹਾਡੇ ਕੋਲ ਕੋਈ ਕੰਪਨੀ ਹੈਗੀ ਆ। ਨੋਨ ਆਫ I am a single provider, ਜੇ ਤੁਹਾਡੀ ਕੋਈ ਕੰਪਨੀ ਹੈਗੀ ਆ ਤਾਂ ਕੰਪਨੀ ਤੁਸੀਂ ਰੱਖ ਸਕਦੇ ਹੋ। ਉਸ ਤੋਂ ਬਾਅਦ ਤੁਹਾਡਾ ਆਪਣਾ ਹੀ ਨਾਮ ਤੁਸੀਂ ਰੱਖ ਸਕਦੇ ਹੋ ਇਹਦੇ ਵਿੱਚ। ਇਹਦੇ ਨਾਲ ਕੀ ਹੋਏਗਾ, ਤੁਹਾਡਾ ਨਾਮ, ਤੁਹਾਡੀ ਡਿਟੇਲ ਪੂਰਾ ਤੁਸੀਂ ਇੱਥੇ ਦੇਖ ਸਕਦੇ ਹੋ। ਐਨ ਇੰਡੀਵਿਜੁਅਲ ਸੈਲਰ, ਜੇ ਤੁਸੀਂ 99 ਸੈਂਟ ਵਾਲਾ ਲੈਂਦੇ ਹਾਂ ਤਾਂ ਇਸ ਤਰ੍ਹਾਂ ਦਾ ਪੈਕ ਹੋਏਗਾ, ਉਹਦੇ ਵਿੱਚ ਪ੍ਰੋਫੈਸ਼ਨਲ ਕੰਟੈਂਟ ਨਹੀਂ ਹੋਏਗਾ। ਜੇ ਤੁਸੀਂ ਪ੍ਰੋਫੈਸ਼ਨਲ ਲੈਂਦੇ ਹੋ ਤਾਂ ਪ੍ਰੋਫੈਸ਼ਨਲ ਦੇ ਵਿੱਚ ਸਾਰਾ ਕੁਝ ਤੁਹਾਡਾ ਆ ਜਾਏਗਾ, ਤੁਸੀਂ ਜਿੱਥੇ ਰਹਿੰਦੇ ਹੋ, ਕੰਪਨੀ ਫਾਰਮ, ਉਸ ਤੋਂ ਬਾਅਦ ਤੁਹਾਡਾ ਨਾਮ, ਐਗਰੀ ਐਂਡ ਕੰਟੀਨਿਊ। ਇਹ ਤੁਹਾਡਾ ਅਕਾਊਂਟ ਬਣਾਉਣ ਦਾ ਜਿਹੜਾ ਸੈਟਅਪ ਸਟਾਰਟ ਹੋ ਰਿਹਾ। ਇਸ ਤਰ੍ਹਾਂ ਤੁਸੀਂ ਨਾਲ ਨਾਲ ਹੁਣ ਦੇਖਦੇ ਦੇਖਦੇ ਵੀਡੀਓ ਬਣਾ ਸਕਦੇ ਹਾਂ ਅਕਾਊਂਟ, ਜਾਂ ਫਿਰ ਜੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੈ ਫਿਰ ਹੀ ਬੈਠ ਕੇ ਜਿਹੜਾ ਇਹ ਆਪਣਾ ਪੂਰਾ ਕੋਰਸ ਜਿਹੜਾ ਇੱਕ ਵਾਰੀ ਦੇ ਵਿੱਚ ਕੰਪਲੀਟ ਕਰ ਲਿਓ। ਉਸ ਤੋਂ ਬਾਅਦ ਜਿਹੜਾ ਪਰਸਨਲ ਡਾਟੇ ਤੋਂ ਬਾਅਦ ਆਪਾਂ ਨੈਸ਼ਨੈਲਿਟੀ ਦੇਣੀ ਆ ਆਪਣੀ, ਕੰਟਰੀ ਜਿੱਥੇ ਦਾ ਤੁਹਾਡਾ ਬਰਥ ਆ, ਨੈਸ਼ਨੈਲਿਟੀ ਤੁਹਾਡੇ ਤੋਂ ਇੰਡੀਅਨ ਆ, ਪਾਕਿਸਤਾਨ ਆ, ਜਿੱਥੇ ਦੀ ਵੀ ਮਰਜ਼ੀ ਆ, ਰਹਿੰਦੇ ਤੁਸੀਂ ਜਿੱਥੇ ਮਰਜ਼ੀ ਹੋਵੇ, ਨੈਸ਼ਨਲ ਜਿੱਥੇ ਦਾ ਤੁਹਾਡੇ ਕੋਲ ਪਾਸ ਆ ਉਹ ਵਾਲਾ ਲਿਖਣਾ। ਉਸ ਤੋਂ ਬਾਅਦ ਡੇਟ ਆਫ ਬਰਥ ਤੁਹਾਡੀ ਹੋਣੀ ਆ, ਉਸ ਤੋਂ ਬਾਅਦ ਬਿਜ਼ਨਸ ਐਡਰੈਸ ਦੇ ਵਿੱਚ ਜਿਹੜਾ ਤੁਹਾਡਾ ਜਿੱਥੇ ਤੁਸੀਂ ਜਰਮਨ 'ਚ ਰਹਿੰਦੇ ਆ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਆ ਉੱਥੇ ਦਾ ਐਡਰੈਸ ਤੁਸੀਂ ਦੇਣਾ ਆ, ਠੀਕ ਆ ਜੀ। ਉਸ ਤੋਂ ਬਾਅਦ ਕਨਫਰਮ ਐਡਰੈਸ 'ਤੇ ਕਲਿੱਕ ਕਰਨਾ, ਅਤੇ SMS ਦੇ ਥਰੂ ਤੁਹਾਨੂੰ ਜਿਹੜਾ ਪਿੰਨ ਆਵੇ ਉਹਦੇ ਲਈ ਫੋਨ ਨੰਬਰ ਤੁਸੀਂ ਆਪਣੀ ਕੰਟਰੀ ਦਾ ਜਿਹੜਾ ਵੈਲਿਡ ਤੁਹਾਡੇ ਕੋਲ ਚੱਲਦਾ ਉਹ ਦੇਣਾ ਆ ਜਾਂ ਕਾਲ ਦੇ ਥਰੂ, ਅਤੇ ਉਸ ਤੋਂ ਬਾਅਦ ਵੈਰੀਫਿਕੇਸ਼ਨ ਜਿਹੜੀ ਲੈਂਗੁਏਜ ਆ ਤੁਸੀਂ ਉਹ ਵੀ ਚੇਂਜ ਕਰ ਸਕਦੇ ਹਾਂ, ਇੰਗਲਿਸ਼ ਦੇ ਵਿੱਚ ਆਵੇ, ਇਟਾਲੀਆ, ਜਪਾਨੀਸ, ਸਾਰੀਆਂ। ਅਤੇ ਉਸ ਤੋਂ ਬਾਅਦ ਤੁਸੀਂ ਸੈਂਡ ਐਂਡ SMS 'ਤੇ ਕਲਿੱਕ ਕਰ ਦੇਣਾ। ਮੈਂ ਹੁਣ ਇਹ ਫਿਲ ਕਰਾਂਗਾ, ਅਤੇ ਫਿਲ ਕਰਕੇ ਫਿਰ ਅਗਲੇ ਪੇਜ 'ਤੇ ਆਪਾਂ ਪਹੁੰਚਦੇ ਹਾਂ। ਜੋ ਵੀ ਤੁਸੀਂ ਫੋਨ ਨੰਬਰ ਦਿੱਤਾ ਸੀ ਉਹਦੇ 'ਤੇ ਤੁਹਾਨੂੰ OTP ਆਇਆ, OTP ਤੋਂ ਬਾਅਦ ਮੈਂ ਉਹਨੂੰ ਕਨਫਰਮ ਕੀਤਾ। ਕਨਫਰਮ ਕਰਕੇ ਤੁਸੀਂ ਦੇਖ ਸਕਦੇ ਹਾਂ ਗ੍ਰੀਨ ਹੋ ਗਿਆ ਪਹਿਲਾ ਨੰਬਰ, ਹੁਣ ਦੂਸਰਾ ਨੰਬਰ ਬਿੱਲ ਵਾਲੀ ਆਪਸ਼ਨ ਆ ਗਈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਵਰਲਡ ਵਾਈਡ ਸੈਲਿੰਗ ਕਰ ਸਕਦਾ ਮੈਂ, ਅਤੇ ਇਹਦੇ ਵਿੱਚ ਫਸਟ ਜਿਹੜੇ 6 ਮੰਥ ਦੀ ਯੂ ਵਿਲ ਵੀ ਚਾਰਜ ਸਬਸਕ੍ਰਿਪਸ਼ਨ ਫੀ ਜਿਹੜੀ ਆ 39 ਯੂਰੋ ਮੰਥਲੀ ਜਿਹੜੀ ਸੇਲਸ ਕੀਤੀ ਜਾਊਗੀ, ਕੱਟਿਆ ਜਾਊਗਾ ਪੈਸੇ, ਤੁਸੀਂ ਦੇਖ ਸਕਦੇ ਹਾਂ। ਹੁਣ ਇਹਦੇ ਵਿੱਚ ਤੁਹਾਨੂੰ 2 ਆਪਸ਼ਨ ਦਿੱਤੀਆਂ ਜਾਣੀਆਂ, ਤੁਹਾਡਾ ਜਿਹੜਾ ਆ ਕ੍ਰੈਡਿਟ ਕਾਰਡ ਲੱਗਣਾ, ਅਤੇ ਉਹਦੀ ਐਕਸਪਾਇਰੀ ਡੇਟ ਤੁਸੀਂ ਸ਼ੋ ਕਰਨੀ ਆ। ਉਸ ਤੋਂ ਬਾਅਦ ਤੁਹਾਡਾ ਨਾਮ, ਜੇ ਤੁਹਾਡੇ ਨਾਮ 'ਤੇ ਆ ਤੁਹਾਡੇ ਨਾਮ ਦਾ ਹੀ ਕ੍ਰੈਡਿਟ ਕਾਰਡ ਹੋਣਾ ਚਾਹੀਦਾ। ਇਹ ਵੀਡੀਓ ਤੁਸੀਂ ਲਾਸਟ ਮੇਰੀ ਦੇਖ ਸਕਦੇ ਹੋ। ਉਸ ਤੋਂ ਬਾਅਦ ਬਿਲਿੰਗ ਐਡਰੈਸ, ਜਿੱਥੇ ਵੀ ਤੁਸੀਂ ਰਹਿੰਦੇ ਆ ਉਹ ਵਾਲਾ ਐਡਰੈਸ ਤੁਹਾਡੀ ਕੰਟਰੀ ਦਾ ਹੋਣਾ ਚਾਹੀਦਾ। ਤੁਸੀਂ ਦੇਖ ਸਕਦੇ ਆ ਇਹਦੇ ਵਿੱਚ 2 ਜਿਹੜੇ ਆ ਗ੍ਰੀਨ ਹੋ ਚੁੱਕੇ ਨੇ, ਪਹਿਲਾ ਅਤੇ ਦੂਸਰਾ। ਉਸ ਤੋਂ ਬਾਅਦ ਸ਼ੌਪ, ਹੁਣ ਤੁਸੀਂ ਆਪਣੀ ਸ਼ੌਪ ਦਾ ਨੇਮ ਰੱਖਣਾ। ਉਸ ਤੋਂ ਬਾਅਦ ਹੈਗਾ ਡੂ ਯੂ ਹੈਵ ਯੂਨੀਵਰਸਲ, ਜਿਹੜੇ UPC ਕੋਡ ਹੁੰਦੇ ਆ ਉਹ ਤੁਹਾਡੇ ਕੋਲ ਪੂਰੇ ਪ੍ਰੋਡਕਟ ਦੇ ਹੈਗੇ ਆ ਜਾਂ ਨਹੀਂ, ਇਹ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਕਿਸ ਤਰ੍ਹਾਂ ਪ੍ਰੋਡਕਟ ਬਾਏ ਕਰਨੇ ਆ। ਜੇ ਤਾਂ ਤੁਸੀਂ ਕਿਤਿਓਂ ਬਾਏ ਕਰਕੇ ਜਿਨ੍ਹਾਂ 'ਤੇ UPC ਕੋਡ ਲੱਗਾ ਹੋਇਆ ਫਿਰ ਅੱਗੇ ਸੈੱਲ ਕਰਨੇ ਆ ਫਿਰ ਤੁਸੀਂ ਯੈਸ ਕਰ ਸਕਦੇ ਆ। ਜੇ ਤੁਹਾਡੇ ਕੋਲ UPC ਕੋਡ ਨਹੀਂ ਹੈਗੇ, ਤੁਸੀਂ ਹਲੇ ਬਾਏ ਕਰਨੇ ਆ, ਫਿਰ ਤੁਸੀਂ ਨੋ ਕਰ ਸਕਦੇ ਆ। ਮੇਰੇ ਹਿਸਾਬ ਨਾਲ ਯੈਸ ਕਰਾਂਗੇ ਮੈਂ ਤਾਂ। ਅਤੇ ਉਸ ਤੋਂ ਬਾਅਦ ਜਿਹੜਾ ਮੈਨੂਫੈਕਚਰਿੰਗ ਟ੍ਰੇਡਮਾਰਕ, ਜੇ ਤੁਹਾਡੇ ਕੋਲ ਆਪਣਾ ਬ੍ਰਾਂਡ ਹੈਗਾ
ਤੇ ਉਹ ਤੁਸੀਂ ਸੈਲ ਕਰਨਾ ਚਾਹੁੰਦੇ ਆ ਜਾਂ ਸਨਮਾਊਥ ਸਟੈਮ ਕਰਨਾ ਚਾਹੁੰਦੇ ਆ ਜਾਂ ਨੋ ਤੇ ਕੁਛ ਵੀ ਤੁਸੀਂ ਇਹਦੇ 'ਚ ਲਿਖ ਸਕਦੇ ਆ, ਤੁਹਾਡੇ 'ਤੇ ਡਿਪੈਂਡ ਆ। ਜੇ ਤੁਸੀਂ ਪ੍ਰੋਡਕਟ ਸਿੰਪਲ ਹੀ ਸੈਲ ਕਰਨੇ ਆ ਤਾਂ ਨੋ ਹੋਊਗਾ, ਜੇ ਤੁਹਾਡਾ ਕੋਈ ਬ੍ਰਾਂਡ ਨਹੀਂ ਹੈਗਾ ਸਿੱਧਾ ਹੀ ਕਰਨੇ ਆ। ਤੇ ਉਸ ਤੋਂ ਬਾਅਦ ਸ਼ੌਪ ਦਾ ਨੇਮ ਤੁਸੀਂ ਜੋ ਮਰਜ਼ੀ ਰੱਖ ਸਕਦੇ ਆ, ਤੁਹਾਡੇ 'ਤੇ ਡਿਪੈਂਡ ਆ। ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਆਪਣਾ ਜਦੋਂ ਨਾਮ ਰੱਖ ਲਿਆ, UPC ਕੋਡ ਸਿਲੈਕਟ ਕਰ ਲਏ ਅਤੇ ਮੈਨੂਫੈਕਚਰ ਦੇ ਵਿੱਚ ਤੁਸੀਂ ਨੋ ਕਰ ਦਿੱਤਾ ਅਤੇ ਫਰਦਰ 'ਤੇ ਕਲਿੱਕ ਕੀਤਾ, ਤੁਹਾਡੇ ਸਾਹਮਣੇ ਇਸ ਤਰ੍ਹਾਂ ਆਈਡੈਂਟੀਫਿਕੇਸ਼ਨ ਦੇ ਲਈ ਪੂਰਾ ਪ੍ਰੋਸੈਸ ਓਪਨ ਹੋਏਗਾ। ਇਹਦੇ ਵਿੱਚ ਤੁਹਾਡਾ ਕੀ ਹੋਏਗਾ, ਨੇਮ ਹੋਏਗਾ, ਡੇਟ ਆਫ ਬਰਥ, ਕੰਟਰੀ, ਨੈਸ਼ਨੈਲਿਟੀ, ਆਈਡੈਂਟੀ ਡਾਟਾ, ਤੁਸੀਂ ਜਿਹੜਾ ਵੀ ਆਪਣਾ ਡਾਟਾ ਦਿੱਤਾ ਹੋਇਆ, ਅਤੇ ਉਸ ਤੋਂ ਬਾਅਦ ਆਈਡੈਂਟੀ ਡਾਕੂਮੈਂਟ ਤੁਸੀਂ ਅਪਲੋਡ ਕਰਨਾ, ਪਾਸਪੋਰਟ ਕਰਨਾ ਇਹਦੇ 'ਤੇ ਅਪਲੋਡ, ਉਹ ਤੁਸੀਂ ਆਪਣੇ ਲੈਪਟੋਪ ਦੇ ਵਿੱਚ ਉਹਦੀ ਫੋਟੋ ਰੱਖ ਸਕਦੇ ਹਾਂ। ਉਸ ਤੋਂ ਬਾਅਦ ਤੁਹਾਡਾ ਬਿਜ਼ਨਸ ਐਡਰੈਸ, ਅਡੀਸ਼ਨਲ ਡਾਕੂਮੈਂਟ ਦੇ ਵਿੱਚ ਜਿਵੇਂ ਕਿ ਮੈਂ ਦੱਸ ਕੇ ਹਟਿਆ ਪਹਿਲਾਂ ਵੀ, ਬੈਂਕ ਸਟੇਟਮੈਂਟਸ ਜਾਂ ਤੁਹਾਡੇ ਕੋਲ ਜਿਹੜੀਆਂ ਜੇ ਕ੍ਰੈਡਿਟ ਕਾਰਡ ਦੀਆਂ ਸਟੇਟਮੈਂਟਸ ਹੈਗੀਆਂ ਉਹ ਤੁਸੀਂ ਅਪਲੋਡ ਕਰ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਤੁਹਾਨੂੰ ਦੋਨੇ ਡਾਕੂਮੈਂਟ ਆਈਡੈਂਟੀਫਾਈ ਦੇ ਲਈ, ਜਿਹੜੇ ਅਡੀਸ਼ਨਲ ਵੀ ਤੁਸੀਂ ਜਿਹੜੀ ਕਿ ਬੈਂਕ ਸਟੇਟਮੈਂਟ ਆਈਡੈਂਟੀਫਾਈ ਦੇ ਲਈ ਡਾਕੂਮੈਂਟ, ਪਾਸਪੋਰਟ ਜਦੋਂ ਅਪਲੋਡ ਹੋ ਗਿਆ, ਉਸ ਤੋਂ ਬਾਅਦ ਡਿਸਪੈਚ 'ਤੇ ਤੁਸੀਂ ਕਲਿੱਕ ਕਰਨਾ। ਇਹ ਤੁਹਾਨੂੰ ਲੈ ਕੇ ਜਾਏਗਾ ਆਪਣੇ ਲਾਸਟ ਸਟੈਪ ਦੇ ਉੱਤੇ, ਜਿਹਦੇ ਵਿੱਚ ਤੁਸੀਂ ਆਪਣੀ ਕੋਈ ਵੀ ਜਿਹੜੀ ਵੈਰੀਫਿਕੇਸ਼ਨ ਕੀਤੀ ਹੋਈ ਆ ਉਹ ਤੁਹਾਨੂੰ ਦੱਸੇਗਾ ਕਿ ਪੂਰਾ ਪ੍ਰੋਸੈਸ ਤੁਹਾਡਾ ਸਹੀ ਆ ਜਾਂ ਨਹੀਂ ਸਹੀ ਆ। ਇਸ ਤਰ੍ਹਾਂ ਤੁਹਾਡਾ ਜਿਹੜਾ ਅਕਾਊਂਟ ਇਹ ਓਪਨ ਹੋਏਗਾ, ਕੁਝ ਟਾਈਮ ਲੱਗੇਗਾ ਉਹਦੇ ਵਿੱਚ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹਾਂ ਤੁਹਾਡੇ ਸਾਹਮਣੇ ਇਹ ਅਕਾਊਂਟ ਓਪਨ ਹੋ ਰਿਹਾ, ਪਰ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਆ ਉਹਦੇ ਲਈ ਵੈਰੀਫਿਕੇਸ਼ਨ ਜਿਹੜੀ ਹੋਏਗੀ ਤੁਸੀਂ ਦੇਖ ਸਕਦੇ ਹਾਂ ਹੁਣ। ਜਿਵੇਂ ਕਿ ਮੈਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਵੈਰੀਫਿਕੇਸ਼ਨ ਦੇ ਲਈ, ਪ੍ਰੋਸੈਸ ਦੇ ਲਈ ਜਿਹੜੀ ਆ ਇਹ ਆਉਂਦੀ ਆ, ਵੀਡੀਓ ਕਾਲ ਆਉਂਦੀ ਆ, ਤੁਸੀਂ ਦੇਖ ਸਕਦੇ ਹਾਂ ਬਾਇਆ ਲਾਈਵ ਵੀਡੀਓ ਕਾਲ, ਜਾਂ ਤੁਸੀਂ ਵੈਰੀਫਿਕੇਸ਼ਨ ਐਟ ਲੋਕੇਸ਼ਨ ਜਿੱਥੇ ਵੀ ਤੁਸੀਂ ਕਰੰਟਲੀ ਨੋਟ ਅਵੇਲੇਬਲ, ਜੇ ਤੁਹਾਡੇ ਕੋਲ ਹੈਗੀ ਆ ਇਹ ਦੋਨੇ ਬਲੋਗਡ ਆ, ਤੁਸੀਂ ਜਿਹੜੀ ਆ ਵੀਡੀਓ ਕਾਲ ਦੇ ਥਰੂ ਹੀ ਵੈਰੀਫਿਕੇਸ਼ਨ ਪ੍ਰੋਸੈਸ ਆਪਣਾ ਕਰ ਸਕਦੇ ਹਾਂ। ਵੈਰੀਫਾਈ ਐਡਰੈਸ ਕਰਨਾ ਤੁਸੀਂ ਪੋਸਟ ਕਾਰਡ ਦੇ ਥਰੂ ਜਾਂ ਯੂਨੀਕ ਪੋਸਟ ਕੋਡ ਤੁਹਾਨੂੰ ਮਿਲੇਗਾ, ਅਤੇ ਇਹਦੇ 'ਤੇ ਤੁਸੀਂ ਕਲਿੱਕ ਕਰਨਾ। ਅਤੇ ਇਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹਾਂ ਜਿਹੜਾ ਉਹਨਾਂ ਦਾ ਥੈਂਕ ਯੂ ਵਾਲਾ ਮੈਸੇਜ ਆ ਚੁੱਕਾ ਕਿ ਤੁਹਾਡੀ ਵੀਡੀਓ ਅਪੁਆਇੰਟਮੈਂਟ ਜਿਹੜੀ ਆ ਉਹ ਹੋ ਚੁੱਕੀ ਆ, ਅਤੇ ਉੱਦਣ ਨੂੰ ਜਿੱਦਣ ਟਾਈਮ ਹੋਏਗਾ ਉੱਦਣ ਤੁਸੀਂ ਇੱਥੇ ਆ ਕੇ ਜੁਆਇਨ ਕਾਲ ਕਰ ਲੈਣੀ ਆ, ਅਤੇ ਇਹਨਾਂ ਨੂੰ ਜਿੱਦਣ ਦਾ ਵੀ ਤੁਸੀਂ ਟਾਈਮ ਦਿਓਗੇ ਜਾਂ ਤੁਸੀਂ ਆਪਣੀ ਜਦੋਂ ਵੀ ਆਪਣੀ ਕਹਿ ਸਕਦੇ ਹਾਂ ਡੇਟ ਸੈੱਟ ਕਰੋਗੇ, ਉਸ ਤੋਂ ਬਾਅਦ ਜਦੋਂ ਇਹ ਪੇਜ ਤੁਸੀਂ ਓਪਨ ਕਰੋਗੇ, ਐਮਾਜ਼ੋਨ ਸੈਲਰ ਸੈਂਟਰਲ ਦਾ ਆਪਣਾ ਅਕਾਊਂਟ ਓਪਨ ਕਰੋਗੇ, ਡਾਇਰੈਕਟ ਤੁਹਾਨੂੰ ਆਹ ਵਾਲੇ ਪ੍ਰੋਸੈਸ 'ਤੇ ਲੈ ਕੇ ਜਾਏਗਾ। ਉਸ ਤੋਂ ਬਾਅਦ ਜੁਆਇਨ ਆ ਵੀਡੀਓ ਕਾਲ, ਅਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕਾਲ ਕਰਕੇ ਜਦੋਂ ਤੁਹਾਡਾ ਪੂਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ, ਅਤੇ ਉਸ ਤੋਂ ਬਾਅਦ ਤੁਹਾਡਾ ਰਿਵਿਊ ਮਤਲਬ ਕਿ ਤੁਹਾਡਾ ਅਕਾਊਂਟ ਓਪਨ ਹੋ ਜਾਏਗਾ। ਅਤੇ ਇਸ ਤਰ੍ਹਾਂ ਤੁਸੀਂ ਆਪਣਾ ਅਕਾਊਂਟ ਓਪਨ ਕਰ ਸਕਦੇ ਹਾਂ। ਜਦੋਂ ਤੁਹਾਡੀ ਐਮਾਜ਼ੋਨ ਦੇ ਨਾਲ ਵੀਡੀਓ ਕਾਲ ਹੋ ਜਾਂਦੀ ਆ, ਸਾਰਾ ਕੁਝ ਹੋ ਜਾਂਦਾ, ਉਸ ਦੇ ਵਿੱਚ ਜ਼ਿਆਦਾ ਕੁਛ ਨਹੀਂ ਪੁੱਛਦੇ, ਸਿਰਫ ਉਸ ਦੇ ਵਿੱਚ ਤੁਹਾਡਾ ਨਾਮ ਪੁੱਛਿਆ ਜਾਂਦਾ, ਤੁਹਾਡੀ ਵੀਡੀਓ ਰਿਕਾਰਡਿੰਗ ਕਰਨ ਦੇ ਲਈ ਪੁੱਛਿਆ ਜਾਂਦਾ ਕਿ ਤੁਸੀਂ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਉਹ ਰਿਕਾਰਡ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਅਤੇ ਤੀਸਰਾ ਤੁਹਾਡਾ ਪਾਸਪੋਰਟ ਦੇਖਿਆ ਜਾਂਦਾ, ਉਹਦੀਆਂ ਸਾਰੀਆਂ ਸਾਈਡਸ, ਫਰੰਟ, ਬੈਕ, ਜਿੱਥੇ ਤੁਹਾਡਾ ਵੀਜ਼ਾ ਲੱਗਾ, ਜਿੱਥੇ ਤੁਹਾਡਾ ਨੇਮ ਆ, ਉਹ ਵਾਲੀਆਂ ਚੀਜ਼ਾਂ ਦੇਖੀਆਂ ਜਾਂਦੀਆਂ, ਜ਼ਿਆਦਾ ਕੁਛ ਨਹੀਂ। ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਸੈਲਰ ਸੈਂਟਰ 'ਤੇ ਆਉਂਦੇ ਆ, ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੱਕ ਆਪਸ਼ਨ ਆਉਂਦਾ ਕਿ ਤੁਸੀਂ ਇਹ ਹੁਣ ਜਰਮਨ ਦੇ ਵਿੱਚ ਲੈਂਗੁਏਜ ਆ, ਪਰ ਮੇ ਬੀ ਤੁਹਾਨੂੰ ਸਮਝ ਲੱਗ ਜਾਏਗੀ ਕਿ ਜਿਹੜਾ ਵੀ ਤੁਸੀਂ ਕ੍ਰੈਡਿਟ ਕਾਰਡ ਦਿੱਤਾ ਉਹਨੂੰ ਉਹਨਾਂ ਨੇ ਜਿਹੜਾ ਚੈੱਕ ਕਰਨਾ ਕਿ ਤੁਹਾਡਾ ਕ੍ਰੈਡਿਟ ਕਾਰਡ ਵੈਲਿਡ ਵੀ ਹੈ, ਅਤੇ ਉਹਦੇ ਲਈ ਇੱਥੇ ਲਿਖਿਆ ਹੋਇਆ ਉਬਾ ਪ੍ਰੂਫਿੰਗ ਮਤਲਬ ਕਿ ਚੈਕਿੰਗ, ਤੁਸੀਂ ਇੱਥੇ ਕਲਿੱਕ ਕਰਨਾ, ਤੁਹਾਡੇ ਵੀ ਇਹੀ ਸੇਮ ਆਪਸ਼ਨ ਆਏਗੀ। ਉਸ ਤੋਂ ਬਾਅਦ ਜਿਹੜੀ ਵੀ ਤੁਸੀਂ ਤੁਹਾਡੀ ਵੈਬਸਾਈਟ ਹੈਗੀ ਆ, ਮਤਲਬ ਕਿ ਜਰਮਨ ਦੇ ਲਈ ਮੈਂ amazon.de ਕਰ ਲਈ ਆ, ਅਤੇ ਜੇ ਮੈਂ ਹੁਣ ਹੋਰ ਕਿਤੇ ਵੇਚਣਾ ਚਾਹੁੰਦਾ ਹਾਂ, ਜਿਵੇਂ ਕਿ ਮੈਂ UK 'ਚ ਵੇਚਣਾ ਚਾਹੁੰਦਾ ਜਾਂ ਹੋਰ ਸਪੇਨ ਦੇ ਵਿੱਚ ਜਾਂ ਇਟਾਲੀਆ ਦੇ ਵਿੱਚ, ਉਹ ਵਾਲੀ ਮੈਂ ਸਿਲੈਕਟ ਕਰਕੇ ਉਸ ਤੋਂ ਬਾਅਦ ਉਬਾ ਪ੍ਰੂਫਿੰਗ 'ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਕੀ ਹੋਏਗਾ, ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਆ ਉਹਦਾ, ਤੁਹਾਡੇ ਕੋਲ ਕੋਈ ਵੀ ਐਪ ਹੋ ਸਕਦਾ ਜਾਂ ਕੁਛ ਕਿਸੇ ਤਰ੍ਹਾਂ ਵੀ ਤੁਸੀਂ ਔਨਲਾਈਨ ਜਿਹੜਾ ਔਡਰ ਕਰਦੇ ਆ, ਅਤੇ ਉਹਦੇ ਲਈ ਤੁਸੀਂ ਇਹਦੇ 'ਤੇ ਕਲਿੱਕ ਕਰੋਗੇ, ਤੁਹਾਡੇ ਕੋਲ ਤੁਹਾਡੇ ਫੋਨ ਦੇ ਉੱਤੇ, ਮੈਂ ਉਹ ਵੀਡੀਓ ਉਹ ਵੀ ਨਾਲ ਨਾਲ ਬਣਾ ਲੈਣਾ, ਫੋਨ ਦੇ ਉੱਤੇ ਤੁਹਾਨੂੰ ਜਿਹੜਾ ਉਹ ਸ਼ੋ ਹੋਏਗਾ ਕਿ ਤੁਸੀਂ 1 ਯੂਰੋ ਸਿਰਫ ਤੁਹਾਡੇ ਅਕਾਊਂਟ 'ਚੋਂ ਕੱਟ ਹੋਣਾ, ਉਹ ਕੱਟ ਹੋ ਜਾਵੇ, ਅਤੇ ਉਹਦੇ ਨਾਲ ਤੁਹਾਡੀ ਜਿਹੜੀ ਆ ਇੱਥੇ ਵੈਰੀਫਿਕੇਸ਼ਨ ਹੋ ਜਾਣੀ ਹੈ, ਅਤੇ ਤੁਹਾਡਾ ਕ੍ਰੈਡਿਟ ਕਾਰਡ ਜਿਹੜਾ ਉਹ ਐਕਟੀਵੇਟ ਹੋ ਜਾਣਾ। ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਇੱਥੇ ਲਿਖਿਆ ਹੋਇਆ ਇਹਨਾਂ ਨੇ, ਮੈਂ ਇਹਦੇ ਵਿੱਚ ਇੰਗਲਿਸ਼ 'ਚ ਇੱਥੋਂ ਕਰਕੇ ਦਿਖਾ ਦਿੰਦਾ ਤੁਹਾਨੂੰ। ਹੁਣ ਤੁਸੀਂ ਦੇਖ ਸਕਦੇ ਹਾਂ ਮੇਰੀ ਵੈਰੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਆ, ਕਿਉਂਕਿ ਮੈਂ ਸ਼ੁਰੂ ਤੋਂ ਪੂਰਾ ਤੁਹਾਨੂੰ ਦਿਖਾ ਲਿਆ ਬਣਾ ਕੇ ਕਿ ਕਿਸ ਤਰ੍ਹਾਂ ਤੁਸੀਂ ਅਕਾਊਂਟ ਬਣਾ ਸਕਦੇ ਹਾਂ। ਕੋਈ ਵੀ ਇਹਦੇ ਵਿੱਚ ਮੈਂ ਹਾਈਡ ਵਾਲੀ ਆਪਸ਼ਨ ਨਹੀਂ ਰੱਖੀ ਜਿਸ ਦੇ ਨਾਲ ਤੁਹਾਨੂੰ ਕੁਛ ਨਾ ਪਤਾ ਲੱਗੇ। ਅਤੇ ਜਿਹੜਾ ਕ੍ਰੈਡਿਟ ਕਾਰਡ ਦੀ ਵੈਰੀਫਿਕੇਸ਼ਨ ਦੇ ਲਈ ਆ, ਉਹਨਾਂ ਨੇ ਲਿਖਿਆ ਹੋਇਆ ਘੱਟੋ ਘੱਟ ਟੈਂਪਰੇਰੀ 1 ਯੂਰੋ ਜਿਹੜਾ ਤੁਹਾਡਾ ਚਾਰਜ ਹੋਣਾ ਆ ਉਹਦੇ ਵਿੱਚੋਂ ਅਕਾਊਂਟ 'ਚੋਂ ਕੱਟ ਹੋਣਾ ਆ, ਅਤੇ ਤੁਸੀਂ ਆਪਣੇ ਆਪ ਨੂੰ ਵੈਰੀਫਾਈ ਕਰ ਸਕਦੇ ਹਾਂ ਇਸ ਤਰ੍ਹਾਂ। ਇਸ ਸਟੈਪ ਦੇ ਵਿੱਚ ਗੱਲ ਕਰਾਂਗੇ ਕਿ ਸਭ ਤੋਂ ਬੈਸਟ
ਤੇ ਸਭ ਤੋਂ ਜ਼ਿਆਦਾ ਕੈਟਾਗਰੀਜ਼ ਪ੍ਰੋਡਕਟ ਦੀਆਂ ਕਿਹੜੀਆਂ ਨੇ ਜੋ ਕਿ ਐਮਾਜ਼ੋਨ ਦੇ ਉੱਤੇ ਵਿਕਦੀਆਂ ਨੇ। ਇਹ ਮੇਰੇ ਹਿਸਾਬ ਦੇ ਨਾਲ ਮੈਂ ਕੈਟਾਗਰੀਜ਼ ਦੱਸੀਆਂ ਨੇ, ਤੁਸੀਂ ਆਪਣੀਆਂ ਕੋਈ ਵੀ ਚੂਜ਼ ਕਰ ਸਕਦੇ ਹਾਂ, ਕੋਈ ਵੀ ਪ੍ਰੋਡਕਟ ਜਿਹੜਾ ਟ੍ਰੈਂਡਿੰਗ ਦੇ ਵਿੱਚ ਹੋਵੇ ਉਸ ਨੂੰ ਬਾਏ ਕਰਕੇ ਅੱਗੇ ਸੈੱਲ ਕਰ ਸਕਦੇ ਹਾਂ। ਅਤੇ ਇਸ ਦੇ ਵਿੱਚ ਨਾਲ ਹੀ ਹੋਏਗਾ ਕਿ ਕਿਹੜੇ ਉਹ ਟੂਲਸ ਨੇ ਜਾਂ ਫਾਈਂਡਰ ਨੇ ਜਿਹੜੇ ਐਮਾਜ਼ੋਨ ਦੇ ਪ੍ਰੋਡਕਟ ਫਾਈਂਡ ਕਰਨ ਦੇ ਲਈ ਯੂਜ਼ ਹੁੰਦੇ ਨੇ, ਫ੍ਰੀ ਵੀ ਨੇ ਅਤੇ ਕੁਝ ਪੈਸੇ ਦੇ ਕੇ ਵੀ ਲਏ ਜਾ ਸਕਦੇ ਨੇ। ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਵੀ ਪ੍ਰੋਡਕਟ ਬਾਏ ਕਰੋ, ਪ੍ਰੋਡਕਟ ਦੇ ਬਾਰੇ ਵਿੱਚ ਆਪ ਰਿਸਰਚ ਜ਼ਰੂਰ ਕਰਿਓ, ਤਾਂ ਹੀ ਤੁਹਾਨੂੰ ਕੋਈ ਪ੍ਰੋਫਿਟ ਹੋਏਗਾ। ਜੇ ਤੁਸੀਂ ਵੈਸੇ ਬਿਨਾਂ ਕਿਸੇ ਰਿਸਰਚ ਤੋਂ ਪ੍ਰੋਡਕਟ ਬਾਏ ਕਰਕੇ ਅੱਗੇ ਸੈੱਲ ਕਰੋਗੇ ਤਾਂ ਹੋ ਸਕਦਾ ਤੁਹਾਡੇ ਪੈਸੇ ਖਰਾਬ ਹੋਣ। ਮੈਂ ਇਹ ਚੀਜ਼ਾਂ ਦੀ ਆਪ ਐਕਸਪੀਰੀਅੰਸ ਕੀਤੇ ਹੋਏ ਨੇ, ਇਸ ਕਰਕੇ ਤੁਹਾਨੂੰ ਪਹਿਲਾਂ ਤੋਂ ਕਹਿੰਦਾ ਆਪਣੇ ਪ੍ਰੋਡਕਟ ਦੀ ਪੂਰੀ ਰਿਸਰਚ ਕਰਿਓ, ਫਿਰ ਕਿਤਿਓਂ ਬਾਏ ਕਰਿਓ, ਫਿਰ ਹੀ ਐਮਾਜ਼ੋਨ 'ਤੇ ਸੈੱਲ ਕਰਨੇ ਸ਼ੁਰੂ ਕਰਿਓ। ਅਤੇ ਚੱਲਦੇ ਹਾਂ ਮੇਰੇ ਨਾਲ ਲੈਪਟੋਪ ਦੀ ਸਕਰੀਨ 'ਤੇ ਫਿਰ ਤੋਂ। ਇਸ ਸਟੈਪ ਦੇ ਵਿੱਚ ਕਿਹੜੀਆਂ ਐਮਾਜ਼ੋਨ ਦੇ ਲਈ ਬੈਸਟ ਕੈਟਾਗਰੀਜ਼ ਨੇ ਪ੍ਰੋਡਕਟ ਵੇਚਣ ਦੇ ਲਈ, ਕਿਹੜੇ ਬੈਸਟ ਪ੍ਰੋਡਕਟ ਫਾਈਂਡਰ ਨੇ ਜਾਂ ਟੂਲਸ ਨੇ। ਪਹਿਲੇ ਨੰਬਰ 'ਤੇ ਕੈਟਾਗਰੀਜ਼ ਹੈਗੀਆਂ ਜਿਹੜੀਆਂ ਗਾਰਡਨ ਐਂਡ ਹੋਮਸ ਦੇ ਰਿਲੇਟਡ, ਜਿਹੜੇ ਕਿ ਹੋਮ ਕਿਚਨ ਦੇ ਰਿਲੇਟਡ ਪ੍ਰੋਡਕਟ ਹੁੰਦੇ ਆ ਉਹ ਬਹੁਤ ਜ਼ਿਆਦਾ ਸੇਲ ਹੁੰਦੇ ਆ। ਪੈਟ ਪ੍ਰੋਡਕਟਸ ਬਹੁਤ ਜ਼ਿਆਦਾ ਸੈੱਲ ਹੁੰਦੇ ਆ। ਸਪੋਰਟ ਐਂਡ ਜਿਮ ਦੇ ਪ੍ਰੋਡਕਟ ਬਹੁਤ ਜ਼ਿਆਦਾ ਜਿਹੜੇ ਸੈੱਲ ਹੁੰਦੇ ਆ। ਪ੍ਰੋਡਕਟ ਦੀ ਕੈਟਾਗਰੀ ਤੁਸੀਂ ਕੋਈ ਵੀ ਫਾਈਂਡ ਕਰ ਸਕਦੇ ਆ, ਇਹ ਸਿਰਫ ਜਿਹੜੀਆਂ ਜ਼ਿਆਦਾਤਰ ਐਮਾਜ਼ੋਨ ਦੇ ਉੱਤੇ ਸੈਲਿੰਗ ਹੁੰਦੀ ਆ ਉਹ ਕੈਟਾਗਰੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੁਸੀਂ ਹੋਰ ਕੋਈ ਪ੍ਰੋਡਕਟ ਵੀ ਹਮੇਸ਼ਾ ਸੈੱਲ ਕਰ ਸਕਦੇ ਆ, ਵਧੀਆ ਪ੍ਰੋਡਕਟ ਫਾਈਂਡ ਕਰਨਾ ਤੁਹਾਡੀ ਸੈਲਿੰਗ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਟੋਇਜ਼ ਪ੍ਰੋਡਕਟਸ ਜਿਹੜੇ ਬੇਬੀਜ਼ ਦੇ ਹੁੰਦੇ ਆ, ਬੇਬੀ ਪ੍ਰੋਡਕਟਸ, ਇਹਦੇ ਵਿੱਚ ਕੱਪੜੇ ਵੀ ਆਉਂਦੇ ਆ, ਟੋਇਜ਼ ਵੀ ਆਉਂਦੇ ਆ, ਬਾਕੀ ਸਾਰਾ ਕੁਛ ਵੀ ਬੇਬੀਜ਼ ਦਾ। ਉਸ ਤੋਂ ਬਾਅਦ 6ਵੇਂ ਨੰਬਰ 'ਤੇ ਮੇਰੇ ਹਿਸਾਬ ਦੇ ਨਾਲ ਬਿਊਟੀ ਪ੍ਰੋਡਕਟਸ ਆਉਂਦੇ ਆ, ਜਿਹੜੇ ਕੁੜੀਆਂ ਦੇ ਲਈ ਹੁੰਦੇ ਆ ਜਾਂ ਮੁੰਡਿਆਂ ਦੇ ਲਈ ਵੀ ਹੁੰਦੇ ਆ। ਇਹ ਪ੍ਰੋਡਕਟਸ ਜਿਹੜੇ 6 ਕੈਟਾਗਰੀਜ਼ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੇ ਪ੍ਰੋਡਕਟਸ ਬਹੁਤ ਜ਼ਿਆਦਾ ਸੈੱਲ ਹੁੰਦੇ ਆ ਜਾਂ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ ਹਮੇਸ਼ਾ ਐਮਾਜ਼ੋਨ ਦੇ ਉੱਤੇ। ਪਰ ਤੁਸੀਂ ਇਸ ਤੋਂ ਇਲਾਵਾ ਵੀ ਹੋਰ ਜਿਹੜੀਆਂ ਕੈਟਾਗਰੀਜ਼ ਫਾਈਂਡ ਕਰ ਸਕਦੇ ਹੋ। ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਪ੍ਰੋਡਕਟ ਫਾਈਂਡ ਕਰਕੇ ਵੇਚਣਾ ਸ਼ੁਰੂ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਐਮਾਜ਼ੋਨ ਦਾ ਪ੍ਰੋਡਕਟ ਫਾਈਂਡਰ, ਐਮਾਜ਼ੋਨ ਪ੍ਰੋਡਕਟ ਫਾਈਂਡਰ 'ਤੇ ਜਦੋਂ ਜਾਂਦੇ ਹਾਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਕਿਹੜੇ ਕਿਹੜੇ ਪ੍ਰੋਡਕਟ ਸਾਨੂੰ ਫਾਈਂਡ ਕਰਨ ਦੇ ਲਈ ਜਿਹੜੇ ਟਰੈਕਰ ਮਿਲਦੇ ਨੇ ਜਾਂ ਸਾਨੂੰ ਜਿਹੜੇ ਫਾਈਂਡਰ ਜਾਂ ਟੂਲਸ ਮਿਲਦੇ ਨੇ ਉਹ ਕਿਵੇਂ ਕੰਮ ਕਰਦੇ ਨੇ ਜਾਂ ਉਹਨਾਂ ਦਾ ਕੀ ਸਿਸਟਮ ਹੁੰਦਾ ਜਾਂ ਕਿੰਨੇ ਪ੍ਰਾਈਸ 'ਤੇ ਨੇ ਉਹ, ਜਾਂ ਫਿਰ ਜੇ ਤੁਸੀਂ ਐਮਾਜ਼ੋਨ FBA ਦਾ ਕੰਮ ਕਰਨਾ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਕਿਹੜਾ ਪ੍ਰੋਡਕਟ ਤੁਸੀਂ ਸੈੱਲ ਕਰਨਾ। ਤੁਸੀਂ ਪਹਿਲਾਂ ਕੋਈ ਪ੍ਰੋਡਕਟ ਬਾਏ ਕਰਕੇ ਬਾਅਦ ਦੇ ਵਿੱਚ ਇਹ ਚੀਜ਼ਾਂ ਸੋਚੋ, ਮੈਨੂੰ ਲੱਗਦਾ ਇਹ ਵਧੀਆ ਤਰੀਕਾ ਨਹੀਂ ਆ। ਤੁਹਾਨੂੰ ਪਹਿਲਾਂ ਪ੍ਰੋਡਕਟ ਰਿਸਰਚ ਕਰਨਾ ਚਾਹੀਦਾ, ਉਸ ਤੋਂ ਬਾਅਦ ਹੀ ਐਮਾਜ਼ੋਨ ਦੇ ਉੱਤੇ ਪ੍ਰੋਡਕਟ ਸੈੱਲ ਕਰਨੇ ਚਾਹੀਦੇ ਆ ਜਾਂ ਆਪਣੇ ਆਰਡਰ ਕਰਨੇ ਚਾਹੀਦੇ ਆ। ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਟੂਲ ਹੈਗਾ ਉਹ ਹੈਗਾ ਮੈਂ ਦੱਸਿਆ ਕੀਪਾ। ਇਹ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋਗੇ keepa.com, ਪਹਿਲੀ ਹੀ ਵੈਬਸਾਈਟ ਇਹਨੂੰ ਓਪਨ ਕਰੋਗੇ। ਇਹ ਵੈਬਸਾਈਟ ਪਹਿਲੇ ਨੰਬਰ 'ਤੇ ਤਾਂ ਮੈਂ ਦੱਸੀ ਆ, ਇਹਦੇ ਵਿੱਚ ਥੋੜ੍ਹੇ ਜਿਹੇ ਪ੍ਰੋਡਕਟ ਤੁਸੀਂ ਜਿਹੜੇ ਆ ਫ੍ਰੀ ਦੇ ਵਿੱਚ ਵੀ ਫਾਈਂਡ ਕਰ ਸਕਦੇ ਆ। ਇਹ ਐਮਾਜ਼ੋਨ ਦੀ ਪੂਰੀ ਪ੍ਰੋਡਕਟ ਦੀ ਹਿਸਟਰੀ ਦੱਸਦਾ, ਇਹਦੇ ਵਿੱਚ ਪ੍ਰੋਡਕਟ ਤੁਸੀਂ ਟਰੈਕ ਕਰ ਸਕਦੇ ਆ, ਡਾਟਾ ਦੇਖ ਸਕਦੇ ਆ, ਵੇਰੀਏਸ਼ਨ ਦੇਖ ਸਕਦੇ ਆ, ਸਾਰਾ ਕੁਛ ਇਹਦੇ ਵਿੱਚ ਤੁਹਾਨੂੰ ਅਪਰੋਕਸੀਮੇਟਲੀ ਮਿਲ ਜਾਂਦਾ। ਇਹ ਫ੍ਰੀ ਵੀ ਆ ਅਤੇ ਇਹਦੇ ਵਿੱਚ ਤੁਹਾਨੂੰ ਜਿਹੜੇ ਪੈਸੇ ਦੇ ਕੇ ਵੀ ਜੇ ਤੁਸੀਂ ਇਹਨਾਂ ਦਾ ਸਰਚਿੰਗ ਦਾ ਜਾਂ ਹੋਰ ਸਾਰੇ ਟੂਲਸ ਇਹਦੇ ਵਿੱਚ ਲੈਣਾ ਚਾਹੁੰਦੇ ਹੋ ਉਹ ਪੇਡ ਵੀ ਨੇ ਅਤੇ ਪੇ ਕਰਕੇ ਵੀ ਤੁਸੀਂ ਇਹਨਾਂ ਦਾ ਪ੍ਰੀਮੀਅਮ ਜਿਹੜਾ ਅਕਾਊਂਟ ਲੈ ਸਕਦੇ ਹੋ ਜਾਂ ਪ੍ਰੀਮੀਅਰ ਪੈਸੇ ਪੇ ਕਰਕੇ ਵੀ ਤੁਸੀਂ ਇਹਨਾਂ ਦਾ ਜਿਹੜਾ ਆ ਤੁਸੀਂ ਪੈਸੇ ਪੇ ਕਰਕੇ ਵੀ ਇਹਨਾਂ ਦਾ ਪ੍ਰੋਗਰਾਮ ਲੈ ਸਕਦੇ ਆ। ਪਰ ਇਹਦੇ ਵਿੱਚ ਥੋੜ੍ਹੇ ਜਿਹੇ ਪ੍ਰੋਡਕਟ ਤੁਸੀਂ ਫ੍ਰੀ ਦੇ ਵਿੱਚ ਵੀ ਫਾਈਂਡ ਕਰ ਸਕਦੇ ਆ। ਕੋਈ ਵੀ ਪ੍ਰੋਡਕਟ ਤੁਸੀਂ ਸਰਚ ਕਰਨਾ, ਸਰਚ 'ਤੇ ਆ ਕੇ ਤੁਸੀਂ ਇੱਥੇ ਪ੍ਰੋਡਕਟ ਦੇ ਬਾਰੇ ਵਿੱਚ ਲਿਖ ਸਕਦੇ ਹੋ ਜੋ ਵੀ ਤੁਹਾਡਾ ਪ੍ਰੋਡਕਟ ਹੈ ਉਸ ਹਿਸਾਬ ਦੇ ਨਾਲ, ਅਤੇ ਉਸ ਤੋਂ ਬਾਅਦ ਉਹ ਪ੍ਰੋਡਕਟ ਦੀ ਲਿਸਟਿੰਗ ਇਸ ਤਰ੍ਹਾਂ ਤੁਹਾਡੇ ਸਾਹਮਣੇ ਆਏਗੀ। ਉਹ ਨਾਮ ਦੱਸੇਗਾ, ਨਿਊ ਦੱਸੇਗਾ ਜਾਂ ਯੂਜ਼ਡ ਆ ਜਾਂ ਕਲਰ ਦੱਸੇਗਾ, ਅਤੇ ਉਸ ਤੋਂ ਬਾਅਦ ਉਹ ਪ੍ਰੋਡਕਟ ਜਿਸ ਤਰ੍ਹਾਂ ਵੀ ਤੁਸੀਂ ਐਮਾਜ਼ੋਨ ਤੋਂ ਦੇਖ ਕੇ ਆਏ ਆ ਉਹ ਵਾਲੇ ਪ੍ਰੋਡਕਟ ਦੀ ਹਿਸਟਰੀ ਵੀ ਦੱਸੇਗਾ ਕਿ ਕਦੋਂ ਉਹਨੂੰ ਕਿੰਨਾ ਪ੍ਰਾਈਸ ਇਹਦਾ ਚੱਲ ਰਿਹਾ ਸੀ, ਉਸ ਵੇਲੇ ਕਿੰਨੀ ਤਰੀਕ ਨੂੰ ਥੱਲੇ ਗਿਆ, ਕਿੰਨੀ ਤਰੀਕ ਨੂੰ ਉੱਪਰ ਗਿਆ, ਕਿੰਨੇ ਇਸ ਦੇ ਜਿਹੜੇ ਲੋਕ FBM ਕਰ ਰਹੇ ਆ ਅਤੇ ਕਿੰਨੇ ਇਹਨਾਂ ਦੇ ਵੇਅਰਹਾਊਸ ਡੀਲਸ ਆ, ਅਤੇ ਉਸ ਤੋਂ ਬਾਅਦ ਕਿੰਨੇ ਲੋਕ ਇਹਨਾਂ ਨੂੰ ਰਿਵਿਊ ਦੇ ਰਹੇ ਆ, ਕਿੰਨਾ ਇਹਨਾਂ ਦਾ ਸਟੈਟਿਕਸ, ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਆ, ਐਵਰੇਜ ਹਾਈ ਲੋ ਸਾਰਾ ਕੁਛ ਇਹਨਾਂ ਨੇ ਇਹਦੇ ਵਿੱਚ ਲਿਖਿਆ ਹੁੰਦਾ। ਕੰਪੇਅਰ ਇੰਟਰਨੈਸ਼ਨਲ ਕੰਪੇਅਰ ਵੀ ਤੁਸੀਂ ਕਰਨਾ ਐਮਾਜ਼ੋਨ ਨੂੰ, ਉਹ ਵੀ ਇਹਦੇ 'ਤੇ ਤੁਹਾਨੂੰ ਸਾਰਾ ਕੁਛ ਮਿਲ ਜਾਣਾ। ਮੇਰੇ ਹਿਸਾਬ ਦੇ ਨਾਲ ਬਹੁਤ ਵਧੀਆ ਇਹ ਟੂਲ ਆ। ਫ੍ਰੀ ਦੇ ਵਿੱਚ ਵੀ ਇਹ ਕੁਝ ਪ੍ਰੋਡਕਟ ਸਰਚ ਕਰਨ ਲਈ ਆਪਸ਼ਨ ਦਿੰਦੇ ਆ, ਅਤੇ ਪੈਸੇ ਦੇ ਕੇ ਤਾਂ ਤੁਸੀਂ ਵਧੀਆ ਫਾਈਂਡ ਕਰ ਹੀ ਸਕਦੇ ਆ। ਅਤੇ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦਾ ਜੰਗਲ ਸਕਾਊਟ। ਜੰਗਲ ਸਕਾਊਟ ਵੀ ਇੱਕ ਇਸੇ ਤਰ੍ਹਾਂ ਦਾ ਕੀਪਾ ਵਰਗਾ ਸੇਮ ਟੂਲ ਆ ਜਾਂ ਫਾਈਂਡਰ ਆ, ਜਿਸ ਦੇ ਉੱਤੇ ਤੁਸੀਂ ਕੋਈ ਵੀ ਪ੍ਰੋਡਕਟ ਫਾਈਂਡ ਕਰੋ ਐਮਾਜ਼ੋਨ ਤੋਂ, ਜੋ ਵੀ ਤੁਸੀਂ ਪ੍ਰੋਡਕਟ
सर्च किया देखा कि मैं ये प्रोडक्ट बेचना चाहना उसनों आके तुसी इन दे उत्ते सर्च कर सकते हो, उन्हां दी हिस्टरी देख सकते हैं, तो थानू अंदाजा हो सकता कि जे ये मैं प्रोडक्ट बाय करके अगे सैल करदा तो मैं कोई फायदा हो सकता या नहीं हो सकता। जंगल स्काउट की जो तुम वैबसाइट ओपन करोगे ये थानू पूरी डिटेल इन दे बारे में मिल जाएगी, फस्ट टाइम सैलर रजिस्ट्री सैलर सारा कुछ थानू ये मिल जाता, तो ये जाके साइन अप करना। पर यह पेड आ, इन्हों का बेसिक प्लैन तुम देख ही सकते हैं, $38 का, $49, $84 का। फ्री दे विच इह कुछ नहीं देंदे, इहदे ते तुसी प्रोडक्ट ट्रैक भी कर सकते हैं, एमाजोन सैलर का एसटीमेटर भी देख सकते हैं, फाइंडर भी देख सकते हैं, प्रोडक्ट का डाटाबेस भी, कीबोर्ड भी, मतलब कि सारा कुछ इहदे विच तुहानू हिस्टोरिकल प्रोडक्ट ट्रैकिंग सारा कुछ अप्रोक्सीमेटली मिल जाता। तो पर पेड आ, पे करके ही तुहानू जंगल स्काउट के उत्ते जे तुसी प्रोडक्ट रिसर्च करने आ फिर ही तुसी कर सकते हैं। उस तो बाद तीसरे नंबर पर आता हीलियम। हीलियम भी एक जंगल स्काउट या कीपा की ही तरह है, इसते भी तुसी कोई भी प्रोडक्ट रिसर्च कर सकते हैं, उसकी हिस्टरी देख सकते हैं, उसका रैंक देख सकते हैं, उसकी कितनी सेलिंग होंगी है, सारा कुछ तुसी उस दे उत्ते देख सकते हैं। अप्रोक्सीमेटली थानू सारी इनफो हीलियम दे विच भी मिल जाती है। ये जिहड़े तीन ही टूल्स ने जिदा कि कीपा वो फ्री दे विच थोड़ी ऑप्शन दिंदा, उस तो बाद जंगल स्काउट, उस तो बाद हीलियम, तिने टॉप क्लास ने, तो इन्हां दे विच तुसी कोई भी प्रोडक्ट नू फाइंड कर सकते हैं। हुण हीलियम दे विच मैं तुहानू एक प्रोडक्ट सर्च करके दस दिंदा किवें इहदे विच सर्च हुंदी आ। इसे तरह तुसी सेम कीपा दे विच जां जिहड़ा जंगल स्काउट आ जां हीलियम दे विच आ के कर सकते हैं। कोई भी प्रोडक्ट जिहड़ा तुसी सर्च करना वह तुसी एमाजोन दे उत्ते भी पहला देख सकते हो कि एमाजोन दे उत्ते जिहड़ा वह प्रोडक्ट कोई बिकदा भी पिया उहदा कोई रैंक हैगा जां नहीं हैगा। तो उस तो बाद तुसी हीलियम ते भी सर्च कर सकते हैं। असी डायरैक्ट पहला हीलियम ते एक प्रोडक्ट सर्च करांगे, जिमें कि आप सिंपल जिहा पहला देख लैंदे आ, कोई ज़्यादा इहदे विच आपां नहीं देखांगे। स्वैटर उसका मंथली रेवेन्यू जिहड़ा अप्रोक्सीमेटली आ उहनू 3,000 रुपया वह बनाउंदा होवे, कैटागरी जिहड़ी मर्जी होवे, स्वैटर की अलग ही कैटागरी हो जाती है। रेटिंग रिव्यू आपां इह देखांगे ऑटोमैटिकली कढ़दा जां नहीं कढ़दा, ते उस तो बाद तुहाडे सामने टोटल इस तरह आएगा उहदा टोटल रेवेन्यू जिहड़ा इन्ना आ, मैनू ही नहीं पता गिणती दे विच लखां च हो गया, तो एवरेज इन्नी आ 45 एवरेज प्राइस आ। रिव्यू ये जो सक्सैस रिव्यू सिर्फ 11 आ। तो इस तरह हूँ जिस तरह आप स्वैटर ये किया सैलर जोड़े आ 13 है सैलर आ, मतलब कि 13 जने इनू बेचते पे आ इस स्वैटर नू, ते इहदा प्राइस जिहड़ा 11 करोड़ यूरो उन्होंने अप्रोक्सीमेटली रखिया, मंथली जिहड़ा 5,300 यूरो बनाते पे आ, ते मंथली रेवेन्यू जिहड़ा आ 58,000 का आ। जिहड़ी सेल्स आ ओह सॉरी मेरे तो गलत कह गया, वो सेल्स 5,382 आ, मंथली रेवेन्यू जिहड़ा 58,000 आ, ते बी एस आर जिहड़ा 116 आ, ते रिव्यू ये अप्रोक्सीमेटली 4.2 आ। ते उस तो बाद होर थले भी स्वैटर आ रहे आ ना, बहुत सारे इस तरह आई जाने आ सारियां दा, तुहानू इस तरह पूरी डिटेल हरेक प्रोडक्ट की मिलेगी जे भी प्रोडक्ट तुसी उहदे ते सर्च करोगे, जो भी तुसी बेचना चाहुंदे आ उहदे बारे सर्च कर सकदे आ, तुहानू पूरा इसका पता लगेगा कि यह प्रोडक्ट बिकने वाला है या नहीं है। जिस तरह इन्होंने सेल्स ट्रेंड्स भी लिखिया, 90 दिनों 200% यह वध बिक रहा, तो आ 90 दिनों 800% बिक गया जैक एंड जोंस का है ना। ये सारे ही जिस तरह कह सकते हैं आप मार्के आ, पर तुसी मार्के नहीं बेच सकते, तुसी होर कोई चीज़ा भी बेच सकते हैं। ये सिर्फ एक एग्जाम्पल के तौर पर थोड़ा दसन के लिए मैं इतने सर्च किया, सर्च तुसी कुछ होर भी कर सकते हैं। इस तरह थानू पूरी इतने डिटेल मिलेगी, रिव्यू भी मिलेगा, तो जरूरी नहीं तुसी सक्सैस रिव्यू देख के ही प्रोडक्ट नू देखना। कई प्रोडक्टा की कोई रिव्यू रेटिंग नहीं होंगी पर वो प्रोडक्ट की सेलिंग बहुत होंगी, वो सेलिंग थानू इस तरह मिल जानी, थानू सैलर भी पता लग जाने, जिन्ने सैलर घट होणगे उन्ना तुहाडा ज़्यादा फायदा होगा उस प्रोडक्ट नू बेचण दे लई। जे इत्थे दो सैलर होणगे एक प्रोडक्ट नू बेचण दे लई तां इत्थे बहुत चांस आ कि तुहाडा प्रोडक्ट बहुत छेती बिक सकदा। इस तरह तुसी ये देख सकते हैं, जिवें कि बेस्ट सैलर अक्तूबर दे विच रहा वो पिछले साल 2020 दे विच, फिर सितंबर 2021 दे विच आला रहा। तो इस तरह तुसी होर भी बहुत सारे प्रोडक्ट इत्थे फाइंड कर सकते हैं, जिवें कि हुण लिस्टिंग अनालाइज भी तुसी करना वह भी तुसी कर सकते हैं, कीवर्ड ट्रैकिंग करनी आ वह भी कर सकते हैं, तो होर कीवर्ड रिसर्च। तो तिना टूल्स दे विच अलग अलग इंपोर्टेंट उहदे विच तरीके ने, जिस दे विच थानू अलग अलग हर कोई टूल अलग अलग चीज़ा दिखालदा, अलग अलग रेटिंग दिखालदा, अलग अलग जिहड़े सैलर दिखालदा। इस करके तुसी तिन्हां दे विचों जिहड़ा मर्जी चूज़ कर सकदे आ। ते हीलियम नू किस तरह यूज़ करना वह मैं थोड़ा जिहा तुहानू दस्से दित्ता, जे तुसी कीपा जां जंगल स्काउट नू किवें यूज़ करना उस ते मैं अलग
एक डिफरेंट वीडियो बनाऊंगा कि किमें उस प्रोडक्ट सर्च करते हैं। इस वीडियो नू ज़्यादा तो ज़्यादा लाइक करो ते हीलियम दी जिहड़ी एक्सटेंशन आ ओ किमें यूज़ करनी आ, जिवें कि जे तुसी जंगल स्काउट यूज़ करोगे तुसी जंगल स्काउट गूगल दे विच जाना ईजली तरीके दे नाल, तुसी जंगल स्काउट इत्थे लिखना जंगल स्काउट एक्सटेंशन ते ये थोड़े ते डिपेंड होना तुसी जिहड़ा सर्चर जां फाइंडर लैने आ। जे जंगल स्काउट का होगा जंगल स्काउट का जिहड़ा एक्सटेंशन आ तुसी इत्थों डाउनलोड कर लेना, वो थोड़े जिहड़े आ गूगल दे विच इत्थे ऐड हो जाएगा। जिस तरह मेरे कोल होर बहुत सारिया एक्सटेंशन हैगियां सी जे ड्रॉपशिपिंग की हैगी आ, फेसबुक की हैगी आ जिदा एड्स वगैरह लगाउण दे लई, ते होर हीलियम की हैगी आ ट्रैफिक अलैक्सा रैंक मतलब कि रैंक देखण दे लई मैं कुछ यूज़ करता रहना, ओब्रेलो की हैगी आ। ते इस तरह तुसी एक्सटेंशन जे तुसी जंगल स्काउट बाय कीता, जे नहीं बाय कीता कीपा थोड़े तो ऑप्शन आ फ्री दे विच तुसी यूज़ कर सकते हैं, 5-6 प्रोडक्ट तुसी ईजली तरीके नाल उस फाइंड कर सकते हैं। जे तुसी पे करके तुसी कुछ चाहते हैं कि सही तरीके नाल कोई प्रोडक्ट फाइंड किया जाए तो जंगल स्काउट हैगा। जे अगर तुसी हीलियम यूज़ करना हीलियम का भी सेम ही आ, तुसी हीलियम 10 की एक्सटेंशन जी वो तुसी डाउनलोड कर लेनी है इतों, तो वो थोड़े जी गूगल दे विच जां गूगल क्रोम दे विच एक साइट पर आ जाएगी। तो तुसी हुण कोई भी प्रोडक्ट जिहड़ा एमाजोन ते वह किस तरह फाइंड कर सकते हैं, जिस तरह तुसी एमाजोन ते तुसी वैबसाइट ओपन की अपनी पर पहला कंट्री जी चेंज कर लैनी आ, क्योंकि हुण जे जिस कंट्री तुसी होंगे जे उत्थे दी तुसी ओपन करोगे फिर ही थानू फायदा होएगा। जिस तरह हुण मैनू इत्थे अमेरिका की शो हो रही थी मैं जर्मनी की शो करांगा, तो उस तो बाद गो टू वैबसाइट पर जावगा, मैं थानू इस दे विच ही हुण प्रोडक्ट दिखा लाँगा कि किस तरह तुसी उन्हां दे विच ही प्रोडक्ट जिहड़े सर्च कर सकते हैं। अलग तो हीलियम ते जाण दी लोड़ नहीं पैनी ते जां थानू जंगल स्काउट ते जाण दी लोड़ नहीं पैनी, सिर्फ तुसी एक्सटेंशन डाउनलोड कर लैनी आ। हुण आपां तां प्रोडक्ट बहुत सारे सर्च कीते सी, आपां देखदे हां पहलां कैटागरीज ते आल ते जावांगे, उस तो बाद बेस्ट सैलर जां न्यू रिलीज़ ते देखदे हां कि नवें प्रोडक्ट एमाजोन दे उत्ते किहड़े अज आए ने जां इस वीक किहड़े आए ने जां इस मंथ किहड़े आए ने। जिस तरह हुण हॉट रैंकिंग दे विच ए वाले स्पोर्ट्स दे प्रोडक्ट जिवें बहुत सारे होंदे आ, जिवें कि मैं तुहानूं कैटागरी दसी भी आ स्पोर्ट्स दे जिम्स दे, ये प्रोडक्ट हमेशा जिहड़े आ ज़्यादा हॉट लिस्ट दे विच रहिंदे आ, ये वाले प्रोडक्ट ज़्यादा बिकण दे चांसिस रहिंदे आ, तुसी जिहड़े मर्जी चूज़ कर सकते हो। उस तो बाद आटोमोबाइल दे तुसी हुण देख सकते होम एंड किचन दे सारे प्रोडक्ट हैगे आ। ते आपां हुण थोड़ा जिहा पता करिए कि किस तरह का प्रोडक्ट जिहड़ा कोई भी किस रैंक दे आ, रैंक तां सानूं फिर भी पता लग गया कि किन्ने क पैसे बणाउंदा। हुण आपां इस प्रोडक्ट ते क्लिक करांगे, ये सानूं प्रोडक्ट कुछ नहीं पता हैगा कि कित्थों दा प्रोडक्ट आ की इहदा रैंक आ, ते जिहड़ा एमाजोन दे एफबीए दे विच ते वैसे लिस्ट दे विच हैगा आ, ते उस तो बाद इहदा कमाई किन्नी आ। आपां की करना आपां जिहड़ी एक्सटेंशन आ साडे तो डाउनलोड कीती, जे तुसी हीलियम दी कीती आ हीलियम दी, जे तुसी जंगल स्काउट दी कीती आ जंगल स्काउट दी कर सकदे आ। मैं हीलियम दे विच दिखालांगा। हुण आपां वैबसाइट दे उत्ते ही सानूं सारा कुछ पता लग जाणा, सानूं अलग तों इह प्रोडक्ट नूं कॉपी करके इत्थों उस तों बाद उत्थे जा के फाइंड करन दी जिहड़ी आ उह लोड़ नहीं पैणी। इहदे विच हीलियम दे विच ही तुहानूं सारा कुछ पता लग जाणा। हुण जिस तरह इहनां ने शो कीता कि सानूं जिहड़ी आ जे इहदे बारे ग्रैबर पता करने आ, प्रॉफिट कैलकुलेटर इनवेंटरी इहदा लैवल देखना रिव्यू देखने आ सारा कुछ पता लग जाणा। आपां पहलां देखांगे कि प्रॉफिट इहनूं किन्ना हुंदा, प्रॉफिट दे लई इहदा कैलकुलेटर ओपन होएगा, ਇਹ ਜਿਹੜੀ ਘੜੀ ਦਾ ਸਾਈਜ਼ ਅਤੇ ਪ੍ਰਾਈਜ਼ ਪਹਿਲਾਂ ਲੱਗਾ ਹੋਇਆ ਇੰਨਾ, ਅਤੇ ਸਾਈਜ਼ ਵੀ ਥੱਲੇ ਲੱਗੇ ਹੁੰਦੇ ਆ ਸਾਰੀ ਡਿਮੈਂਸ਼ਨਿੰਗ। ਜਿਵੇਂ ਕਿ ਮੈਂ ਤੁਹਾਨੂੰ ਇੱਕ ਆਪਸ਼ਨ ਦੱਸਾਂਗਾ ਜਦੋਂ ਪ੍ਰੋਡਕਟ ਆਪਾਂ ਐਡ ਕਰਾਂਗੇ ਕਿ ਉਹਦੇ ਵਿੱਚ ਤੁਸੀਂ ਡਿਮੈਂਸ਼ਨ ਜਦੋਂ ਦੇ ਦਿੰਦੇ ਹਾਂ ਉਹਦਾ ਬੜਾ ਬੈਨੀਫਿਟ ਮਿਲਦਾ ਜਦੋਂ ਅਸੀਂ ਪ੍ਰੋਡਕਟ ਐਡ ਕਰਾਂਗੇ UPC ਦੇ ਥਰੂ, ਉਸ ਵੇਲੇ ਮੈਂ ਦੱਸਾਂਗਾ ਇਹ ਚੀਜ਼ ਅਤੇ ਉਹਦਾ ਜਿਹੜਾ ਸ਼ਿਪਿੰਗ ਵੇਟ, ਉਸ ਤੋਂ ਬਾਅਦ ਸਾਈਜ਼, ਉਸ ਤੋਂ ਬਾਅਦ ਮੈਨੂਫੈਕਚਰਿੰਗ ਕੋਸਟ ਕਿੰਨੇ ਦੀ ਉਹਨਾਂ ਨੂੰ ਪਈ ਆ, ਉਹਨਾਂ ਨੂੰ ਦੇਖ ਲਓ ਤੁਸੀਂ €35 ਦੀ ਪਈ ਆ ਅਤੇ ਉਹ €180 ਦੀ ਵੇਚ ਰਹੇ ਆ, ਅਤੇ ਸ਼ਿਪਿੰਗ ਮੈਥਡ ਜਿਹੜਾ ਲੋਕਲ ਆ ਉਹਨਾਂ ਦਾ ਡੋਮੈਸਟਿਕ ਆ, ਜਿਹੜੀ FBA ਦੀ ਫੀਸ ਆ ਉਹ €2.52 ਆ, ਉਸ ਤੋਂ ਬਾਅਦ ਸਟੋਰੇਜ ਫੀਸ €0.03 ਆ ਤੋਂ €0.04 ਆ ਅਪਰੋਕਸੀਮੇਟਲੀ, ਰੈਫਰਲ ਫੀਸ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਹਮੇਸ਼ਾ ਉਹ €26 ਆ। ਉਸ ਤੋਂ ਬਾਅਦ ਜਿਹੜਾ ਬੈਟ ਆ ਉਹ ਸਟੈਂਡਰਡ ਆ ਅਤੇ ਉਹ ਤੁਸੀਂ ਦੇਖ ਸਕਦੇ ਆ ਆਪਣੀ ਆਪਣੀ ਕੰਟਰੀ ਦੇ ਹਿਸਾਬ ਨਾਲ ਬੈਟ ਹੁੰਦਾ, ਟ੍ਰੈਫਿਕ ਡਿਊਟੀਜ਼, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਨੈੱਟ ਕਿੰਨਾ ਬਚਦਾ €85 ਜਿਹੜੇ ਅਪਰੋਕਸੀਮੇਟਲੀ ਬਚਦੇ ਆ, ਜੋ ਕਿ 56% ਮਾਰਜਨ ਬਣਦਾ, ਅਤੇ ਇਸਦਾ ROI ਜਿਹੜਾ ਪਰ ਯੂਨਿਟ ਆ 236 ਆ, ਮਤਲਬ ਕਿ ਕਾਫੀ ਹੌਟ ਆ ਇਹ ਪ੍ਰੋਡਕਟ, ਕਾਫੀ ਬੇਕਰ ਆ, ਅਤੇ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਨੂੰ ਮਾਰਜਨ ਵੀ ਬਹੁਤ ਜ਼ਿਆਦਾ। ਇਸ ਤਰ੍ਹਾਂ ਤੁਸੀਂ ਇਹਨਾਂ ਦਾ ਹੀਲੀਅਮ 'ਤੇ ਜਾਣ ਦੀ ਤੁਹਾਨੂੰ ਲੋੜ ਨਹੀਂ, ਵੈਬਸਾਈਟ ਓਪਨ ਕਰਨ ਦੀ ਲੋੜ ਨਹੀਂ, ਤੁਸੀਂ ਇਹਦੇ 'ਚ ਐਕਸਟੈਂਸ਼ਨ ਫਿਲ ਕਰ ਲਓ, ਐਕਸਟੈਂਸ਼ਨ ਦੇ ਨਾਲ ਹੀ ਤੁਹਾਨੂੰ ਸਾਰਾ ਕੁਝ ਜਿਹੜਾ ਮਿਲ ਜਾਏਗਾ। ਹੁਣ ਅਸੀਂ ਰਿਵਿਊ 'ਤੇ ਕਲਿੱਕ ਕਰਦੇ ਹਾਂ, ਰਿਵਿਊ ਦੇਖ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਇਹਦੇ ਵਿੱਚ ਮਾਈ ਡੈਸ਼ਬੋਰਡ 'ਤੇ ਆਪਾਂ ਜਾਂਦੇ ਹਾਂ, ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਇਸ ਪ੍ਰੋਡਕਟ ਦੇ ਬਾਰੇ ਵਿੱਚ ਜਾਂ ਐਕਸਟੈਂਸ਼ਨ ਦੀ ਜਿਹੜੀ ਹੀਲੀਅਮ ਦੀ ਹੈਗੀ ਆ ਉਹਦੇ 'ਤੇ ਜਾ ਕੇ ਸਾਨੂੰ ਕੀ ਪ੍ਰੋਪਰ ਮਿਲਦਾ। ਵੈਬਸਾਈਟ 'ਤੇ ਤੁਹਾਨੂੰ ਇਹ ਲੈ ਕੇ ਜਾਏਗਾ,
उस तो बाद प्रोडक्ट के बारे में बहुत सारिया चीज़ा है जिस तरह ट्रेंड सैटर तुसी देख सकते हैं, तो उस तो बाद इनवेंटरी देख सकते हैं, मार्केट ट्रैकर देख सकते हैं, प्रॉफिट देख सकते हैं, इनवेंटरी उहदे कोल किन्ना हैगा आ, तो ऑडियंस किन्नी आ, उन्हां दी लिस्टिंग एनालाइज कर सकते हैं, अलर्ट तुसी ला सकते हैं, कीवर्ड ट्रैक कर सकते हैं जिस दे नाल तुहाडा प्रोडक्ट भी रैंक कर सकदा। इहदे बारे विच भी जदों प्रोडक्ट की लिस्टिंग करनी है स्पैशली मैं दसना, इस करके पूरी ध्यान दे नाल देखियो कि कीवर्ड का की इंपोर्टेंट रोल आ जदों तुसी प्रोडक्ट की लिस्टिंग करते हैं, तुहानू प्रॉफिट होने के चांसिस कीवर्ड नाल बहुत रहिंदे आ। तो इस तरह तुसी जिहड़ी आ वैबसाइट पर जाके भी देख सकते हैं। तो इस दे विच कहने का मेरा मतलब यही सी कि तुहानू एक्सट्रा जिहड़ी वैबसाइट ओपन करन दी लोड़ नहीं, जां प्रोडक्ट इत्थे आ के सर्च करन दी लोड़ नहीं, तुसी जिहड़ी आ वैबसाइट दे उत्ते ही हर एक प्रोडक्ट दे बारे विच रिसर्च कर सकते हैं, देख सकते हैं कि किहड़ा प्रोडक्ट किन्ने पैसे बना रहा, किन्ने उसका रैंक आ, तो हो उस दे बारे विच कौन कौन सैलर जिहड़े आ सैल कर रहे हैं, सारी डिटेल जिहड़ी हीलियम च भी मिल जाती है, जे तुसी जंगल स्काउट डाउनलोड किया तो जंगल स्काउट च भी मिल जाती है। तो इस तरह तुसी एक्सटेंशन जिहड़ियां कोई भी तुहाडे कोल होवे उहदी डाउनलोड कर सकते हैं, तो उन्हों अनेबल कर लो, उस तो बाद सारी डिटेल थोड़े प्रोडक्ट की थोड़े पहले ही कंप्यूटर से लैके आ जाएगा वह, तो जो हूँ कीवर्ड ये ऐड करने हैं या होर ये प्रोडक्ट की लिस्टिंग से आने किमें हेल्प करते हैं कीवर्ड, वो जो असी प्रोडक्ट लिस्ट करा वो भी मैं दसूँगा। पूरी वीडियो ध्यान दे देखते रहो, लाइक जरूर कर दौ जे किया नहीं, तो जे थोड़ा सवाल आ कोई कमेंट सैक्शन से लिख सकते हैं। इस स्टैप दे विच गल करांगे कि प्रोडक्ट कित्थों फाइंड करने आ ते किवें करने आ, बहुत ही इंपोर्टेंट स्टैप आ। तुसी अपना प्यार जरूर दिओ, जे वीडियो लाइक नहीं कीती तां लाइक जरूर करियो, इंस्टाग्राम ते फॉलो कर लियो मैनू, तां जो तुहाडे तक मेरियां पूरियां होर डिटेल्स भी पहुँचदियां रहन, जिस दे विच मेरी ट्रेडिंग दे रिलेटड या क्रिप्टो दे रिलेटड जिथे भी मैं इनवैसट करदा उह ज़्यादातर मैं इंस्टाग्राम ते पोस्ट करदा ही रहना। तो इस दे नाल तुहानू पता लगेगा कि कित्थों तुसी प्रोडक्ट बाय करने आ, पूरा स्टैप ही देखियो, तो पूरा कोर्स मे बी तुहाडे लई हैल्पफुल हो सकदा आ। जे तुहाडा कोई सवाल आ तुसी कमेंट सैक्शन च लिख सकदे आ। चलदे आ मेरे नाल इस स्टैप दे विच। इस स्टैप दे विच गल करांगे कि प्रोडक्ट फाइंड कित्थों करने आ, तो उह जिहड़े प्रोडक्ट फाइंड करके असी बाय करन दे लई कित्थे जाणा। तुसी फाइंड करन दे लई कोई भी प्रोडक्ट जे फाइंड करना आ उहदे लई तुसी जिहड़े मैं टूल्स दसे आ उह यूज़ कर सकदे आ, जां तुसी amazon.com ते जाणा, उस तो बाद आल्स ते क्लिक करना, उस तो बाद ट्रेंडिंग च तुसी देख सकदे आ बेस्ट सैलर, न्यू रिलीज़, मूवर्स, ये थोड़े लिए बड़ियां हेल्पफुल हो सकदियां जे थोड़े कोई ज़्यादा एक्सपीरियंस नहीं हैगा। जिवें कि हुण ट्रेंडिंग दे विच असी देखदे आ बेस्ट सैलर, बेस्ट सैलर ते क्लिक करांगे साडे कोल इस तरह जिहड़े आ पूरे ये सैलरस जिहड़े किसी भी कंट्री दे वो शो होणगे कि किहड़े सैलरस, मतलब कि जिहड़े ब्रांड दे होणगे जां वैसे भी होणगे वो किहड़े बिकदे पए ने। इस तरह तुसी इस ते भी सर्च कर सकदे आ कि किहड़ा प्रोडक्ट तुसी बेचना चाहुंदे आ, उस तरह दा प्रोडक्ट तुसी भी अग्गे बाय करके बेच सकदे आ। पर जरूरी नहीं जिवें कि हुण किचन दे रिलेटड आ कोई ब्रांड ये हो सकदा जिहड़ा कि तुसी बेच ही ना सकदे हो, तुहानू उस दी अथॉरिटी ना होवे, ते पर कई जिहड़े आ ब्रांड तो बिना भी हो सकते हैं, वो तुसी प्रोडक्ट बेच सकते हो, तो तुसी इस तरह के प्रोडक्ट भी अगे बाय कर सकते हैं। एक तो ये ऑप्शन हो गई, तो दूसरा ये जिस तरह हुण न्यू रिलीज़ से भी तुसी देख सकते हैं कि नवें प्रोडक्ट किहड़े इहदे ते रिलीज़ होए आ, उस तरह के प्रोडक्ट तुसी भी कितों फाइंड कर सकते हैं, जिवें कि घड़ियां, शाओमी दियां जां होर इस तरह के तुसी प्रोडक्ट अगे बाय करन लई जां फाइंड करन लई कित्थे जा सकते हैं। उस दे लई तुसी जा सकते हैं alibaba.com ते। जे थोड़े कोई ऑप्शन नहीं हैगा, लोकल तुसी होलसेलर नहीं लभ सकते, तो सब तो बेस्ट आ जिथों चीप प्रोडक्ट मिलते हैं, तो बहुत ज़्यादा जे मात्रा जे तुसी प्रोडक्ट मंगाने तो बहुत ज़्यादा सस्ते मिल जाते हैं। alibaba.com ते तुसी प्रोडक्ट्स जाके तुसी सप्लायर भी लभ सकते हैं, मतलब सप्लायर दे नाल डायरैक्ट गल भी कर सकते हैं जां प्रोडक्ट डायरैक्ट भी फाइंड कर सकते हैं। जिवें कि हुण आपां इहदे ते amazon ते पहला देखांगे एक एग्जाम्पल के तौर पर, सानू पता लगे कि कोई प्रोडक्ट किन्ने का इतने बिक रहा। जिमें कि हुण आपां ड्रिंकिंग बोतल देखी है डॉग दे लई, वो इतने 16-17 यूरो की लगी है, किसी ने 15 की भी लाई हुई है, किसी ने इस तो भी घट लाई हो सकती है। हुण यही प्रोडक्ट जिहड़ा असी जे बाय करके अगे सैल करना चाहते हैं, बाय तां ही करियो जे तुसी पूरे श्योर होंगे। तुहानू मैं पहला भी कहा कि amazon ते प्रोडक्ट लैके आउण तो पहला तुसी अपने प्रोडक्ट की रिसर्च पूरी करियो, फिर ही जिहड़े आ अपने बाय करियो जां ऑर्डर करियो प्रोडक्ट कितों भी मंगाउण लगे। तो असी हुण सेम प्रोडक्ट इत्थे भी देखांगे उही प्रोडक्ट सानू किन्ने दा इत्थे मिल रहा, उस दे नाल सानू अंदाजा हो जाएगा कि यह प्रोडक्ट जिहड़ा amazon दे उत्ते असी बेचना चाहुंदे हां सानू किन्ने दा मिलेगा, किन्ना साडा प्रॉफिट होएगा, जां इसनू फाइंड किवें करना।
ਹੁਣ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਉੱਥੇ ਇਹ ਪ੍ਰੋਡਕਟ ਅਪਰੋਕਸੀਮੇਟਲੀ 15 ਯੂਰੋ ਵਾਲਾ ਅਸੀਂ ਰੱਖ ਲੈਂਦੇ ਹਾਂ, 15 ਯੂਰੋ ਦਾ ਲੱਗਾ ਹੋਇਆ, ਅਤੇ ਸਾਨੂੰ ਇਹ ਪ੍ਰੋਡਕਟ ਸੇਮ ਜਿਹਾ ਪ੍ਰੋਡਕਟ ਇੱਥੇ ਜਿਹੜਾ ਆ ਸੇਮ ਇਸੇ ਤਰ੍ਹਾਂ ਦਾ ਲੱਗਾ ਹੋਇਆ ਆ, ਪ੍ਰੋਡਕਟ ਇਹੀ ਆ ਦੇਖ ਸਕਦੇ ਹਾਂ, ਇਹ 3 ਤੋਂ 4 ਯੂਰੋ ਦਾ ਅਪਰੋਕਸੀਮੇਟਲੀ ਲੱਗਾ ਹੋਇਆ, ਅਤੇ ਕਿਤੇ ਕਿਸੇ ਨੇ ਘੱਟ ਵੀ ਲਾਇਆ ਹੋ ਸਕਦਾ। ਬਹੁਤ ਸਾਰੇ ਸੈਲਰ ਹੁੰਦੇ ਆ, ਜਦੋਂ ਇਹਨਾਂ ਦੇ ਨਾਲ ਤੁਸੀਂ ਗੱਲ ਕਰਨੀ ਆ, ਇੱਕ ਸੈਲਰ ਦੇ ਨਾਲ ਹੀ ਗੱਲ ਨਹੀਂ ਕਰਨੀ, ਬਹੁਤ ਜ਼ਿਆਦਾ ਸੈਲਰਾਂ ਦੇ ਨਾਲ ਗੱਲ ਕਰਨੀ ਆ, ਘੱਟ ਤੋਂ ਘੱਟ 10 ਸੈਲਰਾਂ ਨੂੰ ਤੁਸੀਂ ਕੰਟੈਕਟ ਦੇ ਵਿੱਚ ਰੱਖਣਾ, 10 ਦੇ ਨਾਲ ਸੇਮ ਜਿਹੀ ਗੱਲ ਕਰਨੀ ਆ, ਸ਼ਿਪਿੰਗ ਦੀ ਗੱਲ ਕਰਨੀ ਆ, ਪ੍ਰਾਈਸ ਦੀ ਗੱਲ ਕਰਨੀ ਆ, ਡਿਸਕਾਊਂਟ ਦੀ ਗੱਲ ਕਰਨੀ ਆ, ਅਤੇ ਉਸਨੂੰ ਐਕਸਪੀਰੀਅੰਸ ਹੈ ਜਾਂ ਨਹੀਂ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਪੁੱਛਣੀਆਂ, ਫਿਰ ਹੀ ਤੁਸੀਂ ਆਪਣਾ ਆਰਡਰ ਇੱਕ ਬੰਦੇ ਦੇ ਨਾਲ ਕਲੀਅਰ ਕਰਕੇ ਉਹਨੂੰ ਮੰਗਵਾ ਲੈਣਾ, ਜਿੱਥੋਂ ਤੁਹਾਨੂੰ ਸਸਤਾ ਲੱਗੇ ਜਾਂ ਤੁਹਾਡੇ ਪੈਸੇ ਜਿੱਥੇ ਘੱਟ ਲੱਗਦੇ ਹੋਣ। ਜਿਵੇਂ ਕਿ ਹੁਣ ਉੱਪਰ ਉਹਨੇ 4 ਯੂਰੋ ਦਾ ਲਾਇਆ ਹੋਇਆ ਸੀ, ਇਹਨਾਂ ਨੇ 3 ਦਾ ਲਾਇਆ ਹੋਇਆ, ਹੋਰ ਵੀ ਹੋ ਸਕਦੇ ਆ, ਅਸੀਂ ਸਿੱਧਾ ਇੱਥੇ ਹੀ ਪਹਿਲਾਂ ਦੇਖਦੇ ਹਾਂ, ਆਪਾਂ ਇਹਨੂੰ ਓਪਨ ਕਰ ਲੈਂਦੇ ਹਾਂ। ਸੇਮ ਹੀ ਪ੍ਰੋਡਕਟ ਆ, ਉੱਤੇ ਐਮਾਜ਼ੋਨ ਦੇ ਉੱਤੇ 15 ਯੂਰੋ ਦਾ ਉਹ ਵੇਚ ਰਿਹਾ ਬੰਦਾ, ਜਿਹੜਾ ਵੀ ਕੋਈ ਵੇਚ ਰਿਹਾ ਹੋਊਗਾ ਇਹਨੂੰ, ਅਤੇ ਉਹਨੇ ਲਿਖਿਆ ਹੋਇਆ 1 ਤੋਂ 100 ਜੇ ਪੀਸ ਖਰੀਦਣੇ ਆ, ਤੁਸੀਂ 3 ਯੂਰੋ ਦਾ ਦਊਗਾ, ਉਸ ਤੋਂ ਥੱਲੇ ਵੱਧ ਖਰੀਦਣੇ ਆ ਤਾਂ ਉਸ ਤੋਂ ਥੱਲੇ ਪ੍ਰਾਈਸ ਆ ਜਾਣਾ, ਹੋਰ ਥੱਲੇ ਆ ਜਾਣਾ, ਇਸ ਤਰ੍ਹਾਂ। ਅਤੇ ਤੁਸੀਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਐਮਾਜ਼ੋਨ ਦੇ ਪ੍ਰੋਡਕਟ ਵੇਚਣ ਤੋਂ ਪਹਿਲਾਂ ਜਦੋਂ ਤੁਸੀਂ ਫਾਈਂਡ ਕਰਦੇ ਹਾਂ ਅਲੀਬਾਬਾ, ਅਤੇ ਅਲੀਬਾਬਾ ਦੇ ਆ ਕੇ ਆਪਣਾ ਅਕਾਊਂਟ ਬਣਾਉਣਾ, ਉਸ ਤੋਂ ਬਾਅਦ ਕੋਈ ਵੀ ਪ੍ਰੋਡਕਟ ਜਿਹੜਾ ਫਾਈਂਡ ਕੀਤਾ ਤੁਸੀਂ ਡਾਇਰੈਕਟ ਆਰਡਰ ਨਹੀਂ ਕਰਨਾ, ਸਪਲਾਇਰ ਦੇ ਨਾਲ ਕੰਟੈਕਟ ਕਰਨਾ, ਕੰਟੈਕਟ ਕਰਕੇ ਇੱਥੇ ਕੰਟੈਕਟ 'ਤੇ ਉਹਦੇ ਨਾਲ ਕਲਿੱਕ ਕਰਨਾ, ਜਿੱਥੇ ਵੀ ਉਹਦੇ ਆਪਣੀ ਪੂਰੀ ਆਪਸ਼ਨ ਦਿੱਤੀ ਹੋਈ ਆ, ਮੈਸੇਂਜਰ ਤੁਹਾਡਾ ਓਪਨ ਹੋਏਗਾ, ਅਤੇ ਮੈਸੇਂਜਰ ਦੇ ਵਿੱਚ ਓਪਨ ਹੋਣ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਆ ਮੈਸੇਜ ਕਰਨੇ ਆ, ਮੈਸੇਜ ਦੇ ਵਿੱਚ ਤੁਸੀਂ ਲਿਖਣਾ ਕੀ ਆ, ਮੈਸੇਜ ਦੇ ਵਿੱਚ ਤੁਸੀਂ 7 ਗੱਲਾਂ ਜਾਂ 6 ਗੱਲਾਂ ਜ਼ਰੂਰੀ ਲਿਖਣੀਆਂ। ਪਹਿਲੇ ਨੰਬਰ 'ਤੇ ਲਿਖਣਾ ਕਿ ਉਹਦੇ ਕੋਲ ਐਮਾਜ਼ੋਨ FBA ਦਾ ਐਕਸਪੀਰੀਅੰਸ ਹੈ ਜਾਂ ਨਹੀਂ। ਦੂਸਰੇ ਨੰਬਰ 'ਤੇ ਉਹ ਜਿੰਨੇ ਵੀ ਪ੍ਰੋਡਕਟ ਇਹ ਵੇਚ ਰਿਹਾ ਉਹਦੀਆਂ ਉਹ ਫੋਟੋਜ਼ ਜਿਹੜੀਆਂ ਬਿਨਾਂ ਕਿਸੇ ਕਲਰਡ ਕੀਤੇ ਤੋਂ, ਮਤਲਬ ਰਫ ਫੋਟੋਜ਼ ਭੇਜ ਸਕਦਾ ਜਾਂ ਨਹੀਂ। ਅਤੇ ਤੀਸਰੇ ਨੰਬਰ 'ਤੇ ਉਹ ਪ੍ਰੋਡਕਟ ਦੇ ਵਿੱਚ ਡਿਸਕਾਊਂਟ ਦੇ ਸਕਦਾ ਜਾਂ ਨਹੀਂ। ਚੌਥੇ ਨੰਬਰ 'ਤੇ ਪ੍ਰੋਡਕਟ ਦੀ ਜਿਹੜੀ ਸ਼ਿਪਿੰਗ ਆ ਉਹ DDP ਕਰ ਸਕਦਾ ਜਾਂ ਨਹੀਂ, ਮਤਲਬ ਕਿ ਉਹ ਕਸਟਮ ਵਗੈਰਾ ਸਾਰਾ ਕੁਝ ਲੈ ਸਕਦਾ ਜਾਂ ਨਹੀਂ। ਛੇਵੇਂ ਨੰਬਰ 'ਤੇ ਉਹ ਜਿਹੜਾ ਪ੍ਰੋਡਕਟ ਭੇਜੇਗਾ ਉਹਦੇ ਵਿੱਚ ਕੋਈ ਡਿਸਕਾਊਂਟ ਦੇਗਾ ਜਾਂ ਨਹੀਂ। ਇਸ ਤਰ੍ਹਾਂ ਦੇ 5 ਜਾਂ 6 ਸਵਾਲ ਤੁਸੀਂ ਜ਼ਰੂਰ ਇਹਨਾਂ ਨੂੰ ਪੁੱਛਣੇ ਆ। ਹਰੇਕ ਸੈਲਰ ਦੇ ਨਾਲ ਤੁਸੀਂ 5-7 ਸੈਲਰ ਲੱਭੋ, ਉਹਨਾਂ ਦੇ ਨਾਲ ਸੇਮ ਹੀ ਮੈਸੇਜ ਕਰੋ। ਇਸ ਦੇ ਨਾਲ ਕੀ ਹੋਏਗਾ, ਜੇ ਇਹ ਵਾਲਾ ਸ਼ਿਪਿੰਗ ਤੁਹਾਨੂੰ 300 ਯੂਰੋ ਕਹੇਗਾ, ਕੋਈ ਹੋਰ ਸੈਲਰ ਹੋ ਸਕਦਾ 250 ਯੂਰੋ ਕਹਿ ਦੇਵੇ, ਉਸ ਦੇ ਨਾਲ ਤੁਹਾਡਾ ਫਾਇਦਾ ਵੀ ਹੋਵੇਗਾ, ਸੈਲਰ ਵਧੀਆ ਵੀ ਮਿਲਣਗੇ, ਅਤੇ ਉਹ ਪ੍ਰੋਡਕਟ ਦੀ ਕੁਆਲਿਟੀ ਵੀ ਤੁਸੀਂ ਪੁੱਛ ਸਕਦੇ ਹਾਂ ਕਿ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ, ਜਾਂ ਕੁਆਲਿਟੀ ਦੇ ਲਈ ਉਹ ਤੁਹਾਨੂੰ ਸੈਂਪਲ ਵੀ ਭੇਜ ਸਕਦਾ ਫ੍ਰੀ ਦੇ ਵਿੱਚ ਜਾਂ ਨਹੀਂ। ਇਹ ਚੀਜ਼ਾਂ ਤੁਸੀਂ ਜ਼ਰੂਰ ਪੁੱਛਣੀਆਂ, ਫਿਰ ਹੀ ਤੁਸੀਂ ਆਪਣਾ ਆਰਡਰ ਕਰਨਾ। ਜਦੋਂ ਤੁਸੀਂ ਆਰਡਰ ਕਰਨਾ, ਆਰਡਰ ਕਰਨ ਦੇ ਲਈ ਜਦੋਂ ਤੁਸੀਂ ਕੋਈ ਵੀ ਕੁਆਂਟਿਟੀ ਇੱਥੇ ਸਿਲੈਕਟ ਕਰੋਗੇ, ਜਿਵੇਂ ਕਿ ਹੁਣ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਕਰ ਹੀ ਲੈਂਦੇ ਹਾਂ, ਆਪਾਂ ਸਟਾਰਟ ਆਰਡਰ 'ਤੇ ਕਲਿੱਕ ਕਰਾਂਗੇ। ਹੁਣ ਇਹਨਾਂ ਨੇ ਇੱਥੇ ਸਾਰਾ ਕੁਝ ਲਿਖਿਆ ਹੋਣਾ ਕਿ ਕਿੰਨੀ ਤੁਹਾਨੂੰ ਸ਼ਿਪਿੰਗ ਪੈਣੀ ਆ, ਕਿੰਨੀ ਨਹੀਂ। ਇਹ ਤੁਸੀਂ ਸ਼ਿਪਿੰਗ ਪੇ ਨਹੀਂ ਕਰਨੀ ਉਸੇ ਟਾਈਮ, ਜਿਸ ਤਰ੍ਹਾਂ ਇਹਨਾਂ ਨੇ ਕੋਈ ਵੀ ਸ਼ਿਪਿੰਗ ਲਿਖੀ ਹੋ ਸਕਦੀ ਹੈ ਕਿ ਕਿੰਨੇ ਦਾ ਇਹ ਹੈਗਾ ਆ, ਅਤੇ ਸ਼ਿਪਿੰਗ ਨਹੀਂ ਤੁਸੀਂ ਪੇ ਕਰਨੀ। ਇਸ ਕਰਕੇ ਪਹਿਲਾਂ ਤੁਸੀਂ ਉਹਦੇ ਨਾਲ ਗੱਲ ਕਰਨੀ ਆ, ਉਹ ਸ਼ਿਪਿੰਗ ਤੁਹਾਨੂੰ ਪਹਿਲਾਂ ਹੀ ਦੱਸੇ ਕਿ ਕਿਸ ਸ਼ਿਪਿੰਗ ਦੇ ਥਰੂ ਉਹ ਭੇਜੇਗਾ, ਉਹ ਸ਼ਿਪਿੰਗ ਦਾ ਪੈਸਾ ਕਿੰਨਾ ਲਏਗਾ। ਜੇ ਉਹ ਜ਼ਿਆਦਾ ਦੱਸਦਾ ਤੁਸੀਂ ਹੋਰ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਆ, ਜਾਂ ਫਿਰ ਹੋਰ ਸੈਲਰਾਂ ਦੇ ਨਾਲ ਵੀ ਗੱਲ ਕਰਦੇ ਹੋਣਾ ਤੁਸੀਂ, ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜਾ ਸੈਲਰ ਵਧੀਆ ਆ ਜਾਂ ਕਿਹੜਾ ਸੈਲਰ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਚੀਜ਼ ਭੇਜ ਰਿਹਾ। ਜਿਵੇਂ ਕਿ ਹੁਣ ਇਹਨਾਂ ਨੇ 21 ਯੂਰੋ ਦੀ ਤੁਹਾਡੀ ਚੀਜ਼ ਬਣਦੀ ਪਈ ਸੀ, ਆਪਾਂ ਜਿਹੜਾ ਆਰਡਰ ਵੈਸੇ ਹੀ ਕੀਤਾ, ਅਤੇ $47 ਉਹਨਾਂ ਨੇ ਸ਼ਿਪਿੰਗ ਫੀ ਪਾ ਦਿੱਤੀ। ਤੁਸੀਂ ਇਸ ਨੂੰ ਹੀ ਨਹੀਂ ਡਾਇਰੈਕਟ ਕੈਲਕੂਲੇਟ ਕਰਨਾ, ਤੁਸੀਂ ਇਹ ਕਰਨਾ ਉਹਦੇ ਨਾਲ ਗੱਲ ਕਰਨੀ ਆ, ਅਤੇ ਸ਼ਿਪਿੰਗ ਘਟਾਉਣ ਦਾ ਕੋਸ਼ਿਸ਼ ਕਰਨੀ ਆ ਕਿ ਤੁਹਾਨੂੰ ਜਿਹੜੀ ਸ਼ਿਪਿੰਗ ਘੱਟ ਤੋਂ ਘੱਟ ਪਵੇ, ਤੁਹਾਨੂੰ ਕੁਛ ਨਾ ਕੁਛ ਡਿਸਕਾਊਂਟ ਮਿਲ ਸਕੇ। ਇਸ ਤਰ੍ਹਾਂ ਤੁਸੀਂ ਜਿਹੜੇ ਆ ਇਹਦੇ 'ਤੇ ਪ੍ਰੋਡਕਟ ਫਾਈਂਡ ਕਰ ਸਕਦੇ ਆ। ਫਾਈਂਡ ਕਰਨ ਦੇ ਲਈ ਦੂਸਰਾ ਆਪਸ਼ਨ ਇਹ ਆ, ਤੁਸੀਂ ਜ਼ਰੂਰੀ ਨਹੀਂ ਪ੍ਰੋਡਕਟ ਜਿਹੜੇ ਰੈਡੀਮੇਡ ਪਹਿਲਾਂ ਹੀ ਇੱਥੇ ਪਏ ਆ ਉਹੀ ਪ੍ਰੋਡਕਟ ਤੁਸੀਂ ਲੈਣੇ ਆ। ਤੁਸੀਂ ਇੱਥੋਂ ਪ੍ਰੋਡਕਟ ਜਿਹੜੇ ਆ ਸਪਲਾਇਰ ਵੀ ਲੱਭ ਸਕਦੇ ਹਾਂ, ਉਹਨਾਂ ਦੇ ਥਰੂ ਵੀ ਪ੍ਰੋਡਕਟ ਜਿਹੜੇ ਲੈ ਸਕਦੇ ਹਾਂ। ਜਿਵੇਂ ਕਿ ਹੁਣ ਸਪਲਾਇਰ 'ਤੇ ਕਲਿੱਕ ਕਰਾਂਗੇ ਆਪਾਂ, ਹੁਣ ਇਹਦੇ ਵਿੱਚ ਸਾਰੇ ਜਿਹੜੇ ਅਪਰੋਕਸੀਮੇਟਲੀ ਜਿਹੜੇ ਸਪਲਾਇਰ ਨਾਲ ਰਿਲੇਟਡ ਜਿਹੜੇ ਸਪਲਾਈ ਕਰਦੇ ਆ, ਮਤਲਬ ਕਿ ਉਹ ਕੰਪਨੀਆਂ ਨਾਲ ਅਟੈਚ ਵੀ ਹੋ ਸਕਦੇ ਆ ਬੰਦੇ, ਸੈਲਰ ਵੀ ਹੋ ਸਕਦੇ ਆ, ਕੌਣ ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ, ਕਿਉਂਕਿ ਇਹ ਬਹੁਤ ਵੱਡੀ ਮਾਰਕੀਟ ਪਲੇਸ ਆ ਚਾਈਨਾ ਦੇ ਵਿੱਚ। ਪਰ ਇਹ ਆ ਸਪਲਾਇਰ ਜਿਹੜੇ ਹੋ ਸਕਦੇ ਆ, ਇਹਨੇ 3 ਯੂਰੋ ਦਾ ਲਾਇਆ ਹੋਇਆ ਉਹ 2.90 ਦਾ ਤੁਹਾਨੂੰ ਪ੍ਰੋਡਕਟ ਦੇ ਸਕਦਾ, ਕਿਉਂਕਿ ਸਪਲਾਇਰ ਦੇ ਵਿੱਚ ਕੁਆਂਟਿਟੀ ਬਹੁਤ ਹੁੰਦੀ ਆ ਉਹਨਾਂ ਦੇ ਕੋਲ, ਅਤੇ ਉਹਨਾਂ ਦੇ ਕੋਲ ਫੈਕਟਰੀਆਂ ਹੋ ਸਕਦੀਆਂ, ਉਹ ਆਪ ਬਣਾਉਂਦੇ ਹੋ ਸਕਦੇ ਆ। ਇਸ ਕਰਕੇ ਤੁਸੀਂ 2 ਆਪਸ਼ਨ ਹੀ ਯੂਜ਼ ਕਰ ਸਕਦੇ ਹਾਂ, ਸਪਲਾਇਰ ਵੀ ਅਤੇ ਪ੍ਰੋਡਕਟ ਵੀ। ਇਸ ਤਰ੍ਹਾਂ ਤੁਸੀਂ ਇੱਥੋਂ ਬਾਏ ਕਰਕੇ ਪ੍ਰੋਡਕਟ ਐਮਾਜ਼ੋਨ ਦੇ ਉੱਤੇ ਪ੍ਰੋਡਕਟ ਸੈਲ ਕਰ ਸਕਦੇ ਹਾਂ। ਇਹ ਸਟੈਪ ਦੇ ਵਿੱਚ ਗੱਲ ਕਰਾਂਗੇ ਜੋ ਕਿ ਬਹੁਤ ਹੀ ਇੰਪੋਰਟੈਂਟ ਸਟੈਪ ਆ ਕਿ ਤੁਹਾਨੂੰ ਪ੍ਰੋਫਿਟ ਕਿਵੇਂ ਹੋਵੇਗਾ,
किन्ने परसेंट प्रॉफिट होगा, किहड़ा प्रोडक्ट तुहानू बाय करना चाहिए, उसका डिसीजन तुसी पहला ही ले सको। उस दे बारे विच तुहानू पूरी जानकारी पहला ही हो जाए कि किन्ने परसेंट थोड़ा प्रॉफिट बनता जां लॉस बनता जे वह प्रोडक्ट तुसी एमाजोन के उत्ते बेचते हैं। उस दे लई किहड़ा कैलकुलेटर यूज़ करना ते किवें यूज़ करना ये तुसी स्टैप दे विच देखोगे। चलते हैं मेरे नाल मेरी स्क्रीन पर। तो इस स्टैप दे विच आपां क्लीयर करांगे कि तुहानू कोई भी प्रोडक्ट जिहड़ा बेचना उस ते किन्ना प्रॉफिट होगा, जो कि तुहानू पहला ही पता लग सके। इस दे नाल फायदा की हुंदा, तुहानू पता लग जांदा कि तुहाडा खर्चा किन्ना होएगा, उस दे विच तुहानू पैसे किन्ने बच सकदे आ, वह प्रोडक्ट तुहानू बेचना चाहिए जां नहीं बेचना चाहिए, जां फिर तुसी जदों इह प्रोडक्ट एमाजोन ते बेचोगे उहनां दी फीस वगैरह किन्नी हो सकती आ, इह सिस्टम तुहानू पहला ही पता होगा ता ही तुसी ये डिसीजन लै सकोगे कि यह प्रोडक्ट तुसी बेचना जां नहीं बेचना। हुण एग्जाम्पल दे तौर ते उही प्रोडक्ट लवांगे जिहड़ा कि एमाजोन दे उत्ते 15 यूरो दा बिक रिहा ते सानू उह अप्रोक्सीमेटली 3 यूरो दा अलीबाबा तों पै रिहा। हुण इहदे विच आपां शिपिंग ऐड करके फॉर एग्जाम्पल दे तौर ते यह प्रोडक्ट आपां ला लैंदे आ कि 1.5 यूरो एक प्रोडक्ट पिछे सानू शिपिंग पै गई, विच कस्टम विच सारा कुछ, यह सानू प्रोडक्ट 5 यूरो दा पिया साढ़े तक पहुँचण ते जां फिर एमाजोन दे वेयर हाउस तक पहुँचण ते यह 5 यूरो दा पिया ते सानू इहदे च प्रॉफिट किन्ना होऊगा जां इह बेचना चाहीदा सानू जां नहीं बेचना चाहीदा ये डिसीजन लै सकीए। उहदे लई असीं करना की आ, असीं जाणा आ गूगल दे उत्ते, उस तों बाद एमाजोन FBA कैलकुलेटर आपां ओपन करना। ये एमाजोन FBA दा कैलकुलेटर इस तरह दा जिहड़ा कि तुहानू प्रोडक्ट दे बारे विच पहला ही दस दिंदा कि इहदे विच तुहानू किन्ना अप्रोक्सीमेटली जिहड़ा प्रॉफिट होवेगा जां नहीं होवेगा, तुहानू पूरी डिटेल इहदे विच मिल जाणी आ। हुण जिहड़ा भी प्रोडक्ट तुसीं सैल करना उहदा तुहानू चाहीदा हुंदा इस कैलकुलेटर यूज़ करन दे लई ASIN नंबर। हुण ASIN नंबर इत्थों तां तुहानू मिलना नहीं अलीबाबा तों, ना तुहानू पता कि तुहाडे प्रोडक्ट दा की ASIN नंबर होवेगा। वो तुसी की करना, तुसी जिहड़ा भी प्रोडक्ट एमाजोन दे उत्ते पहला सर्च किया सी वो प्रोडक्ट ते असी क्लिक करांगे, उन्हां दा ASIN नंबर आपां कॉपी कर लांगे। ये प्रोडक्ट समझ लो कि 15 यूरो दा बिक रिहा। हुण असी जावांगे इहदी इनफॉर्मेशन दे विच, थल्ले जावांगे प्रोडक्ट इनफॉर्मेशन, इत्थे ASIN नंबर हुंदा, ये असी कॉपी कर लैणा। ये एमाजोन वल्लों हरेक सैलर नूं दित्ता जांदा जदों उह प्रोडक्ट एमाजोन दे उत्ते बेचदा। ते इहदे तों बाद असी आवांगे उन्हां दे इत्थे, उस तों बाद आपां इत्थे इह पेस्ट करांगे, उस तों बाद ये प्रोडक्ट फाइंड करन दी कोशिश करांगे। हुण उही प्रोडक्ट जिहड़ा एमाजोन दे उत्ते लगा सी उह साडे इत्थे आ गया। हुण उह प्रोडक्ट किन्ने दा बेच रिहा सी उन्ने ही पैसे लावांगे इत्थे, क्योंकि असी सोचांगे कि इहदे तों घट जे प्राइस असी लावांगे तां सानू फायदा हो सकदा, जे असी इहदे तों वध लावांगे हो सकदा साडा प्रोडक्ट जिहड़ा रैंक दे विच ना आवे जां ना बिके, है ना, घट प्राइस असी आप रखांगे जां इहदे बराबर दा रखांगे। उहने हुण 15 दा बेच रिहा, असी भी सोचांगे कि असी 15 दा बेचणा। उस तो बाद जिहड़ा आ इह जर्मन लैंग्वेज आ, उस तो बाद इन्हां ने लिखिया होया कि इहदी जिहड़ी शिपिंग किन्नी आ, टैक्स किन्ना आ, जर्मन लैंग्वेज 'च लिखिया। ये असी कुछ नहीं भरना हैगा क्योंकि यह एमाजोन वल्लों कीता जाऊगा। तो आप इत्थे लिखांगे कि सानू प्रोडक्ट कॉस्ट किन्ने दी इह प्रोडक्ट जिहड़ा पै रिहा, सानू प्रोडक्ट इह अलीबाबा तों असी विद शिपिंग सारा कुछ खर्चा मिला के असी लाया सी कि सानू 5 यूरो दा इह प्रोडक्ट पऊगा। तो हुण होना की है इत्थे, क्योंकि एमाजोन FBA होना, एमाजोन ने अपनियां फीसां, अपने सारे टैक्स, सारा कुछ उन्होंने करना इतने दसना। तो आप करना कि असी सिर्फ अपने आर्टिकल किन्ने का बेचना उन्ना प्राइस लाता, तो किन्ने का सानू पिया वो प्राइस लाता, सानू पता लग जू कि ये प्रॉफिट हुंदा जां नहीं हुंदा। जे नहीं होगा असी होर प्रोडक्ट फाइंड करांगे, जे होगा तो असी डिसीजन लै सकते हैं कि असी बेचना जां नहीं बेचना। असी ये क्लिक करांगे जर्मन लैंग्वेज दे विच आ, जे असी 15 का बेच रहे हैं रेट ला के 5 का भी जे तुसी 6 ला लईए असी कहने आ ਤਾਂ ਵੀ ਇਹ ਸਾਨੂੰ ਘੱਟੋ ਘੱਟ 45% ਤੱਕ ਪ੍ਰੋਫਿਟ ਦਿੰਦਾ ਸੀ। ਇਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ 51% ਤੱਕ ਪ੍ਰੋਫਿਟ ਹੋ ਸਕਦਾ, ਅਤੇ ਇਹ 51% ਇਹਦੇ ਵਿੱਚ ਤਾਂ ਸ਼ੋ ਕਰ ਰਿਹਾ ਜਿਵੇਂ ਕਿ ਹੁਣ ਇਹ ਲਿਖਿਆ ਹੋਇਆ ਸੀ ਇੱਥੇ, ਮਤਲਬ ਕਿ ਇਹ ਸਾਡੇ ਵੱਲੋਂ ਜੇ ਕਿ ਜਿਵੇਂ ਕਿ ਆਪਾਂ FBM ਕਰਦੇ ਹਾਂ, ਅਸੀਂ ਪ੍ਰੋਡਕਟ ਮੰਗਾ ਲੈਂਦੇ ਹਾਂ ਪਰ ਐਮਾਜ਼ੋਨ ਦੇ ਵੇਅਰ ਹਾਊਸ 'ਚ ਨਹੀਂ ਭੇਜਦੇ, ਉਹ ਐਮਾਜ਼ੋਨ ਵੱਲੋਂ ਨਹੀਂ ਰੱਖਿਆ ਜਾਂਦਾ, ਤੁਸੀਂ ਆਪਣੀ ਪੋਸਟ ਦੇ ਥਰੂ ਕਿਤੇੋਂ ਵੀ ਪੋਸਟ ਬਾਏ ਕਰਕੇ ਅਤੇ ਉਹ ਅੱਗੇ ਭੇਜ ਦਿੰਦੇ ਹਾਂ। ਇਹਦੇ ਵਿੱਚ ਥੋੜ੍ਹਾ ਪ੍ਰੋਫਿਟ ਜ਼ਿਆਦਾ ਵੀ ਹੋ ਜਾਂਦਾ, ਕਈ ਵਾਰ ਘੱਟ ਵੀ ਹੋ ਜਾਂਦਾ। ਹੁਣ ਆਪਾਂ ਦੇਖ ਲੈਂਦੇ ਹਾਂ ਜੇ ਐਮਾਜ਼ੋਨ ਦੇ ਵੇਅਰ ਹਾਊਸ 'ਚ ਪ੍ਰੋਡਕਟ ਆਪਾਂ ਭੇਜ ਦਿੱਤੇ ਤਾਂ ਉੱਥੇ ਸਾਨੂੰ ਸੇਮ ਹੀ ਆਰਟੀਕਲ ਦੇ ਸੇਮ ਪ੍ਰਾਈਸ ਦੇ ਨਾਲ ਕਿੰਨਾ ਪ੍ਰੋਫਿਟ ਹੋ ਸਕਦਾ, ਜਿਵੇਂ ਕਿ ਇਹ ਇੱਧਰਲੀ ਸਾਈਡ ਉਹਨਾਂ ਵੱਲੋਂ ਆ ਐਮਾਜ਼ੋਨ ਵੱਲੋਂ, ਉੱਥੇ ਵੀ ਆਪਾਂ ਸੇਮ ਪ੍ਰਾਈਸ ਭਰਾਂਗੇ, ਅਤੇ ਇੱਧਰਲੀ ਸਾਈਡ ਹੁਣ ਜ਼ੀਰੋ ਕਰ ਦੇਵਾਂਗੇ ਕਿਉਂਕਿ ਆਪਾਂ
ਇਹਦੇ 'ਤੇ ਕਰ ਲਿਆ, ਸਾਨੂੰ ਪਤਾ ਲੱਗ ਚੁੱਕਾ ਕਿ ਕਿੰਨਾ ਸਾਨੂੰ ਇਹਦੇ ਵਿੱਚ ਪ੍ਰੋਫਿਟ ਹੋਇਆ ਸੀ। ਹੁਣ ਇੱਧਰਲੀ ਸਾਈਡ ਵੀ ਸੇਮ ਹੀ ਆਪਾਂ ਲਿਖਾਂਗੇ ਕਿ ਜੇ ਕਿੰਨੇ ਦਾ ਸਾਨੂੰ ਪ੍ਰੋਡਕਟ ਪੈ ਰਿਹਾ, ਇਹ ਪ੍ਰੋਡਕਟ ਸਾਨੂੰ ਇੱਧਰ ਵੀ ਸੇਮ ਹੀ ਆਪਾਂ ਲਿਖਾਂਗੇ ਕਿ 5 ਯੂਰੋ ਦਾ ਸਾਨੂੰ ਇਹ ਪ੍ਰੋਡਕਟ ਮਿਲ ਰਿਹਾ। ਅਤੇ ਇਹ ਹੁਣ ਇਹਦੇ ਵਿੱਚ ਵੀ ਕੁਛ ਨਹੀਂ ਤੁਸੀਂ ਭਰਨਾ, ਜਿੱਦਾਂ ਕਿ ਇੱਧਰਲੀ ਸਾਈਡ ਨਹੀਂ ਤੁਸੀਂ ਕੁਛ ਭਰਿਆ ਸੀ, ਪਰ ਇਹਦੇ ਵਿੱਚ ਤੁਹਾਡੀ ਜਦੋਂ ਤੁਸੀਂ ਪੋਸਟ ਕਰਦੇ ਹਾਂ ਤੁਹਾਡੀ ਫੀਸ ਹੁੰਦੀ ਹੈ। ਤੁਹਾਨੂੰ ਪਤਾ ਆਪਣੇ ਆਪ ਨੂੰ ਹੋਣਾ ਚਾਹੀਦਾ ਕਿ ਕਿੰਨੀ ਮੈਂ ਜੇ ਐਮਾਜ਼ੋਨ ਦੇ ਵੇਅਰ ਹਾਊਸ 'ਚ ਨਹੀਂ ਪ੍ਰੋਡਕਟ ਭੇਜਦਾ ਆਪ ਸ਼ਿਪ ਕਰਦਾ ਤਾਂ ਕਿੰਨੀ ਸ਼ਿਪਿੰਗ ਪੈ ਸਕਦੀ ਹੈ। ਇਹਦੇ ਵਿੱਚ ਐਮਾਜ਼ੋਨ ਦੀ ਸਾਰੀਆਂ ਫੀਸਿਸ ਵੀ ਹੋਣੀਆਂ, ਐਮਾਜ਼ੋਨ ਨੇ ਹੀ ਸ਼ਿਪਿੰਗ ਕਰਨੀ ਆ, ਐਮਾਜ਼ੋਨ ਨੇ ਹੀ ਸਰਵਿਸ ਪ੍ਰੋਵਾਈਡ ਕਰਨੀ ਆ, ਸਾਰਾ ਕੁਛ ਇਹਨਾਂ ਦਾ ਹੀ ਹੋਣਾ। ਇਹ 'ਚ ਵੀ ਆਪਾਂ ਦੇਖ ਲੈਂਦੇ ਹਾਂ ਕਿ ਕਿੰਨੇ ਪਰਸੈਂਟ ਪ੍ਰੋਫਿਟ ਹੈ ਇਸ ਪ੍ਰੋਡਕਟ ਪਿੱਛੇ ਜਾਂ ਨਹੀਂ। ਅਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹਾਂ, ਹੁਣ ਆਪਾਂ 15 ਯੂਰੋ ਦਾ ਇਹ ਆਰਟੀਕਲ ਲਾਇਆ ਸੀ ਅਤੇ ਸਾਨੂੰ ਇਹ 5 ਯੂਰੋ ਦਾ ਪਿਆ ਸੀ, ਅਤੇ ਇਹਦੇ ਵਿੱਚ ਸਾਨੂੰ ਅਪਰੋਕਸੀਮੇਟਲੀ 4 ਯੂਰੋ 77 ਸੈਂਟ ਬਚੇ, ਮਤਲਬ ਕਿ 31% ਪ੍ਰੋਫਿਟ ਹੋਇਆ। ਜਿਵੇਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ, 30 ਤੋਂ 35% ਜਾਂ 40% ਤੱਕ ਪ੍ਰੋਫਿਟ ਮੈਕਸੀਮਮ ਇਹਦੇ ਵਿੱਚ ਹੁੰਦਾ ਜਦੋਂ FBA ਕਰਦੇ ਹਾਂ। FBM ਦੇ ਵਿੱਚ ਇਹ ਹੋ ਜਾਂਦਾ, ਉਹਨਾਂ ਨੇ ਤੁਹਾਡੀ ਕੋਈ ਇੱਥੇ ਸ਼ਿਪਿੰਗ ਜਿਹੜੀ ਆ ਕੈਲਕੂਲੇਟ ਨਹੀਂ ਕੀਤੀ ਸੀ, ਸਾਨੂੰ 51% ਸ਼ੋ ਹੁੰਦਾ ਸੀ। ਜੇ ਉਹਦੇ ਵਿੱਚ ਹੁਣ ਸ਼ਿਪਿੰਗ ਅਸੀਂ ਆਪ ਕਰਨੀ ਆ, ਕਿਤੇ ਸ਼ਿਪਿੰਗ ਬਾਏ ਕਰਕੇ ਅੱਗੇ ਅਸੀਂ ਸੈੱਲ ਕਰਾਂਗੇ, ਫਿਰ ਸਾਡੀ ਉਹ ਸ਼ਿਪਿੰਗ ਦਾ ਖਰਚਾ ਵੀ ਹੋਊਗਾ, ਅਤੇ ਉਹਦੇ ਵਿੱਚੋਂ ਸਾਡੇ 2-4 ਯੂਰੋ ਹੋਰ ਘਟਣਗੇ। ਉੱਥੇ ਸਾਨੂੰ 10 ਕੁ ਯੂਰੋ ਅਪਰੋਕਸੀਮੇਟਲੀ ਬਚ ਗਏ ਸੀ, ਅਤੇ ਉਹਦੇ ਵਿੱਚੋਂ ਜਦੋਂ 6 ਯੂਰੋ ਘੱਟ ਹੋਣਗੇ ਉਹ ਵੀ 4 ਯੂਰੋ ਰਹਿ ਜਾਣੀ ਆ। ਅਤੇ ਇਹ ਐਮਾਜ਼ੋਨ ਵੱਲੋਂ ਸਾਰਾ ਕੁਛ ਕੀਤਾ ਗਿਆ। ਐਮਾਜ਼ੋਨ ਨੇ ਆਪਣੀ ਫੀਸ ਲਈ, ਸ਼ਿਪਿੰਗ ਫੀਸ ਲਈ, ਉੱਥੇ ਰੱਖਣ ਦੀ ਫੀਸ ਲਈ, ਉਸ ਤੋਂ ਬਾਅਦ ਉਹਨਾਂ ਦੇ ਹੋਰ ਜਿਹੜੇ ਕੋਸਟ ਹੁੰਦੀ ਆ ਉੱਥੇ ਰੱਖਣ ਦੀ ਜਾਂ ਉੱਥੇ ਰੈਫਰਲ ਫੀਸ ਹੋ ਜਾਂਦੀ ਆ, ਅਤੇ ਉਸ ਤੋਂ ਬਾਅਦ ਉਹਨਾਂ ਦੀ ਜਿੰਨੀ ਨੈਟੋ ਲੋਸ ਸਾਨੂੰ ਬਚਦੀ ਆ ਲਾਸਟ ਦੇ ਵਿੱਚ ਆ ਕੇ 9 ਯੂਰੋ 77 ਸੈਂਟ, ਅਤੇ ਉਸ ਦੇ ਵਿੱਚੋਂ 5 ਯੂਰੋ ਸਾਡਾ ਪ੍ਰੋਡਕਟ ਨਿਕਲ ਗਿਆ ਅਤੇ ਸਾਨੂੰ 4 ਯੂਰੋ 77 ਸੈਂਟ ਬਚੇ। ਅਤੇ ਇਸ ਤਰ੍ਹਾਂ 31% ਸਾਨੂੰ ਪ੍ਰੋਫਿਟ ਹੋਇਆ। ਜਿਵੇਂ ਕਿ ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਓਮਜ਼ੈਟਸ ਮਤਲਬ ਕਿ ਕਿੰਨੇ ਦਾ ਤੁਸੀਂ ਵੇਚਿਆ, ਕੋਸਟ ਜਿਹੜੀ ਆ ਸਾਡੀ 5 ਯੂਰੋ 30 ਸੈਂਟ, 10 ਯੂਰੋ ਸਾਨੂੰ ਅਪਰੋਕਸੀਮੇਟਲੀ ਬਚੇ ਬਾਅਦ ਵਿੱਚ, ਉਹਦੇ ਵਿੱਚ ਉਹ ਨੈਟੋ ਸਾਨੂੰ ਮਤਲਬ ਕਿ ਲਾਸਟ 'ਤੇ ਜਾ ਕੇ 9 ਯੂਰੋ 77 ਬਚੇ। ਅਤੇ ਲਾਸਟ ਦੇ ਵਿੱਚ ਕਿੰਨੇ ਸਾਡੇ ਖਾਤੇ ਦੇ ਵਿੱਚ ਬਚਣੇ ਆ, ਮਤਲਬ ਕਿ ਸਾਨੂੰ ਕਿੰਨਾ ਇਹਦੇ ਵਿੱਚ ਚਾਂਸ ਆ ਜਿਹੜੀ ਆ ਸਾਡੇ ਪ੍ਰੋਫਿਟ ਹੋਣ ਦੇ, 4 ਯੂਰੋ 77 ਸੈਂਟ। ਮਤਲਬ ਕਿ ਪ੍ਰੋਫਿਟ ਹੈਗਾ ਇਸ ਪ੍ਰੋਡਕਟ ਦੇ ਵਿੱਚ 30%, 30 ਤੋਂ 40% ਮੇਰੇ ਹਿਸਾਬ ਨਾਲ ਪ੍ਰੋਫਿਟ ਹੋਵੇ ਤਾਂ ਬਹੁਤ ਵਧੀਆ ਆ। ਜ਼ਿਆਦਾ ਨਹੀਂ ਹੁੰਦਾ ਕਿਉਂਕਿ ਹਰੇਕ ਪ੍ਰੋਡਕਟ ਦੇ ਵਿੱਚ ਜਦੋਂ ਤੁਸੀਂ ਮੰਗਾਉਂਦੇ ਆ ਉਹ ਮਹਿੰਗਾ ਵੀ ਹੁੰਦਾ, ਸ਼ਿਪਿੰਗ ਵੀ ਪੈਂਦੀ ਆ, ਹੋਰ ਖਰਚੇ ਵੀ ਹੁੰਦੇ ਆ, ਪਰ ਬੈਟਰ ਇਹ ਆ ਜੇ ਐਮਾਜ਼ੋਨ ਸਾਰਾ ਕੁਛ ਕਰਦਾ ਤਾਂ ਉਹਦੇ ਵਿੱਚ ਐਮਾਜ਼ੋਨ ਦੀ ਸਿਰਦਰਦੀ ਹੁੰਦੀ ਆ, ਕਸਟਮਰ ਸਰਵਿਸ ਐਮਾਜ਼ੋਨ ਦੀ ਹੁੰਦੀ ਆ, ਰਿਟਰਨ ਜਾਂ ਭੇਜਣ ਦੀ ਸਾਰਾ ਕੁਛ ਸਰਵਿਸ ਜਿਹੜੀ ਐਮਾਜ਼ੋਨ ਵੱਲੋਂ ਕੀਤੀ ਜਾਂਦੀ ਆ। ਪਰ ਜੇ ਤੁਸੀਂ ਇੱਧਰ ਦੇਖਿਆ ਸੀ ਜਿੱਥੇ ਤੁਸੀਂ 51% ਦੇਖਿਆ, ਇਹਦੇ ਵਿੱਚ ਤੁਹਾਨੂੰ ਸਾਰਾ ਕੁਛ ਸ਼ਿਪਿੰਗ ਵਾਲਾ ਪ੍ਰੋਸੈਸ ਕਰਨਾ ਪੈਂਦਾ। ਜੇ ਪ੍ਰੋਡਕਟ ਰਨ ਆ ਜਾਵੇ ਤਾਂ ਤੁਸੀਂ ਉਹਦੀ ਸਿਰਦਰਦੀ ਵੀ ਤੁਹਾਨੂੰ ਲੈਣੀ ਪੈਣੀ ਆ। ਇਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਸਕਦਾ ਕਿ ਕਿਹੜੇ ਪ੍ਰੋਡਕਟ ਦੇ ਵਿੱਚ ਕਿੰਨਾ ਪ੍ਰੋਫਿਟ ਆ, ਅਤੇ ਉਹ ਪ੍ਰੋਡਕਟ ਤੁਸੀਂ ਅੱਗੇ ਬਾਏ ਕਰ ਸਕਦੇ ਆ ਅਤੇ ਆਪਣਾ ਰਾਈਟ ਡਿਸੀਜਨ ਲੈ ਸਕਦੇ ਆ। ਆਈ ਹੋਪ ਇਸ ਤਰ੍ਹਾਂ ਤੁਸੀਂ ਆਪਣਾ ਪੂਰਾ ਕੈਲਕੂਲੇਟ ਕਰਕੇ ਫਿਰ ਹੀ ਪ੍ਰੋਡਕਟ ਸਹੀ ਤਰੀਕੇ ਦੇ ਨਾਲ, ਸਹੀ ਕੁਆਲਿਟੀ ਵਾਲਾ ਜਾਂ ਚੰਗੇ ਤਰੀਕੇ ਵਾਲਾ ਜਾਂ ਟ੍ਰੈਂਡਿੰਗ ਪ੍ਰੋਡਕਟ ਖਰੀਦ ਕੇ ਅੱਗੇ ਸੈੱਲ ਕਰੋਗੇ। ਆਈ ਹੋਪ ਤੁਸੀਂ ਇੰਜੋਏ ਕੀਤਾ ਹੋਊਗਾ। ਚੱਲਦੇ ਹਾਂ ਨੈਕਸਟ ਸਟੈਪ ਦੇ ਉੱਤੇ। ਇਹ ਸਟੈਪ ਸਪੈਸ਼ਲੀ ਜਰਮਨੀ ਵਾਲਿਆਂ ਦੇ ਲਈ ਆ ਕਿਉਂਕਿ ਮੈਂ ਜਰਮਨੀ ਦੇ ਵਿੱਚ ਰਹਿਣਾ, ਮੈਨੂੰ ਜਰਮਨੀ ਦਾ ਜ਼ਿਆਦਾ ਐਕਸਪੀਰੀਅੰਸ ਆ। ਵੈਸੇ ਇਹ ਕੋਰਸ ਸਾਰੇ ਵਰਲਡ ਦੇ ਵਿੱਚ ਕਿਤੇ ਵੀ ਕੀਤਾ ਜਾ ਸਕਦਾ, ਕਿਤੇ ਵੀ ਬੈਠ ਕੇ ਤੁਸੀਂ ਇਸ ਕੋਰਸ ਨੂੰ ਕਰਕੇ ਪੂਰਾ ਐਮਾਜ਼ੋਨ FBA ਦੇ ਨਾਲ ਕੰਮ ਸਟਾਰਟ ਕਰ ਸਕਦੇ ਆ। ਪਰ ਇਹ ਸਪੈਸ਼ਲ ਤਾਂ ਆ ਕਿਉਂਕਿ ਜਰਮਨ ਦੇ ਵਿੱਚ ਇਹ ਸਪੈਸ਼ਲ ਚੀਜ਼ ਇਹ ਆ ਕਿ ਇੱਥੇ ਤੁਸੀਂ ਕੋਈ ਵੀ ਕੰਮ ਕਰਦੇ ਆ, ਔਨਲਾਈਨ ਕੁਛ ਵੀ ਵੇਚਦੇ ਆ, ਔਨਲਾਈਨ ਕਿਤੇ ਵੀ ਕੰਮ ਕਰਦੇ ਆ, ਤੁਹਾਨੂੰ ਪੈਕਿੰਗ ਲਾਇਸੈਂਸ ਚਾਹੀਦਾ ਹੁੰਦਾ। ਉਹ ਕਿਵੇਂ ਅਪਲਾਈ ਕਰਨਾ ਜਾਂ ਕਿਹੜੀਆਂ ਉਹ ਵੈਬਸਾਈਟਸ ਨੇ, ਕਿੱਥੋਂ ਤੁਹਾਨੂੰ ਮਿਲ ਸਕਦਾ ਅਤੇ ਕਿੰਨੇ ਪੈਸਿਆਂ ਦੇ ਮਿਲ ਸਕਦਾ, ਜਰਮਨੀ ਵਾਲਿਆਂ ਦੇ ਲਈ ਸਪੈਸ਼ਲ। ਚੱਲਦੇ ਆ ਮੇਰੇ ਨਾਲ ਇਸ ਸਟੈਪ ਨੂੰ ਦੇਖਣ ਦੇ ਲਈ ਮੇਰੇ ਲੈਪਟਾਪ ਦੀ ਸਕਰੀਨ। ਅਤੇ ਇਸ ਪਾਰਟ ਦੇ ਵਿੱਚ ਇਕੱਲੇ ਜਰਮਨੀ ਵਾਲਿਆਂ ਦੇ ਲਈ ਆ, ਉਹਨਾਂ ਨੂੰ ਚਾਹੀਦਾ ਹੁੰਦਾ ਫਿਆ ਪਾਕੂੰਗ ਲਿੰਜ਼ਨ, ਮਤਲਬ ਕਿ ਇੱਕ ਪੈਕਿੰਗ ਕਰਨ ਦਾ ਲਾਇਸੈਂਸ ਚਾਹੀਦਾ। ਜੇ ਜਰਮਨ ਦੇ ਵਿੱਚ ਤੁਸੀਂ ਐਮਾਜ਼ੋਨ ਨਾਲ ਕੰਮ ਕਰਨਾ ਜਾਂ ਈਬੇ ਨਾਲ ਕੰਮ ਕਰਨਾ ਜਾਂ ਫਿਰ ਤੁਸੀਂ ਸ਼ੋਪੀਫਾਈ ਨਾਲ ਕੰਮ ਕਰਨਾ, ਤੇ ਤੁਹਾਨੂੰ ਇਹ ਲਾਇਸੈਂਸ ਚਾਹੀਦਾ ਹੀ ਚਾਹੀਦਾ। ਕਿਉਂਕਿ ਇਹ ਕੋਰਸ ਦੇ ਵਿੱਚ ਮੈਂ ਆਪਣੇ ਜਰਮਨ ਦੇ ਰਿਲੇਟਡ ਵੀ ਬਹੁਤ ਸਾਰੀਆਂ ਗੱਲਾਂ ਐਡ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਜਰਮਨ ਤੋਂ ਦੇਖਣ ਵਾਲੇ ਵੀ ਬਹੁਤ ਨੇ ਮੈਨੂੰ, ਇਸ ਕਰਕੇ ਉਹਨਾਂ ਦੇ ਲਈ ਵੀ ਸਪੈਸ਼ਲ ਇਹ ਚੀਜ਼ ਆ ਕਿ ਉਹ ਇਹ ਚੀਜ਼ ਵੀ ਖਰੀਦ ਸਕਦੇ ਆ। ਪਰ ਡਿਪੈਂਡ ਤੁਹਾਡੇ 'ਤੇ ਆ, ਤੁਸੀਂ ਪਹਿਲਾਂ ਤੋਂ ਖਰੀਦਣੀ ਆ ਜਾਂ ਨਹੀਂ ਖਰੀਦਣੀ। ਇਹ ਚਾਹੀਦਾ ਹੁੰਦਾ ਤੁਹਾਨੂੰ, ਉਸ ਦੇ ਲਈ ਮੈਂ ਤੁਹਾਨੂੰ ਕੁਝ ਵੈਬਸਾਈਟਸ ਦੱਸ ਦਿੰਦਾ ਜਿੱਥੋਂ ਤੁਸੀਂ ਖਰੀਦ ਸਕਦੇ ਆ। ਅਤੇ ਇਹਨਾਂ ਦੀ ਅਪਰੋਕਸੀਮੇਟਲੀ ਫੀਸ ਜਿਹੜੀ ਆ 6 ਯੂਰੋ ਤੋਂ ਲੈ ਕੇ ਅਪਰੋਕਸੀਮੇਟਲੀ 40 ਕੁ ਯੂਰੋ ਤੱਕ 1 ਸਾਲ ਦੀ ਹੁੰਦੀ ਆ। ਅਤੇ ਇਹ ਬਹੁਤ ਸਾਰੇ ਅਨਬੀਟਾ ਹੈਗੇ ਆ, ਮਤਲਬ ਕਿ ਜਿੱਥੋਂ ਤੁਸੀਂ ਬਾਏ ਕਰ ਸਕਦੇ ਆ, ਐਕਟੀਵੇਟ ਹੈਗੀ ਆ, ਲਿੰਜ਼ੋਰੋ ਹੈਗੀ ਆ, ਅਤੇ ਉਸ ਤੋਂ ਬਾਅਦ ਗਰੂਨਪੁੰਗ ਤੇ ਹੈਗੀ ਆ, ਸਮਾਰਟ ਹੈਗੀ ਆ, ਯੂਜ਼। ਇਹਨਾਂ 'ਤੇ ਪ੍ਰਾਈਸ ਵੀ ਇਹਨਾਂ ਨੇ ਲਿਖਿਆ ਹੋਇਆ ਕਿ ਇਹਦੇ 'ਤੇ ਤੁਸੀਂ 0 ਦਾ 1 ਸਾਲ ਦੇ ਵਿੱਚ ਖਰੀਦ ਸਕਦੇ ਆ, ਅਤੇ ਉਸ ਤੋਂ ਬਾਅਦ 39 ਯੂਰੋ 1 ਸਾਲ ਦੇ,
ਅਤੇ ਇਹਨਾਂ ਨੇ ਕੁੰਡੀ ਨੂੰ ਵੀ ਲਿਖਿਆ ਨਾਲ ਕਿ ਕਿੰਨੇ ਚਿਰ ਬਾਅਦ ਤੁਸੀਂ ਕਰ ਸਕਦੇ ਹਾਂ, ਇਹਦੇ 'ਤੇ 36 ਯੂਰੋ ਦਾ, ਇਹਦੇ 'ਤੇ 25 ਯੂਰੋ ਦਾ, ਅਤੇ ਹਰੇਕ ਦੇ ਵਿੱਚ ਜਿਹੜਾ ਅਲੱਗ ਅਲੱਗ ਤੁਹਾਨੂੰ ਪ੍ਰਾਈਸ ਮਿਲੇਗਾ। ਅਤੇ ਇਹ ਪ੍ਰਾਈਸ ਤੁਹਾਨੂੰ ਮਿਲਦਾ ਕਿ ਤੁਸੀਂ ਉਹਦੇ ਵਿੱਚ ਲਿਖਣਾ ਹੁੰਦਾ ਅਪਰੋਕਸੀਮੇਟਲੀ ਤੁਹਾਡਾ 1 ਸਾਲ ਦੇ ਵਿੱਚ ਕਿੰਨਾ ਕੁ ਜਿਹੜਾ ਆ ਵੇਸਟ ਮਟੀਰੀਅਲ ਹੋ ਸਕਦਾ। ਸਾਰੀ ਪੈਕਿੰਗ ਤਾਂ ਜੇ ਤੁਸੀਂ ਐਮਾਜ਼ੋਨ FBA ਕਰਦੇ ਆ, ਇਕੱਲਾ ਜਿਹੜਾ ਐਮਾਜ਼ੋਨ ਕਰਦਾ, ਪਰ ਫਿਰ ਵੀ ਤੁਹਾਨੂੰ ਫਿਰ ਪਾਕੂੰ ਲਾਇਸੈਂਸ ਜਿਹੜਾ ਆ ਉਹ ਲੈਣਾ ਪੈਂਦਾ ਆ। ਭਾਵੇਂ ਤੁਸੀਂ ਥੋੜ੍ਹੀ ਜਿਹੀ ਇਹਦੇ ਵਿੱਚ ਦੱਸੋ ਕਿ ਤੁਹਾਡੀ ਥੋੜ੍ਹੀ ਵੇਸਟੇਜ ਹੋਵੇਗੀ, ਉਸ ਦੇ ਨਾਲ ਇਹ ਹੋ ਸਕਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਕੱਲ੍ਹ ਨੂੰ ਜਾਂ ਆਉਣ ਵਾਲੇ ਫਿਊਚਰ ਦੇ ਵਿੱਚ ਗੌਰਮੈਂਟ ਵੱਲੋਂ ਨਹੀਂ ਹੋਏਗੀ ਕਿ ਤੁਸੀਂ ਔਨਲਾਈਨ ਕੰਮ ਕਰ ਰਹੇ ਹੋ, ਤੁਹਾਡੀ ਪੈਕਿੰਗ ਹੋ ਰਹੀ ਆ, ਜਾਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਔਨਲਾਈਨ ਸੇਲਿੰਗ ਕਰ ਰਹੇ ਹੋ ਅਤੇ ਉਹਦੀ ਵੇਸਟੇਜ ਹੁੰਦੀ ਆ, ਉਸ ਦੇ ਲਈ ਤੁਸੀਂ ਪੇ ਨਹੀਂ ਕਰਦੇ। ਇਸ ਕਰਕੇ ਤੁਸੀਂ ਵੇਸਟੇਜ ਪੇ ਕਰਨ ਦੇ ਲਈ ਇਹ ਜਿਹੜਾ ਆ ਲਾਇਸੈਂਸ ਲੈ ਸਕਦੇ ਹੋ। ਬਹੁਤ ਸਾਰੀਆਂ ਵੈਬਸਾਈਟਸ ਹੈਗੀਆਂ ਨੇ, ਗੂਗਲ 'ਤੇ ਜਾ ਕੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਅਤੇ ਆਪਣੇ ਜਿਹੜਾ ਲਾਇਸੈਂਸ ਅਪਲਾਈ ਕਰ ਸਕਦੇ ਹੋ, ਇਹਦੀ ਬਹੁਤ ਜ਼ਿਆਦਾ ਫੀਸ ਨਹੀਂ ਹੁੰਦੀ। ਹੁਣ ਉਹਦਾ ਬਹੁਤ ਹੀ ਇੰਪੋਰਟੈਂਟ ਸਟੈਪ ਕਿ ਤੁਸੀਂ ਆਪਣੇ ਪ੍ਰੋਡਕਟ ਜਦੋਂ ਐਮਾਜ਼ੋਨ ਦੇ ਉੱਤੇ ਵੇਚਣੇ ਨੇ, ਤੁਹਾਨੂੰ UPC ਬਾਰਕੋਡ ਚਾਹੀਦੇ ਹੁੰਦੇ ਨੇ, ਉਹ ਤੁਸੀਂ ਕਿੱਥੋਂ ਬਾਏ ਕਰ ਸਕਦੇ ਹਾਂ, ਕਿਹੜੀਆਂ ਉਹ ਵੈਬਸਾਈਟਸ ਨੇ, ਅਤੇ ਇਸ ਸਟੈਪ ਦੇ ਵਿੱਚ ਮੈਂ ਬਾਰਕੋਡ ਬਾਏ ਕਰਨਾ ਵੀ ਦੱਸਾਂਗਾ। ਦੋਨਾਂ ਵੈਬਸਾਈਟਸ ਜਿਵੇਂ ਕਿ ਨੇਸ਼ਨ ਵਾਈਡ ਜਾਂ GS1 ਦੋਨਾਂ ਦੇ ਵਿੱਚੋਂ ਇੱਕ ਮੈਂ ਚੂਜ਼ ਕਰਾਂਗਾ, ਉਸੇ ਤਰ੍ਹਾਂ ਤੁਸੀਂ ਵੀ ਬਾਏ ਕਰ ਸਕਦੇ ਹਾਂ ਅਤੇ ਡਿਸਕਾਊਂਟ ਕਿਵੇਂ ਲੈਣਾ ਉਹ ਵੀ ਮੈਂ ਦੱਸਾਂਗਾ। ਇਸ ਕਰਕੇ ਇਹ ਸਟੈਪ ਪੂਰਾ ਧਿਆਨ ਦੇ ਨਾਲ ਦੇਖਿਓ, ਅਤੇ ਇਸ UPC ਬਾਏ ਕਰਨ ਤੋਂ ਬਾਅਦ ਜੇ ਤੁਸੀਂ ਆਪਣੇ ਤੌਰ 'ਤੇ ਲਿਸਟਿੰਗ ਕਰਨਾ ਚਾਹੁੰਦੇ ਹਾਂ ਤਾਂ UPC ਦੇ ਥਰੂ ਕਰ ਸਕਦੇ ਹਾਂ। ਅਤੇ ਚੱਲਦੇ ਹਾਂ ਇਸ ਸਟੈਪ ਦੇ ਬਾਅਦ। ਸਭ ਤੋਂ ਇੰਪੋਰਟੈਂਟ ਸਟੈਪ, UPC ਬਾਰਕੋਡ ਤੁਸੀਂ ਕਿੱਥੋਂ ਬਾਏ ਕਰਨੇ ਆ। ਐਮਾਜ਼ੋਨ FBA ਦੇ ਨਾਲ ਕੰਮ ਕਰਨ ਦੇ ਲਈ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਪ੍ਰੋਡਕਟ ਸੈੱਲ ਕਰਨੇ ਨੇ ਤੁਹਾਡੇ ਕੋਲ UPC ਕੋਡ ਹੋਵੇ। ਜੇ ਤੁਸੀਂ ਪ੍ਰੋਡਕਟ ਕਿਸੇ ਸੈਲਰ ਦੇ ਅੰਡਰ ਸੈੱਲ ਕਰਨਾ ਚਾਹੁੰਦੇ ਹੋ, ਸੇਮ ਹੀ ਪ੍ਰੋਡਕਟ ਜੇ ਕੋਈ ਹੋਰ ਸੈਲਰ ਸੈੱਲ ਕਰ ਰਿਹਾ, ਉਸੇ ਪ੍ਰੋਡਕਟ ਨੂੰ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ, ਤਾਂ ਉਹ ਪ੍ਰੋਡਕਟ ਸੈੱਲ ਹੋ ਸਕਦਾ ਵਿਦਆਊਟ UPC। ਪਰ ਕਈ ਵਾਰ ਬਹੁਤ ਸਾਰੇ ਸੈਲਰ ਜਿਹੜੇ ਆ ਆਪਣੀ ਪਰਮਿਸ਼ਨ ਨਹੀਂ ਦਿੰਦੇ ਕਿ ਤੁਸੀਂ ਉਹਨਾਂ ਦੇ ਅੰਡਰ ਪ੍ਰੋਡਕਟ ਲਿਸਟਿੰਗ ਕਰ ਸਕੋ। ਇਸ ਕਰਕੇ ਤੁਹਾਨੂੰ UPC ਬਾਰਕੋਡ ਬਾਏ ਕਰਨੇ ਪੈਂਦੇ ਆ। ਕਿੱਥੋਂ ਬਾਏ ਕਰਨੇ ਪੈਂਦੇ ਆ? ਪਹਿਲੀ ਵੈਬਸਾਈਟ ਦਾ ਨਾਮ ਹੈਗਾ GS1.org। ਇਹਦੇ ਵਿੱਚ ਤੁਸੀਂ ਆਪਣੀ ਕੰਟਰੀ ਦਾ ਨਾਮ ਭਰ ਕੇ ਅਤੇ ਫਿਰ ਤੁਸੀਂ ਇੱਥੋਂ ਬਾਏ ਕਰ ਸਕਦੇ ਆ। ਇਹ ਇੱਕ ਮਹਿੰਗੀ ਵੈਬਸਾਈਟ ਆ ਅਤੇ ਓਰੀਜਨਲ ਵੈਬਸਾਈਟ ਆ। ਇੱਥੋਂ ਹੀ ਅਗਲੇ ਵੈਬਸਾਈਟ ਨੂੰ ਜਿਹੜੇ ਆ ਰਾਈਟ ਮਿਲੇ ਹੋਏ ਆ। ਉਸ ਵੈਬਸਾਈਟ ਦਾ ਨਾਮ ਹੈਗਾ ਨੇਸ਼ਨ ਵਾਈਡ ਬਾਰਕੋਡ। ਇਸ ਦੇ ਉੱਤੇ ਵੀ ਤੁਸੀਂ ਬਾਰਕੋਡ ਬਾਏ ਕਰ ਸਕਦੇ ਹਾਂ। ਬਾਰਕੋਡ ਬਾਏ ਕਰਨ ਦੇ ਲਈ ਤੁਸੀਂ ਕਰਨਾ ਕੀ ਆ, ਮੈਂ ਦਿਖਾ ਦਾਂ ਤੁਹਾਨੂੰ ਵੈਬਸਾਈਟ ਦੇ ਉੱਤੇ ਜਾ ਕੇ। ਪਹਿਲੀ ਵੈਬਸਾਈਟ ਹੈਗੀ ਆ GS1.org, ਜਿਹੜੀ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ। ਇਸ ਦੇ ਉੱਤੇ ਤੁਸੀਂ ਜਦੋਂ ਬਾਏ ਕਰਨੇ ਆ ਅਤੇ ਇਹਦੇ ਲਈ ਤੁਸੀਂ ਗੂਗਲ ਦੇ ਵਿੱਚ ਜਾ ਕੇ ਸਰਚ ਕਰ ਸਕਦੇ ਹੋ ਜਾਂ ਡਾਇਰੈਕਟ ਹੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹਨੂੰ ਓਪਨ ਕਰਨਾ। ਓਪਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜਾ ਪੇਜ ਇਹਨਾਂ ਦਾ ਡਾਇਰੈਕਟ ਓਪਨ ਹੋਏਗਾ। ਇਸ ਤਰ੍ਹਾਂ ਦੇ UPC ਬਾਰਕੋਡ ਹੁੰਦੇ ਆ, ਇਹਨੂੰ ਯੂਨੀਵਰਸਲ ਪ੍ਰੋਡਕਟ ਕੋਡ ਕਿਹਾ ਜਾਂਦਾ। ਹਰ ਇੱਕ ਕੰਟਰੀ ਦੇ ਵਿੱਚ ਅਲੱਗ ਅਲੱਗ ਇਹਨੂੰ ਕਿਹਾ ਜਾਂਦਾ, ਜਿਵੇਂ ਕਿ EAN ਨੰਬਰ ਯੂਰਪ ਦੇ ਵਿੱਚ ਕੁਝ ਹੋਰ ਕਿਹਾ ਜਾਂਦਾ, USA ਕੈਨੇਡਾ ਅਮਰੀਕਾ ਦੇ ਵਿੱਚ ਹੋਰ ਕੁਛ ਕਿਹਾ ਜਾਂਦਾ। ਜਿਵੇਂ ਕਿ ਆ ਉੱਪਰ ਲਿਖਿਆ ਆ ਹੀ ਗਿਆ, ਤੁਸੀਂ ਦੇਖ ਲਿਆ EAN ਨੰਬਰ ਜਾਂ UPC ਕੋਡ ਜਿਹੜੇ ਆ। ਇਹਦੇ ਵਿੱਚ ਹੈਗਾ ਕੀ ਹੈ, ਜਿਹੜੇ UPC ਕੋਡ ਆ ਇਹਦੇ 'ਤੇ ਬਹੁਤ ਮਹਿੰਗੇ ਆ, ਪਰ ਇਸ 'ਤੇ ਤੁਹਾਨੂੰ ਜਿਹੜੇ ਆ ਜੇ ਤੁਸੀਂ ਸਾਲ ਦਾ ਪੈਕ ਲੈਂਦੇ ਹੋ ਜਾਂ ਬਹੁਤ ਜ਼ਿਆਦਾ ਇਕੱਠੇ ਲੈਂਦੇ ਹੋ ਤਾਂ ਬਹੁਤ ਸਸਤੇ ਮਿਲ ਜਾਂਦੇ ਆ। ਇਸ ਕਰਕੇ ਲੋਕ ਜਿਹੜੇ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਕੰਮ ਕਰ ਰਹੇ ਆ, ਬਿਜ਼ਨਸ ਕਰ ਰਹੇ ਆ ਐਮਾਜ਼ੋਨ ਦੇ ਨਾਲ ਜਾਂ eBay ਦੇ ਨਾਲ, ਉਹ ਇੱਥੋਂ ਹੀ ਬਾਏ ਕਰ ਲੈਂਦੇ ਆ ਬਹੁਤ ਸਾਰੇ ਬੰਡਲ ਦੇ ਵਿੱਚ, ਅਤੇ ਉਹਨਾਂ ਨੂੰ ਸਸਤਾ ਮਿਲ ਜਾਂਦਾ। ਅਤੇ ਤੁਸੀਂ ਇੱਥੋਂ ਬਾਏ ਕਿਵੇਂ ਕਰਨੇ ਆ? ਜਿਵੇਂ ਕਿ ਹੁਣ ਇਹ ਉਹਨਾਂ ਦੀ ਵੈਬਸਾਈਟ ਓਪਨ ਹੋਈ, ਅਸੀਂ ਗੈਟ ਯੂਅਰ ਬਾਰਕੋਡ 'ਤੇ ਕਲਿੱਕ ਕਰਾਂਗੇ, ਇਹ ਸਾਨੂੰ ਲੈ ਕੇ ਜਾਏਗਾ। ਜੇ ਇਹਨਾਂ ਨੇ ਆਟੋਮੈਟਿਕਲੀ ਤੁਹਾਡੀ ਜਿਹੜੀ ਆ ਕੰਟਰੀ ਦੀ ਲੋਕੇਸ਼ਨ ਨਹੀਂ ਪਾਈ ਤਾਂ ਉੱਥੇ ਤੁਸੀਂ ਪਾ ਸਕਦੇ ਹੋ। ਵੈਸੇ ਆਟੋਮੈਟਿਕਲੀ ਜੇ ਤੁਹਾਡੇ ਕੰਪਿਊਟਰ ਦੀ ਲੋਕੇਸ਼ਨ ਆਨ ਆ ਤਾਂ ਇਹ ਪਾ ਦਿੰਦੇ ਆ। ਅਤੇ ਇੱਥੋਂ ਤੁਸੀਂ ਦੇ ਸਕਦੇ ਹਾਂ ES bar code, ਜਿਹੜਾ GTIN ਵੀ ਕਿਹਾ ਜਾਂਦਾ, ਆਰ ਨੈਸੈਸਰੀ ਫਾਰ ਮੋਸਟ ਔਨਲਾਈਨ ਐਂਡ ਟ੍ਰੈਡੀਸ਼ਨਲ ਰਿਟੇਲਰਸ ਇਨਕਲੂਡਿੰਗ ਐਮਾਜ਼ੋਨ, ਈਬੇ, ਅਲੀਬਾਬਾ, ਗੂਗਲ, ਕੇਅਰਫੋਰ, ਟਸਕੋ ਅਤੇ ਬਾਲਮਾਰਟ। ਇਹ ਜਿਹੜੇ ਸਾਰੇ ਵੱਡੇ ਵੱਡੇ ਸਟੋਰਸ ਆ ਉਹ ਇਹਨਾਂ ਤੋਂ ਹੀ ਬਾਏ ਕਰ ਲੈਂਦੇ ਆ, ਜਿਵੇਂ ਕਿ ਐਮਾਜ਼ੋਨ। ਅਤੇ ਹੁਣ ਤੁਸੀਂ ਦੇਖ ਸਕਦੇ ਹਾਂ ਇਹਨਾਂ ਨੂੰ ਬਾਏ ਕਰਨ ਦੇ ਲਈ ਲੋਕੇਸ਼ਨ ਇੱਥੇ ਆ ਹੀ ਗਈ। ਜੇ ਨਹੀਂ ਆਈ ਤਾਂ ਤੁਸੀਂ ਆਪਣੀ ਲੋਕੇਸ਼ਨ ਆਪ ਚੂਜ਼ ਕਰ ਸਕਦੇ ਹਾਂ, ਗੈਟ ਆ ਬਾਰਕੋਡ 'ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਇਹ ਤੁਹਾਨੂੰ ਆਪਣੀ ਪੈਕ ਦਿਖਾ ਲਏਗਾ ਕਿ ਕਿਹੜੇ ਤੁਸੀਂ ਲੈਣੇ ਆ। ਜੇ ਤੁਸੀਂ ਇੱਕ ਬਾਰਕੋਡ ਲੈਣਾ, ਪਹਿਲਾਂ $25 ਦਾ ਸੀ, ਹੁਣ $35 ਦਾ ਹੋ ਗਿਆ। ਅਤੇ ਜੇ ਤੁਹਾਡੇ ਪ੍ਰੋਡਕਟਸ ਦੇ ਵਿੱਚ ਵੇਰੀਏਸ਼ਨ ਆ, ਮਤਲਬ ਕਿ ਇੱਕ ਪ੍ਰੋਡਕਟ ਕੋਈ ਛੋਟਾ ਕੋਈ ਵੱਡਾ, ਅਤੇ ਉਹ ਹੈਗਾ ਆ ਜੀ, ਕਹਿ ਸਕਦੇ ਹਾਂ ਆਪਾਂ ਤੁਹਾਨੂੰ ਹਰ ਪ੍ਰੋਡਕਟ ਦੇ ਲਈ ਤੁਹਾਨੂੰ ਜਿਹੜਾ UPC ਬਾਰਕੋਡ ਚਾਹੀਦਾ। ਜੇ ਤੁਹਾਡੇ ਪ੍ਰੋਡਕਟ ਦੇ ਵਿੱਚ ਵੇਰੀਏਸ਼ਨ ਨਹੀਂ ਹੈਗੀ, ਤੁਹਾਨੂੰ ਇੱਕ ਹੀ
ਜਿਹੜਾ ਬਾਰਕੋਡ ਚਾਹੀਦਾ ਜਾਂ UPC ਬਾਰਕੋਡ ਚਾਹੀਦਾ, ਇਹਦੇ ਨਾਲ ਤੁਸੀਂ ਆਪਣੇ ਪ੍ਰੋਡਕਟ ਦੀ ਲਿਸਟਿੰਗ ਕਰ ਸਕਦੇ ਹੋ। ਜੇ ਨੇਸ਼ਨ ਵਾਈਡ ਬਾਰਕੋਡ ਤੋਂ ਤੁਸੀਂ ਬਾਏ ਕਰਨਾ, ਤੁਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਵੈਬਸਾਈਟ 'ਤੇ ਜਾਣਾ, 30% ਸੇਲ ਲੱਗੀ ਹੋਈ ਆ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਜ਼ਰੂਰੀ ਨਹੀਂ ਮੈਂ ਹਮੇਸ਼ਾ ਦੱਸਿਆ, ਜਿਸ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ ਹਾਂ ਤੁਸੀਂ ਕਰ ਸਕਦੇ ਹਾਂ। ਉਸ ਤੋਂ ਬਾਅਦ ਥੱਲੇ ਜਾਣਾ ਆਪਾਂ ਕੁਆਂਟਿਟੀ, ਉਹ ਪੁੱਛ ਰਹੇ ਆ ਕਿ ਸਾਨੂੰ UPC ਕੋਡ ਕਿੰਨੇ ਚਾਹੀਦੇ ਆ ਜਾਂ EIN ਨੰਬਰ, ਇਹਨਾਂ ਨੂੰ ਸੇਮ ਹੀ ਕਿਹਾ ਜਾਂਦਾ, ਕਿਸੇ ਕੰਟਰੀ ਦੇ ਵਿੱਚ EIN ਨੰਬਰ ਕਿਹਾ ਜਾਂਦਾ, ਕਿਤੇ UPC ਕਿਹਾ ਜਾਂਦਾ। ਆਪਾਂ ਇੱਕ ਖਰੀਦਣਾ, ਉਸ ਤੋਂ ਬਾਅਦ ਪਰਸਨਲ ਫਾਰ ਬਿਜ਼ਨਸ ਨੇਮ, ਜੇ ਤੁਸੀਂ ਕੋਈ ਆਪਣੀ ਕੰਪਨੀ ਦਾ ਨਾਮ ਰੱਖਿਆ ਹੋਇਆ ਉਹ ਰੱਖ ਸਕਦੇ ਆ, ਜੇ ਪਰਸਨਲੀ ਤੁਸੀਂ ਰੱਖਣਾ ਤਾਂ ਪਰਸਨਲੀ ਰੱਖ ਸਕਦੇ ਆ। ਮੈਂ ਸਿੰਪਲ ਜਿਹਾ ਐਮਾਜ਼ੋਨ ਰੱਖ ਦਿੱਤਾ। ਉਸ ਤੋਂ ਬਾਅਦ ਤੁਸੀਂ ਆਪਣੀ ਈਮੇਲ ID ਦੇਣੀ ਆ, ਜਿਸ ਦੇ ਉੱਤੇ ਤੁਹਾਨੂੰ ਈਮੇਲ ਆਏਗੀ, ਇਹ ਬਾਰਕੋਡ ਤੁਹਾਡੇ ਕੋਲ ਬਣ ਕੇ ਆ ਜਾਏਗਾ। ਉਸ ਤੋਂ ਬਾਅਦ ਤੁਸੀਂ ਉਸਨੂੰ ਡਾਊਨਲੋਡ ਕਰ ਲੈਣਾ, ਅਤੇ ਉਸ ਤੋਂ ਬਾਅਦ ਆਪਾਂ ਕਲੀਅਰੀਫਾਈ 'ਤੇ ਕਲਿੱਕ ਕਰਨਾ ਅਤੇ ਐਡ ਟੂ ਕਾਰਟ 'ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਇਹ ਤੁਹਾਨੂੰ ਲੈ ਕੇ ਜਾਏਗਾ ਇਸ ਤਰ੍ਹਾਂ ਦੇ ਪੇਜ ਦੇ ਉੱਤੇ, ਜਿਸ ਦੇ ਉੱਤੇ ਲਿਖਿਆ ਹੋਏਗਾ ਬਾਰਕੋਡ ਸਰਟੀਫਾਈਡ ਐਮਾਜ਼ੋਨ ਦੇ ਲਈ, ਤੁਹਾਡੀ ਈਮੇਲ ID ਲਿਖੀ ਹੋਏਗੀ, ਤੁਹਾਡੀ ਕੰਟਰੀ ਜਿੱਥੇ ਨੂੰ ਇਹ ਸ਼ਿਪ ਹੋਣਾ, ਤੁਸੀਂ ਆਪਣੀ ਕੰਟਰੀ ਦਾ ਕੋਡ ਦੇਣਾ ਜਿੱਥੇ ਵੀ ਤੁਸੀਂ ਰਹਿੰਦੇ ਆ, ਡਿਸਕਾਊਂਟ ਕੋਡ, ਕਿਉਂਕਿ ਇਹਨਾਂ ਦੀ ਡਿਸਕਾਊਂਟ ਵੀ ਚੱਲਦਾ ਪਿਆ, ਤੁਸੀਂ ਇਹ ਪ੍ਰੋਮੋ 30 ਜਿਹੜਾ ਕਾਪੀ ਕਰ ਸਕਦੇ ਆ ਅਤੇ ਇੱਥੇ ਲਿਜਾ ਕੇ ਕਾਪੀ ਪੇਸਟ ਇੱਥੇ ਕਰ ਸਕਦੇ ਹਾਂ। ਹੁਣ ਜਦੋਂ ਤੁਸੀਂ ਇਸ ਨੂੰ ਅਪਡੇਟ ਕਰੋਗੇ ਅਤੇ ਅਪਡੇਟ ਕਰਨ 'ਤੇ ਆਪਾਂ ਦੇਖਦੇ ਹਾਂ ਕਿ ਕਿੰਨੇ ਦਾ ਸਾਨੂੰ ਇਹ ਪੈਂਦਾ, ਜਿਵੇਂ ਕਿ $12 ਦਾ ਪੈ ਰਿਹਾ ਸੀ, ਹੁਣ 3 ਯੂਰੋ ਦਾ ਡਿਸਕਾਊਂਟ ਪੈ ਗਿਆ ਅਤੇ 8 ਯੂਰੋ ਦਾ ਸਾਨੂੰ ਇਹ ਇੱਕ ਬਾਰਕੋਡ ਮਿਲੇਗਾ। ਇੱਕ ਬਾਰਕੋਡ, ਜੇ ਤੁਹਾਡੇ ਕੋਲ ਵੈਰੀਏਸ਼ਨ ਨਹੀਂ, ਜਿੰਨੇ ਮਰਜ਼ੀ ਪ੍ਰੋਡਕਟ ਆ ਤੁਸੀਂ ਵੇਚ ਸਕਦੇ ਆ, ਮਤਲਬ ਕਿ 12 ਯੂਰੋ ਦਾ ਇੱਕ ਮਿਲਦਾ, ਜੇ ਤੁਸੀਂ GSMAN ਤੋਂ ਲੈਂਦੇ ਆ ਉੱਥੇ 25 ਯੂਰੋ ਤੋਂ ਲੈ ਕੇ $35 ਤੱਕ ਮਿਲਦਾ, ਅਤੇ 8 ਯੂਰੋ ਦਾ ਸਾਨੂੰ ਅਪਰੋਕਸੀਮੇਟਲੀ ਮਿਲਣਾ। ਤੁਸੀਂ ਸ਼ਿਪਿੰਗ ਕਰ ਸਕਦੇ ਆ, ਪੇਪਾਲ ਦੇ ਥਰੂ ਵੀ ਕਰ ਸਕਦੇ ਆ, ਵੀਜ਼ਾ ਦੇ ਥਰੂ ਵੀ ਕਰ ਸਕਦੇ ਆ, ਜਿਵੇਂ ਕਿ ਹੁਣ ਇਹ ਮੇਰੇ ਤੋਂ ਹੈਗਾ ਆ, ਇਸ ਕਰਕੇ ਆਪਾਂ ਚੱਲਦੇ ਹਾਂ ਸਿੱਧੇ ਲਿਸਟਿੰਗ ਦੇ ਉੱਤੇ। ਸੋ ਹੁਣ ਬਹੁਤ ਹੀ ਇੰਪੋਰਟੈਂਟ ਸਟੈਪ ਜਿਸ ਦੇ ਵਿੱਚ ਦੱਸਾਂਗਾ ਕਿ ਹਾਊ ਟੂ ਪ੍ਰੋਡਕਟ ਲਿਸਟ, ਤੁਸੀਂ ਆਪਣੇ ਪ੍ਰੋਡਕਟ ਐਮਾਜ਼ੋਨ ਦੇ ਉੱਤੇ ਲਿਸਟ ਕਿਵੇਂ ਕਰਨੇ ਆ। ਬਹੁਤ ਹੀ ਇੰਪੋਰਟੈਂਟ ਸਟੈਪ ਆ, ਹਰ ਕੋਈ ਬੰਦਾ ਪ੍ਰੋਡਕਟ ਲੈ ਸਕਦਾ, ਬਾਏ ਕਰ ਸਕਦਾ, ਅੱਗੇ ਲਿਸਟ ਕਿਵੇਂ ਕਰਨੇ ਆ, ਐਮਾਜ਼ੋਨ ਨੂੰ ਭੇਜੇ ਕਿਵੇਂ ਜਾਣਗੇ, ਬਹੁਤ ਸਾਰੇ ਪ੍ਰੋਸੀਜਰ ਆ। ਤਾਂ ਹੀ ਮੈਂ ਇਹ ਕੋਰਸ ਦੇ ਵਿੱਚ ਅਲੱਗ ਅਲੱਗ ਸਟੈਪ ਵਾਈਜ਼ ਇਹ ਪ੍ਰੋਗਰਾਮ ਬਣਾਇਆ ਕਿ ਤੁਹਾਨੂੰ ਈਜ਼ਲੀ ਸਮਝ ਲੱਗ ਸਕੇ ਕਿ ਕਿੱਥੋਂ ਤੁਸੀਂ ਕੀ ਬਾਏ ਕਰਨਾ, ਕਿੱਥੇ ਤੁਸੀਂ ਸੈਲ ਕਰਨਾ, ਕਿਸ ਤਰ੍ਹਾਂ ਅੱਗੇ ਮੈਂ ਸਟੈਪ ਅਲੱਗ ਅਲੱਗ ਬਣਾਏ ਆ, ਸ਼ਾਇਦ ਤੁਹਾਨੂੰ ਸਮਝ ਲੱਗਦੀ ਹੋਵੇ। ਇਸ ਦੇ ਵਿੱਚ ਮੈਂ ਦੱਸਾਂਗਾ ਕਿਵੇਂ ਤੁਸੀਂ ਪ੍ਰੋਡਕਟ ਆਪਣੇ ਲਿਸਟ ਕਰਨੇ ਨੇ ਐਮਾਜ਼ੋਨ ਦੇ ਉੱਤੇ। ਇਹ 2 ਤਰੀਕੇ ਨੇ, ਦੋਵੇਂ ਤੁਸੀਂ ਧਿਆਨ ਦੇ ਨਾਲ ਦੇਖਿਓ। ਹੁਣ ਇਸ ਸਟੈਪ ਦੇ ਵਿੱਚ ਗੱਲ ਹੋਊਗੀ ਅਲੱਗ ਤੋਂ, ਜੇ ਤੁਸੀਂ ਆਪਣਾ UPC ਬਾਰਕੋਡ ਜਾਂ ASIN ਤੁਹਾਡੇ ਤੋਂ ਹੈਗਾ ਪਹਿਲਾਂ ਤੋਂ, ਅਤੇ ਉਸ ਦੇ ਨਾਲ ਪ੍ਰੋਡਕਟ ਐਡ ਕਿਵੇਂ ਕਰਨੇ ਆ, ਕੈਟਾਗਰੀਜ਼ ਐਡ ਕਿਵੇਂ ਕਰਨੀ ਆ, ਕੀਵਰਡਸ ਕਿਵੇਂ ਯੂਜ਼ ਕਰਨੇ ਆ, ਤਾਂ ਜੋ ਤੁਹਾਡਾ ਪ੍ਰੋਡਕਟ ਹਮੇਸ਼ਾ ਟ੍ਰੈਂਡਿੰਗ ਦੇ ਵਿੱਚ ਰਹਿ ਸਕੇ। ਅਤੇ ਚੱਲਦੇ ਆ ਮੇਰੇ ਲੈਪਟਾਪ ਦੀ ਸਕਰੀਨ 'ਤੇ। ਉਸ ਤੋਂ ਬਾਅਦ ਆਪਾਂ ਪ੍ਰੋਡਕਟ ਦਾ ਨੇਮ ਆ, ਜਿਵੇਂ ਕਿ ਇਹ ਕੋਈ ਵੀ ਪ੍ਰੋਡਕਟ ਆਪਾਂ ਇੱਥੇ ਸਰਚ ਕਰਨਾ ਜਾਂ ਐਡ ਕਰਨਾ, ਉਹਦੇ ਲਈ ਸਾਨੂੰ UPC ਕੋਡ ਚਾਹੀਦਾ। ਜਿਸ ਤਰ੍ਹਾਂ ਕਿ ਹੁਣ ਮੇਰੇ ਤੋਂ UPC ਕੋਡ ਹੈਗਾ, ਉਸਦੇ ਥਰੂ ਆਪਾਂ ਪ੍ਰੋਡਕਟ ਐਡ ਕਰਾਂਗੇ 2 ਤਰੀਕਿਆਂ ਦੇ ਨਾਲ। ਉੱਪਰ ਆਪਾਂ ਪ੍ਰੋਡਕਟ ਸਰਚ ਕਰ ਸਕਦੇ ਹਾਂ, ਜਦੋਂ ਸਾਡੇ ਤੋਂ UPC ਹੈਗਾ ਅਸੀਂ ਐਡ ਵਾਲੇ 'ਤੇ ਕਲਿੱਕ ਕਰਾਂਗੇ, ਕਿਹੜੀ ਕੈਟਾਗਰੀ ਹੈ ਸਾਡੀ ਉਹ ਅਸੀਂ ਪਹਿਲਾਂ ਕੈਟਾਗਰੀ ਇਹਦੇ ਵਿੱਚ ਸਰਚ ਕਰਾਂਗੇ, ਕਿਉਂਕਿ ਆਪਾਂ ਕੈਟਾਗਰੀ ਦੇ ਰਿਲੇਟਡ ਹੀ ਪ੍ਰੋਡਕਟ ਵੇਚ ਸਕਦੇ ਹਾਂ। ਜਰਮਨ ਦੇ ਵਿੱਚ ਹੀ ਆ ਕੈਟਾਗਰੀਆਂ ਦੀ, ਜਰਮਨ ਦੀ ਲਿਖੀ ਹੋਈ ਆ ਹੁੰਦੇ, ਮਤਲਬ ਕਿ ਜਿਹੜੀ ਹੈ ਡੋਗਸ ਦੀ, ਅਤੇ ਉਸ ਤੋਂ ਬਾਅਦ ਉਹਦੇ ਵਿੱਚ ਕੀ ਆਪਾਂ ਵੇਚਣਾ ਚਾਹੁੰਦੇ ਹਾਂ ਉਹ ਦੇਖ ਲੈਂਦੇ ਹਾਂ। ਇਹਦੇ ਵਿੱਚ ਜੇ ਬੋਟਲਸ ਵਗੈਰਾ ਹੋਣਗੀਆਂ, ਜਦੋਂ ਐਡ ਕਰਨਾ ਤਾਂ ਤੁਸੀਂ ਪੂਰੀ ਸਿਲੈਕਟ, ਜਦੋਂ ਵੀ ਕੈਟਾਗਰੀ ਕਰੋਗੇ ਪੂਰੇ ਧਿਆਨ ਦੇ ਨਾਲ ਐਡ ਕਰਿਓ। ਇਸ ਕੈਟਾਗਰੀ ਦੇ ਥਰੂ ਹੀ ਅੱਗੇ ਤੋਂ ਅੱਗੇ, ਜੇ ਤੁਹਾਡੀ ਬੇਬੀਜ਼ ਵਾਲੀ ਪ੍ਰੋਡਕਟ ਦੀ ਕੈਟਾਗਰੀ ਆ ਤਾਂ ਤੁਹਾਨੂੰ ਬੇਬੀ ਦੀ ਕੈਟਾਗਰੀ, ਉਸ ਤੋਂ ਬਾਅਦ ਅੱਗੇ ਆਪਸ਼ਨ ਆਉਂਦੀਆਂ ਰਹਿਣਗੀਆਂ ਕਿ ਕੀ ਉਹਦੇ ਵਿੱਚ ਤੁਸੀਂ ਐਡ ਕਰਨਾ ਜਾਂ ਕੀ ਉਹ ਪ੍ਰੋਡਕਟ ਦਾ ਕਲਰ ਹੋਏਗਾ ਜਾਂ ਕੁਛ ਵੀ ਆ। ਸਾਰਾ ਕੁਛ ਹੁਣ ਤੁਹਾਨੂੰ ਉੱਪਰ ਦਿਸ ਰਿਹਾ। ਆਪਾਂ ਕੈਟਾਗਰੀ ਆਪਣੀ ਸਿਲੈਕਟ ਕਰ ਲਈ ਪੂਰੀ ਕਿ ਬੋਤਲ ਆ ਅਸੀਂ ਵੇਚਣੀ। ਆਪਾਂ ਪ੍ਰੋਡਕਟ ID ਦੇ ਵਿੱਚ ਹੁਣ ਦੇਖ ਸਕਦੇ ਹਾਂ ਐਨੀ ਵੈਲਿਡ ਜਿਹੜਾ UPC ਕੋਡ, EIN ਕੋਡ, ਉਹ ਵਾਲਾ ਕੋਡ ਆਪਣਾ ਇਹਦੇ ਵਿੱਚ ਪੇਸਟ ਕਰਨਾ। ਪੇਸਟ ਕਰਨ ਤੋਂ ਬਾਅਦ ਆਪਾਂ ਸਿਲੈਕਟ ਕਰਨਾ ਕਿ ਕੀ ਆ ਉਹ ਸਾਡਾ GTN ਆ, EAN ਆ ਜਾਂ PZN ਆ, GCDI ਵੀ ਆ ਗਿਆ ਅੱਜ ਕੱਲ੍ਹ, ਜਾਂ ASIN ਆ ਜਿਹੜਾ ਕਿ ਇਹਦੇ ਵੱਲੋਂ ਐਮਾਜ਼ੋਨ ਵੱਲੋਂ ਦਿੱਤਾ ਜਾਂਦਾ, ਜਾਂ UPC ਕੋਡ ਆ। ਆਪਾਂ UPC ਕੋਡ ਫਿਲ ਕਰਾਂਗੇ ਕਿਉਂਕਿ ਸਾਡਾ ਇਹ UPC ਕੋਡ ਆਪਾਂ ਬਾਏ ਕੀਤਾ ਹੋਇਆ। ਪ੍ਰੋਡਕਟ ਦਾ ਨੇਮ, ਜਿਹੜਾ ਪ੍ਰੋਡਕਟ ਦਾ ਨੇਮ ਆ ਹੁਣ ਉਹਦੇ ਵਿੱਚ ਮੈਂ ਦਿਖਾ ਲਿਆ ਸੀ, ਆਪਾਂ ਕਿਸੇ ਨੂੰ ਵੀ ਕਾਪੀ ਕਰ ਸਕਦੇ ਹਾਂ ਜੇ ਉਹੀ ਪ੍ਰੋਡਕਟ ਅਸੀਂ ਵੀ ਸੈਲ ਕਰਨਾ, ਕਿਉਂਕਿ ਹੁਣ ਆਪਾਂ ਆਹ ਹੀ ਪ੍ਰੋਡਕਟ ਸੈਲ ਕਰਨਾ। ਜੇ ਤੁਸੀਂ ਸੇਮ ਹੀ ਪ੍ਰੋਡਕਟ ਸੈਲ ਕਰਨਾ, ਤੁਸੀਂ ਉਹਦੀ ਕਾਪੀ ਕਰ ਸਕਦੇ ਹਾਂ ਅਤੇ ਥੋੜ੍ਹਾ ਬਹੁਤ ਚੇਂਜ ਵੀ ਕਰ ਸਕਦੇ ਹਾਂ। ਸਿਰਫ ਮੈਂ ਤੁਹਾਨੂੰ ਆਪਸ਼ਨ ਦੇ ਤੌਰ 'ਤੇ ਇਹ ਦਿਖਾ ਰਿਹਾ। ਆਪਾਂ ਇਹਦੇ ਵਿੱਚ ਪੇਸਟ ਕਰ ਦਾਂਗੇ ਉਹੀ ਸੇਮ ਪ੍ਰੋਡਕਟ, ਥੋੜ੍ਹੇ ਵਿੱਚ ਇਹਦੀ ਐਡੀਟਿੰਗ ਕਰ ਸਕਦੇ ਹਾਂ ਤੁਸੀਂ, ਅਲੱਗ ਇਨਫੋਰਮੇਸ਼ਨ ਜਿਹੜੀ ਆ ਇਹਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਇਹ ਦੇਣੀ ਆ। ਬ੍ਰੈਂਡ ਨੇਮ, ਜੇ ਤੁਹਾਡਾ ਕੋਈ ਤੁਸੀਂ ਆਪਣੇ ਨਾਮ 'ਤੇ ਰਜਿਸਟਰ ਕਰਵਾਇਆ ਹੋਇਆ, ਜਿਸ ਤਰ੍ਹਾਂ ਇਹ ਬੋਤਲ ਆ, ਬੋਤਲ ਦੇ ਉੱਤੇ ਕੋਈ ਤੁਸੀਂ ਨਾਮ ਲਿਖਵਾਉਂਦੇ ਹੋ, ਬ੍ਰੈਂਡ ਆਪਣਾ ਨਾਮ ਰਜਿਸਟਰ ਕਰਵਾਉਂਦੇ ਹੋ, ਉਹ ਤੁਸੀਂ ਐਕਸਟਰਾ ਇਹਦੇ ਵਿੱਚ ਲਿਖ ਸਕਦੇ ਹੋ। ਜੇ ਨਹੀਂ ਕਰਵਾਇਆ ਹੋਇਆ ਤਾਂ ਜ਼ਰੂਰੀ ਨਹੀਂ, ਫਿਰ ਤੁਸੀਂ ਇਹਦੇ 'ਤੇ ਕਲਿੱਕ ਕਰ ਸਕਦੇ ਹੋ ਵੀ ਕੋਈ ਇਹਦੇ ਵਿੱਚ ਮੈਂ
ਪ੍ਰੋਡਕਟ 'ਤੇ ਬ੍ਰੈਂਡ ਨਹੀਂ ਲਗਾਇਆ ਹੋਇਆ ਜਾਂ ਮੇਰਾ ਨਹੀਂ ਹੈਗਾ ਅਤੇ ਮੈਨੂਫੈਕਚਰ ਜੇ ਕਿਤੇ ਉਹ ਕਰਵਾਇਆ ਹੋਇਆ ਉਹ ਤੁਸੀਂ ਦੇਖ ਸਕਦੇ ਹਾਂ ਮੈਨੂਫੈਕਚਰ ਪਾਰਟ ਜੇ ਕਰਵਾਏ ਹੋਏ ਆ ਫਿਰ ਤੁਸੀਂ ਦੇ ਸਕਦੇ ਹਾਂ ਨਹੀਂ ਤਾਂ ਨਹੀਂ ਬਾਕੀ ਸਾਰੇ ਇਹਦੇ ਵਿੱਚ ਤੁਸੀਂ ਅਪਰੋਕਸੀਮੇਟਲੀ ਛੱਡ ਸਕਦੇ ਹਾਂ ਜੇ ਤੁਸੀਂ ਕਲਰ ਵਗੈਰਾ ਅਲੱਗ ਡਿਫਰੈਂਟ ਡਿਫਰੈਂਟ ਕਲਰ ਵੇਚਦੇ ਹਾਂ ਜਿਵੇਂ ਕਿ ਵੇਰੀਏਸ਼ਨ ਹੈਗੀ ਆ ਫਿਰ ਤੁਸੀਂ ਇਹਦੇ ਵਿੱਚ ਕਲਰ ਲਿਖ ਸਕਦੇ ਹਾਂ ਜਿਵੇਂ ਕਿ ਆਪਾਂ ਵਾਈਟ ਬੋਤਲ ਆ ਸਾਡੀ ਅਤੇ ਉਸ ਤੋਂ ਬਾਅਦ ਬਲੈਕ ਹੈਗੀ ਆ ਅਤੇ ਜਾਂ ਹੋਰ ਕੋਈ ਕਲਰ ਵੀ ਹੈਗਾ ਤੁਹਾਡਾ ਤੁਸੀਂ ਉਹ ਲਿਖ ਸਕਦੇ ਹਾਂ ਐਗਜ਼ਾਮਪਲ ਦੇ ਤੌਰ 'ਤੇ ਇਹ ਦੱਸਿਆ ਅਤੇ ਨੰਬਰ ਔਫ ਬੋਕਸਿਸ ਕਿੰਨੇ ਬੋਕਸਿਸ ਆ ਜਿਹੜੇ ਬੋਤਲ ਦੇ ਵਿੱਚ ਜਿਹੜੀਆਂ ਪੈਕ ਕੀਤੀਆਂ ਹੋਈਆਂ ਇੱਕ ਬੋਕਸ ਦੇ ਵਿੱਚ ਕਿੰਨੀਆਂ ਪੈਕ ਕੀਤੀਆਂ ਹੋਈਆਂ ਜਾਂ ਜਿਹੜਾ ਇੱਕ ਬੋਕਸ ਵੱਡਾ ਆ ਉਹਦੇ ਵਿੱਚ ਕਿੰਨੀਆਂ ਆ ਉਸ 'ਤੇ ਡਿਪੈਂਡ ਕਰਦਾ ਤੁਹਾਡੇ ਕਿੰਨੇ ਬੋਕਸ ਆ ਨੰਬਰ ਔਫ ਬੋਕਸ ਸਾਡਾ ਇੱਕ ਹੀ ਆ ਉਹ ਜਿਹੜਾ ਆਪਾਂ ਪੂਰੇ ਕੋਰਸ ਦੇ ਵਿੱਚ ਕਰਕੇ ਆ ਰਹੇ ਹਾਂ ਸੇਮ ਜੇ ਪਿੱਛੋਂ ਤੁਸੀਂ ਵੀਡੀਓ ਪੂਰੀ ਦੇਖਦੇ ਆ ਰਹੇ ਹਾਂ ਤੁਹਾਡਾ UPC ਕੋਡ ਹੋ ਗਿਆ ਤੁਹਾਡਾ ਆਹ ਹੋ ਗਿਆ ਉਸ ਤੋਂ ਬਾਅਦ ਮੈਨੂਫੈਕਚਰਿੰਗ ਜੇ ਮਤਲਬ ਕਿ ਤੁਹਾਡਾ ਉਹ ਕੋਈ ਕਿਸੇ ਨੇ ਮੈਨੂਫੈਕਚਰ ਕੀਤਾ ਕਿਸੇ ਕੰਪਨੀ ਨੇ ਉਹ ਲਿਖ ਸਕਦੇ ਹਾਂ ਯੂਨਿਟ ਤੁਸੀਂ ਲਿਖ ਸਕਦੇ ਹਾਂ ਜੇ ਕਿੰਨੇ ਹੈਗੇ ਆ ਤੁਹਾਡੇ ਕੋਲ ਕਿੰਨੇ ਨਹੀਂ ਹੈਗੇ ਉਹਨਾਂ ਦੇ ਬਾਰੇ ਵਿੱਚ ਜੇ ਇਨਫੋ ਦੇਣੀ ਆ ਤਾਂ ਦੇ ਸਕਦੇ ਹਾਂ ਅਤੇ ਹੁਣ ਦੂਸਰੇ ਨੰਬਰ 'ਤੇ ਮੇਨ ਹੈਗੀ ਆ ਵੇਰੀਏਸ਼ਨ ਵੇਰੀਏਸ਼ਨ ਦਾ ਮਤਲਬ ਕਿ ਜੇ ਤੁਹਾਡੇ ਪ੍ਰੋਡਕਟ ਛੋਟੇ ਵੱਡੇ ਨੇ ਜਿਸ ਤਰ੍ਹਾਂ ਕੋਈ ਬੋਤਲ ਜਿਹੜੀ ਆ ਇਹ 300 ml ਦੀ ਹੋ ਸਕਦੀ ਹੈ ਤੁਹਾਡੀ 200 ml ਦੀ ਹੋ ਸਕਦੀ ਹੈ ਤੁਸੀਂ 300 ml ਦੀ ਵੀ ਵੇਚਦੇ ਹੋ ਸਕਦੇ ਆ 500 ml ਵਾਲੀ ਵੀ ਵੇਚ ਸਕਦੇ ਆ ਅਤੇ ਇਹ ਜੇ ਤੁਹਾਡੇ ਦੋਨਾਂ ਦੇ ਵਿੱਚ ਵੇਰੀਏਸ਼ਨ ਆ ਫਿਰ ਤੁਸੀਂ ਇਹਦੇ ਵਿੱਚ ਵੇਰੀਏਸ਼ਨ ਵੀ ਕਲਿੱਕ ਕਰਨੀ ਹੈ ਜੇ ਤੁਹਾਡਾ ਇੱਕੋ ਤਰ੍ਹਾਂ ਦਾ ਪ੍ਰੋਡਕਟ ਆ ਵੇਰੀਏਸ਼ਨ ਸਿਲੈਕਟ ਕਰਨ ਦੀ ਲੋੜ ਨਹੀਂ ਜੇ ਵੇਰੀਏਸ਼ਨ ਹੈਗੀ ਆ ਅਤੇ ਕਿਸ ਚੀਜ਼ ਦੇ ਵਿੱਚ ਹੈਗੀ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਮਾਡਲ ਦੇ ਵਿੱਚ ਹੈਗੀ ਆ ਮਟੀਰੀਅਲ ਟਾਈਪ ਦੇ ਵਿੱਚ ਹੈਗੀ ਆ ਆਈਟਮ ਦੇ ਵੇਟ 'ਚ ਹੈਗੀ ਆ ਜਾਂ ਉਹਦੇ ਪੈਟਰਨ ਨੇਮ ਮਟੀਰੀਅਲ ਦੇ ਵਿੱਚ ਹੈਗੀ ਆ ਫਿਰ ਤੁਸੀਂ ਵੇਰੀਏਸ਼ਨ ਇੱਥੇ ਸਿਲੈਕਟ ਕਰਨੀ ਆ ਜਿਵੇਂ ਕਿ ਆਪਾਂ ਆਈਟਮ ਵੇਟ ਦੇ ਵਿੱਚ ਹੈਗੀ ਆ ਅਤੇ ਉਹ ਕਿੰਨਾ ਉਹਦਾ ਵੇਟ ਹੈਗਾ ਆ ਘੱਟ ਵੱਧ ਜਿਸ ਤਰ੍ਹਾਂ ਇੱਕ ਪ੍ਰੋਡਕਟ ਤੁਹਾਡਾ ਘੱਟ ਹੋ ਸਕਦਾ ਵੇਟ ਦਾ ਅਤੇ ਦੂਸਰਾ ਵੱਧ ਹੋ ਸਕਦਾ ਵੇਟ ਦਾ ਇਹਦੇ ਵਿੱਚ ਤੁਸੀਂ ਵੇਰੀਏਸ਼ਨ ਸਿਲੈਕਟ ਕਰਨੀ ਆ ਅਤੇ ਉਸ ਤੋਂ ਬਾਅਦ ਤੁਹਾਡਾ ਪ੍ਰੋਡਕਟ ਜਿਹੜਾ ਜੇ ਮਟੀਰੀਅਲ 'ਚ ਹੈਗੀ ਆ ਮਟੀਰੀਅਲ ਦੇ ਵਿੱਚ ਪ੍ਰੋਡਕਟ ਦੀ ਚੇਂਜ ਕਰਨੀ ਆ ਮਟੀਰੀਅਲ ਦੇ ਡਿਜ਼ਾਈਨ 'ਚ ਹੈਗਾ ਆ ਮਾਡਲ ਹੈਗਾ ਆ ਮਾਡਲ ਮਤਲਬ ਛੋਟਾ ਵੱਡਾ ਤੁਹਾਡਾ ਕੋਈ ਵੀ ਮਾਡਲ ਹੋ ਸਕਦਾ ਉਹਦਾ ਨਾਮ ਲਿਖਣਾ ਅਤੇ ਜੇ ਨਹੀਂ ਹੈਗੀ ਅਤੇ ਤੁਸੀਂ ਕੋਈ ਸਿਲੈਕਟ ਨਹੀਂ ਕਰਨਾ ਵੇਰੀਏਸ਼ਨ ਦੇ ਲਈ ਤਾਂ ਤੁਹਾਨੂੰ ਮੈਂ ਦੱਸਿਆ ਜਿਵੇਂ ਕਿ ਹੁਣ ਤੁਹਾਡੀ ਟੀ ਸ਼ਰਟ ਹੋਵੇ ਟੀ ਸ਼ਰਟ ਦੇ ਵਿੱਚ ਤੁਹਾਡੀ ਮਾਡਲ ਆ ਸਕਦੇ ਆ ML ਛੋਟਾ ਵੱਡਾ ਹੋ ਸਕਦਾ ਸਾਰਾ ਕੁਝ ਤੁਹਾਡਾ ਹੋ ਸਕਦਾ ਉਸ ਤੋਂ ਬਾਅਦ ਤੀਸਰੇ ਨੰਬਰ 'ਤੇ ਔਫਰ ਔਫਰ ਐਸ ਸੈਲਰ SKU ਕਈਆਂ ਭਰਾਵਾਂ ਦਾ ਇਹ ਸਵਾਲ ਸੀ ਕਿ SKU ਕੀ ਹੁੰਦਾ SKU ਜਿਹੜਾ ਵੀ ਤੁਹਾਡਾ ਪ੍ਰੋਡਕਟ ਹੁੰਦੀ ਉਹਦੀ ਕੋਈ ਇੱਕ ਸਪੈਸ਼ਲ ID ਬਣ ਜਾਂਦੀ ਹੈ ਇਸ ਤਰ੍ਹਾਂ ਜਿਵੇਂ ਕਿ ਇਹਨਾਂ ਨੇ ਲਿਖਿਆ ਹੋਇਆ ਜੋ ਵੀ ਤੁਸੀਂ ਵੇਚਦੇ ਆ ਉਹਦਾ ਨਾਮ ਲਾਸਟ 'ਤੇ ਆ ਜਾਂਦਾ ਤੁਸੀਂ ਦੇਖ ਸਕਦੇ ਇਹਨਾਂ ਨੇ ਲਿਖਿਆ ਵੀ ਹੋਇਆ ਯੂਨੀਕ ਆਈਡੈਂਟੀਫਾਇਰ ਇਫ ਯੂ ਡੋਂਟ ਐਂਟਰ ਆ SKU ਵੀ ਵਿਲ ਕ੍ਰੀਏਟ ਵਨ ਫੋਰ ਯੂ ਇਸ ਕਰਕੇ ਤੁਸੀਂ ਹਮੇਸ਼ਾ ਜਿਹੜਾ SKU ਖਾਲੀ ਛੱਡ ਦੇਣਾ ਆ ਕਈ ਭਰਾ ਪੁੱਛ ਵੀ ਲੈਂਦੇ ਆ ਕਿ ਇਹ ਕਿਸ ਤਰ੍ਹਾਂ ਕਰਨਾ ਜੇ ਤੁਸੀਂ ਕਰਨਾ ਤੁਸੀਂ ਇੱਥੇ ਲਿਖ ਵੀ ਸਕਦੇ ਹੋ ਕੁਛ ਵੀ ਆਪਣੇ ਤੌਰ 'ਤੇ ਇਹ ਤੁਹਾਡਾ ਸਪੈਸ਼ਲ ID ਬਣ ਜਾਣਾ ਪਰ ਜ਼ਰੂਰੀ ਨਹੀਂ ਹੈਗਾ ਤੁਸੀਂ ਇਸੇ ਤਰ੍ਹਾਂ ਇਹਨੂੰ ਛੱਡ ਦਿਓ ਅਤੇ ਇਹ ਆਟੋਮੈਟਿਕਲੀ ਜਿਹੜਾ ਆ ਐਮਾਜ਼ੋਨ SKU ਨੂੰ ਆਟੋਮੈਟਿਕਲੀ ਓਪਰੇਟ ਕਰਕੇ ਤੁਹਾਨੂੰ ਕ੍ਰੀਏਟ ਕਰਕੇ ਦੇ ਦਿੰਦਾ ਉਹ ਤੁਸੀਂ ਆਪਣੇ ਸੈਲਰ ਨੂੰ SKU ਦੇ ਸਕਦੇ ਆ ਜੇ SKU ਉਹ ਪੁੱਛਦਾ ਤੁਹਾਨੂੰ ਅਤੇ ਤੁਹਾਡਾ ਪ੍ਰਾਈਸ ਹੁਣ ਕਿੰਨੇ ਦੀ ਇਹ ਬੋਤਲ ਅਸੀਂ ਵੇਚਣੀ ਆ ਉਹ ਪ੍ਰਾਈਸ ਆਪਾਂ ਲਗਾਵਾਂਗੇ ਆਪਾਂ 14 €99 ਦੀ ਇਹ ਬੋਤਲ ਵੇਚਣੀ ਆ ਪ੍ਰਾਈਸ ਲਗਾਵਾਂਗੇ ਕੁਆਂਟਿਟੀ ਆ ਸਾਡੇ ਕੋਲ ਕਿੰਨੀਆਂ ਕੁਆਂਟਿਟੀ ਆ ਇੱਕ ਬੋਕਸ ਵੱਡਾ ਬੋਕਸ ਆ ਉਹਦੇ ਵਿੱਚ ਆਪਾਂ ਪੂਰੇ ਕੋਰਸ ਦੇ ਵਿੱਚ ਦੱਸਿਆ ਲਾਸਟ ਦੇ ਵਿੱਚ ਕਿ ਕਿੰਨੀਆਂ ਸਾਡੀਆਂ ਬੋਤਲਾਂ ਸੀ ਆਪਾਂ 100 ਸੀਗੀਆਂ ਕੰਡੀਸ਼ਨ ਉਹਨਾਂ ਦੀ ਕੀ ਸੀ ਕੰਡੀਸ਼ਨ ਆਪਾਂ ਨਵੀਂ ਆ ਨਵੀਂ ਆਪਣੀ ਵੇਚਣੀ ਆ ਪ੍ਰੋਡਕਟ ਨਵੀਂ 'ਤੇ ਕਲਿੱਕ ਕਰਾਂਗੇ ਉਹ ਤੋਂ ਬਾਅਦ ਫੁੱਲਮੈਂਟ ਬਾਏ ਕਿਹਦੇ ਵੱਲੋਂ ਕੀਤਾ ਜਾਊਗਾ ਇਹਦੇ ਵਿੱਚ ਦੋ ਆਪਸ਼ਨ ਆ ਇੱਕ ਤੁਹਾਡੇ ਵੱਲੋਂ ਇੱਕ ਐਮਾਜ਼ੋਨ ਵੱਲੋਂ ਐਮਾਜ਼ੋਨ FBA ਦਾ ਕੋਰਸ ਤਾਂ ਇਹ ਤੁਸੀਂ ਦੇਖ ਰਹੇ ਹਾਂ ਐਮਾਜ਼ੋਨ FBM ਦਾ ਕੋਰਸ ਵੀ ਆਊਗਾ ਅਤੇ ਉਹਦੇ ਲਈ ਤੁਸੀਂ ਕਮੈਂਟ ਵੀ ਲਿਖ ਸਕਦੇ ਹਾਂ ਜੇ ਤੁਹਾਨੂੰ ਚਾਹੀਦਾ ਉਹ ਤੁਸੀਂ ਲੋਕਲੀ ਆਪਣੇ ਸਟੋਰਾਂ ਦੇ ਵਿੱਚੋਂ ਬਾਏ ਕਰਕੇ ਅੱਗੇ ਪ੍ਰੋਡਕਟ ਵੇਚ ਸਕਦੇ ਹਾਂ ਉਹ ਵੀ ਬਹੁਤ ਵਧੀਆ ਕੋਰਸ ਲੈ ਕੇ ਆਊਗਾ ਜੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋਗੇ ਅਤੇ ਉਸ ਤੋਂ ਬਾਅਦ ਸੈਟਿੰਗ 'ਤੇ ਤੁਸੀਂ ਕਲਿੱਕ ਕਰ ਦੇਣਾ ਅਤੇ ਉਸ ਤੋਂ ਬਾਅਦ ਆਪਾਂ ਈਮੇਜ 'ਤੇ ਜਾਣਾ ਉੱਪਰ ਈਮੇਜ ਦੇ ਵਿੱਚ ਹੁਣ ਕੀ ਆ ਇਹਦੇ ਵਿੱਚ ਅਪਲੋਡ ਤੁਸੀਂ ਈਮੇਜ ਕਰਨੀ ਆ ਉਹ ਤੁਹਾਨੂੰ ਈਮੇਜ ਕਿੱਥੋਂ ਮਿਲਣੀ ਆ ਜਿਹੜੇ ਵੀ ਸੈਲਰ ਤੋਂ ਤੁਸੀਂ ਆਪਣਾ ਪ੍ਰੋਡਕਟ ਬਾਏ ਕਰਨਾ ਉਹਨੇ ਤੁਹਾਨੂੰ ਤੁਹਾਡੇ ਪ੍ਰੋਡਕਟ ਦੀਆਂ ਕੋਈ ਵੀ ਹੋਵੇ HD ਫੋਟੋਜ਼ ਤੁਹਾਨੂੰ ਭੇਜਣੀਆਂ ਜਾਂ ਤਾਂ ਤੁਸੀਂ ਇੱਥੋਂ ਵੀ ਡਾਊਨਲੋਡ ਕਰ ਸਕਦੇ ਹਾਂ ਜਦੋਂ ਤੁਹਾਡੇ ਸੈਲਰ ਨਾਲ ਗੱਲ ਹੋ ਜਾਂਦੀ ਹੈ ਜਾਂ ਉਹਨੂੰ ਕਹੋ ਤੁਹਾਨੂੰ ਉਹ WhatsApp ਕਰੇ ਤੁਹਾਨੂੰ ਈਮੇਲ ਕਰੇ ਤੁਹਾਡਾ ਸੈਲਰ ਤੁਹਾਨੂੰ ਸਾਰੀਆਂ ਫੋਟੋਆਂ ਭੇਜੇਗਾ ਵੀਡੀਓਜ਼ ਵੀ ਮੰਗਾ ਸਕਦੇ ਹਾਂ ਤੁਸੀਂ ਅਤੇ ਉਹ ਤੁਹਾਡੀਆਂ ਫੋਟੋਆਂ ਹੋਣਗੀਆਂ ਉਹ ਤੁਸੀਂ ਇੱਥੇ ਅਪਲੋਡ ਕਰਨੀਆਂ ਆਪਣੇ ਪ੍ਰੋਡਕਟ ਦੀਆਂ ਤੁਸੀਂ ਵੱਧ ਤੋਂ ਵੱਧ ਇਹਦੇ ਵਿੱਚ 9 ਫੋਟੋਜ਼ ਜਿਹੜੀਆਂ ਅਪਲੋਡ ਕਰ ਸਕਦੇ ਹੋ ਮੇਨ ਇੱਕ ਫੋਟੋ ਜਿਹੜੀ ਮਰਜ਼ੀ ਤੁਸੀਂ ਲਗਾ ਸਕਦੇ ਉਸ ਤੋਂ ਬਾਅਦ 8 ਤੁਸੀਂ ਹੋਰ ਉਸ ਦੇ ਪਾਰਟਸ ਜਿਹੜੇ ਵੀ ਸਾਈਡ ਤੋਂ ਦਿਖਾਲਣਾ ਕੋਈ ਫਰੰਟ ਤੋਂ ਦਿਖਾਲਣਾ ਜਾਂ ਕੋਈ ਵੇਰੀਏਸ਼ਨ ਆ ਜਾਂ ਕੋਈ ਬਟਨ ਆ ਜਾਂ ਇਕੱਠਿਆਂ ਦੀ ਇਸ ਤਰ੍ਹਾਂ ਦਿਖਾਲਣੀ ਆ ਉਹ ਤੁਸੀਂ ਦਿਖਾ ਸਕਦੇ ਹਾਂ
ਇਹਦਾ ਬੜਾ ਇਫੈਕਟ ਪੈਂਦਾ। ਇਸ ਦੇ ਵਿੱਚ ਫੋਟੋਆਂ ਅਪਲੋਡ ਕਰਨੀਆਂ ਤੁਹਾਡੇ ਪ੍ਰੋਡਕਟ ਦੀਆਂ, ਉਸ ਤੋਂ ਬਾਅਦ ਆਉਂਦਾ ਲਾਸਟ ਡਿਸਕ੍ਰਿਪਸ਼ਨ, ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਡਕਟ ਦੀ ਡਿਸਕ੍ਰਿਪਸ਼ਨ ਹੁੰਦੀ ਆ। ਹੁਣ ਇਹ ਮੈਂ ਦਿਖਾਉਂਦਾ ਏ ਤੁਸੀਂ ਕਿੱਥੋਂ ਲੈ ਸਕਦੇ ਹਾਂ ਆਪਾਂ ਪ੍ਰੋਡਕਟ, ਉਹ ਹੀ ਜਾਣਾ ਐਮਾਜ਼ੋਨ 'ਤੇ। ਜੇ ਕਿਸੇ ਦਾ ਆਪਾਂ ਪ੍ਰੋਡਕਟ ਵੇਚਦੇ ਪਏ ਹਾਂ, ਕਿਸੇ ਸੈਲਰ ਦਾ ਜਿਹੜਾ ਵੀ ਪ੍ਰੋਡਕਟ ਉਹ ਵੇਚਦਾ ਪਿਆ, ਉਹਦੀ ਡਿਸਕ੍ਰਿਪਸ਼ਨ ਆਪਾਂ ਜਿਹੜੀ ਆ ਇੱਥੋਂ ਕਾਪੀ ਕਰ ਸਕਦੇ ਹਾਂ ਪੂਰੀ ਦੀ ਪੂਰੀ, ਜਿਵੇਂ ਕਿ ਆਹ ਲਿਖਿਆ ਹੋਇਆ ਇਸਨੇ। ਇਹਦੇ ਵਿੱਚ ਸਾਨੂੰ ਜਿਹੜੀ ਆ ਪੂਰੀ ਜਿਹੜੀ ਡਿਸਕ੍ਰਿਪਸ਼ਨ ਆ ਸਾਨੂੰ ਉਹਦੀ ਅਪਰੋਕਸੀਮੇਟਲੀ ਸਾਰੀ ਇੱਥੋਂ ਦਿਸੇਗੀ। ਇਹਨੂੰ ਤੁਸੀਂ ਟੋਟਲੀ ਜਿਹੜੀ ਆ ਇੱਥੋਂ ਕਾਪੀ ਕਰ ਸਕਦੇ ਹਾਂ ਵਿਦ ਫੋਟੋਜ਼। ਉਸ ਤੋਂ ਬਾਅਦ ਜਾਵਾਂਗੇ ਆਪਣੇ ਪ੍ਰੋਡਕਟ 'ਤੇ, ਉਸ ਤੋਂ ਬਾਅਦ ਆਪਾਂ ਇੱਥੇ ਪੇਸਟ ਕਰਾਂਗੇ। ਹੁਣ ਇਹਦੇ ਵਿੱਚ ਕੁਛ ਨਾ ਕੁਛ ਤੁਸੀਂ ਐਡੀਟਿੰਗ ਵੀ ਕਰ ਸਕਦੇ ਹਾਂ, ਜਿਵੇਂ ਕਿ ਫੋਟੋਆਂ ਸੀ ਉਹਦੇ ਵਿੱਚ ਫੋਟੋਆਂ ਇਹਦੇ ਵਿੱਚੋਂ ਹਟਾ ਦਿਓ ਅਤੇ ਤੁਸੀਂ ਬਾਕੀ ਹੋਰ ਸਾਰਾ ਕੁਛ ਇਹਦੇ ਵਿੱਚ ਐਡ ਕਰ ਸਕਦੇ ਹਾਂ। ਉਸ ਤੋਂ ਬਾਅਦ ਕੁਝ ਹੋਰ ਚੀਜ਼ਾਂ ਮੈਂ ਦਿਖਾ ਦਾਂ, ਕੁਝ ਕੀਵਰਡ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡਾ ਪ੍ਰੋਡਕਟ ਟ੍ਰੈਂਡਿੰਗ 'ਚ ਜਾ ਸਕਦਾ ਜਾਂ ਛੇਤੀ ਸਰਚ ਦੇ ਵਿੱਚ ਆ ਸਕਦਾ। ਅਤੇ ਉਹਦੇ ਨਾਲ ਆਪਾਂ ਕਲਿੱਕ ਕਰਦੇ ਹਾਂ ਪਹਿਲਾਂ ਮੋਰ ਡਿਟੇਲ 'ਤੇ। ਮੋਰ ਡਿਟੇਲ ਤੋਂ ਬਾਅਦ ਕੰਟਰੀ ਰੀਜਨ, ਜੇ ਤੁਹਾਡਾ ਨਹੀਂ ਦਿੱਤਾ ਹੋਇਆ ਤਾਂ ਇੱਥੇ ਤੁਸੀਂ ਸਿਲੈਕਟ ਕਰ ਲੈਣਾ ਪ੍ਰੋਡਕਟ ਜਦੋਂ ਵੀ ਤੁਸੀਂ ਐਡ ਕਰਦੇ ਹਾਂ UPC ਦੇ ਥਰੂ, UPC ਬਾਏ ਕਰਕੇ। ਉਸ ਤੋਂ ਬਾਅਦ ਤੁਸੀਂ UPC ਦੇਣਾ, ਉਹ ਤੁਹਾਡੇ ਨਾਂ 'ਤੇ ਪ੍ਰੋਡਕਟ ਜਿਹੜਾ ਰਜਿਸਟਰ ਹੋਏਗਾ। ਅਤੇ ਇਸ ਤਰ੍ਹਾਂ ਤੁਸੀਂ ਜਦੋਂ ਹੁਣ ਦੇਖ ਸਕਦੇ ਹਾਂ ਜਰਮਨੀ, ਉਸ ਤੋਂ ਬਾਅਦ ਸੇਵ ਐਂਡ ਫਿਨਿਸ਼। ਅਤੇ ਉਸ ਤੋਂ ਬਾਅਦ ਜਦੋਂ ਸਾਰਾ ਕੁਛ ਹੁਣ ਕੰਪਲੀਟ ਹੋ ਗਿਆ, ਇਹਦੇ ਵਿੱਚ ਆਪਾਂ ਜਾਵਾਂਗੇ ਉੱਪਰ ਕਲਿੱਕ ਕਰਾਂਗੇ ਐਡਵਾਂਸ ਵਿਊ 'ਤੇ। ਇਹਦੇ ਨਾਲ ਕੀ ਹੋਏਗਾ, ਇਹਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਮਿਲਣਗੀਆਂ ਜਿਹਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਫਾਇਦਾ ਹੋ ਸਕਦਾ। ਜ਼ਰੂਰੀ ਨਹੀਂ ਤੁਹਾਨੂੰ 100% ਫਾਇਦਾ ਹੋਵੇ, ਪਰ ਮੇਰੇ ਹਿਸਾਬ ਦੇ ਨਾਲ ਇਹ 70-80% ਵਰਕ ਕਰਦਾ ਆ। ਜਿਵੇਂ ਕਿ ਤੁਸੀਂ ਪ੍ਰੋਡਕਟ ਦੀ ਡਿਮੈਂਸ਼ਨਿੰਗ ਲਿਖਣੀ ਹੋਵੇ, ਉਹ ਵੀ ਤੁਸੀਂ ਲਿਖ ਸਕਦੇ ਹਾਂ। ਇੱਕ ਤਾਂ ਇਹ ਆ ਪ੍ਰੋਡਕਟ ਦੇ ਬਾਰੇ ਵਿੱਚ ਡਿਟੇਲ ਕਸਟਮਰ ਨੂੰ ਜ਼ਿਆਦਾ ਪਤਾ ਚੱਲ ਜਾਂਦੀ ਆ, ਅਤੇ ਪਰ ਜ਼ਿਆਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕ ਦੇਖਦੇ ਨਹੀਂ, ਪਰ ਫਿਰ ਵੀ ਇਹ ਚੀਜ਼ ਇਹਦੇ ਵਿੱਚ ਜਿਹੜਾ ਐਡ ਕੀਤਾ ਜਾ ਸਕਦਾ। ਜੇ ਤੁਹਾਡੀ ਕੋਈ ਵੀ ਪ੍ਰੋਡਕਟ ਦੀ ਡਿਮੈਂਸ਼ਨਿੰਗ ਤੁਸੀਂ ਦੇਣੀ ਆ, ਉਹ ਦੇ ਸਕਦੇ ਹਾਂ। ਸਪੈਸ਼ਲੀ ਇਹਦੇ ਵਿੱਚ ਹੈਗਾ ਕੀਵਰਡਸ, ਕੀਵਰਡਸ 'ਤੇ ਜਦੋਂ ਤੁਸੀਂ ਕਲਿੱਕ ਕਰਨਾ, ਕੀਵਰਡਸ ਦੇ ਨਾਲ ਕੀ ਹੁੰਦਾ, ਜਿਵੇਂ ਕਿ ਆਪਾਂ ਗੂਗਲ 'ਤੇ ਕੁਛ ਵੀ ਸਰਚ ਕਰਦੇ ਹਾਂ, ਜਿਵੇਂ ਕਿ ਐਮਾਜ਼ੋਨ ਦੇ ਬਾਰੇ ਵਿੱਚ ਸਰਚ ਕਰਦੇ ਹਾਂ, ਆਪਾਂ ਲਿਖਦੇ ਹਾਂ ਐਮਾਜ਼ੋਨ, ਐਮਾਜ਼ੋਨ ਇੱਕ ਕੀਵਰਡ ਬਣ ਗਿਆ, ਐਮਾਜ਼ੋਨ FBA, ਐਮਾਜ਼ੋਨ FBA ਫਿਰ ਕੀਵਰਡ ਬਣ ਗਿਆ। ਜੇ ਅਸੀਂ ਸਰਚ ਕਰਾਂਗੇ ਹਾਊ ਟੂ ਡੂ ਐਮਾਜ਼ੋਨ FBA, ਇਹ ਵੀ ਇੱਕ ਕੀਵਰਡ ਬਣ ਗਿਆ। ਅਤੇ ਇਹ ਕੀਵਰਡ ਜਿਹੜੇ ਆ ਤੁਸੀਂ ਫ੍ਰੀ 'ਚ ਕਿੱਥੋਂ ਫਾਇੰਡ ਕਰ ਸਕਦੇ ਹਾਂ, ਜਿਵੇਂ ਕਿ ਮੈਂ ਦੱਸ ਕੇ ਹਟਿਆ ਹੀਲੀਅਮ ਤੋਂ, ਤੁਸੀਂ ਉੱਥੇ ਕੋਈ ਵੀ ਕੀਵਰਡ ਸਰਚ ਫਾਇੰਡ ਕਰੋਗੇ ਅਤੇ ਤੁਹਾਨੂੰ ਹੀ ਉੱਥੋਂ ਜਿਹੜੇ ਆ ਕੀਵਰਡ ਮਿਲ ਜਾਣੇ ਆ। ਇਹ ਹੁਣ ਉਹ ਤੁਸੀਂ ਕੀਵਰਡ ਜਿਹੜੇ ਆ ਇੱਥੇ ਟਾਰਗੇਟ ਆਡੀਅੰਸ ਕੀਵਰਡਸ ਦੇ ਵਿੱਚ, ਜਿਸ ਤਰ੍ਹਾਂ ਟ੍ਰਿੰਕ ਫਲਾਸ਼ੇ ਹੋਂਡ, ਇਹ ਜਰਮਨ ਦੇ ਵਿੱਚ ਲਿਖਿਆ ਹੋਇਆ ਕਿਉਂਕਿ ਜਰਮਨ ਦੀ ਲੈਂਗੁਏਜ ਆ ਨਾ ਜਰਮਨ ਦੇ ਕਰਕੇ। ਅਤੇ ਅਸੀਂ ਹੁਣ ਡਰਿੰਕ ਵਾਟਰ ਲਿਖ ਸਕਦੇ ਹਾਂ, ਡਰਿੰਕ ਵਾਟਰ ਡੋਗ, ਜਿਸ ਤਰ੍ਹਾਂ ਕਿ ਅਸੀਂ ਕੋਈ ਚੀਜ਼ ਬਾਏ ਕਰਨੀ ਹੋਵੇ ਅਤੇ ਉਸ ਨੂੰ ਸਰਚ ਕਰੀਏ, ਉਸੇ ਤਰ੍ਹਾਂ ਦੇ ਤੁਸੀਂ ਵੀ ਕੀਵਰਡ ਇਹਦੇ ਵਿੱਚ ਯੂਜ਼ ਕਰਨੇ ਆ। ਅਤੇ ਕੁਝ ਮੈਂ ਤੁਹਾਨੂੰ ਦੱਸਦਾ, ਜਦੋਂ ਆਪਾਂ ਹੀਲੀਅਮ 'ਤੇ ਕੁਛ ਨਾ ਕੁਛ ਚੈੱਕ ਕਰਦੇ ਹਾਂ, ਉਹਦੇ ਵਿੱਚ ਵੀ ਸਾਨੂੰ ਜਿਹੜੇ ਆ ਬਹੁਤ ਸਾਰੇ ਕੀਵਰਡਸ ਮਿਲ ਜਾਂਦੇ ਆ। ਜਿਵੇਂ ਕਿ ਹੁਣ ਆਪਾਂ ਇਹਦੇ ਵਿੱਚ ਲੌਗਇਨ ਕਰ ਲੈਂਦੇ ਹਾਂ, ਲੌਗਇਨ ਕਰਕੇ ਅਤੇ ਫਿਰ ਮੈਂ ਦਿਖਾ ਦਾਂ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਦੀ ਵੈਬਸਾਈਟ 'ਤੇ, ਕਿਉਂਕਿ ਐਕਸਟੈਂਜਨ 'ਚ ਤਾਂ ਮੈਂ ਔਨਲਾਈਨ ਹੀ ਹਾਂ ਪਹਿਲੀ। ਹੁਣ ਆਪਾਂ ਇਹਦੇ ਵਿੱਚ ਕੀਵਰਡ ਸਰਚ ਕਰਾਂਗੇ, ਜਿਵੇਂ ਕਿ ਇੱਥੇ ਪਹਿਲੇ ਨੰਬਰ 'ਤੇ ਆ ਹੀ ਗਿਆ, ਅਤੇ ਆਪਾਂ ਪਹਿਲਾਂ ਸਾਡੇ ਕੋਲ ਇਹ ਵੇਚਦੇ ਹਾਂ, ਆਪਾਂ ਕੀ ਪਏ ਹਾਂ ਜਿਹੜੀ ਡੋਗ ਵਾਟਰ ਵੇਚਦੇ ਪਏ ਹਾਂ ਆਪਾਂ ਵਾਟਰ ਬੋਤਲ ਨਾਲ, ਇਹਨੂੰ ਹੁਣ ਜਰਮਨ ਵਾਲੀ ਨੂੰ ਮੈਂ ਕਾਪੀ ਕਰਾਂਗਾ, ਪਰ ਤੁਹਾਨੂੰ ਸਮਝ ਮੇਰੇ ਹਿਸਾਬ ਨਾਲ ਪੂਰੀ ਲੱਗੇਗੀ ਕਿ ਇਹਦਾ ਸਿਸਟਮ ਕੀ ਆ। ਅਤੇ ਹੁਣ ਇੱਥੇ ਮੈਂ, ਕਿਉਂਕਿ ਇਹ ਜਰਮਨ ਦੀ ਉਹ ਆ, ਅਤੇ ਇੱਥੇ ਰਿਸਰਚ ਕਰਾਂਗਾ। ਹੁਣ ਸਰਚ ਕਰਨ ਨਾਲ ਕੁਛ ਨਾ ਕੁਛ ਇਹਦੇ ਵਿੱਚ ਕੀਵਰਡ ਇਸ ਤਰ੍ਹਾਂ ਦੇ ਟ੍ਰੈਂਡਿੰਗ 'ਚ ਆਉਣਗੇ ਜਿਹੜੇ ਲੋਕ ਬਹੁਤ ਜ਼ਿਆਦਾ ਇਹਨੂੰ ਸਰਚ ਕਰਦੇ ਪਏ ਆ, ਅਤੇ ਉਹ ਇੱਥੇ ਉਹਨਾਂ ਦਾ ਵੋਲੀਅਮ ਵੀ ਆਏਗਾ, ਉਹਨਾਂ ਦੇ ਬਾਰੇ ਵਿੱਚ ਡਿਟੇਲ ਵੀ ਆਏਗੀ। ਅਤੇ ਉਹੀ ਕੀਵਰਡ ਤੁਸੀਂ ਕਾਪੀ ਕਰਕੇ ਵੀ ਜਿਹੜੇ ਇਹਦੇ 'ਚ ਫਿਲ ਕਰ ਸਕਦੇ ਹਾਂ, ਉਹਦੇ ਨਾਲ ਤੁਹਾਡਾ ਪ੍ਰੋਡਕਟ ਜਦੋਂ ਵੀ ਕੋਈ ਰਿਸਰਚ ਕਰੇਗਾ ਜਾਂ ਦੇਖੇਗਾ ਪ੍ਰੋਡਕਟ, ਅਤੇ ਉਹ ਜਾਂ ਇਹਦੇ ਬਾਰੇ ਵਿੱਚ ਸਰਚ ਕਰੇਗਾ, ਅਤੇ ਕੀਵਰਡਸ ਦੇ ਹੈਲਪ ਦੇ ਨਾਲ ਤੁਹਾਡਾ ਪ੍ਰੋਡਕਟ ਜਿਹੜਾ ਉੱਪਰ ਆ ਸਕਦਾ ਜਾਂ ਟ੍ਰੈਂਡਿੰਗ ਦੇ ਵਿੱਚ ਆ ਸਕਦਾ, ਜਿਹਦੇ ਨਾਲ ਤੁਹਾਨੂੰ ਬੜਾ ਹੈਲਪ ਮਿਲ ਸਕਦੀ ਹੈ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਸਕਦੇ ਹਾਂ ਸਰਚ ਦੇ ਵਿੱਚ ਫਰੇਸ ਜਿਹੜਾ ਉਹ ਲਿਖਿਆ ਵਾਸਾ ਫਲਾਛੇ ਹੁੰਡ, ਮਤਲਬ ਕਿ ਡਰਿੰਕ ਬੋਟਲ ਕੁੱਤੇ ਦੀ, ਪੰਜਾਬੀ ਦੇ ਵਿੱਚ ਆਪਾਂ ਸਿੱਧੀ ਕਹਿੰਦੇ ਹਾਂ ਡੋਗ ਦੀ, ਠੀਕ ਆ। ਉਹ ਤੋਂ ਬਾਅਦ ਦੂਸਰਾ ਜਿਹੜਾ ਵੋਲੀਅਮ ਕੀਵਰਡ ਆ ਉਹਦਾ ਵੀ, ਇਹਦਾ ਵੋਲੀਅਮ ਦੇਖ ਸਕਦੇ ਹਾਂ 1236 ਵਾਰ ਅੱਜ ਜਿਹੜਾ ਸਰਚ ਹੋ ਗਿਆ, ਅਤੇ 325 ਇਹਦੀ ਕੰਪੀਟੀਟਰ ਆ ਪ੍ਰੋਡਕਟ ਦੇ, ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਕੀਵਰਡ ਸਰਚ ਕਰਦੇ ਹਾਂ ਆਪਾਂ। ਇਹਦੇ ਵਿੱਚ ਹੋਰ ਵੀ ਆਪਾਂ ਪੂਰੀ ਦੇਖ ਸਕਦੇ ਹਾਂ। ਅਤੇ ਹੁਣ ਉਹਨਾਂ ਨੇ ਪ੍ਰੋਡਕਟ ਦੇ ਬਾਰੇ ਵਿੱਚ ਵੀ ਲਿਖ ਦਿੱਤਾ, ਜਿਹੜੇ ਇਹ 3-4 ਬੋਤਲਾਂ ਹੈਗੀਆਂ ਉਹਨਾਂ ਦੀ ਮੰਥਲੀ ਸੇਲ ਅਪਰੋਕਸੀਮੇਟਲੀ ਤੁਸੀਂ ਦੇਖ ਸਕਦੇ ਹਾਂ 1176 ਉਹ ਸੇਲ ਕਰਦੇ ਆ, ਅਤੇ ਰਵੈਨਿਊ ਉਹਦਾ ਹੈਗਾ 17,000 ਦਾ,
ਬੰਦੇ ਦਾ 1 2300 ਬੋਤਲਾਂ ਤੋਂ ਪਲੱਸ ਵੇਚਦਾ 39,000 ਉਹ ਬੋਤਲਾਂ ਤੋਂ ਹੀ ਕਮਾਈ ਜਾਂਦੇ ਆ। ਅਤੇ ਇਕੱਲੇ ਇਹ ਜਰਮਨ ਦਾ ਆ, ਜਰਮਨ ਦੇ ਵਿੱਚ ਇੰਨਾ ਪੈਸਾ ਉਹ ਬਣਾਈ ਜਾਂਦੇ ਆ। ਅਤੇ ਕੁਝ ਹੈਗੇ ਆ ਜਿਹੜੇ 4500 ਬਣਾਉਂਦੇ ਆ, ਕੁਝ ਜਿਹੜੇ ਆ 1600 ਬਣਾਉਂਦੇ ਆ, ਕੁਝ 13, ਜਿਨ੍ਹਾਂ ਨੇ ਕੋਈ ਇਹ ਨਵਾਂ ਬੰਦਾ ਹੋ ਸਕਦਾ ਹੈ ਨਾ, ਜਿਹਨੇ 13,000 ਕੁਛ ਬਣਾਇਆ ਹੈ ਨਾ। ਅਤੇ ਇਸ ਤਰ੍ਹਾਂ ਤੁਸੀਂ ਮਤਲਬ ਕਿ ਇਹ ਹੁਣ ਜਿਸ ਤਰ੍ਹਾਂ ਇੱਥੇ ਕੀਵਰਡ ਆਏ, ਇਹ ਵਾਲਾ ਕੀਵਰਡ ਇੱਥੋਂ ਕਾਪੀ ਕਰਾਂਗੇ ਆਪਾਂ, ਕਿਉਂਕਿ ਇਹ ਕੀਵਰਡ ਤਾਂ ਸਰਚ ਦੇ ਵਿੱਚ ਆਏ ਕਿਉਂਕਿ ਇਹ ਲੋਕ ਇਹਨਾਂ ਨੂੰ ਕੀਵਰਡ ਸਰਚ ਕਰਦੇ ਪਏ ਆ। ਕਾਪੀ ਹੁਣ ਕਰਾਂਗੇ ਆਪਾਂ, ਕਾਪੀ ਕਰਕੇ ਆਪਾਂ ਐਮਾਜ਼ੋਨ 'ਤੇ ਜਾਵਾਂਗੇ। ਹੁਣ ਇੱਥੇ ਆਪਾਂ ਪੇਸਟ ਕਰਾਂਗੇ ਕਿਉਂਕਿ ਇਹੀ ਚੀਜ਼ਾਂ ਦੇ ਬੈਨੀਫਿਟ ਹੋਣੇ ਆ। ਹੁਣ ਹੋਰ ਕੋਈ ਲੋਕ ਜਿਹੜੇ ਵੀ ਹੋਣਗੇ ਸਰਚ ਕਰਨਗੇ ਆਹਲੀ ਚੀਜ਼, ਅਤੇ ਸਾਡੀ ਵੀ ਜਿਹੜੀ ਇਹ ਡਰਿੰਕ ਵਾਟਰ ਆ ਇਹ ਉੱਪਰ ਆਉਣ ਦੇ ਚਾਂਸਸ ਹੈਗੇ ਆ, ਕਿਉਂਕਿ ਸਾਡਾ ਵੀ ਟਾਰਗੇਟ ਹੋਏਗਾ ਇਹ ਔਡੀਅੰਸ ਜਿਹੜੀ ਕੀਵਰਡ ਹੋਏਗਾ। ਇਸ ਕਰਕੇ ਜਿਸ ਤਰ੍ਹਾਂ ਮੈਂ ਕਹਿੰਦਾ ਹਮੇਸ਼ਾ ਤੁਸੀਂ ਕੋਈ ਜਿਹੜੀਆਂ ਐਫਰਟ ਚੰਗੇ ਐਫਰਟ ਪਾਉਣ ਦੀ ਕੋਸ਼ਿਸ਼ ਕਰਨੀ ਆ। ਅਤੇ ਆਪਾਂ ਇਹਦੇ ਤੋਂ ਫਿਰ ਉੱਥੋਂ ਜਿਹੜਾ ਇੱਕ ਹੋਰ ਉਹ ਕੀਵਰਡ ਆ ਉਹ ਵੀ ਕਾਪੀ ਕਰਾਂਗੇ, ਅਤੇ ਕੁਝ ਕੀਵਰਡ ਤੁਸੀਂ ਆਪ ਵੀ ਲਿਖ ਸਕਦੇ ਹਾਂ, ਜਿਵੇਂ ਕਿ ਮਤਲਬ ਸਾਨੂੰ ਪਤਾ ਅਸੀਂ ਕੀ ਲਿਖਦੇ ਹਾਂ ਨਾ, ਜਦੋਂ ਆਪਾਂ ਕੋਈ ਚੀਜ਼ ਇਹ ਬਾਏ ਕਰਨੀ ਹੋਵੇ ਅਸੀਂ ਕੀ ਲਿਖਾਂਗੇ, ਉਸ ਤਰ੍ਹਾਂ ਦੇ ਕੀਵਰਡ ਤੁਸੀਂ ਵੀ ਐਡ ਕਰ ਸਕਦੇ ਹਾਂ, ਜਾਂ ਹੋਰ ਇੰਗਲਿਸ਼ ਦੇ ਕੀਵਰਡ ਯੂਜ਼ ਕਰ ਸਕਦੇ ਹਾਂ। ਜਿੱਦਾਂ ਹੁਣ ਤੁਸੀਂ ਆਪਣੀ ਕੰਟਰੀ 'ਚ ਹਾਂ, ਉੱਥੇ ਜੇ ਇੰਗਲਿਸ਼ ਨਹੀਂ ਚੱਲਦੀ ਜਿਸ ਤਰ੍ਹਾਂ ਸਪੇਨ ਪੁਰਤਗਾਲ ਦੇ ਵਿੱਚ ਜਾਂ ਜਰਮਨ ਦੇ ਵਿੱਚ, ਇੱਥੇ ਦੀਆਂ ਲੈਂਗੁਏਜ ਚੱਲਦੀਆਂ, ਤੁਸੀਂ ਇੱਥੇ ਦੀ ਲੈਂਗੁਏਜ ਦੇ ਵਿੱਚ ਜ਼ਿਆਦਾ ਜਿਹੜੇ ਆ ਕੀਵਰਡ ਪਾਉਣੇ ਦੀ ਕੋਸ਼ਿਸ਼ ਕਰਨੀ ਆ। ਇੰਗਲਿਸ਼ ਦੇ ਵਿੱਚ ਕੋਈ ਸਰਚ ਨਹੀਂ ਕਰਦਾ, ਬਹੁਤ ਘੱਟ ਸਰਚ ਕਰਦੇ ਆ, ਜਿਹੜੀਆਂ ਇੰਗਲਿਸ਼ ਕੰਟਰੀਆਂ ਉਹਨਾਂ ਦੇ ਵਿੱਚ ਤੁਸੀਂ ਇੰਗਲਿਸ਼ 'ਚ ਕੀਵਰਡ ਲਿਖੋ। ਇਸ ਤਰ੍ਹਾਂ ਤੁਸੀਂ ਜਿਹੜੇ ਆ ਇਹ ਕੀਵਰਡ ਸਾਰੇ ਇੱਥੋਂ ਕਾਪੀ ਕਰਕੇ ਜਿਹੜੇ ਟ੍ਰੈਂਡਿੰਗ ਦੇ ਵਿੱਚ ਆ ਉਸ ਤੋਂ ਬਾਅਦ ਤੁਸੀਂ ਆਪਣੇ ਪ੍ਰੋਡਕਟ ਦੇ ਵਿੱਚ ਜਿਹੜੇ ਐਡ ਕਰ ਸਕਦੇ ਆ। ਇਹਦੇ ਨਾਲ ਤੁਹਾਡਾ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਚੀਜ਼ ਮੈਂ ਵੀ ਸਿੱਖੀ ਆ, ਅਤੇ ਮੈਨੂੰ ਵੀ ਪਤਾ ਇਹ ਚੀਜ਼ਾਂ ਦੇ ਫਾਇਦਾ ਬਹੁਤ ਹੁੰਦੇ ਆ। ਐਡਵਾਂਸ ਵਿਊ ਦੇ ਵਿੱਚ ਇਹ ਚੀਜ਼ ਤੁਹਾਨੂੰ ਇੱਕ ਐਡ ਕਰਨ ਨੂੰ ਮਿਲ ਜਾਣੀ ਹੈ ਕਿ ਕੀਵਰਡ ਤੁਸੀਂ ਐਡ ਕਰ ਲੈਣੇ ਆ। ਜਦੋਂ ਤੁਸੀਂ ਸੇਵ ਐਂਡ ਫਿਨਿਸ਼ ਕਰੋਗੇ, ਤੁਸੀਂ ਆ ਟਾਰਗੇਟ ਆਡੀਅੰਸ ਕਰਨਾ ਸਾਰਾ ਕੁਛ ਦੇ ਕੇ ਵੇਰੀਏਸ਼ਨ, ਜਦੋਂ ਤੁਸੀਂ UPC ਦੇ ਕੋਡ ਦੇ ਥਰੂ ਐਡ ਕਰਦੇ ਆ ਆਪਣਾ ਪ੍ਰੋਡਕਟ, ਇਹ ਤੁਹਾਨੂੰ ਲੈ ਕੇ ਜਾਏਗਾ ਇਸ ਪੇਜ ਦੇ ਉੱਤੇ। ਇਸ ਪੇਜ ਦੇ ਉੱਤੇ ਜਦੋਂ ਤੁਸੀਂ ਦੇਖਦੇ ਆ, ਮਤਲਬ ਕਿ ਐਗਜ਼ਾਮਪਲ ਦੇ ਤੌਰ 'ਤੇ ਉਹੀ ਆਪਾਂ ਬੋਤਲ ਲਈ ਆ, ਇੰਡੀਵਿਜੁਅਲ ਯੂਨਿਟ ਆ, ਅਤੇ ਇਹਦੇ ਵਿੱਚ ਤੁਸੀਂ ਕ੍ਰੀਏਟ ਨਿਊ ਲਿਸਟਿੰਗ ਵੀ ਕਰ ਸਕਦੇ ਆ। ਇਹ ਮੈਂ ਦੂਸਰੇ ਸਟੈਪ ਦੇ ਵਿੱਚ ਦੱਸਾਂਗਾ, ਤੁਸੀਂ ਵੀਡੀਓ ਨਾਲ ਨਾਲ ਧਿਆਨ ਦੇ ਨਾਲ ਦੇਖਦੇ ਰਹੋ, ਕਿਉਂਕਿ ਦੋ ਹੀ ਸਟੈਪ ਮੈਂ ਇਹਦੇ ਵਿੱਚ ਦੱਸਿਆ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੱਸਣਾ ਕਿ ਸਾਡੇ ਕੋਲ ਬਾਕਸ ਕਿੰਨੇ ਆ, ਅਤੇ ਸਾਡੇ ਕੋਲ ਜਿਹੜੇ ਆ ਯੂਨਿਟਸ ਕਿੰਨੇ ਆ, ਮਤਲਬ ਕਿ ਕਿੰਨੇ ਪ੍ਰੋਡਕਟ ਹੈਗੇ ਆ, ਅਤੇ ਇਹਨਾਂ ਨੂੰ ਆਪਾਂ ਪ੍ਰਪੇਅਰ ਕਰਾਂਗੇ। ਅਤੇ ਇਹਦੇ ਵਿੱਚ ਆਪਾਂ ਇੰਡੀਵਿਜੁਅਲ ਯੂਨਿਟ ਕਲੋਜ਼, ਅਤੇ ਉਸ ਤੋਂ ਬਾਅਦ ਇਹ ਜਿਹੜਾ ਆ ਕਨਫਰਮ ਸ਼ਿਪਿੰਗ ਵਾਲੇ ਸਾਨੂੰ ਪੇਜ 'ਤੇ ਲੈ ਕੇ ਜਾਏਗਾ, ਉਹਦੇ ਵਿੱਚ ਆਪਾਂ ਸ਼ਿਪਿੰਗ ਦੱਸਾਂਗੇ ਕਿ ਕਿੱਥੋਂ ਆਪਾਂ ਸ਼ਿਪਿੰਗ ਲੈ ਕੇ ਆਉਣੀ ਆ, ਮਤਲਬ ਕਿ ਜੇ ਚਾਈਨਾ ਤੋਂ ਲੈ ਕੇ ਆਉਣੀ ਆ ਕਿਸ ਤਰ੍ਹਾਂ ਲੈ ਕੇ ਆਉਣੀ ਆ, ਯੂਨਿਟ ਬਾਕਸ ਕਿਵੇਂ ਫਿਲ ਕਰਨੇ ਆ, ਜਾਂ ਸਾਡੇ ਕੋਲ ਆਹਲੇ ਜਿਹੜੇ ASN ਕੋਡ ਆ ਉਹ ਕਿਸ ਤਰ੍ਹਾਂ ਆਉਣਗੇ। ਜਦੋਂ ਅਸੀਂ ਇੱਥੇ ਸੇਵ ਕਰ ਲੈਣਾ ਪ੍ਰੋਡਕਟ, ਜਿਵੇਂ ਕਹਿ ਕੇ ਹਟਿਆ, ਇਸ 'ਤੇ ਲੈ ਕੇ ਜਾਏਗਾ। ਇਹ ਵਾਲੀ ਚੀਜ਼ ਮੈਂ ਅਗਲੇ ਸਟੈਪ ਦੇ ਵਿੱਚ ਪੂਰੀ ਦੱਸਣੀ ਆ, ਕਿਉਂਕਿ ਉਹ ਸਟੈਪ ਵੀ ਪਹਿਲਾਂ ਤੁਹਾਨੂੰ ਨਾਲ ਲੱਗਦਾ ਹੀ ਕਲੀਅਰ ਹੋ ਜਾਵੇ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਆ ਇੱਕ UPC ਦੇ ਥਰੂ ਆਹਲਾ ਸਟੈਪ ਹੋ ਗਿਆ, ਨਾਲ ਹੀ ਜਦੋਂ ਕਿਸੇ ਸੈਲਰ ਦੇ ਅੰਡਰ ਤੁਸੀਂ ਪ੍ਰੋਡਕਟ ਵੇਚਣੇ ਆ। ਦੋਨਾਂ ਦੇ ਵਿੱਚ ਸੇਮ ਹੀ ਇਹ ਪ੍ਰੋਸੈਸ ਆਏਗਾ, ਦੋਨਾਂ ਦੇ ਵਿੱਚ ਤੁਹਾਨੂੰ ਇਸੇ ਹੀ ਪੇਜ 'ਤੇ ਲੈ ਕੇ ਜਾਏਗਾ ਉਹ, ਅਤੇ ਜਿਹਦੇ ਵਿੱਚ ਸਾਨੂੰ ਦੱਸਣਾ ਪਏਗਾ ਕਿ ਬਾਕਸ ਕਿੰਨੇ ਹੋਣਗੇ, ਯੂਨਿਟ ਸਾਡੇ ਕੋਲ ਕਿੰਨੇ ਹੋਣਗੇ, ਇੱਕ ਬਾਕਸ ਹੋਏਗਾ ਉਹਦੇ ਵਿੱਚ ਕਿੰਨੇ ਯੂਨਿਟ ਹੋਣਗੇ, ਉਸ ਤੋਂ ਬਾਅਦ ਸ਼ਿਪਿੰਗ ਪ੍ਰੋਸੈਸ। ਅਤੇ ਇਸ ਕਰਕੇ ਜਿਹੜੀ ਆ ਇਸ ਦੇ ਨਾਲ ਤੁਸੀਂ ਜੁੜੇ ਰਹੋ ਪੂਰੇ ਕੋਰਸ ਦੇ ਨਾਲ। ਹੁਣ ਚੱਲਦੇ ਹਾਂ ਅਸੀਂ ਦੂਸਰੇ ਸਟੈਪ ਦੇ ਵੱਲ। ਪਹਿਲਾਂ ਪਰ ਜੇ ਤੁਸੀਂ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਲਿਓ, ਅਤੇ ਸਬਸਕ੍ਰਾਈਬ ਕਰ ਲਿਓ ਚੈਨਲ, ਹੋਰਨਾਂ ਦੇ ਨਾਲ ਇਹ ਕੋਰਸ ਸ਼ੇਅਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਓ। ਅਤੇ ਚੱਲਦੇ ਹਾਂ ਆਪਾਂ ਇਸ ਦੇ ਹੀ ਦੂਸਰੇ ਸਟੈਪ ਦੇ, ਜਿਹਦੇ ਵਿੱਚ ਸੈਲਰ ਜਿਹੜਾ ਸਾਨੂੰ ਪਰਮਿਸ਼ਨ ਦੇ ਦਿੰਦਾ ਹੈ ਕਿ ਅਸੀਂ ਪ੍ਰੋਡਕਟ ਵੇਚ ਸਕਦੇ ਹਾਂ, ਅਤੇ ਉਸ ਦੇ ਵਿੱਚ ਵੀ ਸੇਮ ਹੀ ਇਸੇ ਤਰ੍ਹਾਂ ਦਾ ਪ੍ਰੋਸੈਸ ਹੋਏਗਾ। ਅਤੇ ਬਸ ਇਹੀ ਆ, ਇਸ ਤੋਂ ਬਾਅਦ ਆਪਾਂ ਸ਼ਿਪਿੰਗ ਅੱਗੇ ਲੈ ਕੇ ਜਾਣੀ ਹੈ ਬਾਕਸ ਯੂਨਿਟ, ਉਹਦੇ ਵਿੱਚ ਜਾ ਕੇ ਆਪਾਂ ਕਲੀਅਰ ਕਰਦੇ ਹਾਂ, ਅਤੇ ਤੁਹਾਨੂੰ ਪੂਰਾ ਦੋਹਾਂ ਦੇ ਵਿੱਚ ਡਿਫਰੈਂਸ ਵੀ ਪਤਾ ਲੱਗੇਗਾ, ਅਤੇ ਦੋਨਾਂ ਦੇ ਵਿੱਚ ਤੁਹਾਨੂੰ ਕੀ ਕਰਨਾ ਪਏਗਾ ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ। ਇਸ ਸਟੈਪ ਦੇ ਵਿੱਚ ਜਿਵੇਂ ਕਿ ਅਸੀਂ ਪ੍ਰੋਡਕਟ ਲਿਸਟ ਕੀਤੇ ਆ, ਉਸੇ ਤਰ੍ਹਾਂ ਪ੍ਰੋਡਕਟ ਐਡ ਕਿਵੇਂ ਕਰਨੇ ਆ, ਅਤੇ ਇਹਦੇ ਵਿੱਚ ਜਿਹੜੇ ਦੋ ਸਟੈਪ ਹੁੰਦੇ ਆ ਇਹਨਾਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰ੍ਹਾਂ ਤੁਸੀਂ ਦੋ ਪ੍ਰੋਡਕਟ ਜਾਂ ਦੋ ਇੱਕੋ ਤਰ੍ਹਾਂ ਦੇ ਪ੍ਰੋਡਕਟ ਲਿਸਟ ਕਰ ਸਕਦੇ ਆ। ਇੱਕ ਤਾਂ ਤੁਸੀਂ ਪ੍ਰੋਡਕਟ ਲਿਸਟ ਕਰ ਸਕਦੇ ਆ ਕਿਸੇ ਦੇ ਅੰਡਰ ਸੈਲ ਕਰ ਸਕਦੇ ਆ ਉਸਨੂੰ, ਜੇ ਤੁਹਾਨੂੰ ਪਰਮਿਸ਼ਨ ਮਿਲਦੀ ਆ। ਕੁਝ ਓਪਨ ਰੱਖੇ ਹੁੰਦੇ ਆ ਕੁਝ ਸੈਲਰਾਂ ਨੇ, ਉਹਨਾਂ ਤੋਂ ਤੁਸੀਂ ਪਰਮਿਸ਼ਨ ਵੀ ਲੈ ਸਕਦੇ ਆ, ਕੁਝ ਵੈਸੇ ਹੀ ਓਪਨ ਹੁੰਦੇ ਆ ਵੈਸੇ ਹੀ ਤੁਸੀਂ ਸੈਲ ਕਰ ਸਕਦੇ ਆ। ਕੁਝ ਦੇ ਵਿੱਚ ਤੁਸੀਂ ਆਪਣਾ UPC ਬਾਰਕੋਡ ਬਾਏ ਕਰਕੇ ਫਿਰ ਤੁਸੀਂ ਐਡ ਕਰਦੇ ਆ ਪ੍ਰੋਡਕਟ। ਮੈਂ ਕੋਸ਼ਿਸ਼ ਕੀਤੀ ਆ ਕਿ ਪੂਰੇ ਤਰੀਕੇ ਦੇ ਨਾਲ ਤੁਹਾਨੂੰ ਸਮਝ ਲੱਗ ਸਕੇ, ਇਹ ਦੋਨੇ ਸਟੈਪ ਪੂਰੀ ਤਰ੍ਹਾਂ ਕਲੀਅਰ ਹੋਣਗੇ। ਅਤੇ ਚਲੋ ਮੇਰੇ ਨਾਲ ਲੈਪਟਾਪ ਦੀ ਸਕਰੀਨ 'ਤੇ ਫਿਰ ਤੋਂ ਦੇਖਦੇ ਹਾਂ ਅੱਗੇ ਇਸ ਕੋਰਸ ਦਾ ਇਹ ਪਾਰਟ। ਇਸ ਸਟੈਪ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਸਟੈਪ ਕਿ ਪ੍ਰੋਡਕਟ ਦੀ ਲਿਸਟਿੰਗ ਕਿਵੇਂ ਕਰਨੀ ਆ,
ਤੇ ਉਹ ਪ੍ਰੋਡਕਟ ਲਿਸਟ ਕਰਨ ਦੇ ਲਈ ਤੁਹਾਨੂੰ ਕੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਜਾਂ ਕਿਵੇਂ ਤੁਸੀਂ ਲਿਸਟ ਕਰਨਾ, ਸਾਰੀ ਵੀਡੀਓ ਇਹ ਤੁਸੀਂ ਜੇ ਪੂਰਾ ਕੋਰਸ ਧਿਆਨ ਦੇ ਨਾਲ ਦੇਖਦੇ ਪਏ ਆ ਤਾਂ ਤੁਹਾਨੂੰ ਟੋਟਲੀ ਮੇਰੇ ਹਿਸਾਬ ਦੇ ਨਾਲ ਸਮਝ ਲੱਗ ਰਿਹਾ ਹੋਵੇਗਾ ਕਿ ਕਿਵੇਂ ਕਿਵੇਂ ਸਟੈਪ ਬਾਈ ਸਾਡਾ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ। ਫਿਰ ਤੋਂ ਰਿਕੁਐਸਟ ਆ, ਤੁਸੀਂ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰ ਲਿਓ, ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ, ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟਸ ਜ਼ਰੂਰ ਲਿਖਿਓ, ਇਸ ਵੀਡੀਓ ਨੂੰ ਹੋਰਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮੇਰੇ ਚੈਨਲ ਨੂੰ ਹੋਰ ਹੈਲਪ ਮਿਲ ਸਕੇ, ਗਰੋ ਹੋ ਸਕੇ। ਅਤੇ ਤੁਸੀਂ ਜੇ ਸਵਾਲ ਆ ਤੁਹਾਡਾ ਕੋਈ ਵੀ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ, ਕੋਈ ਪ੍ਰੋਬਲਮ ਆ ਉਹ ਵੀ ਲਿਖ ਸਕਦੇ ਹੋ, ਅਤੇ ਲਾਈਕ ਜ਼ਰੂਰ ਕਰ ਦਿਓ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਕਿ ਐਮਾਜ਼ੋਨ 'ਤੇ ਪ੍ਰੋਡਕਟ ਲਿਸਟ ਕਿਵੇਂ ਕਰਨਾ। ਤੁਸੀਂ ਜਦੋਂ ਆਪਣਾ ਸੈਲਰ ਸੈਂਟਰ ਦਾ ਅਕਾਊਂਟ ਬਣਾ ਲਿਆ, ਸਾਰੇ ਸਟੈਪ ਪਿਛਲੇ ਕਲੀਅਰ ਕਰ ਲਏ, ਤੁਸੀਂ ਪ੍ਰੋਡਕਟ ਲਿਸਟ ਕਰਨ ਤੋਂ ਪਹਿਲਾਂ ਆਪਣੇ ਪ੍ਰੋਡਕਟ ਜਿਹੜੇ ਫਾਈਂਡ ਕਰਨੇ ਆ ਚੰਗੇ ਤਰੀਕੇ ਦੇ ਨਾਲ, ਉਸ ਤੋਂ ਬਾਅਦ ਸਾਰਾ ਕੁਝ ਅੱਗੇ ਜਾ ਕੇ ਜਿਹੜਾ ਇਹ ਪ੍ਰੋਸੀਜਰ ਆਇਆ ਫਿਰ ਹੀ ਤੁਸੀਂ ਕਰਨਾ। ਪਹਿਲਾਂ ਤਾਂ ਤੁਸੀਂ ਪ੍ਰੋਡਕਟ ਲਿਸਟ ਨਹੀਂ ਕਰਨੇ ਜਾਂ ਤੁਸੀਂ ਕੋਈ ਪ੍ਰੋਡਕਟ ਵੈਸੇ ਹੀ ਬਾਏ ਕਰਕੇ ਸੈੱਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਤੁਹਾਡੇ ਪੈਸੇ ਬਹੁਤ ਜ਼ਰੂਰੀ, ਤੁਸੀਂ ਚੰਗੀ ਮਿਹਨਤ ਦੇ ਨਾਲ ਜੇ ਕਮਾਉਂਦੇ ਹੋ ਤਾਂ ਜ਼ਰੂਰੀ ਨੇ ਕਿ ਤੁਸੀਂ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਹੀ ਲਗਾਓ ਤਾਂ ਜੋ ਤੁਸੀਂ ਐਮਾਜ਼ੋਨ 'ਤੇ ਜੇ ਕੋਈ ਪ੍ਰੋਡਕਟ ਸੈੱਲ ਕਰੋ ਤੁਹਾਨੂੰ ਕੋਈ ਉਹਦਾ ਬੈਨੀਫਿਟ ਹੋ ਸਕੇ। ਜਦੋਂ ਤੁਸੀਂ ਆਪਣਾ ਸਾਰਾ ਕੁਝ ਰਿਸਰਚ ਕਰਕੇ ਸਾਰਾ ਕੁਝ ਦੇਖ ਕੇ ਪ੍ਰੋਡਕਟ ਕਿ ਕਿਹੜਾ ਵਧੀਆ ਹੈ ਉਹ ਤੁਸੀਂ ਸੈੱਲ ਕਰਨਾ, ਉਸ ਦੇ ਲਈ ਤੁਸੀਂ ਐਮਾਜ਼ੋਨ ਸੈਲਰ ਸੈਂਟਰ ਦੇ ਅਕਾਊਂਟ 'ਤੇ ਆਉਣਾ। ਉਸ ਤੋਂ ਬਾਅਦ ਦੋ ਤਰ੍ਹਾਂ ਦੇ ਆਪਸ਼ਨ ਨੇ, ਤੁਸੀਂ ਐਡ ਏ ਪ੍ਰੋਡਕਟ ਕੈਟਾਲੋਗ 'ਚ ਜਾ ਕੇ ਐਡ ਏ ਪ੍ਰੋਡਕਟ ਕਰ ਸਕਦੇ ਹੋ ਜਾਂ ਇਨਵੈਂਟਰੀ 'ਚ ਜਾ ਕੇ ਐਡ ਏ ਪ੍ਰੋਡਕਟ ਕਰ ਸਕਦੇ ਹੋ। ਕੁਝ ਵੀ ਤੁਸੀਂ ਕਰ ਸਕਦੇ ਹੋ, ਜੇ ਅਸੀਂ ਐਡ ਏ ਪ੍ਰੋਡਕਟ ਇੱਥੇ ਕਰਾਂਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋਏਗਾ। ਹੁਣ ਜਿਵੇਂ ਕਿ ਤੁਹਾਡੇ ਕੋਲ ਦੋ ਤਰ੍ਹਾਂ ਦੇ ਆਪਸ਼ਨ ਇਹਦੇ ਕੋਲ ਹੋਣਗੇ ਕਿ ਜਿਹੜਾ ਪ੍ਰੋਡਕਟ ਤੁਸੀਂ ਪ੍ਰੋਡਕਟ ਐਡ ਕਰਨਾ ਉਹ ਨੋਟ ਸੋਲਡ ਔਨ ਐਮਾਜ਼ੋਨ, ਮਤਲਬ ਕਿ ਪਹਿਲਾਂ ਇਹਦੇ 'ਤੇ ਕੋਈ ਪ੍ਰੋਡਕਟ ਹੈ ਨਹੀਂ ਗਾ, ਜਾਂ ਤੁਸੀਂ ਅਪਲੋਡ ਕੋਈ ਮਲਟੀਪਲ ਪ੍ਰੋਡਕਟ ਕਰਨੇ ਆ, ਜਾਂ ਫਿਰ ਜਿਵੇਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਕਿਸੇ ਨੇ UPC ਬਾਰਕੋਡ ਬਾਏ ਕੀਤੇ ਹੁੰਦੇ ਆ, ਉਸ ਤੋਂ ਬਾਅਦ ਜਿਹੜਾ ਐਮਾਜ਼ੋਨ ਉਹਨੂੰ ASIN ਨੰਬਰ ਦੇ ਦਿੰਦਾ ਆ, ਉਸ ਦਾ ਕਾਪੀ ਕਰਕੇ ਤੁਸੀਂ ਉਹੀ ਪ੍ਰੋਡਕਟ ਅੱਗੇ ਸੈੱਲ ਕਰਨਾ ਹੋਵੇ ਤਾਂ ਤੁਹਾਨੂੰ ਆਪਸ਼ਨ ਮਿਲ ਸਕਦੀ ਆ। ਅਸੀਂ ਐਗਜ਼ਾਮਪਲ ਦੇ ਤੌਰ 'ਤੇ ਉਹੀ ਪ੍ਰੋਡਕਟ ਸੇਮ ਲਵਾਂਗੇ, ਕਿਉਂਕਿ ਪੂਰੇ ਕੋਰਸ ਦੇ ਵਿੱਚ ਉਹੀ ਪ੍ਰੋਡਕਟ ਆਪਾਂ ਯੂਜ਼ ਕੀਤਾ। ਹੁਣ ਆਪਾਂ ਪ੍ਰੋਡਕਟ 'ਤੇ ਜਾਵਾਂਗੇ ਉਹ ਵਾਲੇ 'ਤੇ ਜਿਹੜਾ ਕਿ ਪ੍ਰੋਡਕਟ ਆਪਾਂ ਐਮਾਜ਼ੋਨ ਦੇ ਉੱਤੇ ਦੇਖਿਆ ਸੀ, ਜਿਹਨੂੰ ਆਪਾਂ ਡੋਗ ਬੋਟਲ ਕਿਹਾ ਸੀ, ਜਿਹੜੀ ਕਿ ਡੋਗਸ ਦੇ ਲਈ ਡਰਿੰਕਿੰਗ ਵਾਲੀ ਬੋਟਲ ਆ, ਉਹਦਾ ਆਪਾਂ UPC ਕੋਡ ਜਾਂ ASI ਨੰਬਰ ਜਿਹੜਾ ਆ, ਜਾਂ ਜਿਹਨੂੰ ਆਪਾਂ EAN ਨੰਬਰ, ਸਾਰੇ ਸੇਮ ਹੀ ਹੋ ਜਾਂਦੇ ਆ, ਉਹ ਵਾਲਾ ਆਪਾਂ ਇੱਥੋਂ ਕਾਪੀ ਕਰਾਂਗੇ। ਕਾਪੀ ਕਰਕੇ ਅਤੇ ਆਪਾਂ ਉਸ ਤੋਂ ਬਾਅਦ ਜਾਵਾਂਗੇ ਐਮਾਜ਼ੋਨ ਦੇ ਉੱਤੇ, ਆਪਾਂ ਇੱਥੇ ਪ੍ਰੋਡਕਟ ਇਹ ਸਰਚ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ASIN ਦੇ ਨਾਲ ਇਹ ਪ੍ਰੋਡਕਟ ਰਿਸਰਚ ਦੇ ਵਿੱਚ ਆ ਜਾਂਦਾ ਤਾਂ ਸਾਨੂੰ ਪਤਾ ਲੱਗ ਸਕੂਗਾ ਕਿ ਅਸੀਂ ਵੇਚ ਸਕਦੇ ਹਾਂ ਜਾਂ ਨਹੀਂ ਵੇਚ ਸਕਦੇ। ਜਿਵੇਂ ਕਿ ਹੁਣ ਇਹ ਪ੍ਰੋਡਕਟ ਆ ਗਿਆ ਅਤੇ ਉਸ ਤੋਂ ਬਾਅਦ ਉਹਦਾ ਤੁਸੀਂ ਰੈਂਕ ਦੇਖ ਸਕਦੇ ਹੋ, ਸੇਲਸ ਰੈਂਕ ਜਿਹੜਾ 1766 ਆ, ਅਤੇ ਔਫਰ ਜਿਹੜਾ ਯੂਜ਼ਡ ਆ ਨਿਊ ਆ, ਅਤੇ ਇਹਦੇ ਸੈੱਲ ਪ੍ਰੋਡਕਟ ਅਸੀਂ ਇਹੀ ਪ੍ਰੋਡਕਟ ਸੈੱਲ ਕਰਨ ਦੇ ਲਈ ਆਪਾਂ ਲਿਸਟਿੰਗ ਇੱਥੋਂ ਇਹਨੇ ਆਪਸ਼ਨ ਦਿੱਤੀ ਹੋਈ ਆ ਕਿ ਅਸੀਂ ਸੈੱਲ ਕਰ ਸਕਦੇ ਹਾਂ ਸੈੱਲ ਦਿਸ ਪ੍ਰੋਡਕਟ। ਬਹੁਤ ਸਾਰੀਆਂ ਦੇ ਵਿੱਚ ਇਹ ਆਪਸ਼ਨ ਜਿਹੜੀ ਹੁੰਦੀ ਆ ਕਿ ਬਹੁਤ ਸਾਰੇ ਜਿਹੜੇ ਸੈਲਰ ਆ ਇਹ ਆਪਸ਼ਨ ਨਹੀਂ ਦਿੰਦੇ ਕਿ ਇਹ ਸੈੱਲ ਪ੍ਰੋਡਕਟ ਆਪਾਂ ਕਰ ਸਕੀਏ, ਅਤੇ ਬਹੁਤ ਸਾਰਿਆਂ ਨੇ ਜਿਹੜੀ ਆਪਸ਼ਨ ਦਿੱਤੀ ਹੁੰਦੀ ਆ ਇਸ ਤਰ੍ਹਾਂ ਤੁਸੀਂ ਸੈੱਲ ਕਰ ਸਕਦੇ ਆ। ਇਹ ਆਪਸ਼ਨ ਦੇ ਵਿੱਚ ਇਹ ਆ ਕਿ ਕਿਸੇ ਨੇ ਤੁਹਾਨੂੰ ਇਸ ਤਰ੍ਹਾਂ ਤੁਸੀਂ ਪ੍ਰੋਡਕਟ ਫਾਈਂਡ ਕੀਤਾ, ਆਪਸ਼ਨ ਦੇ ਦਿੱਤਾ, ਉਹਦੇ ਲਈ ਅਸੀਂ ਹੁਣ ਉਹ ਪ੍ਰੋਡਕਟ ਫਾਈਂਡ ਕੀਤਾ, ਉਸ ਤੋਂ ਬਾਅਦ ਇੱਥੇ ਜਾ ਕੇ ਨਿਊ ਦੇ ਵਿੱਚ, ਨਿਊ ਮਤਲਬ ਕਿ ਜਬ ਨਵਾਂ ਤੁਹਾਡਾ ਪ੍ਰੋਡਕਟ ਯੂਜ਼ਡ, ਅਤੇ ਜੇ ਤੁਸੀਂ ਯੂਜ਼ ਕੀਤਾ ਹੋਇਆ, ਜ਼ਿਆਦਾਤਰ ਲੋਕ ਇਹਦੇ 'ਤੇ ਨਵੇਂ ਹੀ ਪ੍ਰੋਡਕਟ ਵੇਚਦੇ ਆ, ਉਸ ਤੋਂ ਬਾਅਦ ਸੈੱਲ ਦਿਸ ਪ੍ਰੋਡਕਟ ਇਹਦੇ 'ਤੇ ਕਲਿੱਕ ਕਰਾਂਗੇ ਅਤੇ ਇਹ ਸਾਨੂੰ ਲੈ ਕੇ ਜਾਏਗਾ ਇਹਨਾਂ ਦੇ ਫਰੰਟ ਪੇਜ 'ਤੇ, ਜਿਹਦੇ 'ਤੇ ਆਪਾਂ ਆਪਣੇ ਪ੍ਰੋਡਕਟ ਦੇ ਬਾਰੇ ਵਿੱਚ ਪੂਰੀ ਡਿਟੇਲ ਲਿਖਾਂਗੇ। ਫਾਰ ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਇਹੀ ਸੋਚਣਾ ਕਿ ਅਸੀਂ ਵੀ ਇਹੀ ਸੇਮ ਪ੍ਰੋਡਕਟ ਵੇਚ ਰਹੇ ਹਾਂ ਜੋ ਕਿ ਉਹ ਸੈਲਰ ਵੇਚ ਰਿਹਾ, ਉਹੀ ਪ੍ਰੋਡਕਟ ਅਸੀਂ ਉੱਥੋਂ ਬਾਏ ਕੀਤਾ, ਪਰ ਇਹ ਐਗਜ਼ਾਮਪਲ ਦੇ ਤੌਰ 'ਤੇ ਆ, ਜ਼ਰੂਰੀ ਨਹੀਂ ਤੁਸੀਂ ਇਹੀ ਪੂਰੀ ਕਾਪੀ ਕਰੋ, ਤੁਸੀਂ ਹੋਰ ਕੁਛ ਕਾਪੀ ਕਰੋ ਤਾਂ ਜੋ ਤੁਹਾਨੂੰ ਵਧੀਆ ਪਰਫੈਕਟ ਰਿਜ਼ਲਟ ਮਿਲ ਸਕੇ ਐਮਾਜ਼ੋਨ ਦੇ ਨਾਲ ਕੰਮ ਕਰਨ 'ਤੇ। ਅਤੇ ਹੁਣ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਇਹ ਜਰਮਨ ਲੈਂਗੁਏਜ ਦੇ ਵਿੱਚ ਉੱਪਰ ਕਾਫੀ ਕੁਛ ਲਿਖਿਆ ਆ ਰਿਹਾ, ਇਸ ਬੋਤਲ ਦਾ ਨਾਂ, 15 ਯੂਰੋ ਦਾ ਵੇਚ ਰਿਹਾ, ਪ੍ਰਾਈਮ ਦੇ ਵਿੱਚ ਵਿਕ ਰਿਹਾ, ਸੇਲਸ ਰੈਂਕ ਇਹਦਾ ਇੰਨਾ ਆ, ਅਤੇ ਸੇਮ ਹੀ ਹੁਣ ਆਪਾਂ ਸੈਲਰ SKU, ਇਹ ਕੀ ਹੋ ਜਾਂਦਾ ਸੈਲਰ SKU, ਇਸ ਤਰ੍ਹਾਂ ਦਾ ਇੱਕ ਨੰਬਰ ਹੋ ਜਾਂਦਾ ਜਿਹੜਾ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਡਕਟ ਸੈੱਲ ਕਰਨ ਦੇ ਲਈ ਆਪ ਵੀ ਬਣਾ ਸਕਦੇ ਹਾਂ, ਜਾਂ ਤੁਸੀਂ ਉਸ ਦਾ ਨਾਮ ਵੀ ਲਿਖ ਸਕਦੇ ਹਾਂ, ਕੁਛ ਵੀ ਕਰ ਸਕਦੇ ਹਾਂ। ਜਿਵੇਂ ਕਿ ਹੁਣ ਆਪਾਂ ਇਹ ਲਿਖ ਲੈਂਦੇ ਹਾਂ ਡੋਗ ਡਰਿੰਕ ਬੋਟਲ, ਅਤੇ ਉਸ ਤੋਂ ਬਾਅਦ ਆਪਾਂ ਕੁਛ ਵੀ ਹੋਰ ਇਹਦਾ ਜਰਮਨੀ ਵੀ ਲਿਖ ਸਕਦੇ ਹਾਂ, ਜਾਂ ਆਪਾਂ ਕੋਈ ਵੀ ਸੈੱਲਰ SKU ਬਣਾ ਸਕਦੇ ਹਾਂ। ਸੈੱਲਰ SKU ਇੱਕ ਤਰ੍ਹਾਂ ਦਾ ਆਪਾਂ ਤੁਸੀਂ ਇੱਥੋਂ ਇਨਫੋ ਵੀ ਲੈ ਸਕਦੇ ਹਾਂ, ਆਇਡੈਂਟੀਫਾਈ ਕਰਨ ਦੇ ਲਈ ਹੁੰਦਾ ਤੁਹਾਡਾ ਪ੍ਰੋਡਕਟ ਦਾ ਯੂਨੀਕ ਕੋਡ ਇੱਕ ਕਿਸਮ ਦਾ ਕਹਿ ਸਕਦੇ ਹਾਂ ਆਪਾਂ। ਹੁਣ ਜਿਸ ਤਰ੍ਹਾਂ ਆਪਾਂ ਤੁਸੀਂ ਇਹਦੇ ਪਿੱਛੇ ਆਪਣਾ ਨਾਮ ਵੀ ਲਿਖ ਸਕਦੇ ਹਾਂ, ਆਪਣੇ ਸਟੋਰ ਦਾ ਨਾਮ ਵੀ ਲਿਖ ਸਕਦੇ ਹਾਂ, ਹੋਰ ਬਹੁਤ ਚੀਜ਼ਾਂ ਨੇ ਉਹ ਤੁਸੀਂ ਲਿਖ ਸਕਦੇ ਹਾਂ। ਮੈਂ ਇਕੱਲੀ ਇੱਥੇ ਜਰਮਨੀ ਲਿਖ ਦਿੰਦਾ,
एग्जाम्पल के तौर पर थोन दसिया कुछ भी लिख सकते हैं। ये एग्जाम्पल के तौर पर ता आ क्योंकि जे एक बार ये कर दिता फेल तो यह चीज़ नहीं होना मुड़ के। तो इतने तुम देख भी सकते हैं उन्होंने एग्जाम्पल के तौर पर दसिया भी होया भी इस तरह का तुम लिख सकते हैं, कोड दिते हुए उस तो बाद कोड उस तो बाद कुछ भी तुम लिख सकते हैं। तो उस तो बाद असी इत प्राइस जरा यदा प्राइस जिन्ना मतलब कि उन्होंने 15 यूरो लाया से आप भी अप्रोक्सीमेटली उन्ने का लाने की कोशिश करा। क्वांटिटी मतलब कि साढ़े तो किनिया क्वांटिटीज है किनिया बोतल साढ़े तो है आप इतने पेल 10 ही लिखा एग्जाम्पल के तौर पर कंट्री एंड रीजन कि जिस कंट्री असं बेचना चाहते हैं वह कंट्री आप लिखा आप जर्मनी बेचना चाहते हैं। तो जे तुम होर कंट्री बेचना चाहते हो तो वह कंट्री लिख सकते हैं। किसी भी कंट्री बह के किसी होर कंट्री भी तुम प्रोडक्ट बेच सकते हैं। स्पैशली यही गल होंगी मेन कि तुम जिथे भी तुम प्रोडक्ट बेचने उन्होंने वेयर हाउस से प्रोडक्ट पहुँचने चाहिए है। जिमें कि जर्मन तो हूँ मैं अमेरिका बेचने हूँ तो अमेरिका के वेयर हाउस मैं प्रोडक्ट भेजने पैने। उस तो बाद कंडीशन कंडीशन तो न्यू यूज गुड या तुम जनिया यूज़ की हुई चीज़ा भी बेचना चाहते हो वह भी बेच सकते हैं पर आप न्यू तो क्लिक करा। उस तो बाद फुलमेंट भी पहले नंबर पर होंगी आई विल शिप दिस आइटम माई सैल्फ मतलब कि मर्चेंट ये एफ बी एम चाहता। इसका भी मैं एक कोर्स लैके आऊँगा कि एफ बी एम है कि किमें करनी है कितों तुम प्रोडक्ट बाय कर सकते हैं। जे थानू एफ बी एम का कोर्स भी चाहिए तो कमेंट सैक्शन जरूर लिखियो तो यह भी मैं कोर्स नाल लगता ही लैके आऊँगा जिस दे नाल तुसीं एफ बी एम भी कर सकते हो तो तुसीं बहुत वधिया इस तो भी अर्निंग कर सकते हैं बहुत ज़्यादा इहदे विच भी प्रॉफिट हैगा। तो दूसरे नंबर पर इहदे विच ऑप्शन हैगे एमाजोन बिल डिस्पैच एंड प्रोवाइड कस्टमर सर्विस आल इस असीं इह करदे पए हां एमाजोन एफ बी ए इस करके असीं एमाजोन ते करांगे कि एमाजोन सारा कुछ करूगा। तो रिमैंबर दिस सैटिंग उन्होंने पहले दस दिता कि कोई भी ऑर्डर अवेलेबल होगा सेव एंड फिनिश। उस ते जदों क्लिक कीता सानू हो सकता इस तरह का मैसेज आवे जिदे विच एमाजोन वालों कुछ प्रेफरेंस दी जाती है दस्या जाता कि जे तुसी अपने बार कोड्स लगाने हो इस दी रिस्पोंसिबिलिटी थोड़ी होगी थोड़ी कोई प्रॉब्लम आती है थोड़ा सारा कुछ थोड़ी प्रॉब्लम होनी है। तो हुण इन्होंने जिस तरह कंडीशन भी लिखी है कि कोई भी कंडीशन तुसी भेज सकते हैं एएसएन नंबर जिहड़ा प्रोवाइड किया जाता एमाजोन वालों जां साइन अप करन दे लई है वह सारा कुछ इन्होंने लिखिया तुसी पढ़ सकते हैं। तो इत्थे जरा तुसी रिस्पोंसिबल होगे कोई भी अप्लाई करदे आ लेबल्स जिहड़े थोड़े प्रोडक्ट के उत्ते होंगे तुम एक्सैप्ट लेबल करते हैं ज नहीं करते आप एक्सैप्ट करना क्योंकि आप कर रहे हैं इस करके रिव्यू तो क्लिक करा। तो ये थोड़ा प्रोडक्ट जोड़ा अगे बार कोड के लिए ही लैके जाएगा जिमें हम तुम देख सकते हैं इतने आ गया प्रोडक्ट का नाम जोड़ा भी वो मर्चेंट एस की यू जिमें कि मैं थोड़ा दसिया ही जो मर्जी तुम उस तरह लिख सकते हैं इस तरह का बन गया क्योंकि असी ऑटोमैटिकली रेडी होया टाइटल वह नाम की हो गया ये जर्मन लैंग्वेज के लिखा हुआ बिचे बिच इंग्लिश भी है थोड़ी बहुत। तो इस तो बाद सेव एंड फिनिश पर क्लिक करांगे ये सानू लेके जाएगा नैक्सट स्टैप के उत्ते। ये स्टैप बहुत ही इंपॉर्टेंट आ लिस्ट भी होजूगा सारा कुछ होजूगा प्रोडक्ट पर वह एमाजोन के वेयर हाउस तक किमें पहुँचूगा चाइना तो जो प्रोडक्ट मंगाने चाइना तो किमें मंगवाने शिप किमें होंगे एमाजोन वेयर हाउस का एड्रैस किमें आएगा इस करके बहुत मेहनत की आ इस कोर्स के उत्ते। इस स्टैप के आप गल करा कि किमें प्रोडक्ट चाइना तो जितों भी तुम बाय करोगे उतों एमाजोन के वेयर हाउस किमें प्रोडक्ट आने तुसी सेम ही कॉपी कर सकते हैं या फिर थोड़ा बहुत अपने दिमाग के हिसाब ना भी तुसी कुछ ना कुछ ये ऐड कर सकते हैं। मैं सारिया चीज़ा ये एग्जाम्पल के तौर पर समझाइया जरूरी नहीं तुसी जिहड़ा मैं प्रोडक्ट इस दे विच दिखा लिया उ प्रोडक्ट तुसी बाय करना जरूरी नहीं जो मैं मैथड यूज़ किया उ तुसी यूज़ करो अलग भी तुसी यूज़ कर सकते हैं पर मैं कोशिश की है कि सिंपल तरीके दे नाल थानू समझ लग सके। इस कोर्स के थ्रू तुसी फ्री दे विच इनफो लैके अपना एमाजोन एफ बी ए का काम स्टार्ट कर सको तो पैसे अर्न कर सको। तो चलते हैं हुण मेरे नाल मेरे लैपटॉप की स्क्रीन पर ते चाइना तो प्रोडक्ट किवें एमाजोन के वेयर हाउस आउणगे थानू पूरी समझ लगेगी। चलो चलते हैं इस स्टैप दे विच मैं क्लीयर करांगा कि थोड़े प्रोडक्ट जे चाइना तो आने हैं जां कितों भी तुसीं एमाजोन नूं सेंड किवें करने ने बहुत ही इंपॉर्टेंट स्टैप जिवें कि लास्ट दे विच आपां लिस्टिंग कीती आ लिस्टिंग तो बाद फिनिश कीता सी फिनिश करके वो अगले इस सानूं प्रोग्राम ते लैके आया। इस दे विच सानूं चाहीदा की आ जां की असीं करना किवें करना वो तुहानूं पूरा इहदे विच क्लीयर होएगा। स्टैप 1 ते तुसीं देख सकदे आ चूज़ इनवेंटरी टू सेंड मतलब कि असीं प्री सिलेक्टेड जिहड़ा एस की यू कर लिया सी उह साडे कोल रेडी आ। उस तो बाद साडे कोल मार्केट प्लेस आपां कित्थे नूं सेंड करना आपां जर्मनी नूं करना तुसीं होर भी मार्केट प्लेस जिहड़े देख सकदे आ जिथे जिथे मैं भेज सकदा स्पेन फ्रांस यूके
ਸਵੀਡਨ, ਇਟਲੀ, ਪੋਲੈਂਡ, ਇੱਥੇ ਸਾਰੇ ਵੇਚ ਸਕਦਾ। ਅਤੇ ਹੋਰ ਕਿਤੇ ਵੀ ਤੁਸੀਂ ਜੇ ਭੇਜਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਅਮੈਰੀਕਾ ਭੇਜਣਾ ਚਾਹੁੰਦੇ ਹਾਂ ਜਾਂ ਕੈਨੇਡਾ, ਉੱਥੇ ਦੀ ਪਰਮਿਸ਼ਨ ਲੈ ਕੇ ਵੀ ਤੁਸੀਂ ਉੱਥੇ ਵੀ ਪ੍ਰੋਡਕਟ ਸੈੱਲ ਕਰ ਸਕਦੇ ਹਾਂ। ਅਸੀਂ ਹੁਣ ਪ੍ਰੋਡਕਟ ਇਹ ਸੈੱਲ ਕਰਨਾ, ਇਹ ਵਾਲਾ ਪ੍ਰੋਡਕਟ ਤੁਹਾਡੇ ਕੋਲ ਆ, ਪੈਕਿੰਗ ਡਿਟੇਲ ਜਿਹੜੀ ਇੰਡੀਵਿਜੁਅਲ ਯੂਨਿਟ ਆ, ਨੋ ਲੇਬਲਿੰਗ ਰਿਕੁਆਇਰਡ ਆ, ਕਿਉਂਕਿ ਇਹ ਪ੍ਰੋਡਕਟ ਪਹਿਲਾਂ ਤੋਂ ਹੀ ਕਿਸੇ ਨੇ ਸੈੱਲ ਕੀਤਾ ਹੋਇਆ ਸੀ, ਇਸ ਕਰਕੇ ਸਾਨੂੰ ਕੋਈ ਇਹਦੇ ਵਿੱਚ ਦੇਖਣ ਦੀ ਲੋੜ ਨਹੀਂ, ਪਰ ਅਡੀਸ਼ਨਲ ਡਿਟੇਲ ਇਹਦੇ ਵਿੱਚ ਦੇਖ ਲੈ ਸਕਦੇ ਹਾਂ ਆਪਾਂ। ਅਤੇ ਇਹਦੇ ਵਿੱਚ ਬੋਕਸ, ਯੂਨਿਟਸ ਆਪਾਂ ਨੂੰ ਕੁਛ ਨਹੀਂ ਹਾਲੇ ਤੱਕ ਸ਼ੋ ਹੋ ਰਿਹਾ। ਆਪਾਂ ਕਰਨਾ ਕੀ ਆ, ਸ਼ਿਪ ਫਰੋਮ, ਮਤਲਬ ਕਿ ਕਿੱਥੋਂ ਇਹ ਪ੍ਰੋਡਕਟ ਜਿਹੜਾ ਆਉਣਾ। ਆਪਾਂ ਕੀ ਕਰਾਂਗੇ, ਉਹ ਪ੍ਰੋਡਕਟ ਜਿਹੜਾ ਜਿੱਥੋਂ ਵੀ ਤੁਸੀਂ ਬਾਏ ਕਰਨਾ, ਉਹਦਾ ਆਪਾਂ ਇੱਥੇ ਕੰਟੈਕਟ ਐਡ ਕਰਾਂਗੇ। ਐਡ ਕਰਨ ਦੇ ਲਈ ਸਾਨੂੰ, ਮਤਲਬ ਕਿ ਅਸੀਂ ਅਲੀਬਾਬਾ ਤੋਂ ਕੋਈ ਪ੍ਰੋਡਕਟ ਬਾਏ ਕੀਤਾ ਸੀ, ਜਿਹੜੇ ਵੀ ਸੈਲਰ ਨਾਲ ਆਪਾਂ ਗੱਲਬਾਤ ਕੀਤੀ ਸੀ, ਉਹ ਸੈਲਰ ਤੋਂ ਆਪਾਂ ਪੂਰੀ ਡਿਟੇਲ ਮੰਗਾਈ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਕਿ ਪਹਿਲਾਂ ਤੁਸੀਂ ਆਪਣੇ ਸੈਲਰਾਂ ਦੇ ਨਾਲ ਹਮੇਸ਼ਾ ਪ੍ਰੋਡਕਟ ਦੇ ਬਾਰੇ ਵਿੱਚ ਪੂਰੀ ਡਿਟੇਲ ਕਲੀਅਰ ਕਰਨੀ ਆ, ਸਾਰਾ ਕੁਝ ਕਲੀਅਰ ਕਰਨੀ, ਫਿਰ ਪ੍ਰੋਡਕਟ ਆਰਡਰ ਕਰਨਾ। ਵੈਸੇ ਪ੍ਰੋਡਕਟ ਆਰਡਰ ਪਹਿਲਾਂ ਨਹੀਂ ਕਰਨਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਐਮਾਜ਼ੋਨ ਐਫਬੀਏ ਕਰਨ ਦੇ ਲਈ, ਬਹੁਤ ਸਾਰੇ ਲੋਕ ਜਿਹੜੀਆਂ ਇਹ ਚੀਜ਼ਾਂ ਨਹੀਂ ਦੱਸਦੇ। ਗਲਤੀਆਂ ਮੈਂ ਖੁਦ ਪਰਸਨਲੀ ਕੀਤੀਆਂ ਹੋਈਆਂ ਆ, ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਕੋਈ ਪੈਸੇ ਖਰਾਬ ਨਾ ਹੋਣ ਐਫਬੀਏ ਕਰਨ ਤੋਂ ਪਹਿਲਾਂ। ਤੁਹਾਨੂੰ ਸਾਰਾ ਕੁਝ ਪਹਿਲਾਂ ਹੀ ਕਲੀਅਰ ਹੋਵੇ, ਤੁਸੀਂ ਇੱਥੇ ਸਾਰਾ ਕੁਝ ਜਦੋਂ ਕਲੀਅਰ ਕਰ ਲਿਆ, ਆਪਣੇ ਸੈਲਰ ਦੇ ਨਾਲ ਗੱਲਬਾਤ ਕਰ ਲਈ, ਸਾਰਾ ਕੁਝ ਉਸਨੂੰ ਐਕਸਪੀਰੀਅੰਸ ਹੈ ਜਾਂ ਨਹੀਂ, ਫਿਰ ਹੀ ਤੁਸੀਂ ਅੱਗੇ ਜਿਹੜਾ ਸਟੈਪ ਲੈਣਾ। ਜਦੋਂ ਫਾਰ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਗੱਲ ਕਰਦੇ ਹਾਂ, ਤੁਹਾਡੀ ਬੋਤਲ ਦੇ ਲਈ ਉਹਦੇ ਨਾਲ ਕਲੀਅਰ ਹੋ ਗਈ ਸਾਰਾ ਕੁਝ, ਪੇਮੈਂਟ ਸੈਟਅਪ ਹੋ ਗਿਆ, ਤੁਹਾਡੀ ਸ਼ਿਪਿੰਗ ਸੈਟਅਪ ਹੋ ਗਈ, ਸਾਰਾ ਕੁਝ ਸੈਟਅਪ ਹੋ ਗਿਆ, ਅਤੇ ਉਸ ਤੋਂ ਬਾਅਦ ਉਹਨੇ ਉਹਦੇ ਤੋਂ ਤੁਹਾਨੂੰ ਚਾਹੀਦਾ ਉਹਦਾ ਐਡਰੈਸ, ਉਹ ਐਡਰੈਸ ਪੂਰਾ ਤੁਹਾਨੂੰ ਉਸ ਸੈਲਰ ਦਾ ਚਾਹੀਦਾ। ਉਹ ਸੈਲਰ ਦਾ ਜਦੋਂ ਤੁਹਾਨੂੰ ਐਡਰੈਸ ਮਿਲਿਆ, ਉਹ ਐਡਰੈਸ ਤੁਸੀਂ ਇੱਥੇ ਆ ਕੇ ਇਹਦੇ 'ਤੇ ਫਿਲ ਕਰਨਾ, ਮਤਲਬ ਕਿ ਕਿੱਥੋਂ ਤੁਹਾਡਾ ਉਹ ਜਿਹੜਾ ਆਉਣਾ ਆ, ਮਤਲਬ ਕਿ ਸਾਡਾ ਚਾਈਨਾ ਤੋਂ ਆਉਣਾ ਆ, ਆਪਾਂ ਚਾਈਨਾ ਲਿਖਾਂਗੇ, CHINA, ਚਾਈਨਾ ਤੋਂ, ਕੰਪਨੀ ਦਾ ਨਾਮ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਡਾਇਰੈਕਟ ਆਪਾਂ ਲਿਖ ਦਿੰਦੇ ਹਾਂ ਕੁਛ ਵੀ, ਹੁਣ ਮੇਰਾ ਹੀ ਨਾਮ, ਉਹਦਾ ਐਡਰੈਸ ਉੱਥੇ ਦਾ ਕੋਈ ਵੀ ਹੋ ਸਕਦਾ, ਉਹ ਆਪਾਂ ਲਿਖਣਾ, ਉਹਦੀ ਕੰਟਰੀ ਕੋਈ ਵੀ ਹੋ ਸਕਦੀ ਆ, ਡਿਸਟ੍ਰਿਕਟ ਉਹਦਾ ਕੋਈ ਵੀ ਹੋ ਸਕਦਾ, ਕੁਛ ਵੀ ਆ, ਜਿਹੜੀ ਡਿਟੇਲ ਉਹਦੇ ਤੋਂ ਤੁਹਾਨੂੰ ਮਿਲੇਗੀ ਉਹ ਹੀ ਤੁਸੀਂ ਫਿਲ ਕਰਨੀ ਆ। ਵੈਸੇ ਫਿਲ ਨਹੀਂ ਕਰਨੀ ਹੈਗੀ, ਕਿਉਂਕਿ ਤੁਹਾਡੇ ਸੈਲਰ ਨਾਲ ਜੇ ਤੁਹਾਡਾ ਕਨਫਰਮ ਹੋਇਆ ਹੋਊਗਾ ਸਾਰਾ ਕੁਝ, ਫਿਰ ਹੀ ਤੁਸੀਂ ਜਿਹੜਾ ਆ ਅੱਗੇ ਕੰਮ ਕਰ ਸਕਦੇ ਹਾਂ, ਜਾਂ ਅੱਗੇ ਕੰਮ ਕਰਨ ਦੇ ਲਈ ਜਿਹੜੇ ਅਗਲੇ ਸਟੈਪ ਆ, ਜ਼ਰੂਰੀ ਸਟੈਪ ਆ, ਉੱਥੇ ਤੁਸੀਂ ਜਾ ਸਕਦੇ ਹਾਂ। ਹੁਣ ਐਡ ਕੰਟੈਕਟ 'ਤੇ ਕਰਾਂਗੇ, ਜਿਸ ਤਰ੍ਹਾਂ ਹੁਣ ਆਹ ਕੰਟੈਕਟ ਐਡ ਇਹਦੇ ਵਿੱਚ ਹੋ ਚੁੱਕਾ ਪੂਰਾ, ਤੁਸੀਂ ਦੇਖ ਸਕਦੇ ਹਾਂ। ਇਹ ਹੁਣ ਮੈਂ ਸਿਰਫ ਰਫਲੀ ਇੱਕ ਕੋਰਸ ਦੇ ਤੌਰ 'ਤੇ, ਜਿਵੇਂ ਕਿ ਹਰ ਇੱਕ ਚੀਜ਼ ਮੈਂ ਐਗਜ਼ਾਮਪਲ ਦੇ ਤੌਰ 'ਤੇ ਸਮਝਾਈ ਹੈ, ਐਗਜ਼ਾਮਪਲ ਦੇ ਤੌਰ 'ਤੇ ਹੀ ਤੁਹਾਨੂੰ ਇਹ ਐਡਰੈਸ ਦੇ ਵਿੱਚ ਵੀ ਤੁਹਾਨੂੰ ਦੱਸਿਆ। ਇਹ ਐਡਰੈਸ ਤੁਹਾਨੂੰ ਤੁਹਾਡੇ ਸੈਲਰ ਤੋਂ ਹੀ ਮਿਲਣਾ, ਜਿਹੜੇ ਸੈਲਰ ਨਾਲ ਤੁਹਾਡੀ ਕਨਫਰਮ ਗੱਲ ਹੋਊਗੀ, ਸਾਰਾ ਕੁਝ ਹੋਊਗਾ। ਉਸ ਤੋਂ ਬਾਅਦ ਤੁਸੀਂ ਇਸ ਨੂੰ ਸਿਲੈਕਟ ਕਰ ਲੈਣਾ, ਸਿਲੈਕਟ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹਾਂ ਸ਼ਿਪ ਫਰੋਮ, ਇਹ ਤੁਹਾਡਾ ਐਡਰੈਸ ਉੱਥੇ ਦਾ ਹੋਏਗਾ ਜਿੱਥੋਂ ਤੁਹਾਡੇ ਪ੍ਰੋਡਕਟ ਆਉਣੇ ਨੇ, ਜਿਹੜੀ ਵੀ ਕੰਟਰੀ ਤੋਂ ਆਉਣੇ ਨੇ, ਉਹ ਤੁਹਾਡੇ ਪ੍ਰੋਡਕਟ ਇੱਥੇ ਹੋ ਗਏ। ਉਹਨਾਂ ਨੇ ਕੁਛ ਇਹਦੇ ਵਿੱਚ ਇਨਫੋਰਮੇਸ਼ਨ ਵੀ ਲਿਖੀ ਆ, ਗਾਈਡਲਾਈਨਸ ਵੀ ਲਿਖੀਆਂ ਹੋਈਆਂ, ਅਤੇ ਉਸ ਤੁਸੀਂ ਦੇਖ ਸਕਦੇ ਹਾਂ। ਅਤੇ ਹੁਣ ਕਨਫਰਮ ਐਂਡ ਕੰਡੀਸ਼ਨ ਕੰਟੀਨਿਊ 'ਤੇ ਤੁਸੀਂ ਕਲਿੱਕ ਕਰਨਾ, ਇੰਡੀਵਿਜੁਅਲ ਇਹਦੇ ਵਿੱਚ ਯੂਨਿਟ ਜਿਹੜੇ ਤੁਸੀਂ ਕਰ ਸਕਦੇ ਹੋ ਜਾਂ ਪ੍ਰਿਪੇਅਰ ਕਰ ਸਕਦੇ ਹੋ, ਕਿੱਥੇ ਆ, ਕਿਹੜੇ ਪ੍ਰੋਡਕਟ ਦੀ ਕੈਟਾਗਰੀ ਆ, ਕਿਹੜੀ ਨਹੀਂ ਹੈਗੀ। ਆਪਾਂ ਕੋਈ ਵੀ ਇਹਦੇ ਵਿੱਚ ਪੈਟਸ ਦੀ ਸੀਗੀ ਸਾਡੀ ਕੈਟਾਗਰੀ, ਉਹ ਸਿਲੈਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਇਹਦੇ ਵਿੱਚ ਹੋਏਗੀ, ਮੇਰੇ ਹਿਸਾਬ ਨਾਲ ਹੈ ਨਹੀਂ, ਅਡਲਟ ਕਰ ਲਾਂਗੇ ਆਪਾਂ, ਅਤੇ ਇਹਦੇ ਵਿੱਚ ਹੋਰ ਕੁਛ ਨਹੀਂ ਆਉਣਾ, ਅਤੇ ਆਪਾਂ ਇਹਨੂੰ ਸੇਵ ਕਰਾਂਗੇ। ਸੇਵ ਕਰਨ ਤੋਂ ਬਾਅਦ ਆਪਾਂ ਯੂਨਿਟ ਬੋਕਸ ਲਿਖਾਂਗੇ ਕਿ ਕਿੰਨੇ ਬੋਕਸ ਸਾਡੇ ਕੋਲ ਹੋਣਗੇ, ਯੂਨਿਟ ਅਤੇ ਬੋਕਸ ਰੈਡੀ ਟੂ ਪੈਕ। ਅਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੈ ਕਿ ਯੂਨਿਟ 100 ਆ, ਮਤਲਬ ਕਿ ਇੱਕ ਬੋਕਸ ਦੇ ਵਿੱਚ ਤੁਹਾਡੇ 100 ਯੂਨਿਟਸ ਹੋ ਸਕਦੇ ਆ, ਜਾਂ ਕੁਛ ਵੀ ਜਿੰਨੇ ਵੀ ਤੁਹਾਡੇ ਪ੍ਰੋਡਕਟ, ਉਹ ਤੁਹਾਡੀ ਡਿਟੇਲ ਜਿਹੜੀ ਆ ਤੁਹਾਨੂੰ ਸਾਰੀ ਸੈਲਰ ਤੋਂ ਮਿਲਣੀ ਆ। ਇਹ ਚੀਜ਼ ਤੁਹਾਨੂੰ ਸਮਝ ਲੈਣੀ ਚਾਹੀਦੀ ਆ, ਤੁਹਾਡੇ ਸੈਲਰ ਤੋਂ ਸਾਰਾ ਕੁਝ ਤੁਹਾਨੂੰ ਮਿਲੇਗਾ, ਤੁਹਾਡੇ ਪ੍ਰੋਡਕਟ ਕਿਸ ਤਰ੍ਹਾਂ ਦੇ ਨੇ, ਤੁਹਾਡੇ ਪ੍ਰੋਡਕਟ ਦੀ ਕੈਟਾਗਰੀ ਕਿਹੜੀ ਆ, ਤੁਹਾਡੇ ਪ੍ਰੋਡਕਟ ਦਾ ਸਾਈਜ਼ ਕਿੰਨਾ, ਤੁਹਾਡੇ ਪ੍ਰੋਡਕਟ ਦਾ ਜਿਹੜਾ ਲੰਬਾਈ ਚੌੜਾਈ ਕਿੰਨੀ ਆ, ਤੁਹਾਡੇ ਪ੍ਰੋਡਕਟ ਦਾ ਭਾਰ ਕਿੰਨਾ ਆ, ਉਹ ਸਾਰਾ ਕੁਝ ਤੁਹਾਨੂੰ ਤੁਹਾਡੇ ਸੈਲਰ ਤੋਂ ਮਿਲੇਗਾ, ਤੁਹਾਡੇ ਸੈਲਰ ਦਾ ਐਡਰੈਸ। ਉਸ ਤੋਂ ਬਾਅਦ ਆਪਾਂ ਪੈਕ ਐਂਡ ਇੰਡੀਵਿਜੁਅਲ ਯੂਨਿਟ 'ਤੇ ਜਾਵਾਂਗੇ, ਪਰ ਇਹਦੇ ਵਿੱਚ ਮੈਂ ਇੱਕ ਡਿਟੇਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਸੀ। ਜਿਵੇਂ ਕਿ ਆਪਾਂ ਯੂਨਿਟ ਤਾਂ ਇਹਦੇ ਵਿੱਚ 100 ਲਿਖ ਲਿਆ ਸੀ, ਅਤੇ 100 ਤੋਂ ਬਾਅਦ ਆਪਾਂ ਕਨਫਰਮ ਵੀ ਕਰਤਾ ਰੈਡੀ ਟੂ ਪੈਕ ਵੀ ਕਰ ਦਿੱਤਾ ਸੀ, ਪਰ ਪੈਕਿੰਗ ਡਿਟੇਲ ਦੇ ਵਿੱਚ ਜਾ ਕੇ, ਜਿਵੇਂ ਕਿ ਇੰਡੀਵਿਜੁਅਲ ਯੂਨਿਟ ਇਹ ਪਹਿਲਾਂ ਤੋਂ ਹੀ ਪ੍ਰੋਡਕਟ ਜਿਹੜਾ ਇਹਦੇ 'ਤੇ ਰੈਡੀਮੇਡ ਪਿਆ ਸੀ, ਇਸ ਕਰਕੇ ਸਾਨੂੰ ਸਾਰੀ ਕੁਛ ਇਹਦੇ 'ਤੇ ਪਹਿਲਾਂ ਤੋਂ ਦੇ ਰਿਹਾ। ਪਰ ਜਿਵੇਂ ਕਿ ਮੈਂ ਗੱਲ ਕੀਤੀ ਸੀ, ਤੁਹਾਡੇ ਪ੍ਰੋਡਕਟ ਦੀ ਡਿਮੈਂਸ਼ਨ ਤੁਹਾਡੇ ਸੈਲਰ ਤੋਂ ਮਿਲੇਗੀ, ਸਾਰਾ ਕੁਝ ਤੁਹਾਨੂੰ ਮਿਲੇਗਾ, ਉਹ ਤੁਸੀਂ ਇੱਥੇ ਆ ਕੇ ਐਡਿਟ ਵੀ ਕਰ ਸਕਦੇ ਹਾਂ। ਜਿਵੇਂ ਕਿ ਕ੍ਰੀਏਟ ਨਿਊ ਕੇਸ ਪ੍ਰੋਡਕਟ 'ਤੇ ਤੁਸੀਂ ਕਲਿੱਕ ਕਰੋਗੇ, ਪੈਕਿੰਗ ਦਾ ਟੈਂਪਲੇਟ ਦਾ ਨਾਮ ਤੁਸੀਂ ਲਿਖਣਾ, ਯੂਨਿਟਸ ਪਰ ਬੋਕਸ ਕਿੰਨੇ ਆ, ਮਤਲਬ ਕਿ ਇੱਕ ਜਿਹੜੇ ਬੋਕਸ ਦੇ ਵਿੱਚ ਕਿੰਨੇ ਯੂਨਿਟ ਆ, ਜਿਵੇਂ ਕਿ ਹੁਣ 100 ਯੂਨਿਟ ਲਿਖਿਆ ਸੀ, ਆਪਾਂ ਇੱਕ ਬੋਕਸ ਦੇ ਵਿੱਚ
100 यूनिट असी लिखा सी वो तुसी 100 इत्थे भर देने पर बॉक्स के, मतलब कि एक थोड़ा बड़ा बॉक्स होएगा उस 100 यूनिट होणगे, 100 प्रोडक्ट होणगे। तो बॉक्स की डिमेंशन कितनी आ ये थानू जिस तरह थोड़े उहदे तो पता लगेगी, थोड़ा जिहड़ा सैलर आ मतलब कि उन्हें जो दस्या थानू भी यह प्रोडक्ट 15x15 का चौड़ाई दे विच जां लंबाई दे विच किन्ना है, वह सारा कुछ उन्हें जो थानू दस्या एग्जाम्पल के तौर पर मैं भर रहा उन्हें दस्या जी वेट थोड़े प्रोडक्ट का हैगा आ कह सकते हैं आप 30 ग्राम एक प्रोडक्ट का, इन्होंने वेट किलोग्राम के हिसाब न लिखा होया, तो जोड़ा थोड़े 100 प्रोडक्ट का थानू 30 किलो हो गया वेट। तो उस तो बाद जोड़ा यह प्रोडक्ट ईच यूनिट जोड़ा यदि कैटागरी कि कैटागरी ये फाइंड कर सकते हैं, नहीं नो प्रैफर तुम लीड कर सकते हैं, तो होल लेवल्स यूनिट्स बाय सैलर मतलब कि साढ़े वालों ही यह जो प्रोडक्ट के जोड़े भी कोड लगाए जाने हैं, क्योंकि असी अपने प्रोडक्ट के जोड़े ई एन आ जा यूपीसी आ जा ASIN आ वो असी अपने सैलर में भेजा कोशिश करा कि वह साडा जोड़ा प्रोडक्ट आप जरा ये प्रोडक्ट वगैरह पर ला के भेज सके, कोशिश करा इस तरह का। तो उस तो बाद तो पैकिंग नाम लिख सकते हो, उस तो बाद आप सेव कर लाँगे। तो इस तरह थोड़िया वो जे गलतियां भी हो तो उन्होंने सॉल्व किमें करना इस तरह तुम कर सकते हैं, ये जाके जी क्रिएट न्यू लिस्ट के जाके अपना टैंपलेट आप रेडी कर सकते हो अपने सैलर तो पूरी डिमेंशनिंग लैके। ये इन्हें इंडिविजुअल यूनिट शो किया क्योंकि पहला तो बनिया होया, हूँ इस तरह आप जावे अगे जिमें कि पहला आप गए ही सी, आप 100 ये फिल करा रेडी टू पैक क्लिक करा, तो इन्होंने उस वे जी SKU प्रिंट लेवल करन दे लई 100 यूनिट दे लई एक SKU साडा रेडी करना, वो तुसीं देख सकते हैं इहदे ते इन्होंने दिखा देना इस तरह का थोड़ा जिहड़ा स्टैंडर्ड फॉरमैट होएगा जां प्रिंटिंग दा थर्मल किहड़ा तुहाडे कोल हैगा, जे तुहाडे कोल प्रिंट हैगा ठीक आ, नहीं तां तुसीं इहनूं किस तरह का तुसीं करना। तुसीं मेरे हिसाब दे नाल जे तुहाडा प्रोडक्ट छोटा आ ते सानूं जिहड़ा 25x25 जां एक हुंदा आ आपां 34x44 ये वाला भी तुसीं लै सकदे आ अप्रोक्सीमेटली, ये भी काफ़ी छोटा होएगा, ये थोड़े प्रोडक्ट के उत्ते लगेगा जिवें कि हुण देख ही सकते हैं आप सामने इस तरह का शो होएगा, दिखा दिना प्रिंट ये इस तरह का थोड़ा जिहड़ा प्रोडक्ट की जिहड़ी PDF फाइल शो हो रही है। हुण ये थोड़ा जिहड़ा SKU कोड हो गया, यही थोड़ा UPC कोड जो तुसीं बाय किया सी वो लगा के तुसीं अगे जिहड़ा ये तैयार किया SKU जां ASIN नंबर ये वाला जिहड़े कोड आ ये वाला कोड जिहड़ा आपां अपने सैलर नूं भेजना जिहदे नाल भी आपां गल करांगे अलीबाबा दे उत्ते, उहनूं कहांगे जदों साडा प्रोडक्ट रेडी करे इहदे ते। जिस तरह हुण इहदी कोई फोटो आपां ओपन करके देख लैंदे आ, ये प्रोडक्ट दे किसी भी साइड ते जिस तरह कोई प्रोडक्ट हुंदा उहदे पिछे एक बार कोड लगा हुंदा जिहनूं स्कैन करके पता लग जांदा कि प्रोडक्ट का नाम की है, प्रोडक्ट का साइज़ किन्ना, प्रोडक्ट का वेट किन्ना, प्रोडक्ट का रेट किन्ना, कित्थों आया ते कदों मैनुफैक्चर होया सी, उस तरह का यह बार कोड आ जिहड़ा कि सानू Amazon ने दिता जां इह Amazon वालों दिता जांदा आ। तो इस तरह के तुहानू उन्होंने 100 आप यूनिट लिखे सी बॉक्स के विच, ते 100 यूनिट के उन्होंने प्रिंट साडे बना के दे दिते, तो ये असी आप भी लगा सकते हैं। जे असी चाइना तो प्रोडक्ट मंगा के घर लैके आने, घर लिया के असी आप भी ये प्रोडक्टा के उत्ते आप लगा सकते हैं, इन्हों प्रिंट करके जो थोड़े को प्रिंटर हैगा तो तुसीं आप भी चिपका सकते हैं, नहीं तो तुसीं यही PDF फाइल जिहड़ी है इहनूं डाउनलोड करके ईमेल के थ्रू अपने सैलर नूं भेज दो, तो उन्हों कहो कि वह प्रोडक्ट के उत्ते लगा के भेजे। बहुत सारे सैलर जिहड़े आ वो विदाउट मनी ही किसी पैसा लए तो ही प्रोडक्ट के उत्ते लगा के भेज देंगे, कई कहें कि थोड़े बहुत पैसे लेने आ, जिस तरह थानू लगे उस तरह थानू कर लेना चाहिए। पर यह जिहड़ी फाइल बनी आ ये इस तरह की फाइल जी Amazon वालों फ्री च प्रोवाइड की जाती है, जिन्होंने कोई SKU आप कह दें जां ये लेबल जिहड़े भी बनते हैं, ये तुसीं छोटे वड्डे भी देख सकते हैं, तुहानू आप ही साइज़ का पता लग जाना, तुहाडे प्रोडक्ट के हिसाब नाल साइज़ तुसीं कर सकते हैं, स्टैंडर्ड फॉरमैट जां थर्मल प्रिंटिंग ये भी तुसीं कर सकते हैं, तो उस तो बाद किन्ने तुहाडे प्रोडक्ट आ उस हिसाब नाल ही तुहाडी प्रिंटिंग की जिहड़ी लेबलिंग हुंदी आ। तो उस तो बाद तुसीं जे पैक इंडिविजुअल यूनिट करने आ उस तो बाद तुसीं इहदे ते क्लिक करना, तो क्लिक करोगे ये तुहानू लैके जाएगा पूरा जिहड़ा पैकिंग वाला सिस्टम आ, इहदे ते तुसीं देख सकते हैं यूनिट किन्ने ते यू कैन स्टार्ट पैकिंग नाओ, ये इन्होंने लिखा हुआ मल्टीपल बॉक्स मतलब कि एक बॉक्स के किन्ने बॉक्स आ वो थानू सारा कुछ शो होएगा, है पैकिंग इनफॉर्मेशन थानू इत्थे शो होएगी एवरीथिंग फिट ऑन वन बॉक्स, मतलब कि थोड़े जे 100 यूनिट एक बॉक्स के फिट आ तो ठीक आ, जे मल्टीपल बॉक्स आ मतलब कि थोड़े आले दो तीन बॉक्स आ फिर तुसीं इत्थे जाके मल्टीपल बॉक्स से कन्फर्म करना, जे एक बॉक्स के फिट आ तो एक बॉक्स से कन्फर्म कर देना। तो बॉक्स की डिमेंशन जिमें कि मैं थानू दस के हटिया
कि यह एक बॉक्स जो बड़ा बॉक्स होएगा वो डिमेंशन भी थोड़ा वो तो मिलेगी, छोटियाँ की भी मिलेगी, छोटियाँ की पिछे तुम्हें देनी है जिथे अभी बैक लैके गए थे, मैं थानू दो बारी लैके गया पिछे, हूँ रहन दें जाने तो यह बड़े बॉक्स की डिमेंशनिंग भी थोड़ा थोड़े सैलर तो मिलेगी, वो थानू दसेगा कि किन्ने का थोड़ा प्रोडक्ट जोड़ा आ किड्डे बड़े पैक दे विच आया, उहदी किन्ने सेंटीमीटर चौड़ाई आ, वेट किन्ना आ, असीं एग्जाम्पल दे तौर ते भर के देख लैंदे आ ते किन्ना उहदा वेट आ, आपां एग्जाम्पल दे तौर ते पैकिंग इनफॉर्मेशन इहदे विच कन्फर्म कीती आ, उहनां ने हुण दस्सिया वी आ कि बॉक्स वेट डस नॉट मीट एक्सपैक्टेड जिहड़ा आ मिनीमम 22 किलो होना चाहिए, जिहड़ा वी साडा इहदे विच वार्निंग आउंदियां उहनां नूं तुसीं चंगे तरीके नाल पढ़ सकदे आ, पर इह वार्निंग तां आउंदी आ क्योंकि मैं इस ही तरह कोर्स दे विच एग्जाम्पल दे तौर ते सारा कुछ भर रहा। जे सानू क्लीयर डिमेंशन साडे सैलर तो मिली होवे फिर सानू उस हिसाब नाल पता हुंदा कि किन्ना सैलर वलों सानू वेट दिता गया, किन्नी डिमेंशनिंग दिती गई, उस तो बाद कन्फर्म एंड कंटिन्यू ते क्लिक करना ते इह सानू लैके जाएगा, साडी पूरी वैलीडेशन होएगी जो भी साडा सेंटर दे उत्ते प्रोडक्ट जाना आ जां किस तरह जाना आ सानू लैके जाएगा शिपिंग सेंटर दे उत्ते। इस स्टैप दे विच हुण आपां क्लीयर करांगे कि कन्फर्म शिपिंग जिहड़ी आ उह किस तरह करनी है, जिवें कि लास्ट असीं 2-3 स्टैप क्लीयर कर ले, अपनी इनवेंटरी दा पैक कर लिया, सारा कुछ कर लिया, उस तो बाद हुण साडी इह इंपोर्टेंट स्टैप कि शिपिंग असीं किवें करवाउणी आ अपने सैलर तो, उहदी डेट, उहदे सारा कुछ, जिवें कि लास्ट दे विच आपां पैकिंग कीती, बॉक्स की डिमेंशनिंग की, सारा कुछ आपां एग्जाम्पल दे तौर ते जिन्नियां वार्निंग्स आईयां जां प्रॉब्लम्स आईयां वो भी मैं थोड़े नाल शेयर कीतियां तां जो थानू पहलां तो पता लग सके कि की प्रॉब्लम्स आउंदियां। हुण असीं इहदे ते कन्फर्म शिपिंग ते जदों आवांगे उस तो बाद डेट, ये डेट थोड़ा सैलर देगा कि किन्नी तरीक नूं वो शिप करेगा, ਤੁਸੀਂ ਇੱਕ ਸੈਲਰ ਦੇ ਨਾਲ ਨਹੀਂ, ਮੈਂ ਕਿੰਨੀ ਵਾਰੀ ਕਹਿ ਚੁੱਕਾ ਬਹੁਤ ਸਾਰੇ ਸੈਲਰਾਂ ਨਾਲ ਗੱਲ ਕਰਿਓ, ਫਿਰ ਹੀ ਤੁਹਾਡਾ ਪ੍ਰਾਈਸ ਜਿਹੜਾ ਘੱਟ ਜਾਣਾ ਜਾਂ ਤਾਂ ਹੀ ਤੁਹਾਨੂੰ ਫਾਇਦਾ ਹੋਣਾ, ਕਿਉਂਕਿ ਬਹੁਤ ਸਾਰੇ ਸੈਲਰਾਂ ਤੋਂ ਹੋ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਮਹਿੰਗਾ ਮਿਲੇ, ਬਹੁਤ ਸਾਰੇ ਸੈਲਰਾਂ ਤੋਂ ਹੋ ਸਕਦਾ ਤੁਹਾਨੂੰ ਸੇਮ ਹੀ ਪ੍ਰੋਡਕਟ ਸਸਤਾ ਮਿਲ ਜਾਵੇ। ਸ਼ਿਪਿੰਗ ਮੈਂ ਦੱਸਦਾ ਅਗਲੇ ਸਟੈਪ ਦੇ ਵਿੱਚ ਕਿ ਕਿਹੜੀ ਸ਼ਿਪਿੰਗ ਤੁਸੀਂ ਕਰਵਾਇਓ ਜੋ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕਸਟਮ ਵਗੈਰਾ ਦੀ, ਅਤੇ ਅਸੀਂ ਸ਼ਿਪਿੰਗ ਵਾਲਾ ਪ੍ਰੋਸੈਸ ਜਿਹੜਾ ਇਸ ਦੇ ਵਿੱਚ ਪੂਰਾ ਕਰਦੇ ਹਾਂ। ਹੁਣ ਸ਼ਿਪਿੰਗ ਡੇਟ ਮਤਲਬ ਕਿ ਉਹਨੇ ਕੋਈ ਸਾਨੂੰ ਡੇਟ ਦੇ ਦਿੱਤੀ, 19 ਡੇਟ ਆਪਾਂ ਇਹਦੇ 'ਤੇ ਪਾਵਾਂਗੇ ਕਿ ਕਿੰਨੀ ਡੇਟ ਨੂੰ ਜਿਹੜਾ ਐਮਾਜ਼ੋਨ ਦੇ ਵੇਅਰ ਹਾਊਸ 'ਚ ਪ੍ਰੋਡਕਟ ਇਹ ਅਪਰੋਕਸੀਮੇਟਲੀ ਜਾਣਾ ਅਤੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਸ਼ਿਪਿੰਗ ਡੇਟ ਉਹਨੇ ਦਿੱਤੀ ਆ, ਸਾਨੂੰ ਸਮਝ ਲਓ ਉਹਨੇ ਡੇਟ ਦੇ ਦਿੱਤੀ ਕਿ ਸਾਨੂੰ ਉਹ ਪ੍ਰੋਡਕਟ ਜਿਹੜੇ ਸ਼ਿਪ ਕਰੇਗਾ 25 ਤਰੀਕ ਨੂੰ, ਜਦੋਂ ਆਪਾਂ ਇਹਦੇ 'ਤੇ ਫਿਲ ਕਰ ਦਿੱਤੀ ਅਤੇ ਉਸ ਤੋਂ ਬਾਅਦ ਸਾਡਾ ਕਨਫਰਮ ਹੋ ਜਾਏਗਾ ਸਮਾਲ ਪਾਰਸਲ ਆ ਕਿ ਸਮਾਲ ਡਿਲੀਵਰੀ ਆਉਣੀ ਆ ਕਿ ਜਿਹੜਾ ਇੱਕ ਟਰੱਕ ਲੋਡ ਆਉਣਾ, ਜੇ ਬਹੁਤ ਸਾਰੇ ਜਿਹੜੇ ਵੱਡੇ ਬਿਜ਼ਨਸਮੈਨ ਆ ਉਹਦਾ ਟਰੱਕ ਲੋਡ ਵੀ ਕਰਵਾ ਲੈਂਦੇ ਆ, ਹੁਣ ਸਾਡਾ ਜਿਹੜਾ ਸਮਾਲ ਪਾਰਸਲ ਆਏਗਾ ਇਸ ਕਰਕੇ ਸਾਡਾ ਸਮਾਲ ਪਾਰਸਲ 'ਤੇ ਕਲਿੱਕ ਰਹੇਗਾ, ਜੇ ਤੁਹਾਡਾ ਵੱਡਾ ਆਏਗਾ ਤਾਂ ਵੱਡਾ 'ਤੇ ਕਲਿੱਕ ਕਰ ਸਕਦੇ ਆ ਤੁਸੀਂ। ਉਸ ਤੋਂ ਬਾਅਦ ਸ਼ਿਪਿੰਗ ਜਿਹੜੀ ਸ਼ਿਪਮੈਂਟ ਪੇਮੈਂਟ ਆ ਜਾਂ ਸ਼ਿਪਿੰਗ ਮੈਂਥਸ ਆ, ਉਸ ਤੋਂ ਬਾਅਦ ਸ਼ਿਪ ਐਡਰੈਸ ਜਿਹੜਾ ਵੀ ਤੁਹਾਡੇ ਸੈਲਰ ਦਾ ਐਡਰੈਸ ਹੋਏਗਾ ਉਹੀ ਤੁਸੀਂ ਇੱਥੇ ਦੇਣਾ, ਮੈਂ ਐਗਜ਼ਾਮਪਲ ਦੇ ਤੌਰ 'ਤੇ ਦਿੱਤਾ ਹੋਇਆ, ਜੇ ਤੁਸੀਂ ਵਿੱਚੋਂ ਰੋਕ ਰੋਕ ਕੇ ਦੇਖਦੇ ਆ ਵੀਡੀਓ ਫਿਰ ਮੇ ਬੀ ਹੋ ਸਕਦਾ ਤੁਹਾਡਾ ਸਾਰਾ ਕੁਛ ਤੁਹਾਨੂੰ ਕੁਛ ਸਮਝ ਨਾ ਲੱਗੇ, ਸਾਰਾ ਕੁਛ ਖਰਾਬ ਹੋ ਜਾਵੇ, ਪੂਰੀ ਵੀਡੀਓ ਜੇ ਧਿਆਨ ਨਾਲ ਦੇਖੀ ਆ ਫਿਰ ਤੁਹਾਨੂੰ ਪੂਰਾ ਕੁਛ ਸਮਝ ਲੱਗ ਸਕਦਾ। ਸ਼ਿਪਮੈਂਟ ਦੇ ਵਿੱਚ ਹੈਗਾ ਕਿ ਸਾਡਾ ਇੱਕ ਬਾਕਸ ਆ, ਇੱਕ ਹੀ SKU ਆ, ਯੂਨਿਟ 100 ਆ। ਹੁਣ ਤੁਹਾਡੇ ਕੋਲ ਪੂਰੀ ਇਹ ਤਿਆਰ ਹੋ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੋਇਆ ਸਿਲੈਕਟ ਸ਼ਿਪਮੈਂਟ ਸੈਂਟਰ, ਉਸ ਤੋਂ ਬਾਅਦ UPC ਐਮਾਜ਼ੋਨ ਦਾ ਜਿਹੜਾ ਪਾਰਟਨਰ ਸੈਂਟਰ ਆ ਅਨਅਵੇਲੇਬਲ ਆ DHL ਦੀ ਲੋਕੇਸ਼ਨ ਦੇ ਲਈ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ। ਆਪਾਂ ਕੋਈ ਵੀ ਜਿਹੜਾ ਹੁਣ ਸਾਨੂੰ ਸਾਡੇ ਸੈਲਰ ਤੋਂ ਜਿਹੜਾ ਆ ਕੋਈ ਵੀ ਜਿਹੜੀ DPD ਜਾਂ DHL ਜਿਹੜਾ ਵੀ ਉਹ ਸ਼ਿਪਿੰਗ ਕਰੇਗਾ ਜਿਸ ਕੰਪਨੀ ਦੇ ਥਰੂ, ਉਹ ਸਾਨੂੰ ਸਾਡੇ ਸੈਲਰ ਤੋਂ ਮਿਲੇਗਾ। ਉਹ ਸੈਲਰ ਜਦੋਂ ਦੱਸੇਗਾ ਕਿ ਉਹ ਸਮਝ ਲਓ DPD ਦੇ ਥਰੂ ਕਰ ਰਿਹਾ ਜਾਂ DHL ਦੇ ਥਰੂ ਕਰ ਰਿਹਾ, ਤੁਸੀਂ DHL ਇੱਥੇ ਸਿਲੈਕਟ ਕਰ ਲੈਣੀ ਆ। ਜਦੋਂ DHL ਸਿਲੈਕਟ ਹੋ ਗਈ, ਜ਼ਰੂਰੀ ਨਹੀਂ DHL, ਬਹੁਤ ਹੋਰ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਉੱਥੋਂ ਆਉਂਦੀਆਂ ਹੋ ਸਕਦੀਆਂ, ਅਤੇ ਜਿਹੜੀ ਵੀ ਤੁਹਾਡੀ ਕੰਪਨੀ ਉਹ ਤੁਹਾਡਾ ਸੈਲਰ ਕਹੇਗਾ, ਤੁਹਾਡੇ ਸੈਲਰ 'ਤੇ ਡਿਪੈਂਡ ਹੋਣਾ, ਉਹ ਵਾਲੀ ਤੁਸੀਂ ਇੱਥੇ ਸਿਲੈਕਟ ਕਰਨੀ ਆ। ਉਸ ਤੋਂ ਬਾਅਦ ਅਸੈਪਟ ਚਾਰਜ ਐਂਡ ਕਨਫਰਮ ਸ਼ਿਪਿੰਗ 'ਤੇ ਤੁਸੀਂ ਕਲਿੱਕ ਕਰ ਦੇਣਾ। ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਲੇਬਲ ਫੀਸ 0 ਆਈ, ਕਿਉਂਕਿ ਲੇਬਲ ਫੀਸ ਅਸੀਂ ਆਪ ਲਗਵਾਉਣੀ ਆ ਆਪਣੇ ਸੈਲਰ ਤੋਂ, ਐਸਟੀਮੇਟ ਸ਼ਿਪਿੰਗ ਸਾਰਾ ਕੁਛ ਉਹਨਾਂ ਤੋਂ ਆਇਆ। ਅਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਪ੍ਰਿੰਟ ਬਾਕਸ ਦੀ ਐਸਟੀਮੇਟ ਜਿਹੜੀ ਆ ਉਹਨਾਂ ਨੇ ਆਹ ਸਾਨੂੰ ਭੇਜੀ ਆ ਕਿ ਇਹ ਵਾਲਾ ਪ੍ਰਿੰਟ ਇਹ ਸਾਨੂੰ ਮਿਲੇਗਾ, ਇਹ ਕਿਸ ਚੀਜ਼ ਦੇ ਲਈ ਮਿਲੇਗਾ। ਜਦੋਂ ਕੋਈ ਵੀ ਬਾਕਸ ਰੈਡੀ ਹੁੰਦਾ ਉਹ ਬਾਕਸ ਦੇ ਉੱਤੇ ਇੱਕ ਐਡਰੈਸ ਵਾਲਾ ਜਿਹੜਾ ਆ ਪ੍ਰਿੰਟ ਲੇਬਲ ਲੱਗਾ ਹੁੰਦਾ, ਉਹ ਤੁਸੀਂ ਦੇਖਿਆ ਹੀ ਹੋਣਾ, ਇੱਕ ਸਾਈਡ 'ਤੇ ਤੁਹਾਡਾ ਐਡਰੈਸ ਲਿਖਿਆ ਹੁੰਦਾ, ਇੱਕ ਸਾਈਡ 'ਤੇ ਕੰਪਨੀ ਦਾ ਐਡਰੈਸ ਲਿਖਿਆ ਹੁੰਦਾ, ਅਤੇ ਉਹ ਇਹੀ ਹੁੰਦਾ ਸੇਮ। ਇਸ ਦਾ ਸਾਈਜ਼ ਤੁਸੀਂ ਘੱਟ ਵੱਧ ਕਰ ਸਕਦੇ ਹਾਂ ਜਾਂ ਥਰਮਲ ਕਰ ਸਕਦੇ ਹਾਂ, ਇਹਦੇ 'ਤੇ ਆਪਾਂ ਇਹਨੂੰ ਡਾਊਨਲੋਡ ਵੀ ਕਰ ਲਾਂਗੇ, ਦਿਖਾ ਦਿੰਦਾ ਮੈਂ ਕਿਸ ਤਰ੍ਹਾਂ ਦਾ ਇਹ ਸ਼ੋਅ ਹੋਏਗਾ ਤੁਹਾਨੂੰ, ਇਸ ਤਰ੍ਹਾਂ ਦਾ ਜਿਵੇਂ ਕਿ ਉਹ ਜਰਮਨ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ। ਉਹਨਾਂ ਨੇ ਹੁਣ ਜਿੱਥੋਂ ਉਹ ਪ੍ਰੋਡਕਟ ਆਉਣਾ ਸੀ, ਮੈਂ ਉਹ ਚਾਈਨਾ ਵਾਲੀ ਜਗ੍ਹਾ 'ਤੇ ਆਪਣਾ ਨਾਮ ਲਿਖ ਦਿੱਤਾ ਸੀ, ਉਹ
ਤੇ ਐਮਾਜ਼ੋਨ ਦਾ ਜਿਹੜਾ ਵੀ ਸੈਂਟਰ ਆ ਜਿੱਥੇ ਇਹ ਪ੍ਰੋਡਕਟ ਮੇਰੇ ਜਾਣੇ ਆ, ਇਹ ਜਰਮਨ ਦੀ ਸਿਟੀ ਆ ਡੋਰਟਮੁੰਡ, ਉੱਥੇ ਇਹਨਾਂ ਦਾ ਐਫ ਬੀ ਏ ਦਾ ਜਿਹੜਾ ਸੈਂਟਰ ਆ ਉੱਥੇ ਇਹ ਪ੍ਰੋਡਕਟ ਜਾਣੇ ਆ। ਇਹ ਮੇਰਾ ਨਾਂ ਹੋ ਗਿਆ ਤੇ ਜਿੱਥੋਂ ਇਹ ਪ੍ਰੋਡਕਟ ਆਉਣੇ ਆ ਇੱਥੇ ਵੀ ਮੈਂ ਆਪਣਾ ਨਾਮ ਦੇ ਦਿੱਤਾ ਸੀ ਅਨਮੈਲਡਾ ਦੇ, ਕਿਉਂਕਿ ਇਹ ਤਾਂ ਮੇਰਾ ਹੀ ਨਾਂ ਰਹਿ ਗਿਆ, ਤੇ ਇੱਥੇ ਵੀ ਮੈਂ ਆਪਣਾ ਹੀ ਨਾਮ ਦੇ ਦਿੱਤਾ ਸੀ, ਚਾਈਨਾ ਦਾ ਐਡਰੈਸ ਇੱਥੇ ਗਲਤ ਦਿੱਤਾ ਸੀ ਜਾਂ ਕੁਛ ਵੀ ਲਿਖ ਦਿੱਤਾ ਸੀ, ਉਹ ਵਾਲਾ ਇਹ ਵਾਲਾ ਜਿਹੜਾ ਕੋਡ ਆ ਜਾਂ ਇਹ ਵਾਲਾ ਪ੍ਰਿੰਟ ਆ ਇਹ ਸਾਰਾ ਜਿਹੜਾ ਇੱਕ ਬਾਕਸ ਦੇ ਉੱਪਰ ਲੱਗਣਾ। ਇਹ ਵੀ ਤੁਸੀਂ ਆਪਣੀ ਪੀ ਡੀ ਐਫ ਦੇ ਥਰੂ ਆਪਣੇ ਸੈਲਰ ਨੂੰ ਭੇਜ ਦਿਓ, ਉਹ ਸੈਲਰ ਆਪਣਾ ਪ੍ਰੋਡਕਟ ਜਦੋਂ ਪੈਕ ਕਰੂਗਾ ਸਾਰਾ ਕੁਛ ਫਿਨਿਸ਼ ਕਰੂਗਾ ਅਤੇ ਉੱਪਰ ਲਗਾ ਕੇ ਐਮਾਜ਼ੋਨ ਦੇ ਵੇਅਰ ਹਾਊਸ 'ਚ ਡਾਇਰੈਕਟ ਪ੍ਰੋਡਕਟ ਭੇਜ ਦੂਗਾ ਅਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੇ ਵਾਲੀ। ਇਸ ਤਰ੍ਹਾਂ ਇਹ ਇੱਕ ਪ੍ਰਿੰਟ ਹੋ ਗਿਆ ਕਿ ਜਿਹਦੇ 'ਤੇ ਐਡਰੈਸ ਦੋਨਾਂ ਦਾ, ਤੁਹਾਡਾ ਨਾਮ ਅਤੇ ਡੋਰਟਮੁੰਡ ਦੇ ਜਿੱਥੇ ਵੀ ਉਹ ਪ੍ਰੋਡਕਟ ਆਉਣਾ ਹੋਊਗਾ ਉਹਨਾਂ ਨੂੰ ਤੁਹਾਡੇ ਨਾਂ ਤੋਂ ਪਤਾ ਲੱਗ ਜਾਣਾ ਕਿ ਆਹ ਬੰਦੇ ਦੇ ਪ੍ਰੋਡਕਟ ਆਏ ਆ ਅਤੇ ਆਹ ਵਾਲੇ ਵੇਅਰ ਹਾਊਸ ਦੇ ਵਿੱਚ ਜਾਣੇ ਆ। ਇਹ ਵੇਅਰ ਹਾਊਸ ਆਪਣੇ ਆਪ ਉਹਨਾਂ ਨੇ ਦੇ ਦਿੱਤਾ ਮੈਨੂੰ ਅਤੇ ਆਹ ਜਿਹੜਾ ਐਡਰੈਸ ਚਾਈਨਾ ਵਾਲਿਆਂ ਦਾ ਹੋ ਗਿਆ, ਪਰ ਇੱਥੇ ਮੈਂ ਆਪਣਾ ਹੀ ਨਾਮ ਲਿਖਿਆ ਐਗਜ਼ਾਮਪਲ ਦੇ ਤੌਰ 'ਤੇ। ਕੋਰਸ ਦੇ ਵਿੱਚ ਸਾਰਾ ਕੁਛ ਤੁਹਾਨੂੰ ਸਮਝ ਲੱਗਦਾ ਹੀ ਹੋਣਾ। ਅਤੇ ਆ ਰਹੀਆਂ ਪੀ ਡੀ ਐਫ ਫਾਈਲਸ ਜਿਹੜੀਆਂ ਐਸ ਕੀ ਯੂ ਹੋ ਗਈਆਂ, ਅਤੇ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਨੈਕਸਟ ਆਪਾਂ ਕੀ ਕਰਨਾ, ਜਦੋਂ ਸਾਡਾ ਪ੍ਰਿੰਟ ਹੋ ਗਿਆ ਅਤੇ ਮਾਰਕਾ ਸਲਿਪ ਅਤੇ ਸਾਰਾ ਕੁਛ ਤੁਹਾਡਾ ਕਨਫਰਮ ਜੋ ਵੀ ਹੋ ਗਿਆ, ਅਤੇ ਉਸ ਤੋਂ ਬਾਅਦ ਮਾਰਕਾ ਸਲਿਪ ਦੇ ਮਤਲਬ ਕਿ ਤੁਸੀਂ ਚੈੱਕ ਵੀ ਇੱਕ ਵਾਰੀ ਕਰ ਸਕਦੇ ਹੋ ਕਿ ਤੁਸੀਂ ਸਾਰਾ ਕੁਛ ਕ੍ਰੀਏਟ ਕਰ ਲਈ, ਸ਼ਿਪਿੰਗ ਬਾਕਸ ਸਾਰਾ ਕੁਛ ਫਿਨਿਸ਼ ਹੋ ਗਿਆ, ਅਤੇ ਜਦੋਂ ਤੁਹਾਡਾ ਫਿਨਿਸ਼ ਹੋ ਗਿਆ ਆਲ ਸਟੈਪ ਫਿਨਿਸ਼ ਹੋ ਗਏ, ਤੁਸੀਂ ਇਹਨਾਂ ਨੂੰ ਵਿਊ ਵੀ ਦੁਬਾਰਾ ਕਰ ਸਕਦੇ ਹਾਂ ਕਿ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਆ ਰਹੀ, ਕਿਤੇ ਤੁਹਾਡਾ ਕੋਈ ਗਲਤ ਤਾਂ ਨਹੀਂ ਹੋ ਗਿਆ। ਤੁਸੀਂ ਪੂਰਾ ਪਹਿਲਾਂ ਚੈੱਕ ਕਰ ਲੈਣਾ, ਫਿਰ ਹੀ ਤੁਸੀਂ ਅੱਗੇ ਕਨਫਰਮ ਕਰਨਾ। ਆਪਾਂ ਗੋ ਟੂ ਸ਼ਿਪਿੰਗ ਕਿਊ 'ਤੇ ਜਾਵਾਂਗੇ ਜਦੋਂ ਆ ਸਾਰਾ ਕੁਛ ਫਿਨਿਸ਼ ਹੋ ਗਿਆ, ਅਤੇ ਇਹ ਤੁਹਾਨੂੰ ਲੈ ਕੇ ਜਾਏਗਾ ਸ਼ਿਪਮੈਂਟ ਵਾਲੇ ਪਲੈਨ ਦੇ ਉੱਤੇ। ਇਹਦੇ ਵਿੱਚ ਹੋਏਗਾ ਕਿ ਲਾਸਟ ਅਪਡੇਟ ਜਿਹੜੀ ਹੋਏਗੀ ਉਹ ਤੁਹਾਡੀ ਹੋਏਗੀ, ਤੁਹਾਡਾ ਪ੍ਰੋਡਕਟ ਕਦੋਂ ਆਉਣਾ, ਕਿੰਨੇ ਵੀਕ ਦੇ ਵਿੱਚ ਆਉਣਾ, 30 ਦਿਨਾਂ 'ਚ ਆਉਣਾ, 25 ਦਿਨਾਂ 'ਚ ਆਉਣਾ, ਸਾਰਾ ਕੁਛ ਸਟੇਟਸ ਉਹਦਾ ਕਿੰਨਾ ਹੋਏਗਾ ਜਿਹੜਾ ਵੀ ਚੱਲਦਾ ਪਿਆ। ਇਹ ਤੁਸੀਂ ਅਪਡੇਟ ਵੀ ਕਰਦੇ ਰਹਿ ਸਕਦੇ ਹੋ ਅਤੇ ਐਕਸਪੋਰਟ ਡਾਟਾ ਵੀ ਤੁਸੀਂ ਕਰ ਸਕਦੇ ਹੋ। ਅਤੇ ਇਹਦੇ ਵਿੱਚ ਤੁਸੀਂ ਜਿਹੜੀ ਇਹ ਜਿਸ ਤਰ੍ਹਾਂ ਹੁਣ ਇਹ ਪ੍ਰੋਡਕਟ ਇੱਥੇ ਆਈ ਗਿਆ ਤੁਹਾਡਾ, ਹੁਣ ਅਸੀਂ ਆਪਾਂ ਇਹ ਕੀਤਾ ਇਹ ਪ੍ਰੋਡਕਟ ਇਹਦੀ ਜਿਹੜੀ ਟਰੈਕਿੰਗ ਮਿਸਿੰਗ ਆ, ਕਿਉਂਕਿ ਆਪਾਂ ਟਰੈਕਿੰਗ ਇਹਦੇ ਵਿੱਚ ਐਡ ਨਹੀਂ ਕੀਤੀ, ਕਿਉਂਕਿ ਅਸੀਂ ਕਿਹੜਾ ਪ੍ਰੋਡਕਟ ਕਿਤੇ ਉਹ ਬਾਏ ਕੀਤੇ ਆ ਹਲੇ, ਅਤੇ ਉਹ ਤੁਸੀਂ ਆਈ ਡੀ ਜਿਹੜੀ ਇੱਥੇ ਟਰੈਕ ਵੀ ਕਰ ਸਕਦੇ ਹੋ ਕਿ ਕਿੱਥੇ ਮੇਰਾ ਪ੍ਰੋਡਕਟ ਪਹੁੰਚਿਆ। ਜਿਸ ਤਰ੍ਹਾਂ ਤੁਹਾਡਾ ਪ੍ਰੋਡਕਟ ਹੁਣ ਚਾਈਨਾ ਤੋਂ ਆ ਗਿਆ ਹੋਵੇ ਪਰ ਤੁਹਾਨੂੰ ਸ਼ੋ ਨਾ ਹੋ ਰਿਹਾ ਹੋਵੇ, ਅਤੇ ਇਸ ਤਰ੍ਹਾਂ ਤੁਹਾਨੂੰ ਬਾਅਦ ਦੇ ਵਿੱਚ ਤੁਸੀਂ ਉੱਥੇ ਟਰੈਕ ਕਰ ਸਕਦੇ ਹੋ ਕਿ ਐਮਾਜ਼ੋਨ ਦੇ ਵੇਅਰ ਹਾਊਸ ਦੇ ਵਿੱਚ ਤੁਹਾਡਾ ਪ੍ਰੋਡਕਟ ਇੱਥੇ ਪਹੁੰਚਿਆ ਜਿਹੜਾ ਵਾਲਾ ਐਡਰੈਸ ਆ ਕਿ ਨਹੀਂ ਪਹੁੰਚਿਆ, ਰੈਫਰੈਂਸ ਆਈ ਡੀ ਤੁਹਾਡੀ ਆਹ ਆ, ਸਾਰਾ ਕੁਛ ਤੁਹਾਨੂੰ ਡਿਟੇਲ ਮਿਲੀ ਆ ਕਿ ਕਿੱਥੋਂ ਤੁਹਾਡਾ ਪ੍ਰੋਡਕਟ ਆਇਆ। ਇਹ ਤੁਸੀਂ ਪੁੱਛ ਵੀ ਸਕਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਆਵੇ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਜਿਵੇਂ ਕਿ ਆਹ ਦੇਖ ਸਕਦੇ ਹਾਂ ਸ਼ਿਪਿੰਗ ਵੀ ਅੱਜ ਇਹ ਚੱਲ ਰਹੀ ਆ, ਅਪਰੋਕਸੀਮੇਟਲੀ 2 ਨਵੰਬਰ ਤੱਕ ਜਾਂ 30-40 ਦਿਨਾਂ ਦੇ ਵਿੱਚ ਇਹ ਇੱਥੇ ਪਹੁੰਚ ਸਕਦੀ ਆ, ਅਤੇ ਤੁਸੀਂ ਇਹ ਸਾਰਾ ਕੁਛ ਇੱਥੇ ਦੇਖ ਸਕਦੇ ਹਾਂ, ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਣੇ ਵਾਲੀ। ਅਤੇ ਲਾਸਟ ਅਪਡੇਟ ਤੁਸੀਂ ਕਰ ਵੀ ਸਕਦੇ ਹੋ, ਇਹਦੇ ਵਿੱਚ ਦੇਖ ਸਕਦੇ ਹਾਂ ਕਿ ਕਿੰਨੇ ਦਿਨਾਂ ਦੇ ਵਿੱਚ ਇਹ ਕੋਈ ਪ੍ਰੋਡਕਟ ਆਇਆ ਜਾਂ ਨਹੀਂ ਆਇਆ। ਇਸ ਤਰ੍ਹਾਂ ਤੁਹਾਡਾ ਪ੍ਰੋਡਕਟ ਇਹਦੇ 'ਤੇ ਪੂਰੀ ਤਰ੍ਹਾਂ ਲਿਸਟ ਹੋ ਜੂਗਾ, ਲਿਸਟ ਹੋ ਕੇ ਤੁਹਾਡੇ ਪ੍ਰੋਡਕਟ ਜਦੋਂ ਚਾਈਨਾ ਤੋਂ ਤੁਰ ਪੈਣਗੇ ਤੁਹਾਡੇ ਪ੍ਰੋਡਕਟ ਦੀ ਤੁਹਾਨੂੰ ਆਈ ਡੀ ਵੀ ਮਿਲ ਜੂਗੀ। ਉਹ ਆਈ ਡੀ ਦੇ ਨਾਲ ਤੁਸੀਂ ਆਪਣੀ ਅਲੀਬਾਬਾ ਦੇ ਉੱਤੇ ਵੀ ਜਿਹੜਾ ਜਿੱਥੋਂ ਵੀ ਤੁਸੀਂ ਮੰਗਾਓਗੇ, ਜ਼ਰੂਰੀ ਨਹੀਂ ਅਲੀਬਾਬਾ, ਹੋਰ ਕਿਤੇ ਵੀ ਮੰਗਾਓਗੇ ਉੱਥੇ ਵੀ ਟਰੈਕ ਕਰ ਸਕਦੇ ਹਾਂ ਕਿ ਕਿੱਥੇ ਕੁ ਮੇਰੇ ਪ੍ਰੋਡਕਟ ਪਹੁੰਚਿਆ, ਜਾਂ ਤੁਸੀਂ ਐਮਾਜ਼ੋਨ ਸੈਲਰ ਸੈਂਟਰ 'ਤੇ ਵੀ ਟਰੈਕ ਕਰ ਸਕਦੇ ਹਾਂ। ਇਸ ਤਰ੍ਹਾਂ ਤੁਹਾਡਾ ਬਹੁਤ ਟਾਈਮ ਵੀ ਬਚੇਗਾ, ਤੁਹਾਨੂੰ ਬਹੁਤ ਫਾਇਦਾ ਵੀ ਹੋਵੇਗਾ, ਅਤੇ ਇਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਆ ਸ਼ਿਪਿੰਗ ਕਰਵਾ ਸਕਦੇ ਹੋ ਚਾਈਨਾ ਤੋਂ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸਟੈਪ ਸੀ, 3-4 ਸਟੈਪ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਲੀਅਰ ਕਰਨਾ ਸੀ ਕਿ ਕਿਸ ਤਰ੍ਹਾਂ ਤੁਹਾਡਾ ਪ੍ਰੋਡਕਟ ਆਏਗਾ ਕਿਸ। ਆਈ ਹੋਪ ਇਹ ਮੇਰਾ ਕੋਰਸ ਤੁਸੀਂ ਪੂਰਾ ਇੰਜੋਏ ਕਰ ਰਹੇ ਹੋਵੋਗੇ, ਤੁਹਾਨੂੰ ਪੂਰੀ ਸਮਝ ਲੱਗਦੀ ਹੋਊਗੀ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੂਰੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਤੱਕ ਇਹ ਕੋਰਸ ਲੈ ਕੇ ਆਇਆ ਜਾਵੇ। ਕੁਝ ਮੈਂ ਐਡੀਟਿੰਗ ਦੇ ਵਿੱਚ ਬਹੁਤ ਘੱਟ ਧਿਆਨ ਦਿੱਤਾ, ਮੇ ਬੀ ਹੋ ਸਕਦਾ ਕਿਤੇ ਮੈਂ ਵੱਧ ਬੋਲ ਗਿਆ ਹੋਵਾਂ, ਘੱਟ ਬੋਲ ਗਿਆ ਹੋਵਾਂ, ਉਹ ਤੁਹਾਨੂੰ ਨਾ ਸਮਝ ਲੱਗੇ ਜਾਂ ਤੁਹਾਨੂੰ ਕੁਝ ਔੜ ਲੱਗੇ, ਉਹਦੇ ਲਈ ਪਹਿਲਾਂ ਹੀ ਸੌਰੀ ਆ, ਕਿਉਂਕਿ ਕੋਰਸ ਪਹਿਲਾਂ ਤੋਂ ਹੀ ਇਹ ਲੰਬਾ ਸੀ ਤਾਂ ਕਰਕੇ ਮੈਂ ਇਹਦੇ ਵਿੱਚ ਜ਼ਿਆਦਾ ਕੋਈ ਐਫਰਟ ਨਹੀਂ ਪਾ ਸਕਿਆ ਐਡੀਟਿੰਗ ਦੇ ਥਰੂ, ਪਰ ਮੈਂ ਟੋਟਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਸਟੈਪ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਕਿ EORI ਨੰਬਰ ਚਾਹੀਦਾ, ਉਹ ਅਸੀਂ ਕਿਵੇਂ ਅਪਲਾਈ ਕਰ ਸਕਦੇ ਹਾਂ, ਜਾਂ ਹਰ ਕੰਟਰੀ ਦੇ ਲਈ ਕਿੱਥੋਂ ਅਪਲਾਈ ਕੀਤਾ ਜਾ ਸਕਦਾ। ਜਿਹੜੀ ਵੀ ਮਰਜ਼ੀ ਕੰਟਰੀ ਦੇ ਵਿੱਚ ਹੋਵੋ ਉੱਥੇ ਤੁਸੀਂ ਜਿਹੜਾ EORI ਨੰਬਰ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਕਸਟਮ ਵਿੱਚ ਜੋ ਪ੍ਰੋਬਲਮਸ ਆਉਣੀਆਂ ਉਹ ਨਹੀਂ ਆਉਂਦੀਆਂ, ਅਤੇ ਤੁਹਾਡਾ ਪ੍ਰੋਡਕਟ ਈਜ਼ਲੀ ਤਰੀਕੇ ਦੇ ਨਾਲ ਐਮਾਜ਼ੋਨ ਦੇ ਵੇਅਰ ਹਾਊਸ ਦੇ ਵਿੱਚ ਪਹੁੰਚ ਸਕਦਾ। ਇਸ ਨੂੰ ਅਪਲਾਈ ਕਰਨ ਦੇ ਲਈ ਕਿਹੜੀ ਵੈਬਸਾਈਟ ਆ ਤੁਸੀਂ ਆਪਣੀ ਕੰਟਰੀ 'ਚ ਵੀ ਦੇਖ ਸਕਦੇ ਆ, ਉਹ ਵੀ ਮੈਂ ਦੱਸਾਂਗਾ, ਅਤੇ ਜਰਮਨੀ ਦੇ ਲਈ ਵੀ ਦੱਸਾਂਗਾ ਕਿ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਆ। ਸਪੈਸ਼ਲੀ ਮੈਂ ਜਰਮਨੀ ਦੇ ਲਈ ਪਹਿਲਾਂ ਇਹ ਵੀਡੀਓ ਬਣਾਈ ਹੋਈ ਆ, ਪਰ ਇਸ ਦੇ ਵਿੱਚ ਫਿਰ ਵੀ ਮੈਂ ਦੱਸਾਂਗਾ ਕਿ ਕਿਵੇਂ ਇਹ ਸਟੈਪ ਕਲੀਅਰ ਹੁੰਦੇ ਨੇ, ਅਤੇ ਤੁਸੀਂ ਜੇ ਹੋਰ ਕੰਟਰੀ ਤੋਂ ਹੋ ਉੱਥੇ ਵੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਆ।
ਆਪਣੀ ਕੰਟਰੀ ਦੇ ਵਿੱਚ ਪ੍ਰੋਡਕਟ ਮੰਗਾਉਂਦੇ ਆ। ਸਪੈਸ਼ਲੀ ਯੂਰਪ ਦੇ ਵਿੱਚ ਤਾਂ ਇਹ ਚਾਹੀਦਾ ਹੀ ਚਾਹੀਦਾ ਆ ਜੇ ਤੁਸੀਂ ਚਾਈਨਾ ਤੋਂ ਪ੍ਰੋਡਕਟ ਮੰਗਾਉਂਦੇ ਆ। ਇਹ ਨੰਬਰ ਦੇ ਨਾਲ ਤੁਹਾਡੇ ਪ੍ਰੋਡਕਟ ਜਿਹੜੇ ਕਸਟਮ ਦੇ ਵਿੱਚ ਨਹੀਂ ਰੁਕਦੇ। ਜੇ ਤੁਹਾਡਾ ਪਹਿਲਾਂ ਹੀ ਕੰਪਨੀ ਨੇਮ ਅਤੇ EORI ਨੰਬਰ ਰਜਿਸਟਰ ਹੋਵੇ, ਤੁਹਾਡੇ ਕਸਟਮ ਦੇ ਵਿੱਚ ਪ੍ਰੋਡਕਟ ਜਦੋਂ ਚੈੱਕ ਕੀਤੇ ਜਾਂਦੇ ਨੇ ਉਹ EORI ਨੰਬਰ ਤੁਹਾਡਾ ਔਨਲਾਈਨ ਦੇਖਦੇ ਨੇ ਅਤੇ ਤੁਹਾਡੇ ਪ੍ਰੋਡਕਟ ਰਿਲੀਜ਼ ਕਰ ਦਿੱਤੇ ਜਾਂਦੇ ਨੇ। ਅਤੇ ਜੇ ਤੁਹਾਨੂੰ ਕੋਈ ਕਸਟਮ ਵਗੈਰਾ ਪਵੇ ਵੀ ਅਤੇ ਤੁਹਾਨੂੰ ਬਾਅਦ ਦੇ ਵਿੱਚ ਲੈਟਰ ਵਗੈਰਾ ਆ ਸਕਦਾ ਜਾਂ ਫਿਰ ਤੁਹਾਨੂੰ ਕੋਈ ਕਾਲ ਕਰਕੇ ਜਾਂ ਈਮੇਲ ਕਰਕੇ ਇਨਫੋ ਦਿੱਤੀ ਜਾ ਸਕਦੀ ਆ, ਜਾਂ ਫਿਰ ਜੇ ਤੁਸੀਂ DDP ਦੇ ਥਰੂ ਮੰਗਾਉਂਦੇ ਆ ਤਾਂ ਤੁਹਾਨੂੰ ਕੋਈ EORI ਨੰਬਰ ਦੀ ਲੋੜ ਨਹੀਂ ਪੈਂਦੀ। DDP ਦੇ ਥਰੂ ਤੁਹਾਡੇ ਪ੍ਰੋਡਕਟ ਡਾਇਰੈਕਟ ਐਮਾਜ਼ੋਨ ਦੇ ਵੇਅਰ ਹਾਊਸ 'ਚ ਪਹੁੰਚ ਜਾਂਦੇ ਆ, ਕਿਉਂਕਿ ਤੁਹਾਡਾ ਜੋ ਵੀ ਕਸਟਮ ਦਾ ਪ੍ਰੋਸੈਸ ਹੁੰਦਾ ਉਹ ਤੁਹਾਡੇ ਸੈਲਰ ਵੱਲੋਂ ਹੀ ਪੂਰਾ ਕੀਤਾ ਜਾਂਦਾ। ਪਰ ਫਿਰ ਵੀ ਇਹ ਜਰਮਨ ਵਾਲਿਆਂ ਲਈ ਵੀ ਮੈਂ ਦੱਸਾਂਗਾ ਅਤੇ ਬਾਕੀ ਸਾਰੀਆਂ ਕੰਟਰੀਆਂ ਦੇ ਲਈ ਕਿਵੇਂ ਇਹ ਪ੍ਰੋਸੈਸ ਹੈਗਾ। EORI ਨੰਬਰ ਤੁਸੀਂ ਗੂਗਲ ਦੇ ਵਿੱਚ ਜਾ ਕੇ ਲਿਖਣਾ, ਅਤੇ ਜੇ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ EORI ਨੰਬਰ ਕੈਨੇਡਾ ਤੁਸੀਂ ਲਿਖ ਸਕਦੇ ਆ ਅਤੇ ਉਹਦੇ ਨਾਲ ਕੈਨੇਡਾ ਦਾ ਆਪਸ਼ਨ ਆ ਜਾਏਗਾ। ਤੁਸੀਂ ਗੂਗਲ ਦੇ ਵਿੱਚ ਜਾਣਾ, ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਹੋ ਤੁਸੀਂ, ਉਹ ਇੰਪੋਰਟ ਐਕਸਪੋਰਟ ਲਾਇਸੈਂਸ ਹਰੇਕ ਕੰਟਰੀ ਦੇ ਵਿੱਚ ਅਲੱਗ ਅਲੱਗ ਹੋ ਸਕਦਾ ਜਿਵੇਂ ਕਿ ਮੈਂ ਦੱਸਿਆ। ਇਹ ਸੇਮ ਜਿਹਾ ਪ੍ਰੋਸੈਸ ਇਹਦਾ ਹੁੰਦਾ EORI ਨੰਬਰ ਦਾ ਕੈਨੇਡਾ ਦੇ ਲਈ। ਜੇ USA ਦੇ ਲਈ ਤੁਸੀਂ USA ਲਿਖ ਸਕਦੇ ਹੋ ਵੀ ਤੁਹਾਨੂੰ ਇਹ ਚਾਹੀਦਾ ਜਾਂ ਨਹੀਂ ਚਾਹੀਦਾ, ਇਹ ਤੁਹਾਡੀ ਕੰਟਰੀ 'ਤੇ ਡਿਪੈਂਡ ਹੈ, ਤੁਸੀਂ ਲਿਖ ਕੇ ਸਰਚ ਕਰ ਸਕਦੇ ਹੋ। ਹੁਣ ਜਿਵੇਂ ਕਿ UK ਦੇ ਲਈ ਚਾਹੀਦਾ ਹੋਵੇ ਤੁਸੀਂ UK ਲਿਖ ਸਕਦੇ ਹੋ, ਦੁਬਈ ਦੇ ਲਈ ਚਾਹੀਦਾ ਹੋਵੇ ਦੁਬਈ ਲਿਖ ਸਕਦੇ ਹੋ, ਅਤੇ ਜੇ ਤੁਹਾਨੂੰ ਸਾਊਦੀ ਅਰਬੀਆ ਦੇ ਲਈ ਚਾਹੀਦਾ ਸਾਊਦੀ ਅਰਬੀਆ ਤੁਸੀਂ ਲਿਖ ਸਕਦੇ ਹੋ। ਅਤੇ ਉਹਦੇ ਨਾਲ ਕੀ ਹੋਏਗਾ, ਤੁਹਾਨੂੰ ਤੁਹਾਡੀ ਕੰਟਰੀ ਦੇ ਰਿਲੇਟਡ ਡਿਟੇਲ ਮਿਲ ਜਾਏਗੀ ਕਿ ਤੁਹਾਨੂੰ ਇਹ EORI ਨੰਬਰ ਆਈਡੈਂਟੀਫਿਕੇਸ਼ਨ ਨੰਬਰ ਜਿਹੜਾ ਚਾਹੀਦਾ ਜਾਂ ਨਹੀਂ ਚਾਹੀਦਾ। ਪਹਿਲੀ ਗੱਲ ਤਾਂ ਇਹ ਆ, ਇਹਦੇ ਨਾਲ ਤੁਹਾਨੂੰ ਕਨਫਰਮ ਹੋ ਗਿਆ ਕਿ ਤੁਹਾਡਾ ਕਸਟਮ ਦੀ ਜਿਹੜੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਦੂਸਰੀ ਗੱਲ, ਜਦੋਂ ਤੁਸੀਂ ਇਸ ਤਰ੍ਹਾਂ ਸਰਚ ਕਰੋਗੇ, ਉਹਨਾਂ ਜਿਹੜੀ ਅਫੀਸ਼ੀਅਲ ਵੈਬਸਾਈਟ ਹੋਊਗੀ ਤੁਹਾਡੀ ਕੰਟਰੀ ਦੀ, ਜਿਵੇਂ ਕਿ ਸਾਊਦੀ ਅਰਬੀਆ ਦੀ ਜਿਹੜੀ ਅਫੀਸ਼ੀਅਲ ਹੋਊਗੀ ਜਿਹਦੇ 'ਤੇ ਚੈੱਕ ਲੱਗਾ ਹੋਊਗਾ, ਜਾਂ ਫਿਰ ਜਿਹਦੇ 'ਤੇ ਰੀਅਲ ਇਨਫੋ ਹੋਊਗੀ ਤੁਹਾਡੀ ਕੰਟਰੀ ਦੀ, ਉਹਦੇ 'ਤੇ ਹੀ ਜਾ ਕੇ ਤੁਸੀਂ ਆਪਣੀਆਂ ਕੰਟਰੀਆਂ ਦੇ ਬਾਰੇ ਵਿੱਚ EORI ਨੰਬਰ ਦੇ ਬਾਰੇ ਵਿੱਚ ਪੜ੍ਹਨਾ। ਜਿਵੇਂ ਕਿ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਸਾਊਦੀ ਅਰਬੀਆ ਦੇ ਲਈ, ਸਾਰੀਆਂ ਕੰਟਰੀਆਂ ਦੇ ਲਈ ਆਪਾਂ ਇਸੇ ਤਰ੍ਹਾਂ ਸਰਚ ਕਰ ਸਕਦੇ ਹਾਂ। ਜਿਵੇਂ ਕਿ ਹੁਣ ਆਪਾਂ ਜਰਮਨੀ ਦੇ ਲਈ ਦੇਖਾਂਗੇ EORI ਲਈ ਜਰਮਨੀ ਦੇ ਲਈ, ਜਿਵੇਂ ਕਿ ਹੁਣ www.sol.de, ਮਤਲਬ ਕਿ ਇੱਥੇ ਦੀ ਇਹਨੂੰ ਕਸਟਮ ਸੋਲ ਨੂੰ ਕਸਟਮ ਕਿਹਾ ਜਾਂਦਾ, ਅਸੀਂ ਇਹਦੇ 'ਤੇ ਜਾਣਾ ਕਸਟਮ ਔਨਲਾਈਨ ਤੁਸੀਂ ਦੇਖ ਸਕਦੇ ਹਾਂ। ਅਤੇ ਇਹਦੇ 'ਤੇ ਤੁਸੀਂ ਕਲਿੱਕ ਕਰਨਾ, ਇਹਦੇ 'ਤੇ ਮੈਂ ਅਲੱਗ ਵੀਡੀਓ ਪ੍ਰੋਫੈਸ਼ਨਲੀ ਇੱਕ ਤਰੀਕੇ ਦੇ ਨਾਲ ਕਿ ਕਿਵੇਂ ਇਹਨਾਂ ਦਾ ਬਾਇਓਡਾਟਾ ਜਿਹੜਾ ਫਿਲ ਕਰਨਾ, ਤੁਸੀਂ ਆਪਣੀ ਡਿਟੇਲ ਕਿਵੇਂ ਦੇਣੀ ਆ, ਉਹ ਬਣਾਈ ਹੋਈ ਆ, ਤੁਸੀਂ ਲਾਸਟ ਵੀਡੀਓ ਮੇਰੀ ਦੇਖ ਸਕਦੇ ਹਾਂ। ਸਿਰਫ ਇਹਦੇ 'ਚ ਇਹੀ ਦੱਸਿਆ ਕਿ ਹਰ ਇੱਕ ਕੰਟਰੀ ਦੇ ਲਈ EORI ਨੰਬਰ ਅਪਲਾਈ ਕਿਵੇਂ ਕਰਨਾ, ਤੁਸੀਂ ਆਪਣੀਆਂ ਜਿਹੜੀਆਂ ਕੰਟਰੀ ਦੀਆਂ ਡਿਟੇਲਸ ਕਿਵੇਂ ਦੇਖ ਸਕਦੇ ਹੋ, ਤੁਸੀਂ ਆਪਣੀ ਕੰਟਰੀ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਉਹਦੇ 'ਤੇ ਜਾ ਕੇ ਦੇਖ ਸਕਦੇ ਹੋ ਕਿ ਤੁਹਾਨੂੰ EORI ਨੰਬਰ ਦੀ ਲੋੜ ਹੈ ਜਾਂ ਨਹੀਂ। ਜੇ ਤੁਸੀਂ ਡਾਇਰੈਕਟ DDP ਦੇ ਥਰੂ ਮੰਗਾਉਂਦੇ ਆ ਤਾਂ ਤੁਹਾਨੂੰ ਕੋਈ ਲੋੜ ਨਹੀਂ ਪੈਂਦੀ, ਇਸ ਕਰਕੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖ ਸਕਦੇ ਆ। EORI ਨੰਬਰ ਦੇ ਵਿੱਚ ਇਹ ਜਿਹੜਾ ਆ ਤੁਹਾਨੂੰ ਪੂਰਾ ਪ੍ਰੋਸੈਸ ਇਹਦੇ ਵਿੱਚ ਸ਼ੋ ਹੋ ਜਾਂਦਾ। ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਪ੍ਰੋਡਕਟ ਕੋਈ ਵੀ ਤੁਸੀਂ ਇਹਦੇ ਤੋਂ ਮੰਗਾਉਣਾ ਹੋਵੇ, ਉਹ ਵਾਲਾ ਪ੍ਰੋਡਕਟ ਦੇ ਲਈ ਰਿਕੁਐਸਟ ਤੁਸੀਂ ਇਹਦੇ ਤੋਂ ਕਰ ਸਕਦੇ ਆ। ਇਹ ਜਰਮਨੀ ਵਾਲਿਆਂ ਦੇ ਲਈ ਜਿਹੜੀ ਸਪੈਸ਼ਲ ਵੀਡੀਓ ਮੈਂ ਬਣਾਈ ਹੋਈ ਆ। ਜੇ ਤੁਸੀਂ ਹੋਰ ਕਿਸੇ ਕੰਟਰੀ ਦੇ ਹੋ, ਉਹ ਜਿਵੇਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ, ਉਹ ਤੁਸੀਂ ਸਰਚ ਕਰ ਸਕਦੇ ਆ। ਜਰਮਨੀ ਦੇ ਲਈ ਜਾਂ ਯੂਰਪ ਦੇ ਵਿੱਚ ਹੋਰ ਕੰਟਰੀਆਂ ਜਿਵੇਂ ਸਪੇਨ, ਇਟਲੀ ਹੋ ਗਿਆ, ਪੁਰਤਗਾਲ ਹੋ ਗਿਆ ਜਾਂ ਹੋਰ ਕੰਟਰੀਆਂ, ਉੱਥੇ ਤੁਹਾਨੂੰ ਚਾਹੀਦਾ ਜਾਂ ਨਹੀਂ ਚਾਹੀਦਾ, ਇਹਦੇ ਲਈ ਤੁਸੀਂ ਗੂਗਲ 'ਤੇ ਸਰਚ ਕਰਕੇ ਜਾਂ ਆਪਣੀ ਕੰਟਰੀ ਦੀ ਜਿਹੜੀ ਵੈਬਸਾਈਟ ਆ ਸੋਲ ਦੀ, ਸੋਲ ਤੁਸੀਂ ਲਿਖ ਕੇ ਕਿਸੇ ਵੀ ਕੰਟਰੀ ਦਾ ਨਾਮ ਪਿੱਛੇ ਲਿਖ ਸਕਦੇ ਹੋ, ਤੁਹਾਡੀ ਅਫੀਸ਼ੀਅਲ ਵੈਬਸਾਈਟ ਆ ਜਾਏਗੀ, ਉਹਦੇ 'ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਆਪਣੀ ਕੰਟਰੀ ਦੇ ਲਈ EORI ਨੰਬਰ ਚਾਹੀਦਾ। ਜਾਂ ਫਿਰ ਜੇ ਤੁਸੀਂ DDP ਦੀ ਸ਼ਿਪਿੰਗ ਕਰਦੇ ਆ ਉਹਦੇ ਲਈ ਤੁਹਾਨੂੰ ਫਿਰ ਲੋੜ ਨਹੀਂ ਪੈਂਦੀ। ਅਤੇ ਉਸ ਤੋਂ ਬਾਅਦ ਜੇ ਤੁਸੀਂ ਹੁਣ ਪ੍ਰੋਡਕਟ EORI ਨੰਬਰ ਦੇ ਥਰੂ ਨਹੀਂ ਮੰਗਾਉਂਦੇ, ਤੁਸੀਂ DDP ਦੇ ਥਰੂ ਮੰਗਾਉਂਦੇ ਆ, ਫਿਰ ਤੁਸੀਂ ਕੁਛ ਨਹੀਂ ਕਰਨਾ, ਤੁਹਾਡਾ ਸੈਲਰ ਜਿਹੜਾ ਵੀ ਹੋਵੇਗਾ ਉਹ ਹੀ ਸਾਰਾ ਕੁਛ ਪੇ ਕਰੇਗਾ। ਉਹ ਹੀ ਸੈਲਰ ਤੁਹਾਡਾ ਪ੍ਰੋਡਕਟ ਐਮਾਜ਼ੋਨ ਦੇ ਵੇਅਰ ਹਾਊਸ ਤੱਕ ਪਹੁੰਚਣ ਤੱਕ ਜਾਂ ਜੋ ਵੀ ਕੋਈ ਪ੍ਰੋਬਲਮ ਆਉਂਦੀ ਆ ਉਹ ਸੋਲਵ ਕਰਨ ਦੇ ਲਈ ਤੁਸੀਂ ਉਹਨੂੰ ਪੈਸੇ ਦਿੱਤੇ ਹੁੰਦੇ ਆ, ਉਹ ਸਾਰਾ ਕੁਛ ਪੇ ਕਰੇਗਾ। ਤੁਹਾਡਾ ਪ੍ਰੋਡਕਟ ਐਮਾਜ਼ੋਨ ਦੀ ਵੇਅਰ ਹਾਊਸ 'ਚ ਪਹੁੰਚਣਾ ਚਾਹੀਦਾ। ਇਸ ਤਰ੍ਹਾਂ EORI ਨੰਬਰ ਤੁਸੀਂ ਆਪਣੀਆਂ ਕੰਟਰੀਆਂ ਦੇ ਹਿਸਾਬ ਨਾਲ ਦੇਖ ਸਕਦੇ ਹੋ। ਜਰਮਨੀ ਦੇ ਲਈ ਤੁਸੀਂ ਇਸ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਾਂ, ਰਿਕੁਐਸਟ ਕਰ ਸਕਦੇ ਹਾਂ EORI ਨੰਬਰ ਦੇ ਲਈ। ਇਹ ਪੋਸਟ ਦੇ ਥਰੂ ਜਾਂ ਈਮੇਲ ID ਦੇ ਥਰੂ ਤੁਹਾਡੇ ਕੋਲ ਆ ਜਾਂਦਾ, ਤੁਸੀਂ ਔਨਲਾਈਨ ਹੀ ਉਹਨਾਂ ਨੂੰ ਈਮੇਲ ਕਰਕੇ ਜਾਂ ਫੈਕਸ ਕਰਕੇ ਇਹ ਜਿਹੜਾ ਰਿਕੁਐਸਟ ਕਰ ਸਕਦੇ ਹੋ। ਅਤੇ ਈਜ਼ਲੀ ਤਰੀਕੇ ਦੇ ਨਾਲ ਆਪਣੇ ਪ੍ਰੋਡਕਟ ਜੇ ਤੁਸੀਂ DDP ਦੇ ਥਰੂ ਨਹੀਂ ਮੰਗਾਉਣੇ, ਇਹ ਨੰਬਰ ਦੇ ਥਰੂ ਰਿਕੁਐਸਟ ਕਰਕੇ ਉਸ ਤੋਂ ਬਾਅਦ ਤੁਸੀਂ ਆਪਣਾ EORI ਨੰਬਰ ਲੈ ਕੇ ਆਪਣੇ ਪ੍ਰੋਡਕਟ ਜਿਹੜੇ ਆ ਉੱਥੋਂ ਲੈ ਕੇ ਆ ਸਕਦੇ ਆ। ਹੁਣ ਇਸ ਸਟੈਪ ਦੇ ਵਿੱਚ ਗੱਲ ਇਹ ਹੋਵੇਗੀ ਕਿ ਚਾਈਨਾ ਤੋਂ ਜਦੋਂ ਵੀ ਤੁਸੀਂ ਪ੍ਰੋਡਕਟ ਮੰਗਾਉਣੇ ਆ ਜਾਂ ਕਿਸੇ ਹੋਰ ਕੰਟਰੀ 'ਚੋਂ ਤੁਹਾਨੂੰ ਲੱਗਦਾ ਕਿ ਤੁਸੀਂ ਪ੍ਰੋਡਕਟ ਮੰਗਾਉਣੇ ਆ, ਉਹ ਕਿਹੜੀ ਸਰਵਿਸ ਦੇ ਥਰੂ ਮੰਗਾਏ ਜਾਵੇ। ਕਿਉਂਕਿ ਤੁਸੀਂ ਜਦੋਂ ਐਮਾਜ਼ੋਨ 'ਤੇ ਪ੍ਰੋਡਕਟ ਦੀ ਲਿਸਟਿੰਗ ਜਿਵੇਂ ਕਿ ਆਪਾਂ ਸਾਰਾ ਕੁਛ ਪਹਿਲਾਂ ਕਲੀਅਰ ਕਰ ਲਿਆ ਕਿ ਕਿਵੇਂ, ਅਤੇ ਉਹਦੇ ਵਿੱਚ ਜਦੋਂ ਪ੍ਰੋਡਕਟ ਦੀ ਲਿਸਟ ਕੀਤੀ ਸੀ
ਉਹਦੇ ਵਿੱਚ ਐਮਾਜ਼ੋਨ ਵਾਲਿਆਂ ਨੇ ਆਪਸ਼ਨ ਪੁੱਛਿਆ ਸੀ ਕਿ ਕਿਸ ਤਰ੍ਹਾਂ ਤੁਹਾਡਾ ਪ੍ਰੋਡਕਟ ਆਊਗਾ, ਉਹ ਤੁਹਾਡੇ ਸੈਲਰ ਨੇ ਤੁਹਾਨੂੰ ਦੱਸ ਦੇਣਾ ਕਿ ਕਿਵੇਂ ਉਹ ਪ੍ਰੋਡਕਟ ਭੇਜੇਗਾ, ਏਅਰ ਦੇ ਥਰੂ ਭੇਜੇਗਾ, ਸ਼ਿਪ ਦੇ ਥਰੂ ਭੇਜੇਗਾ ਜਾਂ ਹੋਰ ਜਿਹੜੇ ਹੋਰ ਪ੍ਰੋਸੈਸ ਹੈਗੇ ਨੇ, ਮਤਲਬ ਕਿ ਸ਼ਿਪ ਦੇ ਥਰੂ ਜਾਂ ਹੋਰ ਜਿਵੇਂ ਕਿ ਰੁਕ ਰੁਕ ਕੇ ਪ੍ਰੋਡਕਟ ਆਊਗਾ, ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਤੁਹਾਡਾ ਬਹੁਤ ਲੰਬਾ ਟਾਈਮ ਨਿਕਲ ਸਕਦਾ ਅਤੇ ਤੁਹਾਡੇ ਕਸਟਮ 'ਚ ਪ੍ਰੋਡਕਟ ਰੁਕ ਸਕਦੇ ਆ, ਤੁਹਾਡਾ ਪ੍ਰੋਡਕਟ ਐਮਾਜ਼ੋਨ ਦੇ ਵੇਅਰ ਹਾਊਸ 'ਚ ਸਹੀ ਟਾਈਮ 'ਤੇ ਨਹੀਂ ਪਹੁੰਚ ਸਕਦਾ, ਇਸ ਤਰ੍ਹਾਂ ਦੀਆਂ ਪ੍ਰੋਬਲਮ। ਪਰ ਸਪੈਸ਼ਲੀ ਇਹ ਮੈਂ ਜਿਹੜੀ ਚੀਜ਼ ਦੱਸਣ ਜਾ ਰਿਹਾ ਕਿ ਕਿਸ ਦੇ ਥਰੂ ਤੁਸੀਂ ਜਿਹੜੇ ਆ ਪ੍ਰੋਡਕਟ ਆਪਣੇ ਮੰਗਾਓ, ਕਿਹੜੀ ਐਸੀ ਸਪਲਾਈ ਹੋਵੇ ਜਿਹਦੇ ਥਰੂ ਤੁਹਾਡੇ ਪ੍ਰੋਡਕਟ ਈਜ਼ੀਲੀ ਪਹੁੰਚ ਸਕਣ, ਉਸ ਨੂੰ ਆਪ DDP ਕਿਹਾ ਜਾਂਦਾ। DDP ਦੇ ਥਰੂ ਤੁਸੀਂ ਆਪਣੇ ਸੈਲਰ ਨੂੰ ਜਦੋਂ ਕੰਟੈਕਟ ਕਰਦੇ ਆ, ਜਦੋਂ ਉਸ ਨੂੰ ਸਵਾਲ ਪੁੱਛਦੇ ਆ, ਉਸ ਨੂੰ ਉਸ ਸ਼ਿਪਿੰਗ ਦਾ ਜ਼ਰੂਰ ਪੁੱਛੋ। ਉਸ ਦੇ ਵਿੱਚ ਉਹਨੂੰ ਕਹਿਣਾ ਕੀ ਆ, ਤੁਸੀਂ ਜਦੋਂ ਪੁੱਛਦੇ ਆ ਕਿ DDP ਸ਼ਿਪਿੰਗ ਕਰ ਸਕਦਾ ਜਾਂ ਨਹੀਂ ਕਰ ਸਕਦਾ, ਅਤੇ ਦੂਸਰੀ ਗੱਲ ਉਹਦਾ ਪ੍ਰਾਈਸ ਕਿੰਨਾ ਹੋਵੇਗਾ, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਸਾਰਾ ਕੁਛ ਉਸ ਕਸਟਮਰ ਵੱਲੋਂ ਪੇ ਕੀਤਾ ਜਾਂਦਾ। ਮਤਲਬ ਕਿ ਜੇ ਤੁਸੀਂ ਕਸਟਮਰ ਆ, ਤੁਸੀਂ ਪੇ ਕਰਨਾ ਆਪਣਾ ਸਾਰਾ ਖਰਚਾ, ਕਿ ਕਸਟਮ ਦਾ ਖਰਚਾ ਕਿੰਨਾ ਹੋਊਗਾ ਜਾਂ ਹੋਰ ਕੋਈ ਪ੍ਰੋਬਲਮ ਆਉਂਦੀ ਆ, ਉਹ ਸਾਰਾ ਕੁਛ ਤੁਸੀਂ ਆਪਣੇ ਸੈਲਰ ਨੂੰ ਇੱਥੇ ਹੀ ਪੇ ਕਰ ਦਿੰਦੇ ਆ। ਪਰ ਉਹਦੇ ਨਾਲ ਤੁਸੀਂ ਜਦੋਂ ਵੀ ਸੈਲਰ ਨਾਲ ਗੱਲ ਕਰਨੀ ਆ, ਸਾਰੀ ਗੱਲ ਕਰਨੀ ਆ ਕਿ ਉਹ ਸੈਲਰ ਜਿਹੜਾ ਮੇਰੀ ਕੰਟਰੀ 'ਚ ਜੇ ਕਸਟਮ ਦੀ ਪ੍ਰੋਬਲਮ ਆਉਂਦੀ ਆ, ਉਹੀ ਪੇ ਕਰੂਗਾ ਸਾਰਾ ਕੁਛ ਆ। ਤੁਹਾਡੇ ਕੋਲ ਵੈਸੇ ਤਾਂ ਰਸੀਦ ਆ ਜਾਣੀ ਆ, ਪਰ ਫਿਰ ਵੀ ਤੁਸੀਂ ਪਹਿਲਾਂ ਤੋਂ ਕਨਫਰਮ ਕਰ ਲੈਣਾ। ਅਤੇ DDP ਦੇ ਜਦੋਂ ਤੁਸੀਂ ਥਰੂ ਕੋਈ ਵੀ ਪ੍ਰੋਡਕਟ ਮੰਗਾਓਗੇ ਚਾਈਨਾ ਤੋਂ, ਇੱਕ ਤਾਂ ਬਹੁਤ ਛੇਤੀ ਆਉਣ ਦੇ ਚਾਂਸਸ ਨੇ, ਦੂਸਰਾ ਕਿਤੇ ਵੀ ਕਸਟਮ 'ਚ ਨਹੀਂ ਰੁਕਣੇ, ਤੀਸਰੀ ਗੱਲ ਐਮਾਜ਼ੋਨ ਦੇ ਵੇਅਰ ਹਾਊਸ 'ਚ ਜਦੋਂ ਪਹੁੰਚ ਗਏ ਉੱਥੋਂ ਕੋਈ ਪ੍ਰੋਬਲਮ ਨਹੀਂ ਆਉਣੀ। ਇਸ ਕਰਕੇ ਸਾਰੇ ਜਣੇ ਇਹੀ ਕੋਸ਼ਿਸ਼ ਕਰਿਓ, ਜਦੋਂ ਵੀ ਆਪਣੇ ਕੰਟੈਕਟ ਸਪਲਾਇਰ ਦੇ ਨਾਲ ਕਰੂੰਗੇ, ਉਹਨਾਂ ਨੂੰ ਤੁਸੀਂ ਇਹੀ ਕਹਿਣਾ ਕਿ DDP ਸ਼ਿਪਿੰਗ ਕਰ ਸਕਦੇ ਆ ਉਹ ਜਾਂ ਨਹੀਂ ਕਰ ਸਕਦੇ। ਜੇ ਨਹੀਂ ਕਰ ਸਕਦਾ, ਫਿਰ ਤੁਸੀਂ ਉਸ ਤੋਂ ਪ੍ਰੋਡਕਟ ਨਾ ਮੰਗਾਇਓ, ਜਾਂ ਫਿਰ ਤੁਹਾਡੇ ਕੋਲ ਇਹੀ ਚਾਂਸ ਆ ਕਿ ਤੁਸੀਂ ਉਹਨਾਂ ਤੋਂ ਜੇ ਪ੍ਰੋਡਕਟ ਮੰਗਾਉਣੇ ਆ, ਤੁਸੀਂ EORI ਨੰਬਰ ਆਪਣਾ ਜਿਹੜਾ ਆ ਉਹ ਆਪ ਪਹਿਲਾਂ ਤੋਂ ਤਿਆਰ ਕਰ ਲਓ, ਜਾਂ ਤੁਹਾਡੀ ਕੰਟਰੀ ਦੇ ਵਿੱਚ ਹੋ ਸਕਦਾ ਇੰਪੋਰਟ ਐਕਸਪੋਰਟ ਦਾ ਜਿਹੜਾ ਵੀ ਕੰਮ ਚੱਲਦਾ ਹੋਵੇ, ਉਹਦੇ ਥਰੂ ਜਿਹੜਾ ਆ ਕੋਈ ਵੀ ਤੁਹਾਨੂੰ ਨੰਬਰ ਮਿਲਦਾ ਹੋ ਸਕਦਾ ਤੁਹਾਡੀ ਕੰਟਰੀ ਦੇ ਵਿੱਚ, ਉਹ ਤੁਸੀਂ ਲੈ ਸਕਦੇ ਆ। EORI ਨੰਬਰ ਆਪਾਂ ਅਪਰੋਕਸੀਮੇਟਲੀ ਸਾਰਾ ਕਹਿੰਦੇ ਹਾਂ ਜੇ ਤੁਹਾਨੂੰ ਯੂਰਪ ਦੇ ਵਿੱਚ ਲੋੜ ਆ, ਅਤੇ ਜੇ ਹੋਰ ਕੰਟਰੀਆਂ ਦੇ ਵਿੱਚ ਮੇਬੀ ਹੋ ਸਕਦਾ ਹੋਰ ਕੁਛ ਉਹਨੂੰ ਕਹਿੰਦਾ ਹੋਵੇ, ਤੁਹਾਨੂੰ ਨਾ EORI ਦੇ ਥਰੂ ਨੰਬਰ ਪਤਾ ਲੱਗੇ, ਅਤੇ ਤੁਸੀਂ ਇੰਪੋਰਟ ਐਕਸਪੋਰਟ ਵਾਲਾ ਲਾਇਸੈਂਸ ਦਾ ਨੰਬਰ ਪੁੱਛ ਸਕਦੇ ਆ, ਜਾਂ ਆਪਣੀ ਕੰਟਰੀ ਦੀ ਕੋਈ ਵੀ ਅਫੀਸ਼ੀਅਲ ਵੈਬਸਾਈਟ ਹੈ ਜਿਹੜੀ ਕਸਟਮ ਦੀ, ਉਹਦੇ 'ਤੇ ਦੇਖ ਸਕਦੇ ਆ। ਇਹ ਫਾਇਦਾ ਇਹੀ ਹੋਊਗਾ ਜੇ DDP ਦੇ ਥਰੂ ਆਊਗੀ, ਤੁਹਾਡੇ ਪ੍ਰੋਡਕਟ ਬਹੁਤ ਛੇਤੀ ਆ ਜਾਣੇ ਆ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ, ਪਰ ਤੁਸੀਂ ਪਹਿਲਾਂ ਹੀ ਪੇ ਕੀਤਾ ਹੋਣਾ, ਅਤੇ ਟ੍ਰੇਡ ਇੰਸ਼ੋਰੈਂਸ ਵਾਲਾ ਉਹ ਸੈਲਰ ਹੋਵੇ, ਔਨ ਡਿਲੀਵਰੀ ਦੀ ਗਰੰਟੀ ਹੋਵੇ, ਰਿਫੰਡ ਪਾਲਿਸੀ ਵੀ ਹੋਵੇ ਉਸਦੇ ਕੋਲ, ਅਤੇ ਉਸਦੇ ਕੋਲ ਜਿਹੜਾ ਆ ਐਮਾਜ਼ੋਨ FBA ਦਾ ਐਕਸਪੀਰੀਅੰਸ ਜ਼ਰੂਰ ਹੋਵੇ। ਇਹ ਚੀਜ਼ ਦਾ ਧਿਆਨ ਰੱਖਿਓ ਜਦੋਂ ਆਪਣੇ ਪ੍ਰੋਡਕਟ ਮੰਗਾਉਣੇ ਨੇ, ਅਤੇ DDP ਦੇ ਥਰੂ ਮੰਗਾਉਣੇ ਆ ਤਾਂ ਪਹਿਲਾਂ ਹੀ ਗੱਲ ਕਰਨੀ ਆ, ਫਿਰ ਹੀ ਤੁਸੀਂ ਉਸ ਤੋਂ ਬਾਅਦ ਆਪਣੀ ਜਿਹੜੀ DDP ਸ਼ਿਪਿੰਗ ਹੁੰਦੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਮੰਗਦੇ ਹੁੰਦੇ ਆ। ਜੇ 100 ਰੁਪਏ ਨੋਰਮਲ ਜਿਹੜੀ ਸ਼ਿਪਿੰਗ ਫੀ ਹੋਵੇ ਉਹ ਹੋ ਸਕਦਾ ਤੁਹਾਡੇ ਕੋਲ 500 ਯੂਰੋ ਮੰਗ ਲੈਣ, 400 ਯੂਰੋ ਮੰਗ ਲੈਣ, ਪਰ ਤੁਸੀਂ 5-7 ਸੈਲਰਾਂ ਦੇ ਨਾਲ ਗੱਲ ਕਰਕੇ ਹਰੇਕ ਦੇ ਨਾਲ ਦੇਖਣਾ ਕਿ ਕੌਣ ਕਿੰਨਾ ਘਟਾਉਂਦਾ, ਕੌਣ ਕਿੰਨਾ ਵਧਾਉਂਦਾ, ਅਤੇ ਜਿੱਥੇ ਤੁਹਾਨੂੰ ਸਹੀ ਲੱਗੇ ਉੱਥੇ ਤੁਸੀਂ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਵਿਦ DDP ਸ਼ਿਪਿੰਗ। ਇਸ ਤਰ੍ਹਾਂ ਤੁਸੀਂ DDP ਦੇ ਥਰੂ ਆਪਣੇ ਵਧੀਆ ਪ੍ਰੋਡਕਟ ਈਜ਼ਲੀ ਤਰੀਕੇ ਨਾਲ ਮੰਗਾ ਸਕਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਕਨਫਰਮੇਸ਼ਨ ਐਮਾਜ਼ੋਨ ਦੇ ਉੱਤੇ ਆ ਹੀ ਜਾਏਗਾ, ਅਤੇ ਤੁਹਾਨੂੰ ਟਰੈਕਿੰਗ ਵੀ ਮਿਲ ਜਾਏਗੀ ਐਮਾਜ਼ੋਨ ਦੇ ਉੱਤੇ ਵੀ ਤਾਂ ਅਲੀਬਾਬਾ ਦੇ ਉੱਤੇ ਵੀ, ਅਤੇ DDP ਦੇ ਥਰੂ ਕੋਸ਼ਿਸ਼ ਕਰਿਓ ਕਿ ਤੁਸੀਂ ਪ੍ਰੋਡਕਟ ਮੰਗਾਇਓ। ਇਹੀ ਇੱਕ ਵਧੀਆ ਪ੍ਰੋਸੀਜਰ ਹੈਗਾ ਜਿਸ ਦੇ ਵਿੱਚ ਤੁਸੀਂ ਈਜ਼ਲੀ ਤਰੀਕੇ ਨਾਲ ਆਪਣੇ ਪ੍ਰੋਡਕਟ ਲੈ ਕੇ ਆ ਸਕਦੇ ਹੋ। ਇਸ ਕੋਰਸ ਦੇ ਲਾਸਟ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਓਵਰਆਲ ਕਿ ਅਸੀਂ ਕੀ ਕੀਤਾ ਇਹਦੇ ਵਿੱਚ, ਅਤੇ ਲਾਸਟ ਦੇ ਵਿੱਚ ਸਾਨੂੰ ਜੇ ਪ੍ਰੋਡਕਟ ਦੇ ਕੋਈ ਆਰਡਰ ਆਉਂਦਾ ਉਹ ਸਾਨੂੰ ਕਿੱਥੇ ਪਤਾ ਲੱਗੇਗਾ, ਜਾਂ ਇਹਦੇ ਵਿੱਚ ਸੈਟਿੰਗਸ ਕੀ ਨੇ, ਉਹ ਇੰਪੋਰਟੈਂਟ ਮੈਂ ਚੀਜ਼ਾਂ ਤੁਹਾਨੂੰ ਦੱਸ ਦੇਵਾਂਗਾ। ਉਸ ਤੋਂ ਬਾਅਦ ਇਹ ਕੋਰਸ ਖਤਮ ਹੋਏਗਾ, ਅਤੇ ਕੋਰਸ ਖਤਮ ਹੋਣ ਤੋਂ ਪਹਿਲਾਂ ਇੱਕ ਚੀਜ਼ ਮੈਂ ਕਹਿ ਦੇਣਾ ਚਾਹੁੰਦਾ, ਜੇ ਤੁਹਾਨੂੰ ਕੋਈ ਪਰਸਨਲੀ ਲੱਗਦਾ ਕਿ ਇਹ ਕੋਰਸ ਨਹੀਂ ਵਧੀਆ, ਫਿਰ ਵੀ ਤੁਸੀਂ ਇਸ ਨੂੰ ਡਿਸਲਾਈਕ ਕਰ ਸਕਦੇ ਹੋ। ਤੁਹਾਡੇ ਕੋਲ ਆਪਸ਼ਨ ਲਾਈਕ ਦੀ ਵੀ ਹੈ, ਡਿਸਲਾਈਕ ਦੀ ਵੀ ਹੈ, ਜੇ ਤੁਹਾਨੂੰ ਵਧੀਆ ਨਹੀਂ ਲੱਗਾ ਡਿਸਲਾਈਕ ਕਰ ਸਕਦੇ ਹਾਂ। ਅਤੇ ਚੱਲਦੇ ਹਾਂ ਹੁਣ ਲਾਸਟ ਪਾਰਟ ਦੇ ਬਾਅਦ, ਉਸ ਤੋਂ ਬਾਅਦ ਇਹ ਕੋਰਸ ਖਤਮ ਹੋਵੇਗਾ, ਅਤੇ ਉਸ ਤੋਂ ਬਾਅਦ ਨਵਾਂ ਕੋਰਸ ਜਿਹੜਾ ਆ ਪ੍ਰੋਡਕਟਸ ਦੇ ਬਾਰੇ ਵਿੱਚ ਲੈ ਕੇ ਆਵਾਂਗਾ ਕਿ ਕਿਹੜੇ ਪ੍ਰੋਡਕਟ ਤੁਸੀਂ ਵੇਚੋ ਜਿਸ ਦੇ ਨਾਲ ਤੁਹਾਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਵੇ ਅਤੇ ਤੁਸੀਂ ਪੈਸੇ ਅਰਨ ਕਰ ਸਕੋ ਫ੍ਰੀ ਦੇ ਵਿੱਚ। ਇਹ ਕੋਰਸ ਆ, ਆਈ ਹੋਪ ਤੁਹਾਡੇ ਲਈ ਬੜਾ ਹੈਲਪਫੁਲ ਹੋਇਆ ਹੋਵੇਗਾ। ਚੱਲਦੇ ਹਾਂ ਹੁਣ ਮੇਰੇ ਲੈਪਟਾਪ ਦੀ ਸਕਰੀਨ 'ਤੇ। ਲਓ ਜੀ, ਹੁਣ ਕੋਰਸ ਹੋ ਰਿਹਾ ਲਾਸਟ ਸਟੇਜ ਵੱਲੋਂ ਚਾਲੂ, ਅਤੇ ਇਹ ਲਾਸਟ ਦੇ ਵਿੱਚ ਕੁਝ ਮੈਂ ਜਿਹੜੇ ਇੰਪੋਰਟੈਂਟ ਚੀਜ਼ਾਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਲੈਣੀਆਂ ਚਾਹੁੰਦਾ, ਅਤੇ ਉਸ ਤੋਂ ਬਾਅਦ ਜੇ ਤੁਹਾਨੂੰ ਹੁਣ ਕੋਰਸ ਕਿਵੇਂ ਦਾ ਲੱਗਾ ਇਹ ਤੁਸੀਂ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ, ਲਾਈਕ ਕਰਕੇ ਜਾਂ ਹਾਂ ਸਾਰਿਆਂ ਦੇ ਨਾਲ ਸ਼ੇਅਰ ਕਰਕੇ ਤੁਸੀਂ ਪਿਆਰ ਦੇਣਾ, ਤਾਂ ਜੋ ਮੈਂ ਅੱਗੇ ਮਿਹਨਤ ਕਰਕੇ ਫਿਰ ਦੁਬਾਰਾ ਕੋਰਸ ਲੈ ਕੇ ਆ ਸਕਾਂ। ਅਤੇ ਇਹਦੇ ਵਿੱਚ ਕੁਝ ਸੈਟਿੰਗਸ ਨੇ ਉਹ ਮੈਂ ਦੱਸਾਂਗਾ, ਕੁਝ ਇੱਥੇ ਜਿਹੜੇ ਉੱਪਰ ਹੀ ਚੀਜ਼ਾਂ ਹੈਗੀਆਂ ਨੇ, ਜਿਵੇਂ ਕਿ ਪਹਿਲੇ ਨੰਬਰ 'ਤੇ ਐਡ ਪ੍ਰੋਡਕਟ ਦਾ ਤੁਹਾਨੂੰ ਪਤਾ ਲੱਗੇ ਗਿਆ ਹੋਣਾ, ਨਿਊਜ਼ ਤੁਹਾਨੂੰ ਹਮੇਸ਼ਾ ਐਮਾਜ਼ੋਨ ਦੇ ਰਿਲੇਟਡ
ਤੇ ਤੁਸੀਂ ਇੱਥੇ ਜਾ ਕੇ ਕਰ ਸਕਦੇ ਆ। ਉਹਦੇ ਨਾਲ ਤੁਹਾਨੂੰ ਪੂਰੀ ਇੱਥੇ ਡਿਟੇਲ ਮਿਲਦੀ ਹੈ, ਇਹਨਾਂ ਦੇ ਬਾਰੇ ਵਿੱਚ ਤੁਸੀਂ ਦੇਖ ਸਕਦੇ ਆ, ਇਹਨਾਂ ਨੇ ਦੱਸਿਆ ਹੋਇਆ ਵਟ ਕੌਨ ਗੈਟ ਕਨੈਕਟਡ ਪ੍ਰਾਈਸ ਆਫਟਰ ਸੈਟਅਪ ਸਾਰਾ ਕੁਝ। ਤੁਸੀਂ ਇੱਥੇ ਜੇ ਕਰਨਾ ਚਾਹੁੰਦੇ ਆ ਗੈਟ ਸਟਾਰਟ ਤੇ ਕਰਕੇ, ਤੇ ਤੁਹਾਨੂੰ ਜਿਹੜੀ ਆ ਮਾਰਕੀਟ ਪਲੇਸ ਜਿਹੜੀ ਚੂਜ਼ ਕਰਨ ਦੀ ਆਪਸ਼ਨ ਮਿਲ ਜਾਂਦੀ ਆ, ਜਿਵੇਂ ਕਿ ਹੁਣ ਮੈਨੂੰ ਇੱਥੇ ਦੀ ਮਿਲੀ ਹੋਈ ਆ ਜਰਮਨ ਦੀ, ਜਾਂ ਫਿਰ ਤੁਸੀਂ ਹੋਰ ਕਿਤੇ ਦੀ ਆਸਟ੍ਰੇਲੀਆ ਅਮੈਰੀਕਾ ਦੀ ਲੈਣਾ ਚਾਹੁੰਦੇ ਆ, ਏਸ਼ੀਆ ਦੀ ਲੈਣੀ ਚਾਹੁੰਦੇ ਆ, ਉਹ ਤੁਸੀਂ ਲੈ ਸਕਦੇ ਆ। ਓਪਰਚੁਨਿਟੀ ਟੂ ਐਕਸਪੈਂਡ, ਮਤਲਬ ਕਿ ਜੇ ਤੁਸੀਂ ਹੁਣ ਹੈਗੇ ਕਿਸੇ ਹੋਰ ਕੰਟਰੀ 'ਚ ਆ, ਤੁਸੀਂ ਵੇਚਣਾ ਨੌਰਥ ਅਮੈਰੀਕਾ 'ਚ ਚਾਹੁੰਦੇ ਆ, ਇਜਿਪਤ 'ਚ ਚਾਹੁੰਦੇ ਆ, ਯੂਨਾਈਟਡ ਅਮੈਰੀਕੇਟ 'ਚ, ਜਿਹਨੂੰ ਦੁਬਈ ਆਪਾਂ ਕਹਿ ਸਕਦੇ, ਸਿੰਗਾਪੁਰ, ਇੰਡੀਆ, ਸਾਊਦੀ ਅਰਬੀਆ, ਇਸ ਤਰ੍ਹਾਂ ਬੈਠ ਕੇ ਤੁਸੀਂ ਹਰ ਇੱਕ ਕੰਟਰੀ ਦੇ ਵਿੱਚ, ਹਰ ਇੱਕ ਕੰਟਰੀ ਤੋਂ ਹੀ ਬੈਠ ਕੇ ਹਰ ਇੱਕ ਕੰਟਰੀ 'ਚ ਵੇਚ ਸਕਦੇ ਆ। ਸਟਾਰਟ ਸੈਲਿੰਗ ਅਤੇ ਲਿੰਕ ਅਕਾਊਂਟ ਉਹਦੇ ਨਾਲ ਤੁਸੀਂ ਕਨੈਕਟ ਕਰਨਾ, ਅਤੇ ਤੁਸੀਂ ਉਹਨਾਂ ਦੇ ਨਾਲ ਪੇ ਕਰਕੇ ਅਤੇ ਆਪਣੇ ਜਿਹੜੇ ਆ ਔਫਰਸ ਇਹਦੇ 'ਚ ਲੈ ਸਕਦੇ ਆ, ਪ੍ਰਾਈਸਿੰਗ ਰੂਲ ਦੇਖ ਸਕਦੇ ਆ, ਰਿਵਿਊ ਸੈਟਿੰਗ ਆਪਣੀ ਕਰ ਸਕਦੇ ਆ। ਇਸ ਤਰ੍ਹਾਂ ਤੁਸੀਂ ਇੱਕ ਹੀ ਕੰਟਰੀ 'ਚ ਬਹਿ ਕੇ ਵਰਲਡ ਵਾਈਡ ਗਲੋਬਲੀ ਸੈੱਟ ਕਰ ਸਕਦੇ ਆ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਹੋਰ ਸੈਟਿੰਗ ਦੇ ਵਿੱਚ ਤੁਸੀਂ ਜਦੋਂ ਜਾਓਗੇ, ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਅਕਾਊਂਟ ਇਨਫੋ ਦੇ ਵਿੱਚ ਜਾ ਕੇ ਤੁਸੀਂ ਕੀ ਦੇਖ ਸਕਦੇ ਆ, ਇੱਕ ਤਾਂ ਤੁਹਾਡੇ ਕੋਲ ਜਿਹੜੀ ਆ ਇਹਦੇ ਵਿੱਚ ਲਿਸਟਿੰਗ, ਜੇ ਤੁਸੀਂ ਕਰਨੀ ਆ ਗੋਇੰਗ ਟੂ ਹੋਲੀਡੇ, ਮਤਲਬ ਤੁਸੀਂ ਛੁੱਟੀਆਂ 'ਤੇ ਜਾਣਾ, ਜਾਂ ਤੁਹਾਡੀ ਲਿਸਟਿੰਗ ਦੇ ਵਿੱਚ ਪ੍ਰੋਡਕਟ ਖਤਮ ਹੋ ਗਏ ਆ, ਤੁਸੀਂ ਕੋਈ ਪ੍ਰੋਡਕਟ ਸੈੱਲ ਕੀਤਾ ਉਹ ਖਤਮ ਹੋ ਗਏ ਆ, ਉਸ ਤੋਂ ਬਾਅਦ ਤੁਸੀਂ ਇੱਥੇ ਗੋਇੰਗ ਟੂ ਹੋਲੀਡੇਜ਼ ਦੇ ਵਿੱਚ ਜਾ ਕੇ ਆਪਣਾ ਕਰੰਟ ਲਿਸਟਿੰਗ ਜਿਹੜੀ ਪਾ ਸਕਦੇ ਆ ਕਿ ਤੁਸੀਂ ਕਿਸ ਕੰਟਰੀ ਦੇ ਵਿੱਚ ਐਕਟਿਵ ਹੋ, ਕਿਸ ਕੰਟਰੀ ਦੇ ਵਿੱਚ ਨਹੀਂ ਐਕਟਿਵ ਹੋ, ਇਨਐਕਟਿਵ ਕਰ ਸਕਦੇ ਆ, ਮਤਲਬ ਕਿ ਜੇ ਤੁਸੀਂ ਯੂਕੇ ਦੇ ਵਿੱਚ ਤੁਹਾਡੇ ਪ੍ਰੋਡਕਟ ਰੁਕ ਗਏ ਆ, ਜਾਂ ਤੁਸੀਂ ਯੂਕੇ 'ਚ ਵੇਚਦੇ ਪਏ ਸੀ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ, ਜਾਂ ਤੁਸੀਂ ਜਰਮਨ 'ਚ ਵੇਚਦੇ ਪਏ ਸੀ ਉਹ ਇਨਐਕਟਿਵ ਕਰਕੇ ਸੇਵ ਕਰ ਸਕਦੇ ਆ। ਇਹਦੇ ਨਾਲ ਤੁਹਾਡਾ ਅਕਾਊਂਟ ਅਪ ਟੂ ਡੇਟ ਰਹਿੰਦਾ, ਅਤੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਆਰਡਰ ਨਹੀਂ ਆਉਂਦਾ, ਅਤੇ ਤੁਹਾਡਾ ਅਕਾਊਂਟ 'ਤੇ ਸ਼ੋ ਹੁੰਦਾ ਕਿ ਤੁਸੀਂ ਉਰਲੋਪ 'ਤੇ ਹੋ, ਮਤਲਬ ਕਿ ਛੁੱਟੀਆਂ 'ਤੇ ਹੋ, ਅਤੇ ਇਹਦੇ ਨਾਲ ਤੁਹਾਡੇ ਅਕਾਊਂਟ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ। ਅਤੇ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਦੇ ਵਿੱਚ ਜੇ ਤੁਸੀਂ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਚੇਂਜ ਕਰਨੀ ਆ, ਤੁਸੀਂ ਨਵਾਂ ਕੋਈ ਅਕਾਊਂਟ ਬਣਾ ਲਿਆ ਹੋਇਆ ਆ ਬੈਂਕ ਦਾ, ਉਹ ਤੁਸੀਂ ਦੇ ਸਕਦੇ ਹੋ। ਅਤੇ ਜੇ ਤੁਹਾਡੀ ਕੋਈ ਆਈਡੈਂਟੀ ਦੇ ਵਿੱਚ ਜਾਂ ਬਿਜ਼ਨਸ ਐਡਰੈਸ ਤੁਸੀਂ ਚੇਂਜ ਕਰ ਲਿਆ ਆਪਣਾ ਘਰ ਦਾ, ਉਹ ਤੁਸੀਂ ਨਵਾਂ ਦੇ ਸਕਦੇ ਹੋ। ਅਤੇ ਸ਼ਿਪਿੰਗ ਐਡਰੈਸ ਜੇ ਤੁਸੀਂ FBM ਕਰਦੇ ਹੋ ਤਾਂ ਰਿਟਰਨ ਐਡਰੈਸ ਦੇਣਾ ਪੈਂਦਾ। ਇਸ ਦੇ ਉੱਤੇ ਮੈਂ ਇਕੱਲਾ ਕੋਰਸ ਅਲੱਗ ਤੋਂ ਬਣਾਊਂਗਾ, ਜੇ ਚਾਹੀਦਾ ਤੁਹਾਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ। ਉਸ ਤੋਂ ਬਾਅਦ ਟੈਕਸ, ਵੈਟ ਇਨਫੋਰਮੇਸ਼ਨ, ਵੈਟ ਜਿਹੜਾ ਜਰਮਨੀ ਦੇ ਵਿੱਚ ਤਾਂ 1,00,000 ਯੂਰੋ ਤੋਂ ਉੱਤੇ ਜਾ ਕੇ ਕੈਲਕੂਲੇਸ਼ਨ ਹੁੰਦੀ ਆ, ਪਰ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਫਿਰ ਇਹਦੇ ਵਿੱਚ ਵੀ ਤੁਸੀਂ ਸੈਟਿੰਗ ਕਰ ਸਕਦੇ ਹੋ, ਵੈਟ ਦੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ, ਆਪਣੀ ਜਿਹੜੀ ਹੈ ਵੈਟ ਕੈਲਕੂਲੇਟ ਵੀ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਟੈਕਸ ਦੀ ਇਨਫੋ ਲੈਣੀ ਹੋਵੇ, ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਹੈ। ਟੈਕਸ ਦੀ ਸੈਟਿੰਗ ਤੁਸੀਂ ਕਰਨੀ ਹੋਵੇ ਤਾਂ ਉਹ ਤੁਸੀਂ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਫੁਲਫਿਲਮੈਂਟ ਬਾਏ ਐਮਾਜ਼ੋਨ ਆ, ਉਹਦੇ 'ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਐਮਾਜ਼ੋਨ ਦੀਆਂ ਜਿਹੜੀਆਂ ਵੀ ਡਿਟੇਲਸ ਆ ਜਾਂ ਕੁਕੀਜ਼ ਆ, ਕੀ ਉਹਦਾ ਹਿਸਾਬ ਕਿਤਾਬ ਆ, ਕਿਸ ਕੰਟਰੀ ਦੇ ਵਿੱਚ ਡਿਸੇਬਲ ਆ, ਕਿਸ ਕੰਟਰੀ ਦੇ ਵਿੱਚ, ਉਹ ਤੁਹਾਡੀਆਂ ਸਾਰੀਆਂ ਸੈਟਿੰਗਾਂ ਇੱਥੇ ਹੁੰਦੀਆਂ। ਇਹਨਾਂ ਨੂੰ ਤੁਸੀਂ ਚੇਂਜ ਵੀ ਕਰ ਸਕਦੇ ਹੋ, ਜਿਵੇਂ ਗਲੋਬਲੀ ਤੁਸੀਂ ਸੈੱਲ ਕਰਨਾ ਹੋਵੇ, ਇਨਬਾਉਂਡ ਕਰਨੀਆਂ ਹੋਣ ਸੈਟਿੰਗਸ, ਆਟੋਮੈਟਿਕ ਅਨਫੁਲਮੈਂਟ ਜਿਹੜੀ ਸੈਟਿੰਗ, ਮਤਲਬ ਕਿ ਤੁਹਾਨੂੰ ਕੋਈ ਆਰਡਰ ਆਇਆ ਤੁਹਾਡਾ ਕੰਟੀਨਿਊਸਲੀ ਜਿਹੜਾ ਚੱਲਦਾ ਹੁੰਦਾ ਪ੍ਰੋਸੈਸ ਆਟੋਮੈਟਿਕਲੀ ਜਿਹੜਾ ਫਿਲ ਕਰ ਦੇਵੇ, ਉਹ ਤੁਸੀਂ ਜੇ ਡਿਸੇਬਲ ਕਰਨੀਆਂ, ਅਨੇਬਲ ਕਰਨੀਆਂ, ਉਹ ਤੁਸੀਂ ਕਰ ਸਕਦੇ ਆ। FBA ਦੀ ਹੋਰ ਡੋਨੇਸ਼ਨ, ਇਹ ਸਾਰਾ ਕੁਝ ਤੁਸੀਂ ਇੱਥੇ ਦੇਖ ਸਕਦੇ ਆ, ਤੁਹਾਨੂੰ ਸਾਰਾ ਕੁਝ ਮਿਲ ਸਕਦਾ। ਸਾਡੀਆਂ ਪੈਕਿੰਗ ਸਲਿਪਸ ਜਾਂ ਕੁਛ ਹੋਰ ਵੀ ਪ੍ਰੋਸੈਸ ਇਹਦੇ ਇੰਪੋਰਟ ਐਕਸਪੋਰਟ ਦੇ ਹੈਗੇ ਆ। ਇਸ ਤਰ੍ਹਾਂ ਇਹ ਛੋਟੀਆਂ ਛੋਟੀਆਂ ਗੱਲਾਂ ਸੀ ਜਿਹੜੀਆਂ ਕਿ ਤੁਹਾਨੂੰ ਇਹ ਪਤਾ ਹੋਣੀਆਂ ਚਾਹੀਦੀਆਂ। ਹੋਰ ਇਸ ਤੋਂ ਬਾਅਦ ਇਸ ਦੇ ਬਾਰੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਲੈ ਕੇ ਆਵਾਂਗਾ। ਇਨਵੈਂਟਰੀ ਆਪਣੀ ਕਿਵੇਂ ਮੈਨੇਜ ਕਰਨੀ ਆ, ਸੈੱਲ ਕਿਵੇਂ ਕਰਨਾ ਗਲੋਬਲੀ, ਅਤੇ ਕਿਵੇਂ ਕਿਸ ਤਰ੍ਹਾਂ ਦੀਆਂ ਇਮੇਜਸ ਚਾਹੀਦੀਆਂ ਹੁੰਦੀਆਂ ਜਿਹੜੀਆਂ ਕਿ ਤੁਹਾਡੇ ਪ੍ਰੋਡਕਟ ਨੂੰ ਸੈੱਲ ਕਰਨ ਦੇ ਵਿੱਚ ਬਹੁਤ ਹੈਲਪ ਕਰਦੀਆਂ। ਉਸ ਤੋਂ ਬਾਅਦ ਵੀਡੀਓਜ਼ ਕਿਵੇਂ ਲਗਾ ਸਕਦੇ ਹਾਂ, ਵਧੀਆ ਤਰੀਕੇ ਨਾਲ ਡਿਸਕ੍ਰਿਪਸ਼ਨ ਕਿਵੇਂ ਲਗਾ ਸਕਦੇ ਹਾਂ, ਪ੍ਰਾਈਸਿੰਗ ਸੈੱਟ ਕਰਨ ਦੇ ਲਈ ਕਿ ਕਿਸ ਤਰ੍ਹਾਂ ਦਾ ਪ੍ਰਾਈਸ ਸੈੱਟ ਕੀਤਾ ਜਾਵੇ ਜਿਸ ਨਾਲ ਤੁਹਾਡਾ ਪ੍ਰੋਡਕਟ ਵਿਕੇ ਵੀ, ਤੁਹਾਨੂੰ ਪ੍ਰੋਫਿਟ ਵੀ ਹੋਵੇ, ਅਤੇ ਉਹ ਪ੍ਰਾਈਸ ਸੈੱਟ ਕਿਵੇਂ ਕਰਨਾ, ਅਤੇ ਤੁਹਾਨੂੰ ਜੇ ਅੱਗੇ ਉਹ ਪ੍ਰੋਡਕਟ ਮਹਿੰਗੇ ਮਿਲਦੇ ਆ ਤਾਂ ਤੁਸੀਂ ਉਹ ਸੈੱਲ ਕਰਨੇ ਆ ਜਾਂ ਨਹੀਂ ਕਰਨੇ। ਅਤੇ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ, ਇਹਦੇ ਵਿੱਚ PPC ਲੱਗਦੀਆਂ ਹੁੰਦੀਆਂ, ਤੁਸੀਂ ਐਡਵਰਟਾਈਜ਼ ਕਰਕੇ ਆਪਣੇ ਪ੍ਰੋਡਕਟ ਦੀ ਐਡਸ ਜਿਹੜੀਆਂ, ਜਦੋਂ ਕੋਈ ਪ੍ਰੋਡਕਟ ਸਰਚ ਕਰੂਗਾ ਐਮਾਜ਼ੋਨ ਦੇ ਉੱਤੇ, ਫਾਰ ਐਗਜ਼ਾਮਪਲ ਆਪਾਂ ਇੱਥੇ ਸਰਚ ਕੀਤਾ ਸੀ ਪ੍ਰੋਡਕਟ, ਇਹ ਵਾਲਾ ਪ੍ਰੋਡਕਟ ਸਰਚ ਕੀਤਾ ਸੀ, ਅਤੇ ਸਾਡੇ ਕੋਲ ਬਹੁਤ ਸਾਰੇ ਹੁਣ ਪ੍ਰੋਡਕਟ ਇਹਦੇ ਵਿੱਚ ਆਏ ਸੀ, ਅਤੇ ਹੁਣ ਤੁਸੀਂ ਦੇਖ ਸਕਦੇ ਆ ਆ ਲਿਸਟਿੰਗ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਆਏ, ਅਤੇ ਪਰ ਇਹਦੇ ਵਿੱਚ ਜਿਸ ਤਰ੍ਹਾਂ ਐਮਾਜ਼ੋਨ ਚੋਇਸ ਵਾਲਾ, ਮਤਲਬ ਕਿ ਇਹ ਪ੍ਰੋਡਕਟ ਬਹੁਤ ਵਿਕ ਰਿਹਾ ਸੀ, ਅਤੇ ਇਹ ਪਹਿਲੇ ਨੰਬਰ 'ਤੇ ਆ ਗਿਆ। ਉਸ ਤੋਂ ਬਾਅਦ ਬੈਸਟ ਸੈਲਰ, ਇਹ ਕਾਫੀ ਪਹਿਲੇ 3-4 ਦੇ ਵਿੱਚ ਆ ਗਿਆ, ਹੋ ਸਕਦਾ ਹੁਣ ਤੁਹਾਡਾ ਪ੍ਰੋਡਕਟ ਹੀ ਨਾ ਇੱਥੇ ਸ਼ੋ ਹੋਵੇ। ਅਤੇ ਤੁਸੀਂ ਕੀ ਕਰ ਸਕਦੇ ਆ, ਤੁਸੀਂ ਤੁਹਾਡੇ ਪ੍ਰੋਡਕਟ ਦੀ ਕਿਤੇ ਐਡ ਨਾ ਹੋਵੇ, ਕੋਈ ਥੱਲੇ ਨਹੀਂ ਗਿਆ ਅਤੇ ਤੁਹਾਡਾ ਪ੍ਰੋਡਕਟ ਨਹੀਂ ਬਾਏ ਕਰ ਹੋਣਾ ਉਹਦੇ ਤੋਂ ਜਾਂ ਨਹੀਂ ਹੋਣਾ, ਅਤੇ ਇਹਦੇ ਵਿੱਚ ਤੁਸੀਂ ਐਡ ਲਗਾ ਸਕਦੇ ਆ, ਐਡ ਲਗਾ ਕੇ ਅਤੇ ਉਸ ਦੇ ਨਾਲ
ਨਾਲ ਤੁਹਾਡਾ ਪ੍ਰੋਡਕਟ ਜਿਹੜੇ ਪਹਿਲੇ 10-15 ਪ੍ਰੋਡਕਟ ਦੇ ਵਿੱਚ ਆ ਸਕਦਾ ਤੇ ਜੇ ਕੋਈ ਬਾਏ ਕਰੂਗਾ ਤੁਹਾਡੀ ਸੇਲਿੰਗ ਵੱਧ ਜਾਣੀ ਹੈ ਤੇ ਇਸ ਤਰ੍ਹਾਂ ਐਡਵਰਟਾਈਜ਼ ਕਰਨ ਦੇ ਨਾਲ ਤੁਹਾਡਾ ਜਿਹੜਾ ਰੈਵੈਨਿਊ ਵੀ ਵਧੇਗਾ ਤੁਹਾਡਾ ਪ੍ਰੋਫਿਟ ਵੀ ਵਧੇਗਾ ਤੇ ਇਸ ਤਰ੍ਹਾਂ ਤੁਸੀਂ ਐਡਵਰਟਾਈਜ਼ ਵੀ ਕਰ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਊਂਗਾ ਮੈਂ ਵਧੀਆ ਤਰੀਕੇ ਨਾਲ ਕੋਰਸ ਦੇ ਥਰੂ ਲੈ ਕੇ ਆਊਂਗਾ ਤੇ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਆਈ ਹੋਪ ਇਹ ਕੋਰਸ ਤੁਹਾਡੇ ਲਈ ਬੜਾ ਹੈਲਪਫੁਲ ਹੋਵੇਗਾ ਤੇ ਤੁਸੀਂ ਸਾਰੇ ਐਮਾਜ਼ੋਨ FBA ਸਟਾਰਟ ਕਰ ਸਕਦੇ ਆ ਬਿਨਾਂ ਕਿਸੇ ਪੈਸੇ ਤੋਂ ਤੇ ਤੁਸੀਂ ਹੁਣ ਸਿਰਫ ਲਾਸਟ ਦੇ ਵਿੱਚ ਫਿਰ ਤੋਂ ਰਿਕੁਐਸਟ ਆ ਜੇ ਵੀਡੀਓ ਲਾਈਕ ਨਹੀਂ ਕੀਤੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਹੋਰਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਐਮਾਜ਼ੋਨ FBA ਕਰਨਾ ਚਾਹੁੰਦੇ ਆ ਜਾਂ ਐਮਾਜ਼ੋਨ FBA ਕਰਨ ਬਾਰੇ ਸੋਚ ਰਹੇ ਆ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ